ਉਤਸਵ ਦੇ ਲਈ ਸਾਡੇ ਨਾਲ ਜੁੜੇ ਵਿਦਵਾਨਾਂ ਦਾ, ਖੋਜਾਰਥੀਆਂ ਦਾ ਅਤੇ ਵਿਦਿਆਰਥੀਆਂ ਦਾ ਮੈਂ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਦੀ ਹਾਂ ਅਤੇ ਸਵਾਗਤ ਕਰਦੀ ਹਾਂ। ਅੱਜ ਅਸੀਂ ਦੂਜੇ ਦਿਨ ਦੇ ਦੂਜੇ ਪੜਾਅ 'ਤੇ ਪੁੱਜ ਚੁੱਕੇ ਹਾਂ ਅਤੇ ਅੱਜ ਦਾ ਜਿਹੜਾ ਸੈਸ਼ਨ ਹੈ ਉਸਦਾ ਸਿਰਲੇਖ ਹੈ ਪੰਜਾਬੀ ਸਿਨੇਮਾ ਸਮਕਾਲੀ ਦ੍ਰਿਸ਼ ਅਤੇ ਦਿਸ਼ਾ। ਕਾਫੀ ਸਮਾਂ ਨਾ ਰਹਿੰਦੇ ਹੋਏ ਹੁਣ ਅਸੀਂ ਸ਼ੁਰੂ ਕਰਾਂਗੇ, ਜਿਹਦੇ ਵਿੱਚ ਸਾਡੇ ਐਕਸਪਰਟਸ ਆਉਣਗੇ ਅਤੇ ਸਾਨੂੰ ਇਸ ਬਾਰੇ ਹੋਰ ਜ਼ਿਆਦਾ ਆਪਣੇ ਵਿਚਾਰ ਸਾਂਝੇ ਕਰਨਗੇ। ਅਤੇ ਇਸਦੇ ਲਈ ਮੈਂ ਪਹਿਲਾਂ ਸੱਦਾ ਦੇਣਾ ਚਾਹਾਂਗੀ ਸਾਡੇ ਅੱਜ ਦੇ ਪਹਿਲੇ ਸਪੀਕਰ ਪ੍ਰੋਫੈਸਰ ਇਮੈਨੁਅਲ ਸਿੰਘ ਨੂੰ। ਸਰ ਮੇਰੇ ਨਾਲ ਬੈਠੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਤੀਸ਼ ਵਰਮਾ ਜੀ, ਜਲਜੀਤ ਅੰਮ੍ਰਿਤਸਰ ਨਾਮ ਪ੍ਰਕਾਸ਼ ਬਹੁਤ ਹੀ ਨਾਮਵਰ ਸੰਸਥਾ ਅੰਮ੍ਰਿਤਸਰ ਜੀ, ਇਹਨਾਂ ਸਾਰਿਆਂ ਦਾ ਔਰ ਆਪ ਸਭੀ ਜੋ ਸੁਣਨ ਵਾਸਤੇ ਇਸ ਸੈਮੀਨਾਰ ਨੂੰ ਆਏ ਹੋ। ਪੰਜਾਬੀ ਸਿਨੇਮਾ ਦੀ ਜਦੋਂ ਗੱਲ ਕਰੀਏ ਤਾਂ ਮੈਂ ਪਿਛਲੇ ਕਾਫੀ ਦਿਨਾਂ ਤੋਂ ਸੋਚ ਰਿਹਾ ਕਿ ਹਾਂ ਮੇਰਾ ਲੈਕਚਰ ਹੈ ਜਿਸ ਦੇ ਇੱਦਾਂ ਸ਼ਾਇਦ ਮੈਨੂੰ ਇੱਕ ਭਾਜੀ ਦਾ ਫੋਨ ਆਇਆ ਕਿ ਇਹਨਾਂ ਤੋਂ ਇੱਦਾਂ ਸਿਨੇਮੇ ਬਾਰੇ ਬੋਲਣਾ ਹੈ। ਮੈਂ ਮੇਰੇ ਕਹਿਣ 'ਚ ਦੋ ਤਿੰਨ ਗੱਲਾਂ ਆਈਆਂ। ਪਹਿਲੀ ਚੀਜ਼ ਆਈ ਮੈਂ ਕਿਹਾ ਕਿ ਮੈਂ ਤਾਂ ਸਿਨੇਮੇ 'ਚ ਐਜ਼ ਐਨ ਐਕਟਰ ਕੰਮ ਕੀਤਾ ਹੈ ਥੋੜ੍ਹਾ ਬਹੁਤਾ, ਮੈਂ ਮੇਕਰ ਨਹੀਂ ਹਾਂ, ਬਣਾਉਂਦਾ ਨਹੀਂ ਹਾਂ ਸਿਨੇਮਾ, ਮੈਂ ਤਾਂ ਥੀਏਟਰ ਦਾ ਡਾਇਰੈਕਟਰ ਹੈ ਬਾਏ ਜੋਬ, ਮੈਂ ਪੜ੍ਹਾਉਂਦਾ ਖਾਲਸਾ ਕਾਲਜ 'ਚ ਥੀਏਟਰ ਦਾ ਉਹ ਹੈ। ਤੋ ਸਿਨੇਮੇ ਬਾਰੇ ਬੋਲਣਾ ਹੈ। ਫਿਰ ਮੈਨੂੰ ਮੈਂ ਸਿਨੇਮਾ ਜਿੰਨਾ ਕੁਛ ਪਹਿਲਾਂ ਦੇਖਿਆ ਕੁਛ ਇਹਨਾਂ ਦਿਨਾਂ 'ਚ ਵੀ ਦੇਖਿਆ ਕੀਤਾ, ਫਿਰ ਮੈਨੂੰ ਲੱਗਾ ਕਿ ਮੈਂ ਇੱਕ ਆਰਟਿਸਟ ਦੇ ਤੌਰ 'ਤੇ ਇੱਕ ਆਡੀਅੰਸ ਦੇ ਤੌਰ 'ਤੇ ਜਿਹੜਾ ਮੇਰਾ ਥੋੜ੍ਹਾ ਬਹੁਤਾ ਮੇਰਾ ਯੋਗਦਾਨ ਹੈ ਕਿ ਮੈਂ ਇਸ ਟੋਪਿਕ ਉੱਤੇ ਬੋਲਣਾ ਹੈ ਜਾਂ ਜੋ ਮੇਰੀ ਆਪਦੀ ਓਬਜ਼ਰਵੇਸ਼ਨ ਹੈ ਮੈਂ ਉਹਨੂੰ ਆਪ ਸਭ ਨਾਲ ਰੂਬਰੂ ਕਰਾਂ। ਉਰਦੂ ਦਾ ਇੱਕ ਸ਼ੇਅਰ ਹੈ ਕਹਿੰਦਾ ਜੀ, ਜੋ ਬਾਤ ਕੁਝ ਮੇ ਹੈ ਤੇਰੀ ਤਸਵੀਰ ਮੇ ਨਹੀਂ, ਮੰਨ ਲਿਆ। ਸ਼ਾਇਦ ਇਹ ਸ਼ੇਅਰ ਉਦੋਂ ਲਿਖਿਆ ਗਿਆ ਹੋਊਗਾ ਜਦੋਂ ਸਿਨੇਮੇ ਦਾ ਰੁਝਾਨ ਸਾਡੇ ਇਸ ਖਿੱਤੇ 'ਚ ਬਹੁਤਾ ਨਹੀਂ ਹੋਊਗਾ, ਪਰ ਸਿਨੇਮਾ ਜਾਂ ਕੋਈ ਵੀ ਵਿਜੂਅਲ ਆਰਟ, ਵਿਜੂਅਲ ਆਰਟ 'ਚ ਥੀਏਟਰ ਵੀ ਆ ਸਕਦਾ, ਹੋਰ ਵੀ ਜਿੰਨਾ ਕੁਛ ਅਸੀਂ ਦੇਖਦੇ ਹਾਂ, ਪਰ ਸਿਨੇਮਾ ਖਾਸ ਤੌਰ 'ਤੇ ਸਿਨੇਮੇ ਕੋਲ ਉਹ ਪਾਵਰ ਹੈ ਕਿ ਜੋ ਦ੍ਰਿਸ਼ ਸਾਡੇ ਆਮ ਗਲੀ ਮੁਹੱਲੇ 'ਚ ਜਾਂ ਇੱਥੇ ਵੀ ਬੈਠਿਆਂ, ਅਗਰ ਅਸੀਂ ਹੁਣ ਦੀ ਵੀ ਗੱਲ ਕਰੀਏ, ਇਸੇ ਦ੍ਰਿਸ਼ ਨੂੰ ਅਗਰ ਅਸੀਂ ਕਿਤੇ ਕੈਪਚਰ ਕਰ ਸਕਦੇ ਹਾਂ ਜਾਂ ਇਸ ਮੂਮੈਂਟ ਨੂੰ ਅਸੀਂ ਕਿਤੇ ਸਾਂਭ ਸਕਦੇ ਹਾਂ ਜਾਂ ਇਹਨੂੰ ਅਸੀਂ ਕੱਲ੍ਹ ਨੂੰ ਕਿਤੇ ਤੁਰਦਾ ਫਿਰਦਾ ਦੇਖਣਾ ਹੈ, ਤਾਂ ਸਿਨੇਮਾ ਜਾਂ ਕੈਮਰਾ ਜਾਂ ਇਹ ਜਿਹੜਾ ਇੱਕ ਮਾਧਿਅਮ ਹੈ, ਇਹ ਤਾਂ ਉਹ ਸੱਚਾਈ ਹੈ ਕਿ ਜਿਹਨੇ ਉਹ ਤਸਵੀਰਾਂ ਨੂੰ, ਮੂਰਤਾਂ ਨੂੰ, ਉਹਨਾਂ ਨੂੰ ਚੱਲਦੀਆਂ ਫਿਰਦੀਆਂ ਚੀਜ਼ਾਂ ਨੂੰ ਮੂਵਮੈਂਟ ਕਰਕੇ, ਕਹਾਣੀਆਂ ਜਿਹੜੀਆਂ ਸਿਰਫ ਕਿਤਾਬਾਂ ਤੱਕ ਹੀ ਮਹਿਦੂਦ ਨਾ ਰਹਿ ਜਾਣ, ਉਹਨਾਂ ਨੂੰ ਕੱਢ ਕੇ ਉਹਨਾਂ 'ਤੇ ਜਦੋਂ ਫਿਲਮਾਂ ਬਣਦੀਆਂ ਵਾ, ਤਾਂ ਅਸੀਂ ਸ਼ਾਇਦ ਉਹਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿੱਖ ਸਕਦੇ ਹਾਂ। ਹੋਰ ਕੋਈ ਲਿਖੀ ਚੀਜ਼, ਮੈਂ ਮੇਰੇ ਗ੍ਰੈਜੂਏਸ਼ਨ 'ਚ ਸੀਗਾ, ਸਾਨੂੰ ਕੋਈ ਨਾਵਲ ਲੱਗਾ ਟ੍ਰੇਨ ਟੂ ਪਾਕਿਸਤਾਨ, ਮੈਂ ਪੜ੍ਹਿਆ ਨਹੀਂ, ਪਰ ਮੈਂ ਕੇਵਲ ਭਾਜੀ ਨਾਲ ਨਾਟਕ ਕੀਤਾ ਸੀ, ਉਹ ਫਿਲਮ ਵੀ ਦੇਖੀ ਸੀਗੀ। ਮੈਨੂੰ ਲੱਗਦਾ ਕਿ ਮੈਂ ਇੱਕ ਵਾਰ ਥੋੜ੍ਹੇ ਜਿਹੇ ਨੋਟਸ ਜੇ ਪੜ੍ਹੇ, ਉਹ ਫਿਲਮ ਦੇਖੀ ਮੇਰੇ ਦਿਮਾਗ 'ਚ ਜ਼ਿਆਦਾ ਰਹਿ ਗਈ, ਮੈਂ ਉਹਨੂੰ ਲਿਖ ਕੇ ਆਉਂਦਾ। ਤਾਂ ਸਿਨੇਮਾ ਜਿਹੜਾ ਹੈ, ਸਿਨੇਮਾ ਇੱਕ ਉਹ ਮਾਧਿਅਮ ਹੈ ਜਿਹਨੂੰ ਵੇਖ ਕੇ ਅਸੀਂ ਸ਼ਾਇਦ ਸਾਰਿਆਂ ਤੋਂ ਵੱਧ ਸਿੱਖਦੇ ਹਾਂ, ਸ਼ਾਇਦ ਥੀਏਟਰ ਨਾਲੋਂ ਵੀ ਜ਼ਿਆਦਾ ਉਹ ਨੇੜੇ ਦੀ ਹੈ। ਥੀਏਟਰ 'ਚ ਮੈਂ ਕੋਈ ਗੋਲੀ ਕੱਢਣ ਵਾਲਾ ਸੀਨ ਵਿਖਾਉਣਾ ਹੈ ਸਾਡੇ ਵਾਸਤੇ ਪੋਸੀਬਲ ਨਹੀਂ ਹੈ, ਹਾਲਾਂਕਿ ਥੀਏਟਰ 'ਚ ਵੀ ਅੱਜ ਸਮੇਂ ਦੇ ਹਿਸਾਬ ਨਾਲ ਜਾਂ ਇੱਕ ਹਰ ਦਸਾਂ ਸਾਲਾਂ ਬਾਅਦ ਜੇ ਯੁੱਗ ਬਦਲਦਾ ਵਾ ਤਾਂ ਚੀਜ਼ਾਂ ਚੇਂਜ ਹੋ ਜਾਂਦੀਆਂ। ਅੱਜ ਦੇ ਸਿਨੇਮੇ ਦੀ ਗੱਲ ਕਰੀਏ, ਸਮਕਾਲੀ ਸਿਨੇਮਾ, ਕੰਟੈਂਪਰੇਰੀ ਦੀ ਸਮਾਂ ਜਿਹੜਾ ਸਿਨੇਮਾ ਬਣ ਰਿਹਾ ਵਾ, ਇੱਕ ਚੀਜ਼ ਮੈਂ ਦੱਸਿਆ ਕਿ ਸਿਨੇਮੇ ਦੇ ਅੰਦਰ ਜਿਹੋ ਜਿਹੀਆਂ ਫਿਲਮਾਂ ਬਣਦੀਆਂ ਵਾ, ਜਿਹੋ ਜਿਹਾ ਦ੍ਰਿਸ਼ ਪੈਦਾ ਹੁੰਦਾ ਵਾ, ਜਿਹੋ ਜਿਹੀ ਉਹ ਤੋਂ ਦਿਸ਼ਾ ਮਿਲਦੀ ਵਾ, ਉਹ ਸਿਨੇਮਾ ਕੋਈ
ਉਹ ਕੀ ਕਹਿੰਦੇ ਕਿ ਇਹ ਹੋਰ ਪਲੈਨਟ ਤੋਂ ਆਇਆ ਹੋਇਆ ਕੋਈ ਮਾਧਿਅਮ ਨਹੀਂ ਹੈ। ਸਿਨੇਮਾ ਉਹੀ ਬਣੂਗਾ ਜੋ ਉਸ ਦੌਰ 'ਚ ਉਸ ਸਮੇਂ 'ਚ ਜੋ ਸਾਡੇ ਆਸ ਪਾਸ ਚੀਜ਼ਾਂ ਘੱਟ ਰਹੀਆਂ ਹਨ ਜਾਂ ਪਿਛਲੇ ਵਕਤਾਂ ਦੇ ਜਿਹੜੇ ਕੁਛ ਸਬਜੈਕਟ ਨੇ ਜਿਵੇਂ ਸਾਡੇ ਕੋਲ ਪਾਰਟੀਸ਼ਨ ਹੈ, ਜਿਵੇਂ ਸਾਡੇ ਕੋਲ 84 ਹੈ, ਜਾਂ ਜਿਵੇਂ ਸਾਡੇ ਕੋਲ ਕੁਛ ਕਿੱਸੇ ਹੈ, ਕਿੱਸਿਆਂ 'ਤੇ ਵੀ ਫਿਲਮਾਂ ਬਣਦੀਆਂ ਹਨ ਜਾਂ ਕਰਦੀਆਂ ਹਨ। ਪੰਜਾਬੀ ਸਿਨੇਮਾ ਦੀ ਅਗਰ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਜਿਹੜਾ ਹੈ ਇਹ ਇਹਦੇ ਫੇਜ਼ ਹੈ, ਇਹਦੇ 'ਚ ਇੱਕ ਫੇਜ਼ ਆਉਂਦਾ ਹੈ ਕਿ ਇੱਦਾਂ ਦਾ ਚੱਲਦਾ ਹੈ। ਇੱਕ ਫੇਜ਼ ਹੈ ਕਿ ਸਾਡੇ ਕੋਲ ਇੱਕ ਟਾਈਟਲ ਦੇ ਅੰਦਰ ਜੱਟ ਸ਼ਬਦ ਹੋਣਾ ਬੇਹੱਦ ਲਾਜ਼ਮੀ ਸੀਗਾ, ਯਾਨੀ ਜੱਟ ਦੀ ਬਦਲਾ ਗੱਡੀ ਦਾ, ਜੱਟ ਦੇ ਨਾਲ ਹਰ ਚੀਜ਼ ਜਿਹੜੀ ਹੈ ਉਹ ਇੱਕ ਇੱਕ ਟਾਈਟਲ ਦੇ ਅੰਦਰ ਆ ਰਹੀ ਹੈ, ਜੱਟ ਦਾ ਗੰਡਾਸਾ, ਜੱਟ ਦਾ ਆ, ਜੱਟ ਦਾ ਉਹ। ਫਿਰ ਇੱਕ ਫੇਜ਼ ਐਸਾ ਉੱਠਦਾ ਹੈ ਕਿ ਸਾਨੂੰ ਜਿਹੜਾ ਸਾਡੀ ਮਿੱਟੀ ਦਾ ਭੂਮੀ ਦਾ ਹੇਰਵਾ ਆ ਜਿਹੜਾ ਜਿਵੇਂ ਉਹ ਸਾਨੂੰ ਬੜਾ ਦੁੱਖਦਾ ਹੈ। ਸਾਡੀਆਂ ਫਿਲਮਾਂ ਸਾਰੀਆਂ ਹੀ ਉਸੇ ਤਰਜ 'ਤੇ ਬਣਨੀਆਂ ਸ਼ੁਰੂ ਹੋ ਜਾਂਦੀਆਂ ਵਾ, ਜਿਹਨੂੰ ਕਿ ਜਿੱਥੋਂ ਕਦੇ ਅਸੀਂ ਪੰਜਾਬੀ ਸਿਨੇਮੇ ਦਾ ਕਮਬੈਕ ਵੀ ਮੰਨਦੇ ਹਾਂ, ਜੀ ਆਇਆਂ ਫਿਲਮ ਤੋਂ, ਉਸ ਦੌਰ 'ਚ ਅਸਾਂ ਮਾਣ ਮਤਨਾਂ ਦਾ ਜੀ ਆਇਆਂ ਨੂੰ ਜਾਂ ਕੁਛ ਹੋਰ ਵੀ ਇੱਦਾਂ ਦੀਆਂ ਜਿਹੜੀਆਂ ਫਿਲਮਾਂ ਬਣਦੀਆਂ ਹਨ ਕਰਦੀਆਂ ਹਨ। ਇੱਕ ਕੋਮਨ ਫੈਕਟਰ ਹੈ ਸਾਡੀਆਂ ਅੱਜ ਦੀਆਂ ਫਿਲਮਾਂ 'ਚ, ਕਿਵੇਂ ਨਾ ਕਿਵੇਂ ਕਰਕੇ ਕੋਈ ਚੰਗੀ ਭਲੀ ਕਿਸੇ ਪਿੰਡ ਦੀ ਵੀ ਸਟੋਰੀ ਚੱਲ ਰਹੀ ਹੈ, ਦੋ ਪਰਿਵਾਰਾਂ ਦੀ ਵੀ ਸਟੋਰੀ ਚੱਲ ਰਹੀ ਹੈ, ਉਹਦੇ 'ਚ ਇੱਕ ਕੈਨੇਡਾ ਜ਼ਰੂਰ ਆ ਜਾਂਦਾ ਹੈ। ਇਹਦੇ ਬਾਰੇ ਹਰੇਕ ਚੀਜ਼ ਦਾ ਇੱਕ ਚੰਗਾ ਜਾਂ ਚੰਗਾ ਮਾੜਾ ਵੀ ਮਤਲਬ ਦੋ ਪਹਿਲੂ ਤਾਂ ਉਹਦੇ ਹੁੰਦੇ ਹੀ ਹੁੰਦੇ ਆ, ਹੈ ਨਾ। ਹੁਣ ਇੱਕ ਆਮ ਬੰਦਾ ਸਾਡੇ ਪਿੰਡ ਦਾ ਬੰਦਾ ਜਿਹੜਾ ਸਾਰਾ ਦਿਨ ਬਹਿ ਕੇ ਤਾਸ਼ ਕੁੱਟਦਾ ਵਾ, ਉਹਦਾ ਹੋਰ ਕੋਈ ਕੰਮ ਨਹੀਂ ਗਾ, ਉਹਨੂੰ ਸ਼ਾਇਦ ਜਿੱਦਾਂ ਦਾ ਇੱਕ ਸਿਨੇਮੇ ਦੇ ਅੰਦਰ ਇੱਕ ਸਿਨੇਮੇ ਦੀ ਭਾਸ਼ਾ ਹੀ ਬਦਲ ਗਈ ਕਿ ਜਿੱਦਾਂ ਦੀਆਂ ਸਾਡੇ ਆਸ ਪਾਸ ਅਸੀਂ ਅੱਜ ਤੋਂ 10 ਸਾਲ ਪਹਿਲਾਂ ਦੇਖੀਏ, ਯੂਟੀ ਮਾਰਕੀਟ ਨੂੰ ਦੇਖ ਲਓ, ਚਾਹੇ ਰਣਜੀਤ ਆਰਮੀ ਸਾਈਡ ਦੇਖ ਲਓ ਜਿਹੜੇ ਅੰਮ੍ਰਿਤਸਰ ਦੇ ਆ, ਇੰਨਾ ਕੁਛ ਇੰਨਾ ਜਿਹਨੂੰ ਪੰਜਾਬੀ 'ਚ ਕਹੀਏ ਇੰਨਾ ਗਾਹ ਨਹੀਂ ਪਿਆ, ਅੱਜ ਉੱਥੋਂ ਲੰਘਿਆ ਨਹੀਂ ਜਾਂਦਾ, ਉੱਥੇ ਲੰਘਿਆ ਮਿਲਦੀਆਂ ਹੱਟੀਆਂ ਖੁੱਲ੍ਹੀਆਂ ਵਾ, ਉੱਥੇ ਸਾਰਾ ਕੁਛ ਇਸ ਤਰ੍ਹਾਂ ਦਾ ਹੋਇਆ। ਕਾਲਜ 'ਚ ਤੁਸੀਂ ਦੇਖ ਲਓ ਤਾਂ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਦਾ ਸ਼ਾਇਦ ਇੱਕ ਜਨ ਜੀਵਨ ਹੋਊਗਾ ਕਰੂਗਾ, ਉਹ ਜਨ ਜੀਵਨ ਇੱਦਾਂ ਦਾ ਨਹੀਂ ਹੈ, ਉਹ ਜਨਰੇਸ਼ਨ ਹੀ ਇੱਦਾਂ ਦੀ ਨਹੀਂ ਹੈ। ਇੱਕ ਟਾਈਮ ਕਿ ਖਾਲਸਾ ਕਾਲਜ ਦਾ ਮਤਲਬ ਕਿ ਇੱਥੇ ਜਿਹੜਾ ਇੱਥੇ ਦੇ ਲੋਕ ਪੜ੍ਹਦੇ ਕਰਦੇ, ਅੱਜ ਤੁਸੀਂ ਦੇਖ ਲਓ ਬੱਚੇ ਤਾਂ ਜਾਂ ਜਿੱਦਾਂ ਦਾ ਜੋ ਇੱਕ ਸਮੇਂ ਦਾ ਜਿਹੜਾ ਕੰਟੈਂਪਰੇਰੀ ਸੱਚ ਹੈ ਜਿਹੜਾ ਬਾਹਰ ਵੀ ਚੱਲ ਰਿਹਾ ਹੈ, ਜਿਹੜਾ ਉਹੀ ਸੱਚ ਜਿਹੜਾ ਹੈ ਸਿਨੇਮਾ ਹਮੇਸ਼ਾ ਉਹਨੂੰ ਹੀ ਕੈਪਚਰ ਕਰਦਾ ਹੈ, ਉਹੀ ਦ੍ਰਿਸ਼ ਸਾਹਮਣੇ ਆਉਂਦਾ ਹੈ। ਉਹਦੇ 'ਚ ਜਿਹੜਾ ਕੋਈ ਇੱਕ ਅੱਧਾ ਸਬਜੈਕਟ ਕੋਈ ਵੱਖਰਾ ਬਣਦਾ ਹੈ ਜਿਹਨੂੰ ਅਸੀਂ ਕੰਟੈਂਟ ਦੀ ਸਿਨੇਮਾ ਜਾਂ ਪੈਰਲਰ ਸਿਨੇਮਾ ਕਹਿ ਦਿੰਦੇ ਹਾਂ, ਉਹ ਵੀ ਐਗਜ਼ਿਸਟ ਕਰਦਾ ਹੈ ਪੰਜਾਬੀ 'ਚ, ਪਰ ਉਹ ਬਹੁਤ ਘੱਟ ਹੈ। ਮੈਨੂੰ ਇਸ ਤੋਂ ਪਹਿਲਾਂ ਭਾਜੀ ਮੇਰੀ ਅੰਮੀ ਭਾਜੀ ਤੋਂ ਇਹਨਾਂ ਨੇ ਮੈਨੂੰ ਕਹਿੰਦੇ ਯਾਰ ਅੰਨੇ ਘੋੜੇ ਦਾ ਡਾਂਸ ਤੂੰ ਸੀਗਾ, ਮੈਨੂੰ ਮੈਂ ਕਹਿ ਰਹੀ ਭਾਜੀ ਕਿਸ ਦਾ ਤੂੰ ਇੱਦਾਂ ਦੀਆਂ ਫਿਲਮਾਂ ਜਿਵੇਂ ਜੇ ਮੈਂ ਮੇਰੀ ਇਮਾਨਦਾਰੀ ਦੇ ਨਾਲ ਮੇਰਾ ਕੋਈ ਮੈਂ ਬਹੁਤ ਜ਼ਿਆਦਾ ਮੇਰਾ ਫਿਲਮ 'ਚ ਮੈਂ ਮੇਕਰ ਦੇ ਤੌਰ 'ਤੇ ਇੰਨਾ ਰੁਝੇਵਾਂ ਨਹੀਂ ਹੈ, ਐਜ਼ ਐਨ ਐਕਟਰ ਜਾਂ ਇੱਕ ਆਰਟਿਸਟ ਦੇ ਤੌਰ 'ਤੇ ਆਪਣਾ ਦੱਸ ਸਕਦਾ ਕਿ ਅੱਜ ਵੀ ਸਾਡੇ ਕੋਲ ਪੰਜਾਬੀ 'ਚ ਗੱਲ ਕਰਨ ਵਾਸਤੇ ਕੋਈ 4-5 ਫਿਲਮਾਂ ਹੁੰਦੀਆਂ। ਮੜੀ ਦਾ ਦੀਵਾ ਸਾਨੂੰ ਇੱਕ ਫਰੇਮ 'ਚ ਇੱਕ ਦ੍ਰਿਸ਼ 'ਚ, ਰਾਜ ਬੱਬਰ ਵੀ ਦਿਖਦਾ ਹੈ ਸਾਡੇ ਕੋਲ, ਪੰਕਜ ਕਪੂਰ ਵੀ ਹੈ ਜਿਹਨਾਂ ਨੇ ਕਿ ਬਾਲੀਵੁੱਡ 'ਚ ਵੀ ਕੰਮ ਕੀਤਾ, ਜਿਹੜਾ ਹਿੰਦੁਸਤਾਨ ਦਾ ਇੱਕ ਸਿਰਮੌਰ ਸਿਨੇਮਾ ਜਿਹਨੂੰ ਕਹਿ ਸਕਦੇ ਹਾਂ, ਜਿਹਦੇ ਨਾਲ ਇੱਕ ਵੱਡੀ ਆਡੀਅੰਸ ਜੁੜੀ ਹੋਈ ਹੈ। ਸਾਡੇ ਕੋਲ ਲੌਂਗ ਦਾ ਰਿਸ਼ਤਾ ਹੈ, ਇੱਕ ਬਹੁਤ ਬਿਹਤਰੀਨ ਫਿਲਮ ਹੈ। ਸਾਡੇ ਕੋਲ ਚੰਨ ਪਰਦੇਸੀ ਇੱਕ ਬੜਾ ਇੱਕ ਉਹ ਫਿਲਮਾਂ ਨੂੰ ਵੇਖ ਕੇ ਅੱਜ ਵੀ ਤੁਹਾਨੂੰ ਸਕੂਨ ਮਿਲਦਾ ਕਿ ਤੁਸੀਂ ਇਕੱਠਾ ਇੱਕ ਸਕੂਨ ਨਾਲ ਕੁਛ ਇਸ ਤਰ੍ਹਾਂ। ਪਰ ਅੱਜ ਜਿਹੜਾ ਸਮਾਂ ਸ਼ਾਇਦ 2014-15 ਜਦੋਂ ਸਾਡੇ ਕੋਲ ਫੋਨ ਜਾਂ ਇੰਟਰਨੈਟ ਉਨਾ ਜ਼ਿਆਦਾ ਬਹੁਤਾਤ ਚ ਆਉਂਦਾ ਹੈ, ਅੱਜ ਦੇ ਸਮੇਂ 'ਚ ਅਸੀਂ ਕਹਿ ਰਹੇ ਕਿ ਲੋਕਾਂ ਕੋਲ ਟਾਈਮ ਨਹੀਂ, ਮੈਨੂੰ ਲੱਗਦਾ ਸਭ ਤੋਂ ਵੱਧ ਟਾਈਮ ਹੀ ਅੱਜ ਦੇ ਸਮੇਂ 'ਚ ਹੈ। 5 ਮਿੰਟ ਹੁਣੇ ਅਗਰ ਕੋਈ ਕੰਮ ਨਾ ਹੋਵੇ ਤਾਂ ਅਸੀਂ ਫੋਨ ਨਾਰੇ ਲੱਗ ਜਾਂਦੇ, ਔਰ ਸਾਡੇ ਕੋਲ ਵਰਾਇਟੀ ਇੰਨੀ ਕੁ ਹੋ ਗਈ। ਇੱਕ ਸਮਾਂ
ਉਹ ਵੀ ਸੀਗਾ ਕਿ ਤੁਹਾਨੂੰ ਕੋਈ ਵਰਡ ਨਹੀਂ ਸਮਝ ਆਉਂਦਾ ਤਾਂ ਤੁਸੀਂ ਲਾਇਬ੍ਰੇਰੀ ਭੱਜਦੇ ਸੀਗੇ ਜਾਂ ਕੋਈ ਡਿਕਸ਼ਨਰੀ ਲੱਭਦੇ ਸੀਗੇ ਜਾਂ ਕਿਸੇ ਵੱਡੇ ਆਪਦੇ ਉਸਤਾਦ ਨੂੰ ਦੇਖਦੇ ਸੀਗੇ ਕਿ ਉਹ ਥੋੜ੍ਹਾ ਮੈਨੂੰ ਦੱਸੇ। ਅੱਛਾ ਹਰ ਇੱਕ ਚੀਜ਼ ਤੁਹਾਡੀ ਜੇਬ 'ਚ ਹੈ, ਇੰਨਾ ਫਾਸਟ ਹੈ ਅਸੀਂ 5-7-10 ਸੈਕਿੰਡ ਕੋਈ ਚੀਜ਼ ਵੇਖ ਕੇ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਉਹਨੂੰ ਸਟਰੋਂਗ ਕਰ ਦਈਏ, ਸਾਡਾ ਅੰਗੂਠਾ ਚੱਲ ਪੈਂਦਾ, ਅਸੀਂ ਕੋਈ ਦੂਸਰਾ ਦੇਖਦੇ ਹਾਂ, ਇੰਨਾ ਕਰਦੇ, ਇੰਨੀ ਜ਼ਿਆਦਾ ਬਹੁਤਾਤ ਹੈ। ਅੱਜ ਦੇ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਫਿਲਮਾਂ ਤਕਰੀਬਨ ਇੱਕੋ ਜਿਹੀਆਂ ਹੀ ਬਣ ਰਹੀਆਂ ਹੈ, ਸ਼ਾਇਦ ਸਿਰਫ ਵੈਸਟ 'ਚ ਇੱਦਾਂ ਨਹੀਂ ਹੈ। ਉਹ ਇੱਕ ਤਰ੍ਹਾਂ ਦੀ ਫਿਲਮ ਬਣਦੀ ਹੈ, ਮੰਨ ਲਓ ਮੈਂ ਕੋਈ ਫਿਲਮ ਪਾਰਟੀਸ਼ਨ 'ਤੇ ਬਣਾ ਦਿੱਤੀ, ਦੂਜਾ ਦਿਨ ਅਗਰ ਉਹੀ ਸਬਜੈਕਟ ਲੈ ਕੇ ਮਾਰਕੀਟ 'ਚ ਆਇਆ ਤਾਂ ਉਹ ਕਹਿੰਦੇ ਨਹੀਂ ਯਾਰ ਇੱਥੇ ਤਾਂ ਬਣ ਗਈ ਹੈ, ਕੋਈ ਹੋਰ ਬਣਾ। ਪਰ ਸਾਡੇ ਇੱਥੇ ਜੇ ਇੱਕ ਅੰਗਰੇਜ਼ ਫਿਲਮ ਰਾਜਸਥਾਨ 'ਚ ਬਣਾ ਕੇ, ਉਹਨਾਂ ਨੇ ਬੜੀ ਸੋਹਣੀ ਫਿਲਮ, ਉਹ ਅਗਰ ਚੱਲਦੀ ਹੈ ਤਾਂ ਫਿਰ ਸਾਰਾ ਪੰਜਾਬ ਹੀ ਉਹਨੂੰ ਰਾਜਸਥਾਨ, ਤੁਸੀਂ ਅੱਜ ਵੀ ਕਿਸੇ ਨੂੰ ਫੋਨ ਕਰਕੇ ਪੁੱਛੋ ਇੱਧਰ ਮਾਲਵੇ 'ਚ, ਮੋਹਾਲੀ, ਚੰਡੀਗੜ੍ਹ, ਉਹ ਜ਼ਿਆਦਾਤਰ ਬੰਦੇ ਹਾਂ ਯਾਰ ਰਾਜਸਥਾਨ ਸ਼ੂਟ ਕਰਦਾ, ਸਾਰੀਆਂ ਫਿਲਮਾਂ ਹੀ ਉੱਧਰ ਬਣੀ ਜਾ ਰਹੀਆਂ, ਕਿਉਂਕਿ ਸਾਡੇ ਤਾਂ ਇੱਥੇ ਸ਼ਾਇਦ ਜਿਹੜਾ ਪੰਜਾਬ ਅਸੀਂ ਦਿਖਾਉਣ ਦੀ ਜਿਹੜੇ ਧਾਰ ਜਿਹੜੀਆਂ ਸਾਖ ਸਕੇਰੀਆਂ ਉਹ ਪੰਜਾਬ ਦੇ ਲੈਂਡਸਕੇਪ 'ਚ ਅੱਜ ਦੇ ਪੰਜਾਬ 'ਚ ਹੋਣਗੀਆਂ, ਪਰ ਬਹੁਤ ਹੱਦ ਤੱਕ ਘੱਟ ਵਾ। ਇੱਕ ਜਿਹੜੇ ਪਤਾ ਕੀ ਕਹਾਂਗੇ, ਇੱਕ ਸਮੇਂ ਦਾ ਚੇਂਜ ਜਾਂ ਇੱਕ ਪਰਿਵਰਤਨ ਉਹ ਹਰ ਜਗ੍ਹਾ ਹੀ ਆਉਂਦਾ ਹੈ, ਚਾਹੇ ਉਹ ਘਰਾਂ ਦੀਆਂ ਛੱਤਾਂ ਸਿੱਧੀਆਂ, ਕਦੀ ਗਾਡਰ, ਕਦੀ ਸ਼ਟੀਰੀਆਂ ਵਾਲੇ ਕੋਠੇ ਹੁੰਦੇ, ਫਿਰ ਗਾਡਰ ਵਾਲੇ ਆ ਗਏ, ਫਿਰ ਲੈਂਟਰ ਪੈਣ ਲੱਗ ਗਏ, ਹੁਣ ਲੈਂਟਰਾਂ ਦੇ ਥੱਲੇ ਵੀ ਇੱਕ ਕੋਈ ਪੀ ਓ ਪੀ ਵਗੈਰਾ ਜਾਂ ਕੁਛ ਉਹ ਲਵਾਉਂਦੇ ਆ, ਰੂਫ ਲਵਾਉਂਦੇ ਆ, ਕਰਦੇ, ਤਾਂ ਇੱਕ ਰਿਵਾਜ਼ ਹੈ ਜਿੱਦਾਂ ਸੁਸਾਇਟੀ ਦੇ ਅੰਦਰ ਇੱਦਾਂ ਇੱਕ ਰਿਵਾਜ਼ ਖਤਮ ਹੁੰਦਾ। ਹੁਣ ਉਹੋ ਜਿਹੀਆਂ ਫਿਲਮਾਂ ਸ਼ਾਇਦ ਹੀ ਅੱਜ ਤੋਂ ਕੋਈ ਪੁਰਾਣੀਆਂ ਫਿਲਮਾਂ, ਪਿਛਲੇ ਦਿਨ ਇੱਕ ਫਿਲਮ ਦੇਖੀ ਉੱਚਾ ਦਰ ਬਾਬੇ ਨਾਨਕ ਦਾ, ਉਹਦੇ 'ਚ ਉੱਨੀ ਹੀ ਮੈਨੂੰ ਸੋਬਰ ਫਿਲਮ ਲੱਗੀ, ਉੱਨੀ ਹੀ ਮੈਨੂੰ ਇੱਕ ਉਹਦਾ ਪੇਸ ਫਿਲਮ ਦਾ ਉੱਨਾ ਕੀ ਲੱਗਿਆ ਜਿਹੜਾ ਸ਼ਾਇਦ ਜਿੰਨਾ ਵਕਤਾਂ 'ਚ ਉਹ ਫਿਲਮ ਬਣੀ ਆ ਉੱਨਾ ਕੀ ਹੈ। ਅੱਜ ਜਿੰਨੀ ਭੱਜ ਦੌੜ ਹੈ, ਅੱਜ ਜਿੰਨਾ ਰੁਝੇਵਾਂ ਹੈ, ਅੱਜ ਜਿੰਨਾ ਕੁਛ ਕਮਰਸ਼ੀਅਲਾਈਜ਼ ਹੈ, ਸਾਰਾ ਕੁਛ ਹੈ, ਉਹਦੇ ਵਿੱਚ ਜਿਹੜਾ ਅੱਜ ਦਾ ਸਿਨੇਮਾ ਹੈ ਉਹ ਵੀ ਉਹੀ ਬਣ ਰਿਹਾ। ਅੱਛਾ ਇੱਕ ਬੜੀ ਸੋਹਣੀ ਗੱਲ ਹੈ ਕਿ ਪੰਜਾਬੀ 'ਚ ਫਿਲਮਾਂ ਬਹੁਤ ਬਣ ਰਹੀਆਂ ਹੈ, ਇਹ ਕਿੱਥੋਂ ਕੁ ਸ਼ੁਰੂ ਹੋਇਆ, ਕਿੱਥੋਂ ਕੁ ਆਪਾਂ ਇਸ ਗੱਲ 'ਚ ਨਾ ਪਈਏ, ਅੱਜ ਫਿਲਮਾਂ ਬਹੁਤ ਬਣ ਰਹੀਆਂ ਹੈ, ਲੋਕਾਂ ਨੂੰ ਕੰਮ ਮਿਲ ਰਿਹਾ ਹੈ। ਅਗਰ ਇੱਕ ਜਗ੍ਹਾ ਕਿਤੇ ਸ਼ੂਟਿੰਗ 'ਤੇ ਕੈਮਰਾ ਜਾਂਦਾ ਹੈ, ਕੈਮਰੇ ਦੇ ਨਾਲ ਕੋਈ 4 ਲੋਕ ਵੀ ਜਾਂਦੇ ਹੈ, ਜਿਹਨਾਂ ਨੂੰ ਪਰ ਡੇ ਜਾਂ ਇੱਕ ਕੋਈ ਉਹਨਾਂ ਦਾ ਅਮਾਊਂਟ ਹੈ, ਉਹ ਇੱਕ ਰੁਜ਼ਗਾਰ ਹੈ। ਚੰਡੀਗੜ੍ਹ ਤੋਂ ਉਰਾਂ ਖਰੜ ਸ਼ਾਇਦ ਰੋਪੜ ਤੱਕ ਉਹ ਉੱਥੇ ਕੋਲੋਨੀ ਬਣ ਰਹੀਆਂ ਨੇ ਕਿ ਜਿੱਥੇ ਇੱਧਰੋਂ ਵੀ ਕਿਤੇੋਂ ਵੀ ਸਾਰੇ ਲੋਕ ਆ ਕੇ ਰਹਿੰਦੇ ਆ, ਕਿ ਆਪਾਂ ਤਾਂ ਕਿ ਇੰਨੀ ਕੁ ਜਗ੍ਹਾ 'ਤੇ ਇੱਕ ਆਰਟਿਸਟ ਰਹਿੰਦੇ ਆ, ਉਹ ਡੇਲੀ ਕੰਮ ਵੀ ਕਰਦੇ ਆ, ਇਹ ਸਾਰਾ ਕੁਛ ਹੈ। ਪਰ ਉਹ ਇੱਕ ਹੁੰਦਾ ਵਾ ਕਿ ਇੱਕ ਕੰਮ ਬੜੀ ਤਸੱਲੀ ਨਾਲ, ਬੜੀ ਰੂਹ ਨਾਲ, ਜਿਵੇਂ ਕੋਈ ਮੁਗਲ ਏ ਆਜ਼ਮ ਕੋਈ ਹਿੰਦੁਸਤਾਨ 'ਚ ਦੁਬਾਰਾ ਥੋੜ੍ਹੀ ਬਣ ਜਾਣੀ, ਉਹ ਇੰਨੀ ਰੀਝ ਨਹੀਂ ਹੋ ਸਕਦਾ ਕੋਈ ਡਾਇਰੈਕਟਰ ਕਰ ਸਕੇ ਕਿ ਉਹ ਬੰਦੇ ਨੂੰ ਜਿਹੜੀ ਚੀਜ਼ ਚਾਹੀਦੀ ਉਹ ਕਿੰਨੇ ਮੇਕਰ 14-15 ਸਾਲ ਦਾ ਵਕਫੇ 'ਚ ਫਿਲਮ ਉਹ ਬਣਦੀ ਹੈ ਜੇ ਮੈਂ ਗਲਤ ਨਹੀਂ ਹੈ ਤਾਂ, ਪਰ ਉਹ ਕਿਆ ਫਿਲਮ ਹੈ ਉਹ ਅੱਜ ਵੀ ਸਾਡੇ ਕੋਲ ਐਪਿਕ ਹੈ ਅਤੇ ਜਿਹਨੂੰ ਇਹ ਵੇਖ ਸਕਦੇ ਹਾਂ, ਜਿਹਦੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਇਹ ਫਿਲਮ ਹੈ। ਸਾਡੀਆਂ ਫਿਲਮਾਂ ਦੇ ਅੰਦਰ ਉਹ ਰੈਪੀਟੇਸ਼ਨ ਜ਼ਿਆਦਾ ਹੈ, ਇੱਕ ਅੱਡ ਦੁਕਾਨਾਂ ਹੈ ਕਿ ਅਗਰ ਇਹਨਾਂ ਦੀ ਦੁਕਾਨ ਹੈ ਤਾਂ ਇਹਨਾਂ ਦਾ ਹੀ ਰਵਾ ਹੋਊਗਾ, ਹੀਰੋਇਨ ਭਾਵੇਂ ਹਰ ਫਿਲਮ 'ਚ ਚੇਂਜ ਕਰੀ ਜਾਓ, ਕਮੇਡੀ ਵਾਲੇ ਆ 4 ਬੰਦੇ ਹੋਣਗੇ, ਹੈ ਨਾ, ਜੇ ਉਹ ਫਲਾਣਾ ਐਕਟਰ ਹੈ ਤਾਂ ਪਿੰਡ ਦਾ ਲਾਲਾ ਬਣਾਉਣਾ ਤਾਂ ਇੱਥੇ ਇਹੀ ਹੈ। ਕਮੇਡੀਅਨ ਸ਼ਾਇਦ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਸਾਡੇ ਉਸਤਾਦ ਦੱਸਦੇ ਕਿ ਅਰੇ ਇਹ ਕਲੀਸ਼ੇ ਚੀਜ਼ਾਂ ਆ, ਜੇ ਮਤ ਕਰੋ, ਐਸਾ ਮਤ ਕਰੋ, ਇਹ ਸਟੀਰੀਓਟਾਈਪ ਛੋੜ ਦਿਓ, ਪਰ ਉਹ ਚੱਲਿਆ ਹੋਇਆ ਉਹਨਾਂ ਐਕਟਰਾਂ ਦੀ ਉਹ, ਮਤਲਬ ਕਈ ਫਿਲਮਾਂ 'ਚ ਤਾਂ ਹੱਦ ਤੋਂ ਜ਼ਿਆਦਾ ਚਿਹਰੇ ਮੋਹਰੇ ਵੀ ਉੱਦਾਂ ਦੇ ਹੀ ਲੱਗਦੇ ਰਹਿੰਦੇ ਵਾ, ਉਸ ਤੋਂ ਬਾਅਦ ਹੀ ਨਹੀਂ ਅਸੀਂ ਜਾਂਦੇ। ਅਸੀਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ 'ਚ ਇੱਕ ਮਤਲਬ ਕਿ
ਜਿੱਥੇ ਤੁਸੀਂ ਉਹ ਜਿਹੜੇ ਸੁਪਰ ਸਟਾਰਾਂ ਵਾਲਾ ਮੈਨੂੰ ਮੈਂ ਬੜੀ ਛੋਟੇ ਹੁੰਦੇ ਕਿਸੇ ਨੇ ਗੱਲ ਕਹੀ ਕਹਿੰਦੇ ਯਾਰ ਐਕਟਰ ਸਾਰੀ ਉਮਰ ਨਹੀਂ ਬਣਿਆ ਜਾਂਦਾ ਸਟਾਰ ਤਾਂ ਭਾਵੇਂ ਕੱਲ੍ਹ ਬਣ ਜਾਓ ਪਰਸੋਂ ਬਣ ਜਾਓ ਅੱਜ ਕੱਲ੍ਹ ਤਾਂ ਬਹੁਤ ਸੌਖਾ ਹੈ ਫੇਕ ਵਿਊ ਵਿਆਹ ਵੱਧ ਜਾਂਦੇ ਹੈ ਤੁਸੀਂ ਬਣ ਸਕਦੇ ਕਰ ਜਾਂਦੇ ਪਰ ਵਾਕਿਆ ਮੈਨੂੰ ਲੱਗਦਾ ਕਿ ਆਰਟਿਸਟ ਹੋਣ ਵਾਸਤੇ ਤੁਹਾਨੂੰ ਇੱਕ ਪੂਰੀ 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 ਦੀ ਪੂਰੀ ਉਮਰ ਦੇਣੀ ਪੈਂਦੀ ਹੈ ਕਿ ਇੱਕ ਕੰਮ ਨੂੰ ਤੁਸੀਂ ਸਿੱਖਣਾ ਸਾਡੇ ਕੋਲ ਸਟੂਡੈਂਟ ਆਉਂਦੇ ਆ ਬੀ ਏ 'ਚ ਸਾਡੇ ਕੋਲ ਥੀਏਟਰ ਡਿਪਾਰਟਮੈਂਟ ਹੈ ਜੀ ਫਸਟ ਈਅਰ ਦੇ ਬੱਚੇ ਆਉਂਦੇ ਆ ਜਿਹੜੇ ਪਲੱਸ ਟੂ ਕਰਕੇ ਆਏ ਸਰ ਔਰ ਉਹ ਬੱਚੇ ਨਾ ਆਪਣੇ ਆਪ ਨੂੰ ਇੱਕ ਮਾਨਸਿਕ ਤੌਰ 'ਤੇ ਇਸ ਤਰ੍ਹਾਂ ਸਮਝਦੇ ਆ ਕਿ ਹਾਂ ਜਿਹੜੇ ਕੋਈ ਹੋਰ ਜਿਵੇਂ ਸਾਇੰਸ ਸਟ੍ਰੀਮ ਵਾਲੇ ਜਾਂ ਕੁਛ ਹੋਰ ਹੈ ਉਹਨਾਂ ਨੇ ਦਬਦਬਾ ਇਸ ਤਰ੍ਹਾਂ ਦਾ ਪਾਇਆ ਕਿ ਉਹਨਾਂ ਦੇ ਕਿਹਾ ਬੀ ਏ ਬੂਏ ਵਾਲੇ ਮੈਂ 10 ਜਮਾਤਾਂ ਉਹਨਾਂ ਨਾਲ ਸਿਰਫ ਇਹੀ ਕਰਦੇ ਕਿ ਬੀ ਏ ਬੂਏ ਵਾਲੇ ਨਹੀਂ ਤੁਸੀਂ ਆਰਟਸ ਪੜ੍ਹਦੇ ਹੋ ਦੁਨੀਆ ਦਾ ਸਭ ਤੋਂ ਔਖਾ ਸਬਜੈਕਟ ਬੰਦੇ ਪੜ੍ਹਨੇ ਪੈਂਦੇ ਆ ਅਤੇ ਕਿਸੇ ਹੋਰ ਦੀ ਜ਼ਿੰਦਗੀ ਜੀਣਾ ਕਿੱਡਾ ਸੌਖਾ ਹੈ ਜਾਂ ਕਰਨਾ ਹੈ ਪਰ ਜਿਹੜੇ ਸਾਡੇ ਅੱਜ ਦੇ ਸਿਨੇਮੇ ਦੀ ਕਈ ਕਈ ਫਿਲਮਾਂ ਇਹੋ ਜਿਹੀਆਂ ਦੇਖੇ ਕਿਉਂਕਿ ਉਹ ਰਿਐਲਿਟੀ ਤੋਂ ਕਿੰਨਾ ਦੂਰ ਹੈ ਕਿ ਹੀਰੋ ਹੀਰੋ ਤਾਂ ਹੁਣ ਇਹ ਇਸ ਗੱਲ 'ਤੇ ਆਪਾਂ ਆਉਂਦੇ ਹਾਂ ਕਿ ਹੀਰੋ ਕੌਣ ਹੈ ਉਹ ਐਕਟਰ ਜਿਹੜਾ ਕਈ ਲੈ ਕੇ ਬੰਬੀ 'ਤੇ ਖਲੋਤਾ ਜਾਂ ਪੈਲੀ 'ਚ ਖਲੋਤਾ ਉਹਦਾ ਵੀ ਕੁੜਤਾ ਪ੍ਰੈਸ ਹੋਇਆ ਪੂਰਾ ਜਾਂ ਕੋਈ ਹੀਰੋ ਅਗਰ ਉਹਨੇ ਵਾਲ ਖੜੇ ਕੀਤੇ ਆ ਤਾਂ ਕਿੰਨੀ ਵੀ ਤੇਜ਼ ਬਾਈਕ ਭਜਾ ਕੇ ਗਿਆ ਵਾ ਅਤੇ ਜਦੋਂ ਉਹਨੇ ਜਾ ਕੇ ਕੁੜੀ ਨੂੰ ਬਚਾ ਲੈਣਾ ਵਾ ਲੜਾਈ ਲੜਾਈ ਵੀ ਹੋ ਜਾਣੀ ਉਹਦੇ ਵਾਲ ਉੱਦਾਂ ਦੇ ਉੱਦਾਂ ਹੀ ਰਹਿਣੇ ਆ ਮਤਲਬ ਕਿ ਇੰਨਾ ਕੁ ਜ਼ਿਆਦਾ ਵੀ ਇੱਕ ਉਹ ਜਿਹਨੂੰ ਕਹਿੰਦੇ ਇੱਕ ਲਿਪਿਆ ਪੋਤਿਆ ਜਿਹਾ ਸਿਨੇਮਾ ਬਣਾ ਦਿੱਤਾ ਵਾ ਅਗਰ ਤੁਸੀਂ ਕੋਈ ਫੋਕ ਚੀਜ਼ਾਂ ਵਿਖਾ ਰਹੇ ਹੋ ਕਿ ਘਰ ਹੈ ਚੌਂਕਾ ਚੁੱਲ੍ਹਾ ਆ ਹਾਰੇ ਹੈ ਤਾਂ ਉਹਨਾਂ 'ਚ ਕੋਈ ਨੁਕਸ ਨਹੀਂ ਹੁੰਦਾ ਯਾਰ ਉਹ ਮਤਲਬ ਉਹ ਲੱਗਦਾ ਹੀ ਨਹੀਂ ਕਿ ਇਹ ਬੀਬੀਆਂ ਨੇ ਬਣਾਇਆ ਪਿਆ ਲੱਗਦਾ ਕਿ ਬੜੇ ਲਿਪੇ ਪੋਤੇ ਦੇ ਔਰ ਬੜੇ ਵੈਲ ਫਿਨਿਸ਼ ਦੇ ਕਰਕੇ ਰੱਖਿਆ ਕਰ ਰਿਹਾ ਸੋ ਇੱਦਾਂ ਦੀਆਂ ਮੈਨੂੰ ਲੱਗਦਾ ਕਿ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਦੇ ਪਿੱਛੇ ਵਜ੍ਹਾ ਸ਼ਾਇਦ ਇਹ ਹੈ ਕਿ ਸਾਡੇ ਕੋਲ ਇੱਕ ਵਿਜ਼ਨ ਨਹੀਂ ਹੈ ਪੰਜਾਬੀ ਸਿਨੇਮੇ 'ਚ ਮੋਸਟਲੀ ਅੱਜ ਦੇ ਡਾਇਰੈਕਟਰ ਤੁਸੀਂ ਪਤਾ ਕਰੋ ਅਗਰ 10 ਡਾਇਰੈਕਟਰ ਹੈ ਤਾਂ ਉਹਨਾਂ 'ਚੋਂ 5-6 ਇਹੋ ਜਿਹੇ ਨਿਕਲ ਆਉਣਗੇ ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਕੋਈ ਜਦੋਂ ਕਿਤੇ ਸੀਡੀਆਂ ਦਾ ਦੌਰ ਚੱਲਦਾ ਸੀ ਜਾਂ ਵੀਡੀਓ ਵਾਡੀਓ ਬਣਨੀਆਂ ਸ਼ੁਰੂ ਹੋਈਆਂ ਅਤੇ ਜਿਹੜੇ ਵੀਡੀਓ ਬਣਾਉਂਦੇ ਬਣਾਉਂਦੇ ਫਿਲਮ ਡਾਇਰੈਕਟਰ ਬਣ ਬੈਠੇ ਜਾਂ ਕੁਛ ਸਮਾਂ ਬੰਬੇ ਰਹਿ ਕੇ ਆਏ ਆ ਜਾਂ ਕਰਕੇ ਆਏ ਮੈਂ ਇਸ ਚੀਜ਼ ਬੜੀ ਯਕੀਨ ਨਾਲ ਕਹਿ ਸਕਦਾ ਕਿ ਥੀਏਟਰ ਦਾ ਬੰਦਾ ਕੋਈ ਨਹੀਂ ਜਿੱਥੇ ਕੋਈ ਥੀਏਟਰ ਵਾਲੇ ਅਗਰ ਬੈਠੇ ਆ ਆਰਟਿਸਟ ਤਾਂ ਥੀਏਟਰ ਦਾ ਬੰਦਾ ਚਾਹੇ ਉਹ ਜਿਹੜਾ ਥੀਏਟਰ ਬੈਕਗਰਾਊਂਡ ਤੋਂ ਐਜ਼ ਐਨ ਐਕਟਰ ਫਿਲਮਾਂ 'ਚ ਜਾਵੇ ਚਾਹੇ ਉਹ ਐਜ਼ ਅ ਡਾਇਰੈਕਟਰ ਫਿਲਮਾਂ 'ਚ ਜਾਵੇ ਅਗਰ ਉਹ ਵਾਕਿਆ ਥੀਏਟਰ ਕਰਕੇ ਗਿਆ ਅਤੇ ਆਪ ਨੂੰ ਨਾਟਕ ਵਾਲਾ ਕਹਿੰਦਾ ਹੈ ਤਾਂ ਉਹ ਬੜਿਆਂ ਨਾਲ ਚੰਗਾ ਸਾਬਿਤ ਹੋ ਸਕਦਾ ਫਿਲਮ 'ਚ ਤੁਸੀਂ ਦੇਖੋ ਬਾਲੀਵੁੱਡ 'ਚ ਡੇਵਿਡ ਧਵਨ ਸਾਹਿਬ ਦਾ ਬੇਟਾ ਜਿਹਨੂੰ ਕੰਮ ਕਰਦਾ ਹੈ ਕਿ ਨਾਂ ਉਹਦਾ ਮੈਂ ਭੁੱਲ ਗਿਆ ਵਰੁਣ ਧਵਨ ਬਦਲਾਪੁਰ ਸ਼ਾਇਦ ਫਿਲਮ ਹੈ ਅਤੇ ਨਵਾਜ਼ੁਦੀਨ ਸਦੀਕੀ ਨਾਲ ਉਹਨੂੰ ਕੰਮ ਕਰਨਾ ਪੈਂਦਾ ਤਾਂ ਉਹਨੂੰ ਵੀ ਉੰਨੀ ਮਿਹਨਤ ਕਰਕੇ ਆਪਣਾ ਹੋਮਵਰਕ ਕਰਕੇ ਆਉਣਾ ਪੈਂਦਾ ਹੈ ਕਿ ਭਾਈ ਮੈਂ ਇੱਕ ਐਕਟਰ ਨਾਲ ਕੰਮ ਕਰ ਰਿਹਾ ਮੈਂ ਮੇਰੇ ਸਾਹਮਣੇ ਕੋਈ ਮੇਰਾ ਕੋ ਐਕਟਰ ਹੈ ਮੇਰੇ ਸਾਹਮਣੇ ਕੋ ਐਕਟਰ ਮੇਰਾ ਇੱਕ ਐਕਟਰ ਹੈ ਉਹ ਇਸ ਤਰ੍ਹਾਂ ਦੀ ਤਿਆਰੀ ਕਰਕੇ ਆਉਂਦਾ ਪਰ ਸਾਡੇ ਵੀ ਇੱਥੇ ਚੰਗੀ ਗੱਲ ਹੈ ਕਿ ਥੀਏਟਰ ਵਾਲੇ ਵੀ ਕਈ ਜਿਹਨੂੰ ਕਿ ਮੈਂ ਬੜਾ ਛੋਟਾ ਸੀਗਾ ਮੈਂ ਮੇਰੇ ਦੋਸਤ 'ਚ ਦੇਖਦਾ ਹੁੰਦਾ ਕਿ ਥੀਏਟਰ ਵਾਲੇ ਥੋੜ੍ਹਾ ਜਿਹਾ ਉਹ ਨਹੀਂ ਥੀਏਟਰ ਵੀ ਕਰੀ ਜਾ ਰਹੇ ਅੱਜ ਚੰਗੀ ਗੱਲ ਹੈ ਕਿ ਜਿਹੜੇ ਨਵੇਂ ਲੋਕ ਆ ਥੀਏਟਰ ਦੇ ਸਾਰੇ ਦੇ ਸਾਰੇ ਉਹ ਸਿਨੇਮੇ ਨੂੰ ਵੀ ਵੇਖਦੇ ਆ ਮੈਨੂੰ ਲੱਗਦਾ ਕਿ ਥੀਏਟਰ ਤੋਂ ਅਗਰ ਗਾਂਹ ਨੂੰ ਜਾਈਏ ਤਾਂ ਸਿਨੇਮਾ ਹੀ ਹੈ ਔਰ ਸਿਨੇਮਾ ਕੋਈ ਮਾੜੀ ਗੱਲ ਨਹੀਂ ਹੈ ਕਰਨਾ ਚਾਹੀਦਾ ਹੈ ਸਾਡੇ ਕੋਲ ਕਿਉਂਕਿ ਸਬਜੈਕਟ ਬੜੇ ਹੈ ਸਾਡੇ ਕੋਲ ਰਿਐਲਿਟੀ ਬੜੀ ਹੈ ਸਾਰੀ ਉਮਰ ਬਾਹਰ ਲਿਆਣੇ ਆ ਕੇ ਜਿਹੜਾ ਪੰਜਾਬ ਦਾ ਲੈਂਡਸਕੇਪ ਯਸ਼ ਚੋਪੜਾ ਦੀਆਂ ਕਿੰਨੀਆਂ ਫਿਲਮਾਂ ਵੇਖ ਲਓ ਉਹਨਾਂ ਨੇ ਸਾਡੇ ਸਰੋਂ ਦੇ ਫੁੱਲ ਵਿਖਾਏ ਉਹਨੂੰ ਕਿਸੇ ਕਿਤੇ ਹੋਰ ਜਾ ਕੇ ਨਹੀਂ ਵਿਖਾਏ ਕਿਤੇ ਤਾਂ ਉਹ ਇੱਦਾਂ ਦੀਆਂ ਫਿਲਮਾਂ ਵੀ ਜਿਹੜੀਆਂ ਮੈਂ ਉਹ ਬੰਨੀਆਂ ਕਰਨੀਆਂ ਚਾਹੀਦੀਆਂ ਇੱਕ ਫਿਲਮ ਆਈ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਦੇ ਅੰਦਰ ਕਿੰਨੀ ਖੂਬਸੂਰਤ ਗੱਲ ਹੁੰਦੀ ਹੈ ਕਿ ਸਾਡਾ ਜਿਹੜਾ ਲਹਿੰਗਾ ਪੰਜਾਬ ਹੈ ਉੱਧਰ ਦੇ ਆਰਟਿਸਟ ਸਾਡੇ ਨਾਲ ਕੰਮ ਕਰਦੇ ਆ ਇਹ ਬਿਕੋਜ਼ ਆਫ ਸਿਨੇਮਾ ਕਿੰਨੀ ਚੰਗੀ ਗੱਲ ਹੈ ਜੇ ਸਾਡਾ ਇੱਥੋਂ ਅੱਧੇ ਘੰਟੇ 'ਚ ਪਾਕਿਸਤਾਨ ਵਾ ਜੇ ਇੱਥੋਂ ਸਾਡਾ ਟਾਰੀ ਥਾਣੀ ਨਹੀਂ ਵਪਾਰ ਖੁੱਲ੍ਹ ਰਿਹਾ ਜਾਂ ਕੁਛ ਨਹੀਂ ਖੁੱਲ੍ਹ ਰਿਹਾ ਪਰ
ਉਹ ਖੂਨ ਤਾਂ ਦੋਹੇ ਪਾਸੇ ਉਹੀ ਹੈ, ਤਸੀਰ ਤਾਂ ਉਹੀ ਹੈ ਇੱਕ ਮਿੱਟੀ ਦੀ, ਕਿ ਦੋਨੋਂ ਪੰਜਾਬਾਂ ਦੇ ਜਿਹੜੇ ਕਲਾਕਾਰ ਹੈ ਉਹ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਜਿਹੜਾ ਇੱਕ ਆਰਟ ਹੈ, ਇੱਕ ਆਰਟ ਦੇ ਰਾਹੀਂ ਉਹ ਚਾਹੇ ਇਕੱਠੇ ਮਿਲ ਕੇ ਉਹ ਕੰਮ ਕਰ ਰਹੇ ਹੈ, ਤਾਂ ਉਹ ਇੱਕ ਚੰਗੀ ਗੱਲ ਹੈ ਕਿ ਇਹਦੇ ਨਾਲ ਇੰਨਾ ਕੁ ਹੁੰਗਾਰਾ ਮਿਲ ਰਿਹਾ ਸੀ ਉਹ ਲੋਕ ਪੰਜਾਬਾਂ ਦੇ ਅੰਦਰ, ਜਿਹੜੀ ਸ਼ਾਇਦ ਸਾਡੇ ਨੇਤਿਆਂ ਦੀ ਜਾਂ ਕਿਹਨਾਂ ਦੀ ਇੱਕ ਫੈਲਾਈ ਹੋਈ ਨਫ਼ਰਤ ਹੈ ਉਹ ਦੂਰ ਹੋ ਰਹੀ ਹੈ, ਅਸੀਂ ਸਿਨੇਮਾ ਉਹ ਦੇਖ ਸਕਦੇ ਹਾਂ। ਅਗਰ ਅਸੀਂ ਸਾਡੇ ਨਾਇਕਾਂ ਦੀ ਗੱਲ ਕਰੀਏ ਤਾਂ ਅੱਜ ਪੰਜਾਬੀ ਦੇ ਅੰਦਰ ਸ਼ਾਇਦ ਕਿਹੀ ਹਿੰਦੁਸਤਾਨ ਦਾ ਕੋਈ ਵੀ ਹੋਰ ਰੀਜਨਲ ਸਿਨੇਮਾ, ਚਾਹੇ ਸਾਊਥ ਦਾ ਹੈ, ਚਾਹੇ ਮਰਾਠੀ ਸਿਨੇਮਾ ਹੈ, ਚਾਹੇ ਕਿਤੋਂ ਦਾ ਹੋਰ ਹੈ, ਉਹ ਸਾਡਾ ਸਿਨੇਮਾ ਹਾਲੇ ਉਹ ਸਾਊਥ ਵਰਗਾ ਨਹੀਂ ਬਣਿਆ ਜਿਹੜੇ ਉਹਨਾਂ ਦੀਆਂ ਫਿਲਮਾਂ ਆਉਂਦੀਆਂ। ਔਰ ਇੱਕ ਪਿੱਛੇ ਜੀ ਕੋਈ ਫਿਲਮ ਕਾਂਤਾਰਾ, ਸ਼ਾਇਦ ਉਹ ਕਹਿੰਦੇ ਕਿ ਉਹ ਬੰਦਾ ਐਕਟਰ ਵੀ ਆਪ ਹੈ ਸਾਹਿਬ, ਉਹ ਡਾਇਰੈਕਟਰ ਵੀ ਆਪ ਹੈ, ਉਹ ਸਾਰਾ ਕੁਛ ਉਹਨਾਂ ਨੇ ਆਪ ਹੀ ਕਰਤਾ। ਔਰ ਉਹ ਬੜੀਆਂ ਇੱਦਾਂ ਦੀਆਂ ਹੋਰ ਵੀ ਇੱਕ ਧੀਰਜ ਹੈ ਸਾਊਥ ਦਾ, ਔਰ ਮਤਲਬ ਉਹਨਾਂ ਦਾ ਸਿਨੇਮਾ ਜਿਹੜਾ ਵਾ ਉਹ ਅੱਜ ਵੀ ਸ਼ਾਇਦ ਉਹਦੇ 'ਚ ਇੱਕ ਵੱਡਾ ਕਾਰਨ ਇਹ ਹੋ ਸਕਦਾ ਕਿ ਉਹ ਜਦੋਂ ਸ਼ਾਇਦ ਸਾਊਥ ਵਾਲੇ ਲੋਕ ਆਰਟ ਉਨਾ ਜ਼ਿਆਦਾ ਸਿੱਖਦੇ ਰਹੇ ਹੋਣਗੇ, ਉਹ ਰੰਗੋਲੀ ਬਣਾਉਣੀ ਸਿੱਖ ਜਾਂਦੇ ਹੋ, ਉਦੋਂ ਅਸੀਂ ਲੜਾਈਆਂ ਲੜੀਆਂ 'ਚ ਫਸੇ ਰਹਿ ਗਏ ਇਸ ਪਾਸੇ ਤੋਂ ਜਿਹੜਾ ਸਾਡੇ ਹਮਲਾਵਰ ਆਉਂਦੇ ਰਹੇ ਕਰਦੇ ਰਹੇ। ਪਰ ਹਾਂ, ਸਾਡੇ ਕੋਲ ਮੈਨੂੰ ਲੱਗਦਾ ਕਿ ਜਿੰਨੇ ਵੀ ਸਿਨੇਮਾ ਬਣਾਉਣ ਲੱਗਣਾ ਹੈ ਉਹਦੇ ਕੋਲ ਬਕਾਇਦਾ ਇੱਕ ਟ੍ਰੇਨਿੰਗ, ਇੱਕ ਜਦੋਂ ਕੋਈ ਕੋਈ ਵੀ ਕੰਮ, ਮੈਂ ਤਾਂ ਨਾਟਕ ਵੀ ਕਰਦਾ ਹੈ ਤਾਂ ਅਸੀਂ ਇੱਕ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਡਿਜ਼ਾਇਨ ਕਰਦੇ ਹਾਂ ਨਾ, ਕਿ ਇੱਕ ਇੱਕ ਪ੍ਰੋਡਕਸ਼ਨ ਹੈ ਅਸੀਂ ਕਰਨੀ ਹੈ, ਉਹ ਡਿਜ਼ਾਇਨ ਹੈ ਉਹਦੇ ਅੰਦਰ ਡਾਇਰੈਕਟਰ ਵੀ ਆਊਗਾ, ਉਹਦੇ ਅੰਦਰ ਸਾਰੀਆਂ ਚੀਜ਼ਾਂ ਆਉਂਗੀਆਂ ਸਾਡੀਆਂ ਫਿਲਮਾਂ 'ਚ। ਮੈਨੂੰ ਲੱਗਦਾ ਕਿ ਇਹ ਇੱਕ ਆਸਪੈਕਟ ਹੈ ਜਿਹੜਾ ਜਿਹੜਾ ਮਿਸਿੰਗ ਹੈ, ਸ਼ਾਇਦ ਕੋਈ ਇਸ ਤਰ੍ਹਾਂ ਹੀ ਹੈ। ਇਹ ਉੱਦਾਂ ਹੀ ਫਰਕ ਹੈ ਕਿ ਕੋਈ ਉੱਠਿਆ, ਕੋਈ ਕਿਸੇ ਨੇ ਮੋਹਾਲੀ ਫੋਨ ਕੀਤਾ ਕਿਸੇ ਨੂੰ ਕਿ ਉਹਦਾ ਸਟੂਡੀਓ, ਕਹਿੰਦਾ ਹਾਂ ਯਾਰ ਮੈਂ ਨਾ ਇੱਕ ਗਾਣਾ ਲਿਖਿਆ ਬੜਾ ਵਧੀਆ, ਕਹਿੰਦਾ ਆ ਜਾ ਰਾਤ ਸ਼ੂਟ ਰਿਕਾਰਡ ਕਰਦੇ ਹਾਂ। ਉਹ ਰਾਤ ਗਏ ਮੋਹਾਲੀ, ਗਾਣਾ ਸ਼ੂਟ ਕੀਤਾ, ਕੱਲ੍ਹ ਪਰਸੋਂ ਨੂੰ ਕੋਈ ਲਾਗੇ ਬੰਨੇ ਵੀਡੀਓ ਵਾਡੀਓ ਵੀ ਬਣਾਈ ਕਰੀ, ਉਹ ਪਾਤਾ, ਉਹਦੇ 'ਚ 100K ਵਿਊ ਆ ਗਏ। ਅਤੇ ਪਰ ਉਹ ਸਰਦੂਰ ਸਿਕੰਦਰ ਵਾਲੀ ਗੱਲ ਥੋੜ੍ਹੀ ਨਾ ਬਣੀ। ਹੁਣ ਜਿਹੜਾ ਸਰਦੂਰ ਸਿਕੰਦਰ ਆ ਉਹ ਸਾਰੀ ਉਮਰ 'ਚ ਮਿਹਨਤ ਕਰੀ ਬੈਠਾ ਹੈ, ਉਹਦੇ ਜਿੰਨਾ ਥੋੜ੍ਹੀ ਨਾ ਹੀ ਗੱਲ ਹੈ, ਵੀ ਚਾਹੇ ਸਾਡੇ ਕਿੰਨੇ ਵੀ ਵਿਊ ਆ ਜਾਣ। ਕੈਸਾ ਦੌਰ ਚੱਲ ਰਿਹਾ ਸਾਡਾ, ਇਹਦੇ ਨਾਲ ਹੀ ਤੁਸੀਂ ਸ਼ਾਇਦ ਦ੍ਰਿਸ਼ ਨੂੰ, ਪੰਜਾਬੀ ਫਿਲਮਾਂ ਨੂੰ ਇਹਦੇ ਵਿੱਚ ਰੱਖ ਕੇ ਗਿਣਿਓ ਕਿ ਸਰਕਾਰ ਇੱਕ ਆਰਡਰ ਕੱਢਦੀ ਹੈ ਕਿ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਨਾਟਕ ਕਰਨੇ ਆ ਕਾਲਜਾਂ 'ਚ, ਨੁੱਕੜ ਨਾਟਕ, ਠੀਕ ਹੈ ਜੀ। ਔਰ ਉਹ ਨੁੱਕੜ ਨਾਟਕ ਨਾ ਹੋ ਕੇ ਉਹ ਫੋਟੋ ਖਿਚਾਉਣ ਤੱਕ ਜ਼ਿਆਦਾ ਰਹਿ ਗਏ ਕਿ ਪਿੱਛੇ ਬੈਨਰ ਲੱਗਾ ਕਿ ਪੱਗਾਂ ਬੰਨ੍ਹ ਕੇ ਕਿਸੇ ਰੰਗ ਦੀਆਂ ਅਤੇ ਫੋਟੋਆਂ ਖਿਚਾਉਣ। ਇੱਦਾਂ ਦੀ ਦੌਰ ਚੱਲ ਰਿਹਾ, ਇੱਦਾਂ ਦੇ ਕਿੰਨੇ ਕੰਮ ਹੋਣਗੇ, ਅਸੀਂ ਜਾਣਦੇ ਵੀ ਹੋਵਾਂਗੇ ਕਿ ਉਹ ਜਿਹੜਾ ਇਹ ਦੌਰ ਹੀ ਇਸ ਤਰ੍ਹਾਂ ਦਾ ਚੱਲ ਰਿਹਾ। ਪਰ ਸਿਨੇਮਾ ਜਾਂ ਨਾਟਕ ਜਾਂ ਵਿਜੁਅਲ ਆਰਟ ਜਾਂ ਕੋਈ ਵੀ ਆਰਟ ਹੈ, ਉਹਦੇ ਕੋਲ ਉਹ ਪਾਵਰ ਹੈ, ਉਹ ਗਰਸ ਹੈ, ਉਹ ਜ਼ੁਰਤ ਹੈ ਕਿ ਉਹ ਸਾਰੀ ਸੁਸਾਇਟੀ ਨੂੰ ਬਦਲ ਸਕਦਾ ਹੈ, ਉਹ ਸਾਰੀ ਸੁਸਾਇਟੀ ਨੂੰ ਕੋਈ ਉਹ ਕਰ ਸਕਦਾ ਹੈ। ਮੈਨੂੰ ਥੋੜ੍ਹੇ ਦਿਨ ਪਹਿਲਾਂ ਮੇਰੀ ਸਤੀਸ਼ ਵਰਮਾ ਸਰ ਨਾਲ ਸ਼ਾਇਦ ਜ਼ਿੰਦਗੀ 'ਚ ਦੂਸਰੀ ਮੁਲਾਕਾਤ ਆ, ਮੇਰਾ ਇੱਕ ਨਾਟਕ ਦੇਖਿਆ ਸੀਗਾ ਇਹਨਾਂ ਨੇ ਸੌਖਾ ਨਹੀਂ ਪਟਿਆਲੇ ਦੇਖਿਆ ਥੀਏਟਰ ਡਿਪਾਰਟਮੈਂਟ 'ਚ, ਅੱਜ ਦੂਸਰੀ ਮੁਲਾਕਾਤ ਹੈ। ਇੱਕ ਵਾਰ ਮੈਂ ਇਹਨਾਂ ਨੂੰ ਵੇਖਿਆ, ਮੈਂ ਨਾ ਆਹ ਵੇਖਣ ਦਾ ਜਿੰਦਗਨ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ, ਮੈਂ ਤਾਂ ਕੁਛ ਫਿਲਮਾਂ ਦੇਖਦਾ ਅੱਜ ਕੱਲ੍ਹ, ਮੈਂ ਇੱਕ ਫਿਲਮ ਵੇਖੀ ਮੈਂ ਅਤੇ ਬਾਪੂ। ਉਹ ਫਿਲਮ ਵੇਖ ਲੈ, ਵੇਖ ਲਈ, ਤੁਸੀਂ ਵੀ ਵੇਖ ਲਈ ਕਿ ਇਹ ਗੱਲ ਬਾਰੇ ਮੈਨੂੰ ਲੱਗਦਾ ਕਿ ਉਹ ਮੇਰੀ ਆਪਦੀ ਧਾਰਾ ਹੋ ਸਕਦੀ ਕਿ ਚੰਗੀ ਜਾਂ ਮਾੜੀ ਜਾਂ ਕਿਸ ਤਰ੍ਹਾਂ, ਮੇਰੀ ਮੁਖਤਲਿਫ ਹੋ ਸਕਦੀ ਹੈ ਬਾਕੀਆਂ ਨਾਲੋਂ, ਕਿਉਂਕਿ ਮੈਂ ਤੁਹਾਡੇ ਨਾਲੋਂ ਇੱਕ ਅਲੈਦਾ ਇਨਸਾਨ ਹੈ, ਤੁਸੀਂ ਮੇਰੇ ਨਾਲੋਂ ਇੱਕ ਅਲੈਦਾ ਇਨਸਾਨ ਹੋ, ਤੁਹਾਡਾ ਸੋਚਣ ਦਾ ਸਮਝਣ ਦਾ ਇੱਕ ਢੰਗ ਵੱਖਰਾ ਹੋ ਸਕਦਾ। ਪਰ ਉਹ ਫਿਲਮ ਵੇਖ ਕੇ ਮੈਨੂੰ ਮੇਰੇ ਭਾਉ ਦੀ ਯਾਦ ਆ ਗਈ, ਮੈਂ ਕਿਹਾ ਵੀ ਯਾਰ ਕੁਛ ਚੀਜ਼ਾਂ ਤਾਂ ਸਾਰੇ ਭਾਪਿਆਂ 'ਚ ਸੇਮ ਹੀ ਹੁੰਦੀਆਂ, ਇੱਕ ਬੇਸਿਕ ਐਲੀਮੈਂਟ ਤਾਂ ਸਭ 'ਚ ਸੇਮ ਹੀ ਹੋਊਗਾ। ਕਿ ਕੋਈ ਉਹ ਫਲਾਣਾ ਸਿੰਘ ਵੀ ਨਾਟਕ ਕਰਦਾ, ਤੂੰ ਉਹ ਵੀ ਕਰਦਾ, ਮੈਂ ਵੀ ਕਰਦਾ, ਉਹ ਵੀ ਕਰਦਾ, ਅਸੀਂ ਇੱਕ ਨਾਟਕ ਵੀ ਕਰੀਏ, ਪਰ ਸਾਡਾ ਉਹ ਜਿਹੜਾ
ਇੱਕ ਪ੍ਰੋਡਕਸ਼ਨ ਟੈਕਸਟ ਹੈਗਾ ਜਿਹੜੀ ਪ੍ਰੈਜੈਂਟੇਸ਼ਨ ਹੈ 21 ਮੈਕਬੈਥ ਹੈ ਉਹ 10 ਬੰਦੇ ਵੀ ਕਰਨ ਤਾਂ ਉਹਨਾਂ 'ਚ 10 'ਚ ਵਖਰੇਵਾਂ ਹੋਊਗਾ। ਇੱਦਾਂ ਹੀ ਸਿਨੇਮਾ ਵਾ ਜਿਹੜਾ ਥੋੜ੍ਹਾ ਬਹੁਤਾ ਸੋਚ ਕੇ ਜਾਂ ਸਮਝ ਕੇ ਮੈਨੂੰ ਲੱਗਦਾ ਕਿ ਉਹ ਚੀਜ਼ ਅਸੀਂ ਕਰਦੇ। ਇੱਕ ਮੈਂ ਫਿਲਮ ਦੇਖੀ, ਨਾਂ ਨੂੰ ਤਾਂ ਮੈਨੂੰ ਇੰਨਾ ਕੋਈ ਯਾਦ ਨਹੀਂ ਹੈ, ਪਰ ਉਹਦੇ 'ਚ ਮੈਂ ਇੱਕ ਬੜੀ ਛੋਟੀ ਜਿਹੀ ਗੱਲ ਦੱਸਦਾ ਵੀ ਇਹ ਸ਼ਾਇਦ ਜੇ ਮੈਨੂੰ ਸਮਝ ਆ ਗਈ ਤਾਂ ਕੋਈ ਵੀ ਸਮਝਦਾ ਹੋਊਗਾ। ਤੁਸੀਂ ਰੱਖੜੀ ਦੀ ਗੱਲ ਕਰ ਰਹੇ ਹੋ, ਰੱਖੜੀ ਦੇ ਮਹੀਨੇ ਦੀ, ਰੱਖੜੀ ਕਦੋਂ ਹੁੰਦੀ ਆ? ਮੇਰੇ ਖਿਆਲ ਭਾਦੋਂ ਦੇ ਚੜਿਆ ਇੱਥੇ ਕੁ ਹੁੰਦੀ ਆ, ਅਗਸਤ ਮਹੀਨੇ 'ਚ। ਤਾਂ ਉਹ ਲੱਗ ਸੀਨ, ਉਹਨਾਂ ਨੇ ਰੱਖੜੀ ਦੀ ਗੱਲ ਚੱਲ ਰਹੀ ਸਾਰਾ ਕੁਛ, ਅਤੇ ਇੱਧਰ ਟੋਕੇ ਦੇ ਉੱਤੇ ਉਹ ਸਰੋਂ ਉਤਰ ਰਿਹਾ ਵਾ ਬੰਦਾ। ਹੁਣ ਭਾਦੋਂ 'ਚ ਸਰੋਂ ਨਹੀਂ ਹੁੰਦੀ, ਇਹ ਇਹ ਇੱਕ ਟੈਕਨੀਕ, ਸਾਗ ਹੋਣਾ, ਸ਼ਟਾਲਾ ਹੋਣਾ, ਬਰਸੀਨ ਲੱਗਣੀ। ਤੋ ਇੱਦਾਂ ਦੀਆਂ ਚੀਜ਼ਾਂ ਦੇ ਅੰਦਰ ਵੀ ਸਾਡੇ ਸਿਨੇਮੇ ਦੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਉਹ ਹੈ। ਅਸੀਂ ਅੱਜ ਵੀ ਮੌਲ ਪਾਕਿਸਤਾਨ ਵਾਲੇ ਦੀ ਇੱਕ ਫਿਲਮ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਚਰਚਾ ਦਾ ਵਿਸ਼ਾ ਹੈ, ਮੌਲਾ ਜੱਟ। ਮੌਲਾ ਜੱਟ ਕਹਿੰਦੇ ਜੀ ਉਹਨਾਂ ਨੇ ਬੜਾ ਸਿਰਾ ਕਰਾਇਆ ਉਸ ਫਿਲਮ 'ਚ, ਬੜੀ ਤਕੜੀ ਫਿਲਮ ਬਣਾ ਕੇ ਕਰਤੀ। ਸਾਡੇ ਕੋਲ ਉੱਦਾਂ ਦੀ ਫਿਲਮ ਨਹੀਂ ਹੈ ਸ਼ਾਇਦ ਹਾਲੇ। ਸਾਡੇ ਕੋਲ ਇੱਕ ਇੱਕ ਫਿਲਮ ਦਾ ਮੈਂ ਹੋਰ ਜ਼ਿਕਰ ਕਰੂੰਗਾ, ਅੰਨੇ ਘੋੜੇ ਦਾ ਦਾਨ। ਅੰਨੇ ਘੋੜੇ ਦਾ ਦਾਨ ਜਾਂ ਬਾਜਰੇ ਦਾ ਸਿੱਟਾ, ਉਹ ਕੁਛ ਜਿਹੜਾ ਪੁਰਾਣਾ ਸਿਨੇਮਾ ਹੈ, ਸਿਨੇਮਾ ਦੇ ਉੱਤੇ ਕਦੀ ਵੀ ਉਹਦੇ ਦ੍ਰਿਸ਼ ਦੇ ਉੱਤੇ ਜਦੋਂ ਜਿਹੜਾ ਉਹਦਾ ਦ੍ਰਿਸ਼ ਹੈ ਜਾਂ ਉਹਦੀ ਦਿਸ਼ਾ ਦੇਣ ਨੂੰ ਜਾਊਗੀ। ਅੱਜ ਪੰਜਾਬ 'ਚ ਗੈਂਗਸਟਰਾਂ ਦੀ ਗੱਲ ਹੁੰਦੀ ਆ ਜਾਂ ਨਸ਼ੇ ਦੀ ਗੱਲ ਹੁੰਦੀ ਆ, ਤਾਂ ਕਿੰਨੀਆਂ ਫਿਲਮਾਂ ਤੁਹਾਡੇ 'ਚੋਂ ਬੈਠਿਆਂ 'ਚ ਤੁਸੀਂ ਯਾਦ ਕਰ ਸਕਦੇ ਹਾਂ ਕਿ ਤੁਸੀਂ ਦੇਖੀਆਂ ਹੋਣੀਆਂ, ਜਿਹਨਾਂ 'ਚ ਕੋਈ ਕਿਸੇ ਅੱਜ ਦੇ ਕਿਸੇ ਚੰਗੇ ਭਲੇ ਲੀਡਰ ਦਾ ਉਹਨਾਂ ਨੇ ਨਕਲ ਬਣਾਈ ਹੁੰਦੀ, ਉਹਦਾ ਨਾਮ ਕੋਈ ਹੋਰ ਰੱਖ ਕੇ ਜਾਂ ਕੋਈ ਹੋਰ ਕਰਕੇ, ਇੱਦਾਂ ਦੇ ਕੌਨਸੈਪਟ ਚੱਲਦੇ ਵਾ ਕਰਦੇ ਵਾ। ਪਰ ਇਹ ਇੱਕ ਇਹਦੇ ਨਾਲ ਨਾਲ ਮੈਂ ਇਹਨਾਂ ਕਹਿੰਦਾ ਜਦੋਂ ਸੋਚ ਰਿਹਾ, ਮੈਂ ਇੱਕ ਚੀਜ਼ ਮਹਿਸੂਸ ਕੀਤੀ ਕਿ ਸਾਡੇ ਪੰਜਾਬ ਜਿੰਨਾ ਵੀ ਪੰਜਾਬੀ ਸਿਨੇਮਾ ਆ ਰਿਹਾ ਵਾ, ਉਹ ਪੰਜਾਬੀ ਸਿਨੇਮੇ 'ਚ ਜਿਹੜਾ ਸਾਡਾ ਨਾਇਕ ਹੈ, ਉਹ ਇਹ ਤਾਂ ਮੈਨੂੰ ਲੱਗਦਾ ਕਿ ਕੋਈ ਕਾਨੂੰਨ ਹੀ ਸ਼ਾਇਦ ਬਣ ਗਿਆ ਕਿ ਜਿਹੜਾ ਸਾਡਾ ਨਾਇਕ ਹੈ ਉਹ 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 ਜੱਟ ਹੋਣਾ ਚਾਹੀਦਾ ਹੈ, ਹੈ ਨਾ, ਔਰ ਉਹ ਚੰਗਾ ਕੋਈ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਪੰਜਾਬੀ ਸਿਨੇਮੇ ਦੇ ਅੰਦਰ ਜਿਹੜਾ ਪੰਜਾਬ ਦਾ ਸ਼ਹਿਰ ਦਾ ਇੱਕ ਵਰਗ ਹੈ, ਸ਼ਹਿਰਾਂ ਦੀਆਂ ਮੈਨੂੰ ਲੱਗਦਾ ਕਿ ਆਮ ਤੁਸੀਂ ਆਹ ਸਾਹਮਣੇ ਚਲ ਜਾਓ ਕਾਲਜ ਦੇ, ਅਤੇ ਇੱਥੋਂ ਲੈ ਕੇ ਫਾਰਮੂਨ ਦੇ ਨੁੱਕਰ ਤੋਂ ਲੈ ਕੇ ਅਤੇ ਉਹ ਪਰੇ ਪੈਟਰੋਲ ਪੰਪ ਤੱਕ ਹੀ ਬੜੀ ਦੁਨੀਆ ਹੋਊਗੀ, ਫਿਲਮ ਹੀ ਹੋਊਗੀ, ਇੰਨਾ ਵਖਰੇਵਾਂ ਵਾ। ਉਤਲੀ ਗੱਲ ਚੰਗੀ ਹੈ, ਜਿਹੜਾ ਇੱਕ ਸ਼ਹਿਰ ਦਾ ਕੰਟੈਂਟ ਹੈ ਉਹ ਉਹ ਸਾਡੀਆਂ ਫਿਲਮਾਂ 'ਚ ਬੜਾ ਜ਼ਿਆਦਾ ਮਿਸਿੰਗ ਹੈ, ਉਹ ਬੜਾ ਜ਼ਿਆਦਾ ਮਿਸਿੰਗ ਹੈ। ਸਾਡੇ ਕੋਲ ਕੋਈ ਨਾਇਕ ਬਣਾਉਣ ਵਾਸਤੇ ਕੋਈ ਹਿੰਦੂ ਚਿਹਰਾ ਵੀ ਅਸੀਂ ਫਿਲਮਾਂ 'ਚ ਨਹੀਂ ਰੱਖਦੇ। ਬੇਸ਼ੱਕ ਕੋਈ ਕੋਈ ਹਿੰਦੂ ਕਲਾਕਾਰ ਜਿਹੜਾ ਕਿ ਪਰਸਨਲ ਲਾਈਫ 'ਚ ਮੇ ਬੀ ਉਹ ਹਿੰਦੂ ਹੋਵੇ, ਉਹ ਫਿਲਮ 'ਚ ਕਰ ਰਿਹਾ, ਪਰ ਸਾਡੀ ਸਟੋਰੀ, ਸਾਡੀ ਸਕ੍ਰਿਪਟ ਜਿਹੜੀ ਹੈ ਉਹ ਨਾਇਕ ਸਾਡਾ ਜਾਟੀ ਹੋਣਾ ਚਾਹੀਦਾ। ਇਹ ਪਤਾ ਨਹੀਂ ਕੀ ਇਹ ਇੱਕ ਫੇਜ਼ ਹੈ, ਇਹ ਜਿਹੜਾ ਚੱਲਿਆ ਉਹ ਦੌਰ ਜਿੱਥੇ ਚਿੱਤ ਚਿੱਤ ਕੇ ਡਾਇਲੋਗ ਬੋਲਦੇ ਸੀ, ਉਹੋ ਜਿਹੀ ਫਿਲਮ ਜੇ ਅੱਜ ਵੀ ਬਣ ਗਈ ਤਾਂ ਮੈਨੂੰ ਨਹੀਂ ਲੱਗਦਾ ਕੋਈ ਅੱਜ ਦੇ ਬੱਚੇ, ਅੱਜ ਦੀ ਜਨਰੇਸ਼ਨ ਕੋਈ ਬਹੁਤਾ ਉਹ ਪਸੰਦ ਕਰਦੀ ਹੈ। ਅੱਜ ਹਰ ਕੋਈ ਆਪ ਕੈਮਰਾ ਚਲਾ ਲੈਂਦੇ ਆ, ਉਹ ਕਹਿੰਦੇ ਕਿ ਕੈਮਰਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਸ਼ੇਕੀ ਜਿਹਾ ਹੋਣਾ ਚਾਹੀਦਾ। ਘਰ ਬੜੇ ਸਾਰੇ ਨਵੇਂ ਜਿਹੜੇ ਲੋਕ ਹੈ ਜਿਹੜੇ ਮੇਕਅਪ ਬਣਾ ਰਹੇ, ਪਰ ਫਿਰ ਗੱਲ ਉੱਥੇ ਹੈ ਕਿ ਅਗਰ ਕਿਸੇ ਕੰਮ ਵਾਸਤੇ ਸਾਡੇ ਕੋਲ ਅਗਰ ਬਕਾਇਦਾ ਤਲੀਮ ਨਹੀਂ ਹੈ ਨਾ, ਅਸੀਂ ਉਹ ਚੀਜ਼ ਦਾ ਇੱਕ ਪ੍ਰੋਪਰ ਸਾਨੂੰ ਨਹੀਂ ਪਤਾ ਜਾਂ ਅਸੀਂ ਉਹਦੇ 'ਚ ਨਹੀਂ ਹੈ। ਸਾਡੀਆਂ ਫਿਲਮਾਂ ਮੋਟੇ ਮੋਟੇ ਤੌਰ 'ਤੇ ਕਹੀਏ ਤਾਂ ਕਮਰਸ਼ੀਅਲ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਬਣ ਰਹੀਆਂ ਨੇ, ਕਿਉਂ? ਉਹਦਾ ਕਾਰਨ ਜਿਹੜੇ ਸਾਡੇ ਪ੍ਰੋਡਿਊਸਰ ਸ਼ਾਇਦ, ਪ੍ਰੋਡਿਊਸਰ ਤਾਂ ਸਾਰੇ ਉਹ ਜਿਹੜੇ ਉਹ ਬਿਜ਼ਨਸਮੈਨ ਹੈ, ਪ੍ਰੋਪਰਟੀ ਡੀਲਰ ਹੈ, ਹੈ ਨਾ, ਉਹਨਾਂ ਦੀ ਦਖਲ ਜਿਹੜੀ ਹੈ ਉਹ ਬੜੀ ਜ਼ਿਆਦਾ ਹੈ। ਮੈਂ ਵੀ ਐਜ਼ ਐਨ ਐਕਟਰ ਕਦੀ ਕੋਈ ਫਿਲਮ ਦਾ ਆਉਂਦਾ ਹੈ ਤਾਂ ਉਹ ਪ੍ਰੋਡਕਸ਼ਨ ਵਾਲੇ ਤੋਂ ਗੱਲ ਕਰਦੇ, ਤਾਂ ਤੁਹਾਡੇ ਨਾਲ ਐਂ ਗੱਲ ਕਰਦੇ ਆ, ਬੜੀ ਵਿਹਾਰੀ ਜਿਹੀ ਗੱਲ ਕਰਦੇ ਆ ਕਿ ਆਪਾਂ ਆਰਟ ਨਹੀਂ ਕੁਛ ਬਣਾਉਣ ਲੱਗੇ, ਇੱਕ ਇਸ ਤਰ੍ਹਾਂ ਦਾ। ਸ਼ਾਇਦ ਉਹ ਪ੍ਰੋਡਿਊਸਰਾਂ ਦੀ ਮਜ਼ਬੂਰੀ ਹੈ ਕਿ ਉਹਨਾਂ ਨੂੰ ਕੋਈ ਸਿੰਗਰ ਰੱਖਦੇ ਆ ਤਾਂ ਉਹ ਇੱਕ
ਇੱਕ ਇਹ ਜ਼ਰੂਰੀ ਹੋ ਜਾਂਦਾ ਕਿ ਇੱਕ ਉਹ ਜਿਹੜਾ ਸਿੰਗਰ ਜਿਹੜਾ ਹੈ ਉਹ ਇੱਕ ਫੇਮਸ ਪਰਸਨੈਲਿਟੀ ਹੀ ਰੱਖੀਏ। ਅੱਜ ਕਿੰਨੀ ਕਾਸਟਿੰਗ ਹੈ ਕਿ ਜਿਹੜੀ ਇੰਸਟਾਗ੍ਰਾਮ ਤੋਂ ਜਾਂ ਹੋਰ ਸੋਸ਼ਲ ਐਪਸ ਤੋਂ ਹੁੰਦੀ ਹੈ ਕਿ ਅੱਛਾ ਯਾਰ ਇਹਦੇ ਇਹਦੇ ਜਿਹੜੇ ਅਕਾਊਂਟ ਦੇ ਨਾਲ ਬਲੂ ਟਿਕ ਲੱਗੀ ਇਹਨੂੰ ਰੱਖੋ ਇਹਦੇ ਫੋਲੋਅਰ ਬੜੇ ਆ ਤੁਹਾਨੂੰ ਪ੍ਰਮੋਸ਼ਨਾਂ 'ਚ ਕੰਮ ਆਊਗਾ ਇਹ ਬੰਦਾ ਕਿੱਸਾ। ਪਰ ਇਹ ਮੀਡੀਅਮ ਜਿਹੜਾ ਹੈ ਇਹ ਫਿਲਮ ਇਹ ਇਹ ਵੈਸੇ ਕਿਹਾ ਜਾਂਦਾ ਕਿ ਜਿਹੜਾ ਜਿਹੜਾ ਫਿਲਮ ਹੈ ਫਿਲਮ ਡਾਇਰੈਕਟਰ ਦਾ ਮੀਡੀਅਮ ਹੈ ਕਿ ਡਾਇਰੈਕਟਰ ਜਿੰਨੀ ਦੇਰ ਓਕੇ ਨਹੀਂ ਬੋਲੇਗਾ ਉਹਨੇ ਦੇਰ ਤੁਹਾਡਾ ਜਿਹੜਾ ਸੀਨ ਵਾ ਜਿਹੜਾ ਤੁਹਾਡਾ ਸ਼ਾਟ ਆ ਉਹ ਲੌਕ ਨਹੀਂ ਹੋਣਾ ਫਾਈਨਲ ਨਹੀਂ ਹੋਣਾ ਹੈ ਨਾ। ਪਰ ਫਿਲਮ ਡਾਇਰੈਕਟਰ ਕਰਕੇ ਨਹੀਂ ਚੱਲਦੀ, ਫਿਲਮ ਚੱਲਦੀ ਕਿਹੜੀ ਫਿਲਮ ਹੈ ਅੱਛਾ ਫਲਾਣੇ ਆ ਸਲਮਾਨ ਖਾਨ ਦੀ ਫਿਲਮ ਹੈ, ਸ਼ਾਹਰੁਖ ਖਾਨ ਦੀ ਫਿਲਮ ਹੈ, ਦਲਜੀਤ ਦੀ ਫਿਲਮ ਹੈ। ਥੀਏਟਰ 'ਚ ਕਹਿੰਦੇ ਆ ਕਿ ਥੀਏਟਰ ਜਿਹੜਾ ਉਹ ਐਕਟਰ ਦਾ ਮੀਡੀਅਮ ਹੈ, ਪਰ ਅੱਜ ਤੱਕ ਤੁਸੀਂ ਸੁਣਿਆ ਕਿ ਕੋਈ ਉਹ ਸਾਹਿਲ ਪ੍ਰੀਤਨਗਰ ਤੋਂ ਮੁੰਡਾ ਉਹਦਾ ਨਾਟਕ ਲੱਗਾ ਵੇਖਣਾ? ਸਾਰੇ ਇਹੋ ਕਹਿੰਦੇ ਨਾ ਇਮੈਨੁਅਲ ਦਾ ਨਾਟਕ ਹੈ ਨਾ ਜਾਂ ਕੇਵਲ ਭਾਈ ਦਾ ਨਾਟਕ ਹੈ ਕਿਉਂ ਨਾਟਕ ਇਹ ਇਹ ਚੀਜ਼ਾਂ ਹੈ ਇਹ 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 ਪਤਾ ਨਹੀਂ ਇਹ ਕਿੱਥੇ ਜਾ ਕੇ ਇਹ ਆਪਣੇ ਆਪ 'ਚ ਇੱਕ ਉਹ ਕਰਦੀ ਕਿ ਕਿੱਥੇ ਜਾ ਕੇ ਇਹ ਚੀਜ਼ਾਂ ਉਲਟ ਪੁਲਟ ਹੋਈਆਂ। ਜਿਹੜਾ ਉਹ ਮਹਾਦੇਵ ਸੀਗਾ ਉੱਥੇ ਐਕਟਰ ਆਪਣੀ ਪਛਾਣ ਗਵਾ ਬੈਠਾ, ਇੱਥੇ ਜਿੱਥੇ ਇਹ ਫਿਲਮ ਜਿਹੜਾ ਮਹਾਦੇਵ ਜਿਹਨੂੰ ਡਾਇਰੈਕਟਰ ਇੱਕ ਹੌਲੀ ਹੌਲੀ ਇੰਚਾਰਜ ਹੈ, ਅਗਰ ਫਿਲਮ ਬਣਾਉਣਾ ਕੁੜੀ ਦਾ ਉਹਦੇ ਬਰਾਬਰ ਹੈ ਤਾਂ ਉਹ ਡਾਇਰੈਕਟਰ ਹੀ ਹੈ ਕੁੜੀ ਦਾ ਬਾਪ, ਜਿੰਨੇ ਸਾਰੀ ਫਿਲਮ ਬਣਾਉਣੀ ਜਿਹਨੇ ਪ੍ਰੋਡਿਊਸਰ ਵੀ ਪੱਟਣਾ ਅਤੇ ਜਿਹਨੇ ਆਹ ਵੀ ਕਰਨਾ ਅਤੇ ਜਿਹਨੇ ਉਹ ਥੋੜ੍ਹੀ ਪ੍ਰੋਡਿਊਸਰ ਦੀ ਵੀ ਰੱਖ ਲੈਣੀ, ਮਾਸਾ ਆਪਣੀ ਵੀ ਕਰ ਜਾਣੀ, ਐਕਟਰ ਵੀ ਰੱਖ ਲੈਣੇ, ਉਨੇ ਕੁ ਬਜਟ 'ਚ ਫਿਲਮ ਬਣਾਉਣੀ ਹੈ ਅਤੇ ਪਰ ਉਹ ਉਹ ਫਿਲਮ ਦੇ ਅੰਦਰ ਡਾਇਰੈਕਟਰ ਨੂੰ ਪਹਿਲਾਂ ਲੋਕ ਇਹ ਪੁੱਛਦੇ ਵੀ ਹਾਂ ਐਕਟਰ ਕੌਣ ਹੈ ਜਿਹੜਾ ਉੱਥੇ ਲੈ ਕੇ ਜਾਊਗਾ। ਪੰਜਾਬੀ 'ਚ ਸਾਡੇ ਕੁਝ ਕਿੱਸੇ ਵੀ ਬਣੇ ਪਰ ਮੈਨੂੰ ਲੱਗਦਾ ਕਿ ਹੁਣ ਫਿਰ ਇੱਕ ਸਾਡੇ ਕੋਲ ਲਿਟਰੇਚਰ ਪੰਜਾਬੀ 'ਚ ਅੰਦਰ ਅਗਰ ਨਾਟਕਾਂ ਦੇ ਗਾਰਗੀ ਦੇ ਨਾਟਕ ਚੱਕ ਲਓ ਚਾਹੇ ਔਰਤ ਸਾਹਿਬ ਦੇ ਨਾਟਕ ਚੱਕ ਲਓ, ਬਹੁਤ ਸੋਹਣੇ ਨਾਟਕ ਹੈ ਜਿਹੜੇ ਕਿ ਆਮ ਆਮ ਜਿਹੀਆਂ ਗੱਲਾਂ ਪੇਂਡੂ ਗੱਲਾਂ, ਅਗਰ ਉਹਨਾਂ ਦੀ ਵੀ ਫਿਲਮਾਂ ਜਿੱਦਾਂ ਦੀ ਜਿਹੜੀ ਹਰ ਫਿਲਮ 'ਚ ਕੋਈ ਇੱਕ ਫੈਕਟਰ ਕੌਮੇਡੀ ਵਾਲਾ ਜਾਂ ਕਮਰਸ਼ੀਅਲ, ਇਹ ਫਿਰ ਜਿਹੜੀ ਬਣਤਰ 'ਤੇ ਜਦੋਂ ਗੱਲ ਆ ਜਾਂਦੀ ਹੈ ਬਣਤਰ 'ਚ ਗੱਲ ਆਉਣ ਦਾ ਮੈਂ ਇੱਕੋ ਇੱਕ ਕਾਰਨ ਸਮਝਦਾ ਹਾਂ ਜਾਂ ਸਮਝ ਪਾਇਆ ਹਾਂ ਕਿ ਸ਼ਾਇਦ ਫਿਲਮ ਇੱਕ ਮਹਿੰਗਾ ਕੰਮ ਹੈ ਕਿ ਜਿੱਥੇ ਕੈਮਰਾ ਵੀ ਤੁਸੀਂ ਲੈਣਾ ਵਾ ਤੁਸੀਂ ਆਹ ਵੀ ਹੈ, ਫਿਰ ਹੀਰੋ ਸਾਡਾ ਚਾਹੇ ਸਵੇਰੇ ਜਾ ਕੇ ਉਹਨੇ ਉਹ ਖਾਲਾ 'ਚ ਨੱਕੇ ਮੋੜ ਲਏ ਹੋਣ ਪਰ ਰਾਤ ਉਹਨੂੰ ਕਿਸੇ ਫਾਈਵ ਸਟਾਰ ਹੋਟਲ 'ਚ ਹੀ ਠਹਿਰਾਉਣਾ ਨਾ ਤੁਸੀਂ, ਇਹੋ ਜਿਹੀਆਂ ਚੀਜ਼ਾਂ ਵੀ ਬਣੀਆਂ ਹੈ। ਕੋਈ ਕੋਈ ਬੰਦਾ ਉੱਠ ਕੇ ਕਹਿ ਦੇ ਕਿ ਮੈਂ ਫਿਲਮ ਬਣਾਉਣੀ ਹੈ ਅਤੇ ਕਹਿਣਗੇ ਉਹਨੂੰ ਫਲਾਣੇ ਗੱਲ ਵੀ ਨਹੀਂ ਯਾਰ ਉਹਦਾ ਪੈਸੇ ਬਹੁਤ ਲੈਂਦਾ ਤਾਂ ਫਿਲਮ ਦੇ ਅੰਦਰ ਅੱਜ ਦੀ ਫਿਲਮ ਦੇ ਅੰਦਰ ਜੇ ਕੋਈ ਉਹ ਹੈ ਤਾਂ ਇਹ ਸ਼ਾਇਦ ਨਾਟਕ ਜਿੰਨਾ ਸੌਖਾ ਨਹੀਂ ਹੈ, ਨਾਟਕ ਬੜਾ ਆਸਾਨ ਹੈ, ਤੁਹਾਡੇ ਕੋਲ ਕੋਈ ਟੀਮ ਵੀ ਨਹੀਂ ਹੈ ਤੁਸੀਂ ਇੱਕ ਬੰਦੇ ਦਾ ਵੀ ਨਾਟਕ ਕਰ ਲਓ। ਬੜੇ ਇੱਦਾਂ ਦੇ ਕੰਮ ਹੈ ਜਿਹੜੇ ਸਾਡੇ ਕੋਲ ਇਤਿਹਾਸ 'ਚ ਸਾਨੂੰ ਮਿਲਦੇ, ਸੈਮੁਅਲ ਜੌਨ ਭਾਣੇ, ਗੁਰਸ਼ਰਨ ਭਾਜੀ, ਮੰਨਾ ਸਿੰਘ ਜੀ, ਉਹ ਵੀ ਸ਼ਾਇਦ ਇਕੱਲੇ ਤੁਰੇ ਸੀ, ਉਹਨਾਂ ਦੇ ਨਾਲ ਨਾਟਕ ਕਰਨਾ ਸੌਖਾ ਪਰ ਫਿਲਮ ਸ਼ਾਇਦ ਉਹਨਾਂ ਜੇ ਇੱਕ ਪ੍ਰੋਪਰ ਫਿਲਮ ਬਣਾਉਣੀ ਹੈ ਮੇਨ ਸਟ੍ਰੀਮ ਫਿਲਮ ਜਿਹੜਾ ਸਿਨੇਮਾ ਕਿਸੇ ਵੀ ਚਾਹੇ ਭਾਸ਼ਾ ਦਾ ਹੋਵੇ ਚਾਹੇ ਉਹ ਬਾਲੀਵੁੱਡ ਦਾ ਹੋਵੇ ਤੁਸੀਂ ਉਹ ਬਣਾਉਣੀ ਹੈ ਤਾਂ ਉਹਦੇ ਵਾਸਤੇ ਇੱਕ ਅੱਛਾ ਖਾਸਾ ਇੱਕ ਬਜਟ ਹੈ, ਉਹ ਬਜਟ ਜਿਹਨੂੰ ਇੱਕ ਪ੍ਰੋਡਿਊਸਰ ਲਾਉਂਦਾ ਹੈ ਤਾਂ ਸ਼ਾਇਦ ਉਹ ਇਹ ਇਹ ਉਮੀਦ ਕਰਦਾ ਹੈ ਕਿ ਮੈਨੂੰ ਜਿਹੜੀ ਇਹਦੀ ਰਿਟਰਨ ਹੈ ਜਾਂ ਕੁਛ ਜਿੰਨੀ ਐਟਲੀਸਟ ਮੇਰੀ ਲਾਗਤ ਹੈ ਉਹ ਵੀ ਉਹ ਬਚ ਜੇ ਕਰ ਜੇ। ਉਹ ਜਦੋਂ ਇਹ ਵੀ ਚੀਜ਼ ਇੱਕ ਆਰਟ 'ਚ ਸਿਨੇਮਾ ਅਗਰ ਆਰਟ ਹੈ ਜਾਂ ਵਿਜੂਅਲ ਆਰਟ ਇੱਕ ਇੱਕ ਉਹ ਹੈ ਸਕੂਨ ਵਾਲੀ ਚੀਜ਼ ਹੈ, ਪਰ ਜਦੋਂ ਜਿੱਥੇ ਪੈਸਾ ਇੰਕਲੂਡ ਹੋਊਗਾ ਉੱਥੇ ਸ਼ਾਇਦ ਇਹਨਾਂ ਚੀਜ਼ਾਂ ਦੇ ਨਾਲ ਆਰਟ ਨਾਲ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਹੈ ਉਹ ਫਰਕ ਪਊਗਾ, ਉਹਦੇ ਨਾਲ ਫਰਕ ਉਹਦੇ ਨਾਲ ਇੱਕ ਮਿਆਰ ਦਾ ਫਰਕ ਪਊਗਾ। ਥੀਏਟਰ ਦੇ ਵੀ ਐਕਟਰ ਜਦੋਂ ਫਿਲਮਾਂ 'ਚ ਜਾਣਗੇ ਤਾਂ ਥੀਏਟਰ ਦੇ ਆਰਟਿਸਟ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜਿਹੜੇ 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 ਸਿੰਗਰ ਨੇ ਜਾਂ ਜਿਹੜੇ ਕੋਈ ਅਨਟ੍ਰੇਨਡ ਐਕਟਰ ਵੀ ਨੇ ਕੋਈ ਥੋੜ੍ਹੇ ਬਹੁਤੇ ਤਾਂ ਇੱਕ ਇੱਕ ਟਾਈਮ ਹੈ, ਇਹ ਨਹੀਂ ਕਿ ਅੱਜ ਕੋਈ ਪੰਜ ਜਣੇ ਇੱਥੋਂ ਥੀਏਟਰ ਵਾਲੇ ਜਾ ਕੇ ਫਿਲਮਾਂ ਕਰਨ ਲੱਗ ਜਾਣ ਤਾਂ ਉਹ ਹੋ ਜਾਣ,
ਇਹ ਵੀ ਮੈਂ ਸਮਝ ਲੈਣਾ ਕਿ ਫਿਲਮ ਜਿਹੜੀ ਹੈ ਉਹ ਥੀਏਟਰ ਜਾਂ ਫਿਲਮ 'ਚ ਕੋਈ ਫਰਕ ਨਹੀਂ ਹੈ, ਥੀਏਟਰ ਇੱਕ ਅਲੱਗ ਚੀਜ਼ ਹੈ। ਮੈਂ ਕਹਿ ਰਿਹਾ ਕਿ ਥੀਏਟਰ ਦਾ ਆਰਟਿਸਟ ਫਿਲਮ ਦੇ ਅੰਦਰ ਆਪਣੇ ਆਪ ਨੂੰ ਉਹ ਢਾਲ ਸਕਦਾ ਹੈ, ਜਦਕਿ ਥੀਏਟਰ ਥੋੜ੍ਹਾ ਲਾਊਡ ਮੀਡੀਅਮ ਹੈ, ਫਿਲਮ ਉਹਨਾਂ ਲਾਊਡ ਨਹੀਂ ਹੈ। ਮੈਨੂੰ ਨਹੀਂ ਪਤਾ, ਮੈਂ ਉਹਨੇ ਕੋਲ ਗਾਂ ਕੇ ਗਿਆ, ਮੈਂ ਸ਼ੂਟਿੰਗ 'ਤੇ ਉਹਨਾਂ ਕੋਲਰ ਮਾਈਕ ਲਾਇਆ ਤਾਂ ਮੈਂ ਡਾਇਲੋਗ ਉਦਾਂ ਬੋਲਿਆ ਕਿ ਹਾਂ ਉਹ ਥੋੜ੍ਹਾ ਹਿੱਕ ਤੋਂ ਬੋਲਣਾ ਜ਼ੋਰ ਨਾਲ, ਤੂੰ ਮੇਰੇ ਕੋਲ ਗੁਰਵਿੰਦਰ ਭਾਅ ਜੀ ਆਏ ਹੋ, ਕਹਿੰਦੇ ਮੈਂ ਤੁਹਾਨੂੰ ਥੋੜ੍ਹਾ ਤੂੰ ਆਰਾਮ ਸੇ ਵੀ ਬਾਤ ਕਰੋਗੇ ਤੁਸੀਂ ਤਾਂ ਚਲੇ ਜਾਏ, ਠੀਕ ਹੈ। ਮੈਂ ਕਿਹਾ ਕਹਿੰਦਾ ਇੰਨਾ ਮੰਗਲ ਤੇ ਲਾਉਣਾ, ਮੈਂ ਕਿਹਾ ਠੀਕ ਹੈ ਭਾਅ ਜੀ, ਮੈਂ ਅੱਜ ਤੋਂ ਹੌਲੀ ਹੌਲੀ ਬੋਲੂੰਗਾ, ਪਰ ਮੈਂ ਉਹ ਚੀਜ਼ ਸਿੱਖ ਗਿਆ। ਉਸ ਤੋਂ ਬਾਅਦ ਉਹ ਵਾਲੇ ਉਦੋਂ ਪੜ੍ਹਦੇ ਸੀਗੇ ਐਮ ਏ 'ਚ, ਕਿਤੇ ਪੜ੍ਹਦੇ ਸੀਗੇ ਉਹ, ਕਰਦੇ 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 ਜਦੋਂ ਹੁਣ ਅੱਜ ਇਤਨੇ ਸਾਲਾਂ ਬਾਅਦ ਮੈਂ ਕਹਾਂਗਾ ਉਹ ਸਮਝ ਡੈਵਲਪ ਹੋ ਗਈ, ਹੁਣ ਮੈਂ ਫਿਲਮ 'ਤੇ ਜਾਂਦਾ, ਉਸ ਤੋਂ ਬਾਅਦ ਮੈਂ ਐਮ ਐਸ ਵੀ ਕਰ ਰਿਹਾ, ਮੈਂ ਰਿਪੈਕਟ ਵੀ ਕਰ ਲਈ, ਮੈਂ ਇਹ ਕਰ ਲਿਆ, ਐਜ਼ ਐਨ ਐਕਟਰ ਕੰਮ ਕਰ ਲੈਂਦਾ, ਤੁਹਾਨੂੰ ਸਮਝ ਆ ਗਈ ਕਿ ਓਕੇ ਇਹ ਸਾਰੀ ਗੇਮ ਇੱਕ ਮੈਕੇਨਿਜ਼ਮ ਹੈ, ਬਾਇਓ ਮੈਕੇਨਿਜ਼ਮ ਹੈ, ਤੁਸੀਂ ਸਮਝਣਾ ਹੈ, ਤੁਹਾਡੇ ਕੋਲ ਟ੍ਰੇਨਿੰਗ ਹੈ, ਤੁਹਾਡੀ ਟ੍ਰੇਨਿੰਗ ਨਹੀਂ ਤੁਹਾਨੂੰ ਕਿਤੇ ਕੰਮ ਕਰਵਾਈ ਜਾਣਾ, ਕੋਈ ਇੱਦਾਂ ਹਵਾ 'ਚ ਗੱਲ ਤਾਂ ਹੈ ਨਹੀਂ ਕਿ ਮੇਰੀ ਰੂਹ ਦਾ ਸਕੂਨ ਹੈ, ਇਸ ਤਰ੍ਹਾਂ ਇੱਕ ਟੈਕਨੀਕਲ ਡਿਵਾਈਸ ਹੈ, ਐਜ਼ ਐਨ ਐਕਟਰ ਤੁਸੀਂ ਸਿੱਖ ਲਈ, ਤੁਸੀਂ ਪਰਫੋਰਮ ਕਰਦੇ ਹੈ। ਤਾਂ ਉਹੀ ਹੈ ਕਿ ਜਿਵੇਂ ਤੁਸੀਂ ਇੱਕ ਪ੍ਰੋਸੈਸ 'ਚੋਂ ਇੱਕ ਥਰੂ ਆਊਟ ਤੁਸੀਂ ਚੱਲਦੇ 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 ਤੁਸੀਂ ਇੱਕ ਜਾਂਦੇ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਓਬਵੀਅਸਲੀ ਇੱਕ ਇੱਕ ਬਿਹਤਰੀ ਦੇ ਵੱਲ ਇੱਕ 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 ਚੰਗੀ ਜਿਹੜੀ ਉਹ ਇੱਕ ਵੇ ਹੈ, ਇੱਕ ਉਹਦੀ ਸਹੀ ਦਿਸ਼ਾ ਹੈ, ਉਹਦੇ ਵੱਲ ਲੈ ਜਾਂਦੇ। ਹੁਣ ਟ੍ਰੇਨਿੰਗ ਦੀ ਇੰਨੀ ਕੁ ਤਾਕਤ ਹੈ ਕਿ ਚਾਹੇ ਉਹ ਐਜ਼ ਐਨ ਐਕਟਰ ਹੈ, ਚਾਹੇ ਕੋਈ ਟੈਕਨੀਕਲ ਚੀਜ਼ਾਂ ਹੈ, ਹੁਣ ਇੱਕ ਵਿਆਹ ਦੀ ਮੂਵੀ ਬਣਾਉਣਾ ਔਰ ਇੱਕ ਫਿਲਮ ਦਾ ਕੈਮਰਾ ਕਰਨਾ, ਇਹ ਦੋ ਅੱਡ ਚੀਜ਼ਾਂ ਹੈ। ਵਿਆਹ 'ਚ ਤਾਂ ਅਸੀਂ ਕਿਸ ਤਰ੍ਹਾਂ ਜੇ ਇਹ ਇੱਦਾਂ ਹੀ ਹੈ ਜਿਵੇਂ ਇੱਕ ਰੀਲ ਬਣਾਉਣਾ ਔਰ ਕਿਸੇ ਸਟੂਡੀਓ 'ਚੋਂ ਕਦੇ ਕੀ ਆ ਤੁਸੀਂ ਚਾਰ ਵੀ ਐਫ ਐਕਸ ਲਾ ਕੇ ਆ ਪਰਦੇ ਪੁਰਦੇ ਲਾ ਕੇ ਸ਼ੂਟ ਕਰਨਾ ਜਾਂ ਕਿੱਦਾਂ ਵੀ ਕਰਨਾ, ਇਹ ਸਾਰੀਆਂ ਚੀਜ਼ਾਂ ਹੈ। ਸੋ ਟ੍ਰੇਨਿੰਗ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਸਾਡੇ ਸਿਨੇਮੇ 'ਚ ਇੱਕ ਲੈਬ ਕਰਦੀ ਰਹੂਗੀ, ਉੱਨੀ ਦੇਰ ਤੱਕ ਸਾਡਾ ਸਿਨੇਮਾ ਸ਼ਾਇਦ ਜਿਹੜਾ ਕੋਈ ਵੀ ਹੋਰ ਇਸ ਮੁਲਕ 'ਚ ਕੋਈ ਰੀਜਨਲ ਜਿਹੜਾ ਸਿਨੇਮਾ ਹੈ, ਜਿੰਨਾ 'ਚੋਂ ਅਸੀਂ ਸਾਊਥ ਦੀ ਗੱਲ ਕਰੀਏ ਤਾਂ ਸਾਊਥ ਇੱਕ ਵੱਡਾ ਨਾਮ ਹੈ, ਸਾਊਥ ਦੀਆਂ ਫਿਲਮਾਂ ਕਿੰਨੇ ਕਿੰਨਾ ਕਮਰਸ਼ੀਅਲ ਵੀ ਨਹੀਂ ਵੇਖੀਏ ਤਾਂ ਉਹ ਚੱਲਦੀਆਂ ਹੈ, ਉਹਨਾਂ ਦੇ ਕੋਨਸੈਪਟ ਵੀ ਜਿਹੜੇ ਹੈ ਉਹ ਵੱਖਰੇ ਹੈ, ਉਹਨਾਂ ਦੇ ਕੋਨਸੈਪਟ ਕੋਈ ਇੰਨੇ ਕੁ ਨਹੀਂ ਹੈ। ਕੈਨੇਡਾ ਅੱਜ ਅਗਰ ਪੰਜਾਬ ਦੀ 2.25 ਕਰੋੜ ਆਬਾਦੀ ਹੈ ਤਾਂ ਮੈਨੂੰ ਲੱਗਦਾ 75 ਲੱਖ ਲੋਕਾਂ ਕੋਲ ਪਾਸਪੋਰਟ ਹੋਣਗੇ। ਕੈਨੇਡਾ ਸਾਡਾ ਇਸ਼ੂ ਹੈ, ਪਰ ਉਹ ਕੈਨੇਡਾ ਸਿਰਫ ਸਬਸਿਡੀਆਂ ਵਾਸਤੇ ਜਾਂ UK 'ਚ ਫਿਲਮਾਂ ਬਣਾਉਣੀਆਂ ਸਿਰਫ ਸਬਸਿਡੀਆਂ ਵਾਸਤੇ ਨਹੀਂ, ਅਤੇ ਫਿਰ ਉਹੀ ਗੱਲ ਆ ਗਈ ਕਿ ਜਿਹੜਾ ਪ੍ਰੋਡਕਸ਼ਨ ਹੈ, ਪ੍ਰੋਡਕਸ਼ਨ ਦਾ ਇੱਕ ਕੋਸਟ ਹੈ, ਔਰ ਉਹਦੇ 'ਚ ਜਿਹੜਾ ਪ੍ਰੋਡਿਊਸਰ ਹੈ ਉਹ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਆਪਣੇ ਆਪਣੇ ਪਲੱਸ ਮਾਈਨਸ ਬਾਰੇ, ਆਪਣੇ ਜਿਹੜੇ ਹੈ ਆਪਣੇ ਲਾਸ ਬਾਰੇ, ਪ੍ਰੋਫਿਟ ਬਾਰੇ ਉਹ ਸੋਚਦਾ ਵਾ, ਉਸ ਐਂਗਲ ਤੋਂ ਜਿਹੜੀਆਂ ਇਹ ਫਿਲਮਾਂ ਹੈ ਉਹ ਬਣਦੀਆਂ ਨੇ ਜਾ ਰਹੀਆਂ। ਹਾਂ, ਪਰ ਉਹਦੇ 'ਚ ਜੇ ਕੋਈ ਇਹ ਉਹ ਫਿਲਮ ਬਣਾਉਂਦਾ ਵਾ ਕੋਈ, ਇੱਕ ਬੜੀ ਪਿਆਰੀ ਫਿਲਮ ਯੂਟਿਊਬ 'ਤੇ ਮੈਂ ਦੇਖੀ, ਸਟੂਪਿਡ ਸੈਵਨ, ਉਹ ਬੱਚਿਆਂ ਦੀ ਵੀ ਸਟੋਰੀ ਹੈ ਕਿ ਬੱਚੇ ਆਮ ਸਕੂਲ ਦੇ ਬੱਚੇ ਆ, ਪੜ੍ਹਦੇ ਆ, ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੈ ਕਿ ਉਹ ਪੇਰੈਂਟਸ ਨਹੀਂ ਸੁਣਦੇ ਜਾਂ ਟੀਚਰ ਨਹੀਂ ਸੁਣਦੇ ਜਾਂ ਇਸ ਤਰ੍ਹਾਂ ਨਹੀਂ ਹੈ। ਇਹ ਇੱਦਾਂ ਦਾ ਵੀ ਸਿਨੇਮਾ ਹੈ ਜਿਹੜਾ ਬਣ ਸਕਦਾ ਹੈ। ਕੁਛ ਹੋਰ ਸਾਡੇ ਕੋਲ ਨਾਟਕ ਬੜੇ ਅੱਛੇ ਹੈ ਜਿਨ੍ਹਾਂ ਦੇ ਉੱਤੇ ਸਿਨੇਮਾ ਬਣ ਜਾਂਦੀਆਂ ਹੈ, ਅਗਰ ਅਸੀਂ ਉਹ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਇੱਦਾਂ ਦਾ ਨਹੀਂ ਹੈ, ਪਰ ਹਾਲ ਘੜੀ ਦਾ ਜਿਹੜਾ ਸਿਨੇਮਾ ਸਾਡੇ ਕੋਲ ਹੈ ਉਹ ਬਹੁਤ ਜ਼ਿਆਦਾਤਰ ਜਿਹੜਾ ਹੈ ਉਹ ਕਮਰਸ਼ੀਅਲ ਪੁਆਇੰਟ ਆਫ ਵਿਊ ਦੇ ਨਾਲ, ਕਮਰਸ਼ੀਅਲ ਐਂਗਲ ਦੇ ਨਾਲ ਮੈਨੂੰ ਲੱਗਦਾ ਕਿ ਉਹਦੀ ਜਿਹੜੀ ਹੈ ਉਹ ਮੇਕਿੰਗ ਅੱਜ ਦੇ ਵਕਤਾਂ 'ਚ ਹੋ ਰਹੀ ਹੈ, ਕਰ ਰਹੀ ਹੈ। ਥੈਂਕ ਯੂ। ਥੈਂਕ ਯੂ ਸੋ ਮਚ ਪ੍ਰੋਫੈਸਰ ਇਮਾਨੁਅਲ। ਜਦੋਂ ਅਸੀਂ ਗੱਲ ਕਰਦੇ ਹਾਂ ਸਿਨੇਮਾ ਦੀ ਜਾਂ ਫਿਰ ਸਿਨੇਮਾ ਦੇ ਪੋਟੈਂਸ਼ੀਅਲ ਦੀ,
ਤੇ ਜਿਵੇਂ ਕਿ ਸਰ ਨੇ ਵੀ ਆਪਣਾ ਪੁਆਇੰਟ ਰੱਖਿਆ ਕਿ ਉਹ ਪੋਰਟਰੇਟ ਤੇ ਕਰਦਾ ਹੀ ਹੈ ਕਲੈਕਟਿਵ ਕੌਨਸ਼ੀਅਸਨੈਸ ਨੂੰ, ਪਰ ਉਸਦੇ ਨਾਲ ਨਾਲ ਬਾਕੀ ਦੇ ਮੁੱਦਿਆਂ ਦੇ ਨਾਲ ਜਿਹੜਾ ਉਸਦਾ ਇੰਗੇਜਮੈਂਟ ਜਾਂ ਫਿਰ ਇੰਚੈਂਟਮੈਂਟ ਅਤੇ ਰੀਇੰਚੈਂਟਮੈਂਟ ਹੈ ਉਸਨੂੰ ਵੀ ਬਹੁਤ ਸੋਹਣੀ ਤਰ੍ਹਾਂ ਵਿਖਾਉਂਦਾ ਹੈ। ਇਸਦੇ ਨਾਲ ਹੀ ਹੁਣ ਮੈਂ ਦੂਜਾ ਸੱਦਾ ਦੇਣਾ ਚਾਹਾਂਗੀ ਦਲਜੀਤ ਅੰਮੀ ਜੀ ਨੂੰ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਹਾਂਜੀ, ਸਤਿਕਾਰਯੋਗ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਨਾਥ ਪ੍ਰਕਾਸ਼ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਅਤੇ ਤੁਹਾਡੇ ਸਾਹਮਣੇ ਆਪਣੀ ਗੱਲਬਾਤ ਕਰਨ ਦਾ ਮੌਕਾ ਦਿੱਤਾ, ਅਤੇ ਮੰਚ 'ਤੇ ਬੈਠੇ ਪ੍ਰੋਫੈਸਰ ਸਤੀਸ਼ ਵਰਮਾ ਜੀ, ਐਮੈਨੁਅਲ ਜੀ ਅਤੇ ਬਾਕੀ ਸਾਰੇ ਦੋਸਤੋ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵੀ ਸਾਰੇ ਇੱਥੇ ਸੁਣਨ ਆਏ ਹੋ। ਮੈਂ ਦੋ ਤਿੰਨ ਗੱਲਾਂ ਜਿਹੜੀਆਂ ਪੰਜਾਬੀ ਸਿਨੇਮਾ ਬਾਰੇ ਕਰਾਂਗਾ। ਜਦੋਂ ਪਛਾਣ ਦੀ ਗੱਲ ਹੁੰਦੀ ਹੈ ਤਾਂ ਮੈਂ ਵੀ ਕਈ ਸਾਰੇ ਕੰਮ ਕਰਦਾ ਅਤੇ ਫਿਲਮਾਂ ਵੀ ਬਣਾਉਂਦਾ, ਪੱਤਰਕਾਰੀ ਵੀ ਕਰਦਾ, ਅੱਜ ਕੱਲ੍ਹ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ, ਹੋਰ ਵੀ ਕਰਦਾ, ਅਤੇ ਪਰ ਮੇਰਾ ਇੱਕ ਪੱਖ ਜਿਹੜਾ ਇਹ ਹੈ ਕਿ ਮੈਂ ਫਿਲਮ ਦਾ ਵਿਦਿਆਰਥੀ ਹਾਂ, ਮੈਂ ਫਿਲਮ ਸਟੱਡੀਜ਼ ਦਾ ਵਿਦਿਆਰਥੀ ਹਾਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚੋਂ ਮੈਂ ਪੜ੍ਹਿਆ, ਅਤੇ ਅੱਜ ਜਦੋਂ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਾਂਗਾ ਤਾਂ ਮੈਂ ਇੱਕ ਵਿਦਿਆਰਥੀ ਦੇ ਤੌਰ 'ਤੇ ਗੱਲ ਕਰਾਂਗਾ ਜਿਹਦੀ ਦਿਲਚਸਪੀ ਫਿਲਮ ਸਟੱਡੀਜ਼ ਦੇ ਵਿੱਚ ਹੈਗੀ ਹੈ। ਅਤੇ ਮੈਂ ਜਿਹੜੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਉਹ ਇਹ ਹੈ ਕਿ ਪੰਜਾਬੀ ਸਿਨੇਮਾ ਨੂੰ ਜਿਸ ਹਾਲਤ ਦੇ ਵਿੱਚ ਅਸੀਂ ਦੇਖਦੇ ਹਾਂ ਉਹ ਇੱਕ ਪੂਰੇ ਇਤਿਹਾਸਿਕ ਵੇਗ ਦੇ ਵਿੱਚੋਂ ਨਿਕਲ ਕੇ ਸਾਡੇ ਤੱਕ ਆਉਂਦਾ ਹੈ, ਅਤੇ ਉਹਦੇ ਵਿੱਚ ਕਿਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ, ਇਸ ਨੂੰ ਸਮਝਣ ਦੇ ਲਈ ਮੈਂ ਦੋ ਪੱਖਾਂ ਤੋਂ ਇਹ ਗੱਲ ਕਰਨੀ ਹੈ। ਪਹਿਲੀ ਪੱਖ ਇਹ ਹੈ, ਅਸੀਂ ਜਦੋਂ ਫਿਲਮ ਸਟੱਡੀਜ਼ ਦੀ ਗੱਲ ਕਰਦੇ ਹਾਂ, ਫਿਲਮ ਅਧਿਐਨ ਦੀ ਗੱਲ ਕਰਦੇ ਹਾਂ, ਅਤੇ ਇਹ ਉਹ ਸੰਕਲਪ ਨੇ ਜਿਨ੍ਹਾਂ ਨੂੰ ਫਿਲਮ ਨੂੰ ਸਮਝਣ ਲਈ, ਫਿਲਮ ਦੇ ਇਤਿਹਾਸ ਨੂੰ ਸਮਝਣ ਲਈ ਵਰਤਿਆ ਜਾਂਦਾ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਕੰਮ ਜਿਹੜਾ ਹੈਗਾ ਐਂਥਰੋਪੋਲੋਜੀ ਵਾਲਾ ਜਿਹੜਾ ਕੰਮ ਹੈਗਾ ਕਿ ਐਂਥਰੋਪੋਲੋਜਿਸਟ ਕਿਸ ਕਿਸਮ ਦਾ ਕੰਮ ਕਰਦਾ ਅਤੇ ਕਿਵੇਂ ਕਰਦਾ। ਪੰਜਾਬ ਨਾਲ, ਸਾਡੇ ਖਿੱਤੇ ਨਾਲ ਜਿਹੜਾ ਐਂਥਰੋਪੋਲੋਜੀ ਦਾ ਜਿਹੜਾ ਰਾਬਤਾ ਹੈ ਉਹ ਇਹ ਹੈ ਕਿ ਜਦੋਂ ਬਰਤਾਨਵੀ ਸਾਮਰਾਜ ਇੱਥੇ ਆਇਆ ਉਦੋਂ ਹੀ ਸਾਡਾ ਰਾਬਤਾ ਜਿਹੜਾ ਐਂਥਰੋਪੋਲੋਜੀ ਨਾਲ ਪੈਣਾ ਸ਼ੁਰੂ ਹੋਇਆ। ਹਾਲਾਂਕਿ ਐਂਥਰੋਪੋਲੋਜੀ ਜੋ ਕੰਮ ਕਰਦੀ ਹੈ ਉਸ ਕਿਸਮ ਦਾ ਕੰਮ ਪਹਿਲਾਂ ਕਿਵੇਂ ਹੁੰਦਾ ਰਿਹਾ ਉਹਦੇ ਬਹੁਤ ਸਾਰੀਆਂ ਜਿਹੜੀਆਂ ਪੁਰਾਣੀ ਪ੍ਰਪਾਟੀ ਵੀ ਮਿਲ ਜਾਂਦੀ ਹੁੰਦੀ ਹੈ। ਇਹ ਹਮੇਸ਼ਾ ਹੁੰਦਾ ਕਿ ਜਦੋਂ ਕੋਈ ਨਵਾਂ ਵਿਸ਼ਾ ਸਾਹਮਣੇ ਆਉਂਦਾ ਹੈ ਜਾਂ ਨਵਾਂ ਕੋਈ ਟੈਕਨੋਲੋਜੀ ਦੇ ਪੱਖੋਂ ਸਾਹਮਣੇ ਆਉਂਦਾ ਤਾਂ ਉਹ ਪੁਰਾਣੀ ਵੀ ਗੱਲ ਕੀਤੀ ਜਾ ਸਕਦੀ ਆ ਕਿ ਇਹਦੀਆਂ ਜਿਹੜੀਆਂ ਮਿਸਾਲਾਂ ਪਿੱਛੇ ਕਿਵੇਂ ਨੇ। ਜਿਵੇਂ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਸੈਲਫੀ ਨਾਮ ਦਾ ਜਿਹੜਾ ਸ਼ਬਦ ਹੈ ਉਹ ਜਦੋਂ ਮੋਬਾਈਲ ਦੇ ਨਾਲ ਲੋਕਾਂ ਨੇ ਆਪਣੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਉਦੋਂ ਆਇਆ, ਪਰ ਜਦੋਂ ਅਸੀਂ ਇਹਦਾ ਅਧਿਐਨ ਕਰਦੇ ਹਾਂ ਤਾਂ ਪੇਂਟਿੰਗ ਦੇ ਵਿੱਚ ਇਹ ਜਿਹੜੀ ਟ੍ਰੈਡੀਸ਼ਨ ਹੈ, ਇਹ ਜਿਹੜੀ ਰਵਾਇਤ ਹੈ ਬਹੁਤ ਪਹਿਲਾਂ ਦੀ ਹੈ। ਜਦੋਂ ਤੁਸੀਂ ਕਿਸੇ ਪੇਂਟਰ ਦੇ ਸਾਹਮਣੇ ਬੈਠ ਕੇ ਆਪਣੀ ਤਸਵੀਰ ਬਣਾਉਂਦੇ ਹੋ ਉਹ ਸੈਲਫੀ ਹੀ ਹੈ, ਅਤੇ ਇਹਦੇ ਨਾਲ ਬਹੁਤ ਸਾਰਾ ਕੰਮ ਜਿਹੜਾ ਇਸ ਵੇਲੇ ਤੱਕ ਜਿਹੜਾ ਹੈਗਾ ਹੋ ਚੁੱਕਿਆ, ਜਿੱਥੇ ਸਮਝਿਆ ਜਾ ਰਿਹਾ ਕਿ ਸੈਲਫੀ ਕਿਸ ਕਿਸ ਰੂਪ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਰਹੀ ਹੈ। ਸੋ ਉਸੇ ਤਰੀਕੇ ਨਾਲ ਐਂਥਰੋਪੋਲੋਜੀ ਬਾਰੇ ਵੀ ਇਹ ਗੱਲ ਕੀਤੀ ਜਾ ਸਕਦੀ ਹੈ ਕਿ ਪੁਰਾਣੇ ਵਿਦਵਾਨਾਂ ਨੇ ਇਹ ਕੰਮ ਕਿਸ ਤਰੀਕੇ ਨਾਲ ਕੀਤਾ, ਪਰ ਮੋਟੇ ਤੌਰ ਦੇ ਉੱਤੇ ਅਸੀਂ ਮੰਨਦੇ ਹਾਂ ਕਿ ਬਰਤਾਨਵੀ ਸਾਮਰਾਜ ਦੇ ਨਾਲ ਜਿਹੜਾ ਸਾਡੇ ਇੱਥੇ ਐਂਥਰੋਪੋਲੋਜਿਸਟ ਨੇ ਕੰਮ ਕਰਨਾ ਸ਼ੁਰੂ ਕੀਤਾ। ਐਂਥਰੋਪੋਲੋਜਿਸਟ ਜਦੋਂ ਤੁਹਾਡੇ ਸਮਾਜ ਦੇ ਵਿੱਚ ਆਉਂਦਾ ਹੈ ਤਾਂ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਕਿ ਐਂਥਰੋਪੋਲੋਜਿਸਟ ਨੇ ਉੱਥੇ ਆ ਕੇ ਵਾਸ ਕਰਨਾ ਹੈ ਜਿੱਥੇ ਬਾਕੀ ਵਸੋਂ ਰਹਿੰਦੀ ਹੈ, ਉਹਨੇ ਉਸ ਸਮਾਜ ਦੇ ਕਾਰੋਬਾਰ ਨੂੰ,
ਉਸ ਦੀ ਰੋਜ਼ਾਨਾ ਜ਼ਿੰਦਗੀ ਨੂੰ ਸਮਝਣ ਲਈ ਆਪਣਾ ਜਿਹੜਾ ਮੁਸ਼ੱਕਤ ਕਰਨੀ ਹੈ ਅਤੇ ਲਗਾਤਾਰ ਉਹਨੂੰ ਉਹਦੇ 'ਤੇ ਨਜ਼ਰਸਾਨੀ ਕਰਨੀ ਹੈ ਅਤੇ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਵਹੀ ਖਾਤੇ ਦੇ ਵਿੱਚ ਦਰਜ ਕਰਨਾ ਕੀ ਹੈ। ਉਹ ਤੋਂ ਬਾਅਦ ਜਦੋਂ ਉਹ ਸਮਝ ਸਾਡੇ ਸਾਹਮਣੇ ਆਉਂਦੀ ਹੈ ਅਤੇ ਉਹ 2 ਸਾਲ ਲੱਗਣ, 3 ਸਾਲ ਲੱਗਣ, 5 ਸਾਲ ਲੱਗਣ, ਜਿਹਦੇ ਨਾਲ ਸਾਨੂੰ ਉਸ ਐਂਥਰੋਪੋਲੋਜਿਸਟ ਦੇ ਨਜ਼ਰੀਏ ਤੋਂ ਉਹ ਸਮਾਜ ਜਿਹੜਾ ਹੈ ਦਿਖਾਈ ਦੇਣਾ ਸ਼ੁਰੂ ਕਰਦਾ। ਅਤੇ ਇਸ ਵਿਸ਼ੇ ਦੇ ਵਿੱਚ ਇੱਕ ਇਹ ਗੱਲ ਰਹੀ ਹੈ ਕਿ ਕੋਈ ਬੰਦਾ ਉੱਥੇ ਰਹਿੰਦਾ ਲਗਾਤਾਰ ਜਾ ਕੇ ਅਤੇ ਇਹ ਮੰਨਿਆ ਜਾਵੇ ਕਿ ਉਹ ਨਿਰਪੱਖਤਾ ਨਾਲ ਉਸ ਪੂਰੇ ਸਮਾਜ ਨੂੰ ਦੇਖਣ ਦੀ ਅਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਕਿੱਸੇ ਕਹਾਣੀਆਂ ਤੋਂ ਲੈ ਕੇ ਤਮਾਮ ਚੀਜ਼ਾਂ ਜਿਹੜੀਆਂ ਅਸੀਂ ਬਾਅਦ ਦੇ ਵਿੱਚ ਦੇਖਿਆ ਕਿ ਜਿਹੜੇ ਨਾਲ ਜਿਹੜਾ ਨਜ਼ਰੀਆ ਹੈ ਉਹ ਕਿਸੇ ਇੱਕ ਬੰਦੇ ਦਾ ਹੈ ਜਾਂ ਕਿਸੇ ਇੱਕ ਪੱਖ ਤੋਂ ਹੈ, ਉਹਦੇ ਵਿੱਚ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਉਹਦੇ ਵਿੱਚ ਇਹ ਆਈਆਂ ਕਿ ਜਦੋਂ ਐਂਥਰੋਪੋਲੋਜਿਸਟ ਕਿਸੇ ਸਮਾਜ ਦੇ ਵਿੱਚ ਰਹਿੰਦਾ ਹੈ ਉਹ ਕਿਸ ਥਾਂ 'ਤੇ ਰਹਿੰਦਾ, ਉਹ ਕਿਹਦੇ ਨਾਲ ਰਹਿੰਦਾ, ਉਹਦੇ ਨਾਲ ਬਾਕੀ ਜਿਹੜੇ ਲੋਕਾਂ ਨੇ ਉਸ ਬੰਦੇ ਨਾਲ ਜਿਹੜਾ ਉੱਥੇ ਅਧਿਐਨ ਕਰਨ ਗਿਆ ਜਿਹਦਾ ਦਾਅਵਾ ਨਿਰਪੱਖਤਾ ਦਾ ਹੈਗਾ ਉਹਦੇ ਨਾਲ ਤੁਹਾਡਾ ਰਿਸ਼ਤਾ ਤੈਅ ਹੋਣਾ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਪਿੰਡ ਦੇ ਸਰਪੰਚ ਦੇ ਘਰੇ ਜਾ ਕੇ ਰਹੇ ਹੋ ਅਤੇ ਸਰਪੰਚ ਨਾਲ ਜਿਵੇਂ ਬਾਕੀ ਪਿੰਡ ਦਾ ਜਿਹੜਾ ਵਰਤੋਂ ਵਿਹਾਰ ਹੈ ਉਹ ਵਰਤੋਂ ਵਿਹਾਰ ਸਹਿਜ ਸੁਭਾਅ ਤੁਹਾਡੇ ਨਾਲ ਹੋਣਾ ਅਤੇ ਉਸੇ ਨੂੰ ਤੁਸੀਂ ਨਿਰਪੱਖਤਾ ਦੇ ਦਾਅਵੇ ਨਾਲ ਦਰਜ ਕਰਨਾ ਕਿ ਪਿੰਡ ਇਸ ਤਰੀਕੇ ਨਾਲ ਜਿਉਂਦਾ ਹੈ। ਜਦੋਂ ਅਸੀਂ ਇਸ ਗੱਲ ਨੂੰ ਦੇਖਾਂਗੇ ਕਿ ਬਰਤਾਨਵੀ ਜਿਹੜਾ ਐਂਥਰੋਪੋਲੋਜਿਸਟ ਆ ਉਹ ਕਿਵੇਂ ਦਰਜ ਕਰ ਰਿਹਾ ਸਾਰੀਆਂ ਚੀਜ਼ਾਂ ਨੂੰ ਅਤੇ ਇਹ ਨਵੀਂ ਸਮਝ ਦੇ ਨਾਲ ਤੁਸੀਂ ਉਹਨੂੰ ਨਵੇਂ ਨਜ਼ਰੀਏ ਨਾਲ ਇਹ ਦੇਖ ਸਕਦੇ ਹੋ ਕਿ ਉੱਥੇ ਕੀ ਹੋ ਰਿਹਾ। ਜੇ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਐਂਥਰੋਪੋਲੋਜੀ ਕਰ ਰਹੇ ਉਹਨਾਂ ਦੇ ਵਿੱਚੋਂ ਉਸ ਵੇਲੇ ਦੇ ਫੌਜ ਦੇ ਅਫਸਰ ਨੇ, ਅੰਗਰੇਜ਼ ਨੌਕਰਸ਼ਾਹੀ ਦੇ ਬੰਦੇ ਨੇ ਅਤੇ ਉਸ ਨੌਕਰਸ਼ਾਹੀ ਦੇ ਨਾਲ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੀਆਂ ਘਰਵਾਲੀਆਂ ਨੇ, ਉਹਨਾਂ ਦੇ ਹੋਰ ਜਿਹੜੇ ਬੰਦੇ ਨੇ ਉਹ ਆਪਣੀਆਂ ਨੌਕਰੀਆਂ ਦੇ ਨਾਲ ਆਪਣੇ ਹੋਰ ਉਹਦੇ ਨਾਲ ਜਾ ਕੇ ਉੱਥੇ ਉਹ ਕੰਮ ਕਰਦੇ ਨੇ ਅਤੇ ਕਈ ਜਿਹੜੇ ਐਂਥਰੋਪੋਲੋਜਿਸਟ ਨੇ ਉਹਨਾਂ ਨੇ ਉਸ ਗੱਲ ਦੀ ਤਫਸੀਲ ਦਿੱਤੀ ਹੈ ਕਿ ਉਹਨਾਂ ਨੇ ਕੰਮ ਕਿਵੇਂ ਕੀਤਾ, ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਗੱਲ ਕਿਵੇਂ ਕੀਤੀ। ਜਿਵੇਂ ਇਹ ਦਰਜ ਹੋਇਆ ਕਿਤੇ ਕਿ ਪਿੰਡ ਦੇ ਬਾਹਰ ਇੱਕ ਪਿੱਪਲ ਦੇ ਥੱਲੇ ਇੱਕ ਦਰੀ ਵਿਛਾ ਕੇ ਬੰਦਿਆਂ ਨੂੰ ਬੁਲਾਇਆ ਗਿਆ ਅਤੇ ਉੱਥੇ ਗੱਲ ਕੀਤੀ, ਜਦੋਂ ਉੱਥੇ ਜਾ ਕੇ ਲੋਕ ਬੈਠੇ ਅਤੇ ਬਹੁਤ ਸਾਰੇ ਲੋਕ ਉੱਥੇ ਆਉਣ ਤੋਂ ਡਰਦੇ ਸੀ। ਜਦੋਂ ਇਹ ਸ਼ਬਦ ਆਏਗਾ ਕਿ ਲੋਕ ਉੱਥੇ ਆਉਣ ਤੋਂ ਡਰਦੇ ਸੀ ਅਤੇ ਉਹ ਕਿਸੇ ਦੀ ਹਾਜ਼ਰੀ ਕਾਰਨ ਡਰਦੇ ਸੀ ਜਾਂ ਉਂਝ ਹੀ ਉਸ ਥਾਂ ਤੋਂ ਡਰਦੇ ਸੀ, ਉਹ ਦੋਨਾਂ ਮਾਮਲਿਆਂ ਦੇ ਵਿੱਚ ਗੱਲ ਮਾਇਨੇ ਰੱਖਦੀ ਹੈ ਕਿ ਲੋਕ ਉੱਥੇ ਉਸ ਥਾਂ ਦੇ ਉੱਤੇ ਆਉਣ ਤੋਂ ਉਂਝ ਹੀ ਡਰਦੇ ਨੇ ਚਾਹੇ ਕੋਈ ਵੀ ਬੈਠਾ ਹੋਵੇ ਜਾਂ ਜੋ ਉੱਥੇ ਆ ਕੇ ਬੈਠ ਗਿਆ ਉਹਦਾ। ਅਤੇ ਇਹਦਾ ਮਤਲਬ ਸਿੱਧਾ ਜਿਹਾ ਹੈਗਾ ਕਿ ਪਿੰਡ ਦੇ ਵਿੱਚ ਜੋ ਦਰਜਾਬੰਦੀ ਹੈ ਜਾਂ ਜਿਸ ਸਮਾਜ ਦੇ ਵਿੱਚ ਤੁਸੀਂ ਗਏ ਹੋ ਉਸ ਦਰਜਾਬੰਦੀ ਦੇ ਇੱਕ ਖਾਸ ਨਜ਼ਰੀਏ ਤੋਂ ਤੁਸੀਂ ਉਹ ਦੇਖਣੀ ਹੈ, ਤੁਸੀਂ ਉਸ ਥਾਂ ਦੇ ਉੱਤੇ ਕਾਬਜ਼ ਨੂੰ ਜਾਂ ਤੁਹਾਡਾ ਜਿਹੜਾ ਮੁਕਾਮ ਹੈ ਉਹ ਉਸ ਥਾਂ ਦੇ ਉੱਤੇ ਹੈ ਜੋ ਉਸ ਦੀ ਦਰਜਾਬੰਦੀ ਦੇ ਅੰਦਰ ਪਹਿਲਾਂ ਹੀ ਦਰਜ ਹੋ ਚੁੱਕਿਆ। ਹੁਣ ਇੱਥੇ ਬਾਕੀ ਸਾਰੀਆਂ ਚੀਜ਼ਾਂ ਵੀ ਆ ਸਕਦੀਆਂ। ਅਤੇ ਫਿਰ ਇਹ ਗੱਲ ਹੈ ਕਿ ਜਦੋਂ ਇੱਕ ਗੋਰਾ ਐਂਥਰੋਪੋਲੋਜਿਸਟ ਪੰਜਾਬ ਦੇ ਪਿੰਡ ਦੇ ਵਿੱਚ ਜਾਏਗਾ, ਉਹ ਚਾਹੇ ਲੰਬੜਦਾਰ ਕੋਲ ਜਾਵੇ ਚਾਹੇ ਕਿਸੇ ਹੋਰ ਸਫੈਦ ਪੇਸ਼ ਕੋਲ ਜਾਵੇ, ਉਹਨਾਂ ਦੀ ਆਪਣੀ ਇੱਕ ਦਰਜਾਬੰਦੀ ਹੈ। ਸੋ ਉਹ ਦਰਜਾਬੰਦੀ ਉਸ ਦੇ ਵਿੱਚ ਆਉਣੀ ਹੀ ਆਉਣੀ ਹੈ ਜਿਹੜੀ ਤੁਹਾਡੀ ਸਮਝ ਹੈ। ਇਹ ਇੱਕ ਪੱਖ ਹੈ। ਦੂਜਾ ਪੱਖ ਕਿ ਜਿਹੜਾ ਐਂਥਰੋਪੋਲੋਜਿਸਟ ਤੁਹਾਡੇ ਪਿੰਡ ਦੇ ਵਿੱਚ ਆ ਗਿਆ ਉਹ ਕਿਸ ਕਿਸਮ ਦੀ ਸਮਝ ਲੈ ਕੇ ਆਇਆ, ਉਹ ਕਿੱਥੋਂ ਆਇਆ। ਉਹਦੇ ਵਿੱਚ ਇੱਕ ਪਿਛਲੇ ਦਿਨਾਂ ਦੇ ਵਿੱਚ ਕਿਤਾਬ ਨੀਲਾਦਰੀ ਭੱਟਾਚਾਰਿਆ ਨੇ ਪੰਜਾਬ ਦੇ ਬਾਰੇ ਲਿਖੀ ਹੈ, ਉਹ
ਬਰਤਾਨਵੀ ਰਾਜ ਦੇ ਵਿੱਚ ਕਿਸ ਤਰੀਕੇ ਨਾਲ ਪੰਜਾਬ ਦੀ ਖੇਤੀ ਵਿੱਚ ਤਬਦੀਲੀ ਆਈ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹੈਗੀ ਆ। ਉਹਦੇ ਵਿੱਚ ਕੁਛ ਦਿਲਚਸਪ ਗੱਲਾਂ ਹੈ। ਉਹਦੇ ਵਿੱਚ ਇੱਕ ਦਿਲਚਸਪ ਗੱਲ ਹੈ ਕਿ ਜਦੋਂ ਪੰਜਾਬ ਦੇ ਉੱਤੇ ਬਰਤਾਨਵੀ ਸਾਮਰਾਜ ਦਾ ਕਬਜ਼ਾ ਹੋਇਆ, ਮੈਂ ਇੱਕ ਗੱਲ ਇਹ ਦੱਸਦਾ ਹਾਂ ਕਿ ਮੈਂ ਇਤਿਹਾਸ ਦੀ ਉਸ ਪੇਚੀਦਗੀ 'ਚ ਨਹੀਂ ਜਾ ਰਿਹਾ ਜਿਹੜੀ ਕਿਸੇ ਖਿੱਤੇ ਨੂੰ ਪੰਜਾਬ ਕਹਿਣ ਜਾਂ ਪੰਜਾਬ ਨਾ ਕਹਿਣ ਦੇ ਵਿੱਚ ਲੱਗ ਹੁੰਦੀ ਹੈ, ਕਿਉਂਕਿ ਪਟਿਆਲੇ ਦਾ ਇਤਿਹਾਸ ਅਤੇ ਅੰਮ੍ਰਿਤਸਰ ਦਾ ਇਤਿਹਾਸ ਇੱਕ ਪੰਜਾਬ ਦਾ ਇਤਿਹਾਸ ਨਹੀਂ ਹੈ, ਸਾਡਾ ਵੱਖਰਾ ਵੱਖਰਾ ਇਤਿਹਾਸ ਹੈ ਅਤੇ ਉਹਦੇ 'ਚ ਬਹੁਤ ਸਾਰੀ ਪੇਚੀਦਗੀ ਹੈ। ਜਦੋਂ ਅਸੀਂ ਪੰਜਾਬ ਦੇ ਉੱਤੇ ਕਬਜ਼ੇ ਦੀ ਗੱਲ ਕਰਦੇ ਹਾਂ ਤਾਂ ਮੈਂ ਲਾਹੌਰ ਦਾ ਦਰਬਾਰ ਦੇ ਉੱਤੇ ਕਬਜ਼ੇ ਦੀ ਗੱਲ ਕਰ ਰਿਹਾ, ਸਾਰੇ ਪੰਜਾਬ ਦੇ ਨਹੀਂ, ਪੰਜਾਬ ਉਹਦੇ 'ਚ ਬਹੁਤ ਵੱਡਾ ਹਿੱਸਾ ਉਸ ਵੇਲੇ ਵੀ ਪੰਜਾਬ ਤੋਂ ਬਾਹਰ ਸੀਗਾ। ਇਹ ਗੱਲ ਵੱਖਰੀ ਹੈ ਕਿ ਜੋ ਜਿਸ ਤਰੀਕੇ ਨਾਲ ਇਤਿਹਾਸਕਾਰਾਂ ਨੇ ਸਾਨੂੰ ਇਹ ਸਮਝਾਇਆ ਅਤੇ ਜਿਸ ਤਰੀਕੇ ਨਾਲ ਸਾਡੇ ਵਿੱਦਿਅਕ ਅਦਾਰੇ ਪੰਜਾਬ ਨੂੰ ਸਮਝਦੇ ਨੇ, ਉਦੋਂ ਲੱਗਦਾ ਕਿ ਵੀ ਇੱਕੋ ਜਿਹਾ ਕਿੱਤਾ ਹੈਗਾ। ਸੋ 1949 ਦੇ ਵਿੱਚ ਪੰਜਾਬ 'ਤੇ ਕਬਜ਼ਾ ਨਹੀਂ ਹੋਇਆ, ਸਤਲੁਜ ਤੋਂ ਇੱਧਰਲੇ ਪਾਸੇ ਵਾਲਾ ਜਿਹੜਾ ਮਾਮਲਾ ਹੈਗਾ, ਸਤਲੁਜ ਦੇ ਪਰਲੇ ਪਾਸੇ ਵੀ ਪੰਜਾਬ ਹੈਗਾ ਅਤੇ ਬਰਤਾਨਵੀ ਸਾਮਰਾਜ ਨਾਲ ਵੀ ਵੱਖਰਾ ਵੱਖਰਾ ਰਿਸ਼ਤਾ ਪੰਜਾਬ ਦੇ ਵੱਖਰੇ ਵੱਖਰੇ ਖਿੱਤਿਆਂ ਦਾ, ਵੱਖਰੇ ਵੱਖਰੇ ਇਲਾਕਿਆਂ ਦਾ ਰਿਹਾ। ਸੋ ਉਸ ਪੇਚੀਦਗੀ ਦੀ ਅੱਜ ਮੈਂ ਗੱਲ ਕੀਤੀ ਹੈ। ਜਿਹੜੀ ਇਹ ਗੱਲ ਹੈ ਕਿ ਜਦੋਂ ਲਾਹੌਰ ਦਰਬਾਰ ਲਾਹੌਰ ਵਾਲੇ ਇਲਾਕੇ 'ਚ, ਜਿਸ ਖਿੱਤੇ 'ਚ ਅਸੀਂ ਇਸ ਵੇਲੇ ਖੜ੍ਹ ਕੇ ਗੱਲ ਕਰ ਰਹੇ ਹਾਂ, ਇੱਥੇ ਜਦੋਂ ਬਰਤਾਨਵੀ ਸਾਮਰਾਜ ਦਾ ਕਬਜ਼ਾ ਹੋਇਆ ਅਤੇ ਇੱਕ ਜਿਹੜਾ ਹੁਕਮਰਾਨ ਵੱਡਾ ਅਫਸਰ ਆਇਆ, ਉਹ ਹੈਨਰੀ ਉਹਦਾ ਨਾਮ ਹੈ, ਮੈਂ ਉਹਨਾਂ ਦਾ ਪੂਰਾ ਨਾਮ ਮੈਂ ਭੁੱਲ ਗਿਆ, ਉਹਦਾ ਬੜੀ ਤਫਸੀਲ ਨਾਲ ਜ਼ਿਕਰ ਕੀਤਾ ਨਲਾਜੀ ਭੱਟਾਚਾਰਿਆ ਨੇ ਆਪਣੀ ਕਿਤਾਬ ਦੇ ਵਿੱਚ। ਉਹ ਬੰਦੇ ਦਾ ਜਿਹੜਾ ਉਸ ਵੇਲੇ ਦਾ ਹੁਨਰ ਹੈ ਜਿਹਦੇ ਨਾਲ ਉਹਨੇ ਆਪਣਾ ਰਾਜ ਕਾਇਮ ਕਰਨਾ ਹੈ, ਜਿਹਦੇ ਨਾਲ ਉਸ ਦਾ ਬੋਲਬਾਲਾ ਪੰਜਾਬ ਦੇ ਪਿੰਡ ਦੇ ਵਿੱਚ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਹੋਣਾ ਹੈ, ਉਹਦਾ ਘੋੜਸਵਾਰੀ ਦਾ ਹੁਨਰ ਹੈ। ਅਤੇ ਜਦੋਂ ਹੈਨਰੀ ਆਪਣੇ ਘੋੜਸਵਾਰੀ ਦੇ ਹੁਨਰ ਦੀ ਗੱਲ ਕਰਦਾ, ਹੈਨਰੀ ਕਿਸੇ ਮਿਰਜ਼ੇ ਦੀ ਗੱਲ ਨਹੀਂ ਕਰਦਾ, ਉਹ ਕਿਸੇ ਦੁੱਲੇ ਦੇ ਘੋੜੇ ਦੀ ਗੱਲ ਨਹੀਂ ਕਰਦਾ, ਉਹ ਨੈਪੋਲੀਅਨ ਦਾ ਘੋੜਾ ਹੈ, ਉਹ ਯੂਰਪੀ ਸਾਮਰਾਜ ਦਾ ਘੋੜਾ ਹੈ, ਸਿਰਫ ਬਰਤਾਨਵੀ ਸਾਮਰਾਜ ਦਾ ਘੋੜਾ ਨਹੀਂ ਹੈਗਾ, ਉਹਦੀ ਘੋੜੇ ਦੀ ਸਮਝ ਕੋਈ ਹੋਰ ਹੈ। ਜੇ ਉਸ ਗੱਲ ਨੂੰ ਮੰਨ ਲਿਆ ਜਾਵੇ ਕਿ ਜਿਹੜੇ ਬੰਦੇ ਬਰਤਾਨਵੀ ਸਾਮਰਾਜ ਨਾਲ ਉੱਥੋਂ ਇੱਥੇ ਆ ਰਹੇ ਨੇ ਅਤੇ ਉਹਨਾਂ ਨੇ ਇੱਕ ਨਜ਼ਰੀਏ ਦੇ ਵਿੱਚੋਂ ਉਹਨੂੰ ਦੇਖਣਾ ਹੈ, ਤੁਹਾਡੇ ਪੰਜਾਬ ਨੂੰ ਤੁਹਾਡੀਆਂ ਗੱਲਾਂ ਸੁਣਨੀਆਂ ਨੇ ਜਿਹੜੀਆਂ ਮੁੜ ਕੇ ਦਰਜ ਕਰਨੀਆਂ ਨੇ, ਅਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਇੱਕ ਬਰਤਾਨਵੀ ਐਂਥਰੋਪੋਲੋਜਿਸਟ ਪੰਜਾਬ ਦੇ ਘੋੜਸਵਾਰਾਂ ਦੀ ਗੱਲ ਕਰੇਗਾ, ਚਾਹੇ ਉਹ ਮਿਰਜ਼ੇ ਦੀ ਗੱਲ ਕਰੇ, ਚਾਹੇ ਦੁੱਲੇ ਦੀ ਗੱਲ ਕਰੇ, ਚਾਹੇ ਉਹ ਗੁਰੂ ਗੋਬਿੰਦ ਸਿੰਘ ਦੀ ਗੱਲ ਕਰੇ, ਚਾਹੇ ਹੋਰਾਂ ਦੀ ਗੱਲ ਕਰੇ, ਉਹ ਅਰਬੀ ਘੋੜੇ ਦੀ ਗੱਲ ਕਰ ਰਿਹਾ, ਉਹ ਆਪਣੇ ਘੋੜੇ ਦੀ ਗੱਲ ਕਰ ਰਿਹਾ, ਅਤੇ ਤੁਹਾਡਾ ਘੋੜਸਵਾਰ ਉਹਦੇ ਘੋੜਸਵਾਰ ਤੋਂ ਬਿਹਤਰ ਨਹੀਂ ਹੋ ਸਕਦਾ, ਕਿਉਂਕਿ ਉਹ ਘੋੜਸਵਾਰੀ ਨਾਲ ਤੁਹਾਡੇ 'ਤੇ ਕਬਜ਼ਾ ਕਰ ਰਿਹਾ ਹੈ ਨਾ। ਜੇ ਤੁਸੀਂ ਉਹ ਕਿਤਾਬ ਪੜ੍ਹੋ ਤਾਂ ਤੁਹਾਨੂੰ ਸਾਰੀ ਤਫਸੀਲ ਮਿਲ ਜਾਏਗੀ। ਮੇਰੀ ਦਲੀਲ ਇਹ ਹੈ ਕਿ ਜਿਹੜਾ ਐਂਥਰੋਪੋਲੋਜਿਸਟ ਹੈ ਉਹਦੀ ਨਜ਼ਰ ਨਿਰਪੱਖ ਹੈ ਜਾਂ ਨਹੀਂ, ਇਸ ਦੇ ਉੱਤੇ ਬਹੁਤ ਸਾਰੇ ਸਵਾਲ ਇਸ ਵੇਲੇ ਹੋ ਗਏ ਨੇ। ਜਦੋਂ ਅਸੀਂ ਫਿਲਮ ਦਾ ਅਧਿਐਨ ਕਰਦੇ ਹਾਂ ਤਾਂ ਐਂਥਰੋਪੋਲੋਜੀ ਇੱਕ ਬਹੁਤ ਇੰਪੋਰਟੈਂਟ ਪੱਖ ਹੈ ਇਹ ਸਮਝਣ ਲਈ ਕਿ ਇਹ ਕਿਹਦੇ ਨਜ਼ਰੀਏ ਤੋਂ ਬਣ ਰਹੀ ਹੈ ਅਤੇ ਕਿਉਂ ਬਣ ਰਹੀ ਹੈ। ਇੱਕ ਤਾਂ ਮੈਂ ਇਹ ਜਿਹੜਾ ਹੈਗਾ ਇਸ ਨੂੰ ਲਾਗੂ ਕਰਾਂਗਾ ਜਦੋਂ ਮੈਂ ਫਿਲਮ ਦੇ ਬਾਰੇ ਅੱਗੇ ਗੱਲ ਕਰਾਂਗਾ। ਦੂਜਾ ਪੱਖ ਇਹ ਹੈ ਕਿ ਫਿਲਮ ਦੇ ਬਾਰੇ ਇੱਕ ਇਹ ਹੈ ਕਿ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਫਿਲਮ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਦ੍ਰਿਸ਼ ਨੇ ਜਿਹੜੀਆਂ ਫਿਲਮ ਦੀਆਂ ਛੋਟੀਆਂ ਛੋਟੀਆਂ ਕਾਤਰਾਂ ਨੇ ਉਹਨਾਂ ਨੂੰ ਜੋੜ ਕੇ ਬਣਾਉਂਦੀ ਆ। ਜਦੋਂ ਤੁਸੀਂ ਕਿਸੇ ਥਾਂ ਨੂੰ ਦਿਖਾਉਣਾ ਹੈ ਅਤੇ ਉਸ ਥਾਂ ਨੂੰ ਦਿਖਾਉਣ ਲਈ ਤੁਸੀਂ ਜਿੰਨੀਆਂ ਕਾਤਰਾਂ ਜੋੜੀਆਂ ਨੇ ਉਹਨਾਂ ਨੇ ਤੁਹਾਡੇ ਲਈ ਉਸ ਥਾਂ ਨੂੰ ਉਸ ਨਜ਼ਰੀਏ ਨੂੰ ਜਾਂ ਉਸ ਨਜ਼ਾਰੇ ਨੂੰ ਤੁਹਾਡੇ ਲਈ ਤੁਹਾਡੇ ਸਾਹਮਣੇ ਉਹਨੇ ਉਹਨੂੰ ਜੋੜਨਾ ਹੈ। ਉਹਦੀ ਜਿਹੜੀ ਜੋੜਬੰਦੀ ਹੈ ਉਹ ਉਸ ਉਹਨਾਂ ਕਾਤਰਾਂ 'ਚ ਹੋ ਰਹੀ ਹੈ। ਅਤੇ ਜਿਹੜਾ ਕਾਰਟੋਗ੍ਰਾਫਰ ਹੈ ਜਿਹੜਾ ਨਕਸ਼ਾ ਨਵੀਸ ਹੈ ਕਿਸੇ ਥਾਂ ਦਾ ਉਹ ਵੀ ਬਿਲਕੁਲ ਉਵੇਂ ਹੀ ਕਰਦਾ ਹੈ।
ਕਿਵੇਂ ਲਕੀਰਾਂ ਵੇਖਦੀਆਂ ਨੇ ਦੇਖਿਆ ਮੈਂ ਸਾਰੇ। ਅਤੇ ਇੱਕ ਫਿਲਮ ਅਧਿਐਨ ਦਾ ਬਹੁਤ ਵੱਡਾ ਸਕਾਲਰ ਹੈ ਟੌਮ ਕੌਨਲੇ, ਉਹਨਾਂ ਦਾ ਨਾਮ ਹੈ, ਉਹਨਾਂ ਦੀ ਕਿਤਾਬ ਹੈ ਕਾਰਟੋਗ੍ਰਾਫਿਕ ਸਿਨੇਮਾ। ਕਾਰਟੋਗ੍ਰਾਫਿਕ ਸਿਨੇਮਾ ਦੇ ਵਿੱਚ ਉਹ ਦੱਸਦੇ ਨੇ ਕਿ ਸਿਨੇਮਾ ਇੱਕ ਸੰਦ ਦੇ ਤੌਰ ਦੇ ਉੱਤੇ, ਇੱਕ ਟੂਲ ਦੇ ਤੌਰ ਦੇ ਉੱਤੇ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਤੁਹਾਡੇ ਲਈ ਕਿਵੇਂ ਜੋੜਦਾ, ਤੁਹਾਨੂੰ ਕਿਵੇਂ ਉਹ ਦਿਖਾਉਂਦਾ। ਅਤੇ ਦੂਜੀ ਗੱਲ ਮੈਂ ਉਹਨਾਂ ਦੇ ਹਵਾਲੇ ਨਾਲ ਕਰਨੀ ਹੈ ਕਿ ਜਿਹੜਾ ਦ੍ਰਿਸ਼, ਜਿਹੜਾ ਪੰਜਾਬ ਦੀ ਕਲਪਨਾ ਸਿਨੇਮੇ ਰਾਹੀਂ ਸਾਡੇ ਸਾਹਮਣੇ ਪੇਸ਼ ਹੋ ਰਹੀ ਹੈ ਉਹਦਾ ਕਾਰਟੋਗ੍ਰਾਫਰ ਕੌਣ ਹੈ, ਦੂਜੀ ਗੱਲ ਮੈਂ ਇਹ ਕਰਨੀ ਹੈ। ਅਤੇ ਇਹਦੇ ਨਾਲ ਜੁੜਦੀ ਮੈਂ ਇੱਕ ਹੋਰ ਗੱਲ ਕਰਨੀ ਹੈ, ਜਦੋਂ ਅਸੀਂ ਕਾਰਟੋਗ੍ਰਾਫਰ ਦੀ ਗੱਲ ਕਰਦੇ ਹਾਂ ਅਤੇ ਫਿਲਮ ਦੇ ਅਧਿਐਨ ਦਾ, ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਇੱਕ ਸਕਾਲਰ ਹੈਗਾ ਉਹਦਾ ਨਾਮ ਹੈ ਪੌਲ ਬਰੀਲੀ। ਪੌਲ ਬਰੀਲੀ ਉਹ ਕਹਿੰਦਾ ਕਿ ਜਿਹੜੀ ਥਾਂ ਦੇ ਉੱਤੇ ਤੁਸੀਂ ਜਾਂਦੇ ਹੋ ਅਤੇ ਉਸ ਥਾਂ ਨੂੰ ਜਿਵੇਂ ਦੇਖਦੇ ਹੋ ਉਹਦੇ ਨਾਲ ਤੁਹਾਡੀ ਉਸ ਥਾਂ ਦੀ ਸਮਝ ਬਣਦੀ। ਤੁਸੀਂ ਇੱਕ ਥਾਂ ਦੇ ਉੱਤੇ ਕਾਰ 'ਚ ਜਾਂਦੇ ਹੋ, ਸਾਈਕਲ 'ਤੇ ਜਾਂਦੇ ਹੋ, ਤੁਰ ਕੇ ਜਾਂਦੇ ਹੋ, ਪਹਿਲੇ ਬੈਠਣ ਜਾਂਦੇ ਹੋ, ਕਿਸੇ ਕੰਮ ਨਾਲ ਜਾਂਦੇ ਹੋ, ਇਹ ਹਰੇਕ ਜਿਹੜੀ ਤੁਹਾਡੀ ਰਫ਼ਤਾਰ ਹੈ ਉਹ ਤੈਅ ਕਰਦੀ ਹੈ ਕਿ ਉਹ ਨਜ਼ਾਰਾ ਤੁਹਾਡੇ ਲਈ ਕਿਸ ਤਰੀਕੇ ਨਾਲ ਜੁੜਨਾ। ਸੋ ਇਹ ਸਾਰੀਆਂ ਜਿਹੜੀਆਂ ਕੰਸੈਪਚੁਅਲ ਕੈਟੇਗਰੀਜ਼ ਨੇ ਮੁੱਖ ਤੌਰ ਦੇ ਉੱਤੇ ਦੋ, ਇੱਕ ਐਂਥਰੋਪੋਲੋਜਿਸਟ ਦੀ ਅਤੇ ਨਾਲ ਜਿਹੜੀ ਕਾਰਟੋਗ੍ਰਾਫਰ ਦੀ, ਪਰ ਉਹਦੇ ਵਿੱਚ ਜਿਹੜੀ ਇੱਕ ਸਪੀਡ ਵਾਲੀ ਗੱਲ ਹੈ ਉਹ ਮੈਂ ਜੋੜ ਕੇ ਆਪਣੀ ਜਿਹੜੀ ਗੱਲ ਕਰਨੀ। ਜਦੋਂ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਫਿਲਮ ਨੂੰ ਦੇਖਦੇ ਹਾਂ ਅਤੇ ਬਰਤਾਨਵੀ ਸਾਮਰਾਜ ਨੇ ਜੋ ਸਾਡੀ ਸ਼ਨਾਖਤ ਘੜੀ ਪੰਜਾਬ ਦੀ, ਕਿ ਪੰਜਾਬ ਦੀ ਸ਼ਨਾਖਤ ਕਿਸ ਚੀਜ਼ ਨਾਲ, ਕਿਹੜਾ ਤਬਕਾ ਕਿਹੜੇ ਤਬਕੇ ਤੋਂ ਬਿਹਤਰ ਹੈ, ਕਿੱਥੇ ਬਿਹਤਰ ਬੰਦੇ ਵੱਸਦੇ ਨੇ, ਕਿੱਥੇ ਵਧੀਆ ਬੋਲੀ ਬੋਲੀ ਜਾਂਦੀ ਹੈ, ਅਤੇ ਕਿਹੜਾ ਜਿਹੜਾ ਕਿੱਤਾ ਹੈ ਜਿਹੜਾ ਉੱਤਮ ਹੈ, ਕਿਹੜਾ ਉੱਤਮ ਨਹੀਂ ਹੈ, ਉਹ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਪੰਜਾਬ ਦੇ ਵਿੱਚ ਬ੍ਰਿਟਿਸ਼ ਐਂਥਰੋਪੋਲੋਜਿਸਟ ਨੇ ਅਸਟੈਬਲਿਸ਼ ਕੀਤੀ। ਜਦੋਂ ਪੰਜਾਬ ਦੇ ਵਿੱਚ ਗੱਲ ਹੋਈ ਕਿ ਇੱਥੇ ਅਸੀਂ ਹੁਕਮਰਾਨੀ ਕਰਨੀ ਹੈ ਅਤੇ ਇਹਨੂੰ ਸਮਝਣਾ ਹੈ, ਅਤੇ ਉਹਦੇ ਵਿੱਚ ਇੱਕ ਅਹਿਮ ਕਿਤਾਬ ਸ਼ਰਦਾ ਰਾਮ ਕਲੌਰੀ ਦੀ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ, ਜਿਹਦੇ ਬਾਰੇ ਅੰਗਰੇਜ਼ ਦੌਰ ਦੇ ਵਿੱਚ ਇਹ ਕਿਹਾ ਗਿਆ ਕਿ ਜੇ ਤੁਸੀਂ ਇੱਥੇ ਹਕੂਮਤ ਕਰਨੀ ਹੈ, ਜੇ ਤੁਸੀਂ ਇੱਥੇ ਅਫਸਰ ਬਣਨਾ ਤਾਂ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ। ਅਤੇ ਇਹ ਇਹ ਸਾਰਾ ਜਿਹੜਾ ਤਜਰਬਾ ਹੈਗਾ ਇਹ, ਅਤੇ ਬਹੁਤ ਵੱਡੀ ਕਿਤਾਬ ਉਹ ਮੰਨੀ ਗਈ ਅਤੇ ਉਹਦਾ ਬਹੁਤ ਪ੍ਰਚਾਰ ਕੀਤਾ ਗਿਆ ਉਸ ਕਿਤਾਬ ਦਾ, ਜਿਹਦੇ ਵਿੱਚ ਉਹ ਪਿੰਡ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦੀਆਂ ਮਨੌਤਾਂ ਨੇ, ਕਿਵੇਂ ਲੋਕ ਰਹਿੰਦੇ ਨੇ, ਕਿਵੇਂ ਇੱਕ ਦੂਜੇ ਨਾਲ ਵਰਤਦੇ ਨੇ, ਕਿਸ ਕਿਸਮ ਦੇ ਜਿਹੜੇ ਉਹਨਾਂ ਦੇ ਸਮਾਜਿਕ ਰਸਮੋ ਰਿਵਾਜ਼ ਨੇ, ਉਹ ਸਾਰੀ ਤਫਸੀਲ ਉਸ ਕਿਤਾਬ ਦੇ ਵਿੱਚ ਆਈ। ਜਦੋਂ ਅਸੀਂ ਦੌਰ ਬਦਲ ਜਾਂਦਾ, ਜਦੋਂ ਬਰਤਾਨਵੀ ਸਾਮਰਾਜ ਖਤਮ ਹੋ ਜਾਂਦਾ ਹੈ, ਜਿਹਨੂੰ ਅਸੀਂ ਪੋਸਟ ਕਲੋਨੀਅਲ ਦੌਰ ਕਹਿੰਦੇ ਹਾਂ, ਉਸ ਦੌਰ ਦੇ ਵਿੱਚ ਚੀਜ਼ਾਂ ਨਵੇਂ ਸਿਰੇ ਤੋਂ ਆਉਂਦੀਆਂ ਨੇ, ਪਰ ਉਹ ਪੁਰਾਣੀਆਂ ਦੀ ਕੁਛ ਹੱਦ ਤੱਕ ਲਗਾਤਾਰਤਾ 'ਚ ਨੇ, ਕੁਛ ਹੱਦ ਤੱਕ ਤਬਦੀਲ ਹੋ ਚੁੱਕੀਆਂ ਨੇ, ਅਤੇ ਕੁਛ ਹੱਦ ਤੱਕ ਜਮ੍ਹਾਂ ਹੀ ਨਵੀਆਂ ਸ਼ੁਰੂ ਹੋਈਆਂ ਨੇ, ਵੱਖਰੀਆਂ ਵੱਖਰੀਆਂ ਚੀਜ਼ਾਂ। ਪਰ ਮੈਂ ਆਪਣੀ ਗੱਲ ਨੂੰ ਇਸ ਪੇਚੀਦਗੀ 'ਚ ਲਿਜਾਣ ਦੀ ਬਜਾਏ ਜਾਂ ਇਸ ਗੱਲ ਦੇ ਉੱਤੇ ਕਿ 1947 ਦੇ ਵਿੱਚ ਕਿੱਡਾ ਵੱਡਾ ਸਦਮਾ ਸਾਡੇ ਉੱਤੇ ਇਨਫਿਕਟ ਕੀਤਾ ਗਿਆ, ਅਤੇ ਜਾਂ ਅਸੀਂ ਆਪਣੇ ਆਪ ਨੂੰ ਕਿਸ ਸਦਮੇ ਦੇ ਵਿੱਚੋਂ ਕੱਢਿਆ, ਮੈਂ ਪਹਿਲੀ ਗੱਲ ਦੇ ਨਾਲ ਜ਼ਿਆਦਾ ਉਹਦੇ 'ਚ ਮੇਰੀ ਦਿਲਚਸਪੀ ਨਹੀਂ, ਦੂਜੀ ਗੱਲ ਦੇ ਵਿੱਚ ਮੇਰੀ ਜ਼ਿਆਦਾ ਦਿਲਚਸਪੀ ਹੈ ਕਿ ਅਸੀਂ ਆਪਣੇ ਆਪ ਦੇ ਉੱਤੇ ਕੀ ਕੀਤਾ, ਪਰ ਅੱਜ ਉਸ ਪੇਚੀਦਗੀ 'ਚ ਮੈਂ ਨਹੀਂ ਪੈਣਾ, ਸਿਰਫ ਕੁਛ ਗੱਲ ਉਹਦੇ ਬਾਰੇ ਕਰਾਂਗਾ ਕਿ ਉਹ ਫਿਲਮ ਦੇ ਵਿੱਚ ਕਿਸ ਤਰੀਕੇ ਨਾਲ ਆਏਗੀ। ਪਰ ਜਿਹੜੀ ਸ਼ਰਦਾ ਰਾਮ ਕਲੌਰੀ ਦੀ ਜਿਹੜੀ ਟ੍ਰੈਡੀਸ਼ਨ ਹੈ ਉਹਦਾ ਕੀ ਬਣਿਆ, ਜਿਹੜਾ ਨਵਾਂ ਹੁਕਮਰਾਨ ਹੈ ਉਹਦੇ ਲਈ ਨਵਾਂ ਕਾਇਦਾ ਕੀ ਹੈ। ਪੰਜਾਬ ਦੇ ਵਿੱਚ ਇੱਕ ਕਿਤਾਬ ਜਿਹਦਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਜ਼ਿਕਰ ਹੋ ਰਿਹਾ, ਹੁਣ 50 ਸਾਲ ਉਸ ਕਿਤਾਬ ਦਾ ਮਨਾਇਆ ਗਿਆ, ਉਸ ਕਿਤਾਬ ਦਾ ਨਾਮ ਹੈ ਮੇਰਾ ਪਿੰਡ। ਮੇਰਾ ਪਿੰਡ ਤੁਸੀਂ ਜੇ ਸਾਰਿਆਂ ਨੇ ਪੜ੍ਹੀ ਨਹੀਂ ਤਾਂ ਤਕਰੀਬਨ ਸਾਰਿਆਂ ਨੇ ਨਾਂ ਤਾਂ ਸੁਣਿਆ ਹੋਊਗਾ, ਕੁਛ ਲੇਖ ਪੱਕਾ ਪੜ੍ਹੇ ਹੋਣਗੇ, ਅਤੇ ਉਂਝ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਕਿਤਾਬ ਨਾ ਵੀ ਪੜ੍ਹੀ ਹੋਵੇ
ਤਾਂ ਵੀ ਤੁਹਾਡੇ ਆਲੇ ਦੁਆਲੇ ਸਕੂਲ ਤੋਂ ਲੈ ਕੇ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਉਹ ਕਿਤਾਬ ਨੂੰ ਇੰਨਾ ਪੜ੍ਹਾ ਰਹੇ ਨੇ ਕਿ ਸਭ ਨੂੰ ਇਹ ਅੰਦਾਜ਼ਾ ਹੈ ਕਿ ਉਸ ਕਿਤਾਬ ਦੇ ਵਿੱਚ ਕੀ ਲਿਖਿਆ। ਉਸ ਕਿਤਾਬ ਦੀਆਂ ਕੋਈ 10-12 ਭੂਮਿਕਾਵਾਂ ਨੇ, ਉਹਦੇ ਵਿੱਚੋਂ ਇੱਕ ਭੂਮਿਕਾ ਪ੍ਰਤਾਪ ਸਿੰਘ ਕੈਰੋਂ ਨੇ ਲਿਖੀ। ਪ੍ਰਤਾਪ ਸਿੰਘ ਕੈਰੋਂ ਨੇ ਉਸ ਭੂਮਿਕਾ ਦੇ ਵਿੱਚ ਲਿਖਿਆ ਕਿ ਇਹ ਕਿਤਾਬ ਪੰਜਾਬ ਦੇ ਹਰ ਅਫਸਰ ਨੂੰ ਪੜ੍ਹਨੀ ਚਾਹੀਦੀ ਹੈ। ਉਹੀ ਗੱਲ ਹੈ ਜਿਹੜੀ ਸ਼ਰਦਾ ਰਾਮ ਗਲੌਰੀ ਦੀ ਕਿਤਾਬ ਦੇ ਵਿੱਚ ਲਿਖੀ ਜਾ ਰਹੀ ਸੀ। ਇੱਕ ਗੱਲ, ਦੂਜੀ, ਇੱਕ ਇਸੇ ਸ਼ਹਿਰ ਦੇ ਵੱਡੇ ਸ਼ਖਸ ਨੇ ਗੁਰਬਖਸ਼ ਸਿੰਘ ਪ੍ਰੀਤਲੜੀ, ਗੁਰਬਖਸ਼ ਸਿੰਘ ਪ੍ਰੀਤਲੜੀ ਸਮਾਂ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੀ ਸੂਝ ਹੈ ਉਹਦੇ ਨਾਲ ਕਿਸੇ ਦੀ ਸਹਿਮਤੀ ਅਸਹਿਮਤੀ ਹੋ ਸਕਦੀ ਹੈ, ਪਰ ਅਸੀਂ ਤਕਰੀਬਨ ਇਸ ਗੱਲ ਦੇ ਉੱਤੇ ਸਹਿਮਤ ਹੋ ਸਕਦੇ ਹਾਂ ਕਿ ਉਹਨਾਂ ਨੂੰ ਪੰਜਾਬ ਦੀ ਚੋਖੀ ਸਮਝ ਹੈ, ਬਹੁਤ ਬਰੀਕੀ ਨਾਲ ਸਮਝ ਹੈ। ਅਤੇ ਉਹ ਇਸ ਸ਼ਹਿਰ ਦੇ ਲਾਗੇ ਪ੍ਰੀਤਲੜੀ ਇੱਕ ਪਿੰਡ ਵਸਾਉਣ ਦੀ ਪੂਰਾ ਤਰੱਦਦ ਕਰਦੇ ਹਨ ਜਿੰਨਾ ਹੋ ਸਕਦਾ। ਅਤੇ ਉਹ ਤੋਂ ਬਿਨਾਂ ਇਹ ਗੱਲ ਹੈ ਕਿ ਕਿਉਂਕਿ ਉਹ ਟ੍ਰੇਨਿੰਗ ਦੇ ਪੱਖੋਂ, ਸਿਖਲਾਈ ਦੇ ਪੱਖੋਂ ਉਹ ਸਿਵਲ ਇੰਜੀਨੀਅਰ ਸਨ, ਗੁਰਬਖਸ਼ ਸਿੰਘ ਪ੍ਰੀਤਲੜੀ ਸਿਵਲ ਇੰਜੀਨੀਅਰ ਸਨ। ਅਤੇ ਵੈਸੇ ਇੱਕ ਦਿਲਚਸਪੀ ਵੀ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਜਿਹੜਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ, ਮੁੱਖ ਗੁਰਦੁਆਰਾ, ਉਹ ਬਤੌਰ ਇੰਜੀਨੀਅਰ ਉਹਨਾਂ ਨੇ ਡਿਜ਼ਾਇਨ ਕੀਤਾ ਹੋਇਆ, ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਦਾ ਡਿਜ਼ਾਇਨ। ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਹੋਣੀ ਉਸ ਕਿਤਾਬ ਦੀ ਇੱਕ ਭੂਮਿਕਾ ਲਿਖ, ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਬਹੁਤ ਨਰਮ ਸੁਭਾਅ ਦੇ ਆਦਮੀ ਨੇ ਅਤੇ ਬਹੁਤ ਸਹਿਜ ਅਤੇ ਟਿਕਾਣ ਨਾਲ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਵੀ ਮੈਨੂੰ ਇਸ ਦੀ ਸਮਝ ਨਹੀਂ ਸੀ, ਪਿੰਡ ਦੀ ਸਮਝ ਮੈਨੂੰ ਇਸ ਕਿਤਾਬ 'ਚੋਂ। ਇਸ ਫਿਕਰੇ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਮਝ ਦੇ ਨਾਲ ਖੋਲ੍ਹਣ ਦੀ ਲੋੜ ਹੈ। ਉਹ ਕਹਿ ਕੀ ਰਹੇ ਨੇ ਕਿ ਉਹ ਤਾਰੀਫ ਕਰ ਰਹੇ ਨੇ ਜਾਂ ਉਹ ਕਹਿ ਰਹੇ ਨੇ ਕਿ ਮੈਂ ਤਾਂ ਇੰਨਾ ਹੀ ਕਹਿਣਾ, ਤੁਸੀਂ ਦੇਖੋ ਕੀ ਹੈ ਉਹ ਪਿੰਡ ਕਿੱਥੋਂ ਆਇਆ ਜਿਹਦੇ ਬਾਰੇ ਗੁਰਬਖਸ਼ ਸਿੰਘ ਪ੍ਰੀਤਲੜੀ ਇਹ ਕਹਿ ਰਿਹਾ ਕਿ ਮੈਨੂੰ ਨਹੀਂ ਇਹ ਪਤਾ ਸੀਗਾ ਉਹ ਪਿੰਡ ਕਿੱਥੋਂ ਆਇਆ ਹੈ ਨਾ। ਅਤੇ ਦੂਜਾ ਜਿਹੜਾ ਹੈਗਾ ਉਸੇ ਕਿਤਾਬ ਦੀ ਇੱਕ ਭੂਮਿਕਾ ਪ੍ਰੋਫੈਸਰ ਪ੍ਰੀਤਮ ਸਿੰਘ ਹੁਣ ਨੇ ਇਸ ਸ਼ਹਿਰ ਨਾਲ, ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦਾ ਬਹੁਤ ਰਾਬਤਾ ਰਿਹਾ, ਇਸ ਕਾਲਜ ਦੇ ਵਿੱਚ ਵੀ ਉਹਨਾਂ ਨੇ ਪੜ੍ਹਾਇਆ, ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਇਆ, ਅਤੇ ਉਹਨਾਂ ਦੇ ਸਹੁਰੇ ਵੀ ਇੱਥੇ ਸੀ, ਆਪਣੇ ਪ੍ਰੋਫੈਸਰ ਸਾਹਿਬ ਸਿੰਘ ਦੇ ਉਹ ਦਿਮਾਗ ਨੇ, ਅਤੇ ਉਹਨਾਂ ਨੇ ਵੀ ਉਸ ਜਿਹੜੀ ਕਿਤਾਬ ਦੀ ਭੂਮਿਕਾ ਲਿਖੀ ਹੈ। ਉਹਨਾਂ ਦੀ ਪੜ੍ਹਨ ਲਿਖਣ ਦੇ ਮਾਮਲੇ ਦੇ ਵਿੱਚ ਇੱਕ ਸਮਝ ਆ ਪ੍ਰੋਫੈਸਰ ਪ੍ਰੀਤਮ ਸਿੰਘ ਹੁਣ ਜਿਹੜੀ, ਜਿਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਮੈਂ ਦੋਵੇਂ ਦਰਜੇ ਦਾ ਕੰਮ ਨਹੀਂ ਕਰਦਾ, ਮੈਂ ਦੂਜਿਆਂ ਦੀਆਂ ਲਿਖੀਆਂ ਕਿਤਾਬਾਂ ਦੇ ਉੱਤੇ ਕੋਈ ਕ੍ਰਿਟਿਸਿਜ਼ਮ ਕਰਕੇ ਨਹੀਂ ਆਪਣੇ ਨਾਮ 'ਤੇ ਕਿਤਾਬਾਂ ਲਿਖਦਾ, ਮੈਂ ਤਾਂ ਮੌਲਿਕ ਕੰਮ ਕਰਦਾ। ਮੈਂ ਇਸ ਗੱਲ 'ਚ ਨਹੀਂ ਜਾਵਾਂਗਾ ਕਿ ਮੌਲਿਕਤਾ ਕੁਛ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਜਾਂ ਇਹ ਹੁੰਦੀ ਹੈ ਤਾਂ ਕੀ ਹੁੰਦੀ ਆ, ਪਰ ਇਹ ਉਹਨਾਂ ਦਾ ਸੁਭਾਅ ਦੇ ਮੁਤਾਬਕ ਮੈਂ ਦੱਸ ਰਿਹਾ ਕਿ ਉਹ ਉਹਨਾਂ ਦੀ ਇਹ ਸਮਝ ਹੈ। ਅਤੇ ਇੱਕ ਉਹ ਭੂਮਿਕਾ ਲਿਖਦੇ ਨੇ ਅਤੇ ਜਦੋਂ ਉਹ ਕ੍ਰਿਟੀਸਾਈਜ਼ ਕਰਦੇ ਨੇ ਉਹ ਬਹੁਤ ਆਰਾਮ ਨਾਲ ਸਹਿਜ ਚ ਹੋ ਕੇ ਕਰਦੇ ਨੇ। ਉਹ ਉਸ ਕਿਤਾਬ ਬਾਰੇ ਲਿਖਦੇ ਨੇ ਕਿ ਇਹ ਜੱਟ ਪੁਰਾਣ ਹੈ, ਇਹ ਦੋ ਸ਼ਬਦ ਬਹੁਤ ਮਾਇਨੇ ਰੱਖਦੇ ਨੇ ਉਸ ਕਿਤਾਬ ਬਾਰੇ। ਹਾਂ, ਸੋ ਉਹ ਕਿਤਾਬ ਨੂੰ ਮਤਲਬ ਇਹ ਸ਼ਰਦਾ ਰਾਮ ਗਲੌਰੀ ਉਹਦੀ ਕੰਟੀਨਿਊਟੀ ਦੇ ਵਿੱਚ ਮਿਲੀ। ਅਤੇ ਜਦੋਂ ਅੰਗਰੇਜ਼ ਹੁਕਮਰਾਨ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਦੋਂ ਜਿਹੜੀ ਪੰਜਾਬ ਦੀ ਸ਼ਨਾਖਤ ਜਿਹੜੀ ਹੁਣ ਸਾਨੂੰ ਬਹੁਤ ਸਹਿਜ ਲੱਗਦੀ ਹੈ, ਉਦੋਂ ਇਹ ਉੱਗੜਨੀ ਸ਼ੁਰੂ ਹੋਈ ਕਿ ਪਿੰਡ ਪਿੰਡ ਦਾ ਸ਼ਹਿਰ ਨਾਲ ਰਿਸ਼ਤਾ, ਜਿਹੜਾ ਸ਼ਹਿਰ ਹੈ ਉਹ ਕਰਪਟ ਹੈ, ਉਹ ਬਣੀਆਂ ਉਹ ਮੁਨਾਫਾਖੋਰ ਹੈ, ਅਤੇ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਪਾਕ ਪਵਿੱਤਰ ਕੁਦਰਤੀ ਥਾਂ ਹੈ। ਇਹ ਇੱਕ ਸ਼ਨਾਖਤ ਬ੍ਰਿਟਿਸ਼ ਐਂਥਰੋਪੋਲੋਜਿਸਟ ਨੇ ਐਸਟੈਬਲਿਸ਼ ਕੀਤੀ, ਅਤੇ ਉਹਦੇ ਵਿੱਚ ਖੇਤੀ ਇੱਕ ਕਿੱਤੇ ਦੇ ਤੌਰ ਦੇ ਉੱਤੇ ਅਤੇ ਫਿਰ ਜੱਟ, ਇਹ ਤਿੰਨ ਜਿਹੜੀਆਂ ਸ਼ਨਾਖਤ ਨੇ ਇਹ ਬ੍ਰਿਟਿਸ਼ ਐਂਥਰੋਪੋਲੋਜਿਸਟ ਨੇ ਇੱਥੇ ਆ ਕੇ ਅਸਟੈਬਲਿਸ਼ ਕੀਤੀ। ਅਤੇ
ਇਹਦੇ ਵਿੱਚੋਂ ਮੁੱਖ ਕੰਮ ਜਿਹੜਾ ਹੈਗਾ ਉਹ ਜਿਹੜੀਆਂ ਸਾਡੀਆਂ ਨਹਿਰੀ ਬਸਤੀਆਂ ਸੀ, ਜਿਹਨਾਂ ਨੂੰ ਮੈਂ ਇਹ ਕਹਾਂ ਕਿ ਮਤਲਬ ਜਿਹੜੀਆਂ ਸਾਡੀਆਂ ਖੇਤੀ ਬਸਤੀਆਂ ਸੀ, ਹੈ ਨਾ, ਕਿਉਂਕਿ ਜਦੋਂ ਵੀ ਅਸੀਂ ਕਨਾਲ ਕਲੋਨੀ ਨੂੰ ਖੇਤੀ ਬਸਤੀਆਂ ਕਹਿੰਦੇ ਹਾਂ ਤਾਂ ਸਾਡਾ ਥੋੜ੍ਹਾ ਜਿਹਾ ਉਹ ਵਾਰਾਂ ਕਹਿਣ ਵਾਲਿਆਂ ਨੂੰ ਔਖਾ ਲੱਗਣਾ ਸ਼ੁਰੂ ਹੋ ਜਾਂਦਾ, ਕਿਉਂਕਿ ਹੈ ਤਾਂ ਉਹ ਬਸਤੀ ਨੇ, ਅੰਗਰੇਜ਼ਾਂ ਨੇ ਉਹ ਵਸਾਈਆਂ ਨੇ, ਉੱਥੇ ਉਹਨਾਂ ਨੇ ਨਹਿਰਾਂ ਲਿਆਂਦੀਆਂ ਨੇ। ਅਤੇ ਉਹਦੇ ਵਿੱਚ ਇੱਕ ਸਕਾਲਰ ਨੇ, ਉਹਨਾਂ ਦਾ ਨਾਂ ਹੈ ਅਜਮਲ ਕਮਾਲ, ਅਜਮਲ ਕਮਾਲ ਇਹ ਕਹਿੰਦੇ ਨੇ ਕਿ ਜਿਹੜੀਆਂ ਨਹਿਰੀ ਬਸਤੀਆਂ ਪੰਜਾਬ ਦੇ ਵਿੱਚ ਵਸਦੀਆਂ ਨੇ ਉਹਨਾਂ ਦੇ ਰਾਹੀਂ ਪੰਜਾਬ ਦੇ ਪਿੰਡਾਂ ਦੇ ਪਿੰਡੇ ਉੱਤੇ ਲਿਟੀਗੇਸ਼ਨ ਦਾ ਟੀਕਾ ਲੱਗ ਜਾਂਦਾ, ਤੁਹਾਡਾ ਹਰ ਮਾਮਲਾ ਜਿਹੜਾ ਹੈਗਾ ਉਹਨਾਂ ਕਲੋਨੀਆਂ ਤੋਂ ਉਸ ਅਦਾਲਤ ਤੱਕ ਪਹੁੰਚਦਾ ਜਿਹਦੇ ਰਾਹੀਂ ਜਿਹੜਾ ਬ੍ਰਿਟਿਸ਼ ਸਾਮਰਾਜਵਾਦ ਮਜ਼ਬੂਤ ਹੁੰਦਾ ਇਸ ਖਿੱਤੇ ਦੇ ਵਿੱਚ। ਅਤੇ ਉਹ ਜਿਹੜੀ ਤਿੰਨ ਬੰਦਿਆਂ ਦੀ ਜਿਹੜੀ ਪਛਾਣ ਹੈ, ਖੇਤੀ, ਜੱਟ ਅਤੇ ਪਿੰਡ, ਇਹ ਪੰਜਾਬ ਦੀ ਮੁੱਖ ਪਛਾਣ ਬਣ ਕੇ ਉੱਭਰਦੀ ਹੈ, ਜਿਹੜੀ ਲਗਾਤਾਰ ਸਾਡੇ ਨਾਲ ਇਹ ਚੱਲਦੀ ਰਹੇਗੀ। ਉਹਦੇ ਵਿੱਚ ਜਿਹੜਾ ਇੱਕ ਫਰਕ ਪਏਗਾ 1947 ਦੇ ਵਿੱਚ ਜਦੋਂ ਅਸੀਂ 11 ਲੱਖ ਬੰਦਿਆਂ ਦਾ ਕਤਲ ਕੀਤਾ ਅਤੇ 1.5 ਕਰੋੜ ਬੰਦਾ ਉਜੜਿਆ, ਅਤੇ ਉਹਦਾ ਜਿਹੜਾ ਸਦਮਾ ਕਿੰਨੇ ਬੰਦਿਆਂ ਨੂੰ ਕਿਸ ਰੂਪ ਦੇ ਵਿੱਚ ਲੱਗਿਆ ਉਹ ਸਾਨੂੰ ਕੋਈ ਅੰਦਾਜ਼ਾ ਨਹੀਂ ਹੋਇਆ ਨਾ ਹੋ ਸਕਦਾ। ਅਤੇ ਉਹ ਜਿਹੜਾ ਸਦਮਾ ਸੀਗਾ ਉਹ ਕਿਸ ਦੇ ਕੰਮ ਦੇ ਵਿੱਚ ਕਿਸ ਰੂਪ ਦੇ ਵਿੱਚ ਸਾਹਮਣੇ ਆਇਆ ਮੈਂ ਇਹਦੇ ਉੱਤੇ ਵੀ ਨਹੀਂ ਗੱਲ ਕਰਨੀ, ਪਰ ਉਸ ਤਜਰਬੇ ਤੋਂ ਬਾਅਦ ਜਿਹੜੀ ਉਹ ਤਿੰਨ ਪੱਖ ਦੀ ਜਿਹੜੀ ਸ਼ਨਾਖਤ ਹੈ ਉਹ ਕਿੱਥੇ ਗਈ, ਕਿਉਂਕਿ ਜਿਹੜੀ ਉਹ ਪੂਰੀ ਵੰਡ ਸੀਗੀ ਉਹ ਇੱਕ ਮਜ਼ਹਬੀ ਵੰਡ ਸੀਗੀ ਅਤੇ ਉਹ ਤੋਂ ਬਾਅਦ ਜਿਹੜੀ ਉਹ ਸ਼ਨਾਖਤ ਸੀ ਉਹਦੇ ਵਿੱਚ ਆਉਣਾ ਸੀਗਾ। ਅਤੇ ਮੁੜ ਕੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸਿਆਸਤ 1947 ਤੋਂ ਹੁਣ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਹੁਣ ਮੈਂ ਕਰ ਰਿਹਾ ਹਾਂ ਜਿਹੜਾ ਸਾਡਾ ਪੂਰਬੀ ਪੰਜਾਬ ਹੈ, ਈਸਟਰਨ ਪੰਜਾਬ ਦੀ ਗੱਲ ਕਰਦਾ। ਅਤੇ ਇਸ ਬਹਿਸ ਦੇ ਵਿੱਚ ਮੈਂ ਅੱਜ ਨਹੀਂ ਕਹਿਣਾ ਹੈਗਾ ਕਿ ਇਹ 2.5 ਦਰਿਆਵਾਂ ਦਾ ਜਾਂ 5 ਦਰਿਆਵਾਂ ਦਾ ਜਾਂ ਇਹ ਸੂਬੀ ਰਹਿ ਗਿਆ ਜਾਂ ਇਹ ਕੀ ਹੋ ਗਿਆ, ਉਸ ਬਹਿਸ ਦੇ ਵਿੱਚ ਨਹੀਂ ਮੈਂ ਅੱਜ ਪੈਣਾ ਹੈਗਾ। ਪਰ ਮੈਂ ਉਹ ਸੋ ਮੈਂ ਰਾਜਪੁਰੇ ਤੋਂ ਅੰਮ੍ਰਿਤਸਰ ਤੱਕ ਦੇ ਪੰਜਾਬ ਦੀ ਗੱਲ ਕਰ ਰਿਹਾ, ਉਹ ਤੋਂ ਪਹਿਲਾਂ ਥੋੜ੍ਹੀ ਦੇਰ ਜਾਂ ਇਹ ਸਮਝੋ ਕਿ ਹਰਿਆਣਾ ਹਿਮਾਚਲ ਉਸ ਵੇਲੇ ਤੱਕ ਸ਼ਾਮਿਲ ਹੈ ਜਦੋਂ ਇਹ ਸਾਰੀ ਬਹਿਸ ਹੋ ਰਹੀ ਹੈ, ਪਰ ਇਸ ਗੱਲ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਇਸ ਖਿੱਤੇ ਦੇ ਵਿੱਚ ਵੀ ਮੈਂ ਇਹ ਗੱਲ ਕਰ ਰਿਹਾ। ਅਤੇ ਉਹਦੇ ਵਿੱਚ ਇਹ ਗੱਲ ਹੈ ਕਿ 1947 ਤੋਂ ਬਾਅਦ ਦੀ ਜਿੰਨੀ ਸਾਡੀ ਸਿਆਸੀ ਅਚਵੀਰ ਹੈ ਉਹਦੇ 'ਤੇ 1947 ਦਾ ਉਹ ਸਾਰਾ ਸਦਮਾ ਭਰ ਗਿਆ। ਜਿਹੜਾ ਸਿਆਸਤਦਾਨ ਲਾਹੌਰ ਤੋਂ ਉੱਜੜ ਕੇ ਆਇਆ ਉਸ ਸਿਆਸਤਦਾਨ ਦੇ ਉੱਥੇ ਬਹੁਤ ਕੁਛ ਪ੍ਰਤੀਕ ਸੀ, ਇੱਥੇ ਨਵੇਂ ਸਿਰੇ ਤੋਂ ਆ ਕੇ ਉਹਨੂੰ ਉੱਥੋਂ ਸਿਆਸਤਦਾਨ ਕਹਿ ਕੇ ਨਹੀਂ ਉਜਾੜਿਆ ਗਿਆ, ਉੱਥੋਂ ਸਿੱਖ ਕਹਿ ਕੇ ਉਜਾੜਿਆ ਗਿਆ। ਅਤੇ ਨਵਾਂ ਜਿਹੜਾ ਹਕੂਮਤ ਆ ਉਹ ਸਾਨੂੰ ਜਿੱਦਾਂ ਵੀ ਪਸੰਦ ਹੋਵੇ ਨਾ ਪਸੰਦ ਹੋਵੇ ਉਹਦਾ ਦਾਅਵਾ ਤਾਂ ਇਹ ਗੱਲ ਹੈ ਕਿ ਵੀ ਜਿਹੜਾ ਮਜ਼ਹਬ ਹੈ ਉਹ ਤੁਹਾਡੀ ਬੁਨਿਆਦੀ ਜਾਂ ਪਹਿਲੀ ਪਛਾਣ ਨਹੀਂ ਹੈ, ਜਿਹੜਾ ਸ਼ਹਿਰੀ ਹੋਣਾ ਉਹ ਤੁਹਾਡੀ ਬੁਨਿਆਦੀ ਪਛਾਣ ਹੈ। ਸੋ ਇਹਦੇ ਹਵਾਲੇ ਨਾਲ ਗੱਲ ਹੋਵੇਗੀ। ਅਤੇ ਪੰਜਾਬੀ ਜਿਹੜੇ ਸੂਬੇ ਦੀ ਜਿਹੜੀ ਸਮੁੱਚੀ ਲਹਿਰ ਹੈ ਅਤੇ ਉਹਦੇ ਵਿੱਚ ਜਿੰਨੀ ਅਚਵੀ ਮਾਸਟਰ ਤਾਰਾ ਸਿੰਘ ਰਾਹੀਂ ਆਉਂਦੀ ਹੈ ਉਹ ਸਾਰਾ ਜਿਹੜਾ ਪਾਰਟੀਸ਼ਨ ਦਾ ਸਦਮਾ ਮੈਂ ਮੰਨਦਾ, ਅਤੇ ਜਿਹਦੇ ਵਿੱਚ ਉਹ ਸਾਰੀ ਉਹ ਕੈਮੋਫਲੇਜਿੰਗ ਹੁੰਦੀ ਹੈ ਕਿ ਵੀ ਪੰਜਾਬੀ ਸੂਬਾ ਚਾਹੀਦਾ ਤਾਂ ਇਹ ਹੈ। ਅਤੇ 1947 ਤੋਂ ਲੈ ਕੇ ਜਦੋਂ ਤੱਕ ਅਕਾਲੀ ਦਲ ਦੇ ਉੱਤੇ ਪੂਰੇ ਦਾ ਪੂਰਾ ਕਬਜ਼ਾ ਕਰਤਾਰ ਸਿੰਘ ਵਾਲੇ ਧੜੇ ਦਾ ਨਹੀਂ ਹੁੰਦਾ, ਉਹ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਖਾਂ ਦੀ ਅਤੇ ਗੈਰ ਸਿੱਖਾਂ ਦੀ ਆਪਸੀ ਲੜਾਈ ਦਾ ਦੌਰ ਹੈ। ਜਿਸ ਦਿਨ ਮਾਸਟਰ ਤਾਰਾ ਸਿੰਘ ਦਾ ਪੂਰਾ ਧੜਾ ਉਸਦੇ ਵਿੱਚੋਂ ਸਾਫ਼ ਹੋ ਜਾਏਗਾ ਉਸ ਦਿਨ ਉਹ ਸਿਰਫ ਜੱਟਾਂ ਦਾ ਰਹਿ ਜਾਏਗਾ, ਉਹਦਾ ਨਾਂ ਚਾਹੇ ਅਕਾਲੀ ਦਲ ਹੋਵੇ ਚਾਹੇ ਕੁਛ ਵੀ ਹੋਵੇ। ਜਦੋਂ ਕਰਤਾਰ ਸਿੰਘ
ਦਾ ਕਬਜ਼ਾ ਹੋ ਜਾਏਗਾ ਅਤੇ ਮਾਸਟਰ ਤਾਰਾ ਸਿੰਘ ਉਹਦੇ ਵਿੱਚ ਨਹੀਂ ਰਹਿਣਗੇ। ਅਤੇ ਉਦੋਂ ਤੱਕ ਵਾਲਾ ਜਿਹੜਾ ਅਕਾਲੀ ਦਲ ਹੈ ਉਹ ਦੋ ਕਿਸਮ ਦੇ ਲੋਕਾਂ ਦਾ ਹੈ, ਇਹਦੀ ਹੋਰ ਵੀ ਕਈ ਕਿਸਮ ਨਾਲ ਵੰਡ ਹੋ ਸਕਦੀ ਹੈ, ਪਰ ਦੋ ਕਿਸਮ ਦੇ ਜਿਹੜੇ ਲੋਕ ਨੇ, ਇੱਕ ਉਹ ਨੇ ਜਿਹੜੇ 1947 ਦੇ ਵਿੱਚ ਉੱਜੜ ਕੇ ਆਏ ਨੇ, ਜਿਹੜੇ ਮਾਰ ਖਾ ਕੇ ਆਏ ਨੇ, ਦੂਜੇ ਨੇ ਜਿਹਨਾਂ ਨੇ ਮਾਰੇ ਨਹੀਂ। ਜਿਸ ਦਿਨ ਮਾਸ ਤਾਰਾ ਸਿੰਘ ਨਿਕਲ ਜਾਣਗੇ ਉਹ ਦੋਨੋਂ ਦੂਜੇ ਵਾਲਾਂ ਦਾ ਰਹਿ ਜਾਏਗਾ, ਉਦੋਂ ਪਹਿਲੇ ਵਾਲੇ ਦਾ ਨਹੀਂ ਰਹੇਗਾ। ਸੋ ਇਹ ਪਰ ਇਸ ਬਹਿਸ ਦੇ ਵਿੱਚ ਨਹੀਂ ਜਾ। ਹੁਣ ਜਿਹੜਾ ਇਹ ਪੰਜਾਬ ਹੈ ਉਹਦੇ ਵਿੱਚ ਸ਼ੁਰੂ ਦੇ ਵਿੱਚ ਜੱਟ, ਫਿਰ ਉਹ ਜੱਟ ਸਿੱਖ, ਮੁੜ ਕੇ ਫਿਰ ਉਹ ਸਿੱਖ ਦੀ ਲੋੜ ਨਹੀਂ ਅਤੇ ਜੱਟ ਨਹੀਂ, ਫਿਰ ਨਾਮ ਦੀ ਵੀ ਲੋੜ ਨਹੀਂ ਜਿਹੜੀ ਤੁਸੀਂ ਗੱਲ ਕਹਿੰਦੇ ਸੀ ਕਿ ਪਹਿਲਾਂ ਨਾਮ ਦੀ ਲੋੜ ਨਹੀਂ ਸੀ, ਕਿਉਂਕਿ ਹੁਣ ਉਹ ਤੁਹਾਨੂੰ ਵਿਸ਼ੇਸ਼ਣ ਦੀ ਲੋੜ ਨਹੀਂ, ਹੁਣ ਉਹ ਜਿਹੜਾ ਹੈਗਾ ਸਹਿਜ ਹੈ। ਵੀ ਤੁਸੀਂ ਪੰਜਾਬੀ ਹੋ ਤਾਂ ਜੱਟ ਹੀ ਹੋ, ਹੋਰ ਕੀ, ਜੱਟ ਹੀ ਹੋ ਤਾਂ ਸਿੱਖ ਹੀ ਹੋ ਅਤੇ ਹੋਰ ਕੀ। ਮਤਲਬ ਇਹਦੇ ਬਾਹਰ ਆਲੇ ਦੁਆਲੇ ਨੇ ਜਿਹੜੇ ਸਾਰੇ ਉਹ ਜਿਹੜੇ ਮਾਇਨੇ ਨੇ ਉਹ ਖਤਮ ਹੋ ਗਏ। ਹੁਣ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਿਸ ਤਰੀਕੇ ਨਾਲ ਹੁੰਦੀਆਂ, ਪੰਜਾਬੀ ਜਿਹੜੀ ਫਿਲਮ ਹੈਗੀ ਹੈ ਉਹਦਾ ਜਿਹੜਾ ਐਂਥਰੋਪੋਲੋਜਿਸਟ ਆ ਉਹ ਕਿੱਥੇ ਬੈਠਾ, ਪੰਜਾਬੀ ਦੀ ਜਿਹੜੀ ਫਿਲਮ ਹੈ ਉਹਦੀ ਕਾਰਟੋਗ੍ਰਾਫੀ ਹੈ ਉਹ ਜਿਹੜੀ ਕਿਵੇਂ ਹੋ ਰਹੀ ਹੈ। ਪਹਿਲਾਂ ਮੈਂ ਐਂਥਰੋਪੋਲੋਜਿਸਟ ਦੀ ਗੱਲ ਕਰਾਂਗਾ, ਫਿਰ ਮੈਂ ਕਾਰਟੋਗ੍ਰਾਫੀ ਦੀ ਗੱਲ ਕਰਾਂਗਾ। ਜਿਹੜਾ ਐਂਥਰੋਪੋਲੋਜਿਸਟ ਹੈ ਪੰਜਾਬੀ ਫਿਲਮ ਦਾ, ਉਹ ਸ਼ੁਰੂ ਤੋਂ ਲੈ ਲਓ ਉਹ ਸਰਪੰਚ ਦੇ ਆਲੇ ਦੁਆਲੇ ਆ, ਵੱਡੇ ਘਰ ਦੇ ਆਲੇ ਦੁਆਲੇ ਆ ਅਤੇ ਜੱਟਾਂ ਦੇ ਆਲੇ ਦੁਆਲੇ ਆ, ਸਾਰੇ ਦਾ ਸਾਰਾ ਜਿਹੜਾ ਤੁਹਾਡਾ ਐਂਥਰੋਪੋਲੋਜਿਸਟ ਹੈ ਜਿਹਦੇ ਨਜ਼ਰੀਏ ਤੋਂ ਤੁਸੀਂ ਉਹ ਫਿਲਮ ਦੇਖਣੀ ਹੈ, ਉਹ ਬਰਤਾਨਵੀ ਸਮਰਾਜ ਦੀ ਜਿਹੜੀ ਉਹ ਸੋਚ ਹੈ, ਜੱਟ ਖੇਤ ਖੇਤੀ ਅਤੇ ਪਿੰਡ, ਉਸ ਦੇ ਨਜ਼ਰੀਏ ਦੇ ਤੋਂ ਉਹ ਸਾਰੀ ਲਾਮਬੰਦ ਹੋ ਰਹੀ ਹੈ। ਅਤੇ ਇਹ ਬਦਲਦਾ ਕਿਵੇਂ ਆ, ਇਹ ਬਦਲਦਾ ਇਹ ਹੈ ਕਿ ਜਦੋਂ ਉਸ ਐਂਥਰੋਪੋਲੋਜਿਸਟ ਦੇ ਵਿੱਚ ਨਵੀਆਂ ਤਕਨੀਕਾਂ ਸ਼ਾਮਿਲ ਹੁੰਦੀਆਂ ਨੇ, ਪੰਜਾਬ ਦਾ ਨਵਾਂ ਤਜਰਬਾ ਜਿਹੜਾ ਸ਼ਾਮਿਲ ਹੁੰਦਾ, ਉਦੋਂ ਕੀ ਹੁੰਦਾ, ਉਦੋਂ ਐਂਥਰੋਪੋਲੋਜਿਸਟ ਉਹ ਪਿੰਡ ਦੇ ਕੰਢੇ ਤੋਂ ਸਰਪੰਚ ਦੇ ਘਰ ਤੋਂ ਉਹ ਫਾਰਮ ਹਾਊਸ 'ਤੇ ਆ ਜਾਂਦਾ। ਜਿਹੜੀਆਂ ਜ਼ਿਆਦਾਤਰ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਜਿਹੜੇ ਨਾਇਕ ਨੇ, ਜਿਹੜੀਆਂ ਖਾਸ ਤੌਰ ਦੇ ਉੱਤੇ ਪਿਛਲੇ ਦੌਰ ਦੀਆਂ ਨੇ, ਉਹ ਨਾਇਕ ਪਿੰਡ ਤੋਂ ਬਾਹਰ ਰਹਿੰਦੇ ਨੇ ਖੇਤਾਂ ਦੇ ਵਿੱਚ। ਹਰਭਜਨ ਮਾਨ ਦੀਆਂ ਤਕਰੀਬਨ ਸਾਰੀਆਂ ਫਿਲਮਾਂ ਦੇ ਵਿੱਚ ਜਿਹੜਾ ਨਾਇਕ ਆ ਉਹ ਪਿੰਡ ਤੋਂ ਬਾਹਰ ਰਹਿ ਗਿਆ, ਅਤੇ ਉੱਥੋਂ ਮਤਲਬ ਜਿਹੜਾ ਇਹ ਥਾਂ ਹੈ ਇਸ ਥਾਂ ਦਾ ਬਾਕੀ ਪਿੰਡ ਨਾਲ ਜਿਹੜਾ ਰਿਸ਼ਤਾ ਹੈ ਉਹਦੀ ਜਿਹੜੀ ਦਰਜਾਬੰਦੀ ਹੈ ਉਹ ਤੈਅ ਹੈ, ਉੱਥੇ ਕੌਣ ਜਾਂਦਾ ਅਤੇ ਕਿਸ ਹੈਸੀਅਤ 'ਚ ਜਾਂਦਾ ਹੈ, ਜਿਸ ਹੈਸੀਅਤ ਦੇ ਵਿੱਚ ਜਾਣਾ ਹੈ ਐਂਥਰੋਪੋਲੋਜਿਸਟ ਦਾ, ਉਹਦੇ ਨਾਲ ਰਿਸ਼ਤਾ ਉਸ ਹੈਸੀਅਤ ਰਾਹੀਂ ਤੈਅ ਹੋਣਾ। ਤੁਸੀਂ ਉੱਥੇ ਕਾਮੇ ਦੇ ਤੌਰ ਦੇ ਉੱਤੇ ਜਾਓ, ਤੁਸੀਂ ਉਹਦੇ ਰਿਸ਼ਤੇਦਾਰ ਦੇ ਤੌਰ ਦੇ ਉੱਤੇ ਜਾਓ, ਪਰ ਬੁਨਿਆਦੀ ਜਿਹੜੀ ਗੱਲ ਹੈ ਉਹ ਐਂਥਰੋਪੋਲੋਜਿਸਟ ਨੇ ਉੱਥੇ ਉਹ ਪਿੰਡ ਤੋਂ ਬਾਹਰ ਉਹ ਲੈ ਗਿਆ। ਅਤੇ ਇਹਦੇ ਵਿੱਚ ਕੁਛ ਜਿਹੜੀਆਂ ਹੈਗੀਆਂ ਨੇ ਉਹ ਅਪਵਾਦ ਵੀ ਹੋ ਸਕਦੀਆਂ ਨੇ। ਫਿਰ ਇਹ ਗੱਲ ਹੈ ਕਿ ਉਸ ਪਿੰਡ ਨੂੰ ਤੁਸੀਂ ਆਪਣੇ ਲਈ ਜੋੜਦੇ ਕਿਵੇਂ ਹੋ, ਉਹਨੂੰ ਲਾਮਬੰਦੀ ਕਿਉਂ ਕਰਦੇ, ਉਹ ਪਿੰਡ ਜਿਹੜਾ ਹੈਗਾ ਕੀ ਉਸ ਘਰ ਤੋਂ ਬੰਦਾ ਤੁਰ ਕੇ ਪਿੰਡ ਜਾਂਦਾ, ਪਿੰਡ ਵਾਲੇ ਬੰਦੇ ਨੂੰ ਦੇ ਨਾਲ ਕੀ ਗੱਲਬਾਤ ਕਰਨ ਜਾਂਦਾ, ਜਾਂ ਉਸ ਪਿੰਡ ਦੇ ਵਿੱਚੋਂ ਜਾਂਦਾ ਜਾਂਦਾ ਕਾਰ ਦੇ ਵਿੱਚੋਂ ਨਿਕਲਦਾ ਅਤੇ ਉਹਨੂੰ ਸੱਤ ਦਿਖਾਈ ਦਿੰਦੀ ਹੈ, ਉਹ ਕਿਹੜੀ ਰਫ਼ਤਾਰ ਹੈ ਜਿਹਦੇ ਨਾਲ ਉਹ ਤੈਅ ਹੁੰਦਾ। ਅਤੇ ਇੱਥੇ ਮੈਂ ਆਪਣੀ ਇੱਕ ਮਿਸਾਲ ਦੇਵਾਂਗਾ ਕਿ ਪਿੰਡ ਦੀ ਹਰ ਦੂਜੀ ਨਹੀਂ ਤਾਂ ਤੀਜੀ ਫਿਲਮ ਦੇ ਵਿੱਚ ਪਿੰਡ ਦੀ ਸੱਤ ਜ਼ਰੂਰ ਹੈਗੀ ਹੈ, ਉਹ ਹਰੇਕ ਐਂਥਰੋਪੋਲੋਜਿਸਟ ਜਿਹੜਾ ਹੈਗਾ ਸੱਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ, ਕਿਉਂਕਿ ਪਿੰਡ ਪੂਰਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਸੱਤ ਨਹੀਂ। ਅਤੇ ਜੇ ਉਹ ਕਾਰ ਵਾਲਾ ਬੰਦਾ ਹੈ ਤਾਂ ਕਾਰ ਖੜਾਏਗਾ ਅਤੇ ਜਾਏਗਾ, ਜੇ ਉਹਨੂੰ ਲੱਗਿਆ ਪਿੰਡ ਬਹੁਤ ਗੰਦਾ ਹੋ ਗਿਆ ਤਾਂ ਸਾਫ਼ ਕਰਨ ਲਈ ਉੱਥੇ ਜਾਏਗਾ, ਜੇ ਕੋਈ ਤਾਇਆ ਚਾਚਾ ਤਾਂ ਖੇਡਣ ਚਲਾ ਗਿਆ ਤਾਂ ਉਹਨੂੰ ਗਰਾਊਂਡ ਜਾਏਗਾ,
ਤੇ ਉਸ ਐਂਥਰੋਪੋਲੋਜਿਸਟ ਕੌਣ ਹੈ? ਜ਼ਿਆਦਾਤਰ ਤੁਸੀਂ ਉਹ ਦੇਖੇਂਗੇ ਹੋ ਕਿ ਜਿਹੜਾ ਉਹ ਬੰਦਾ ਜਿਹੜੀ ਉਸ ਸੱਥ ਨਾਲ ਉਹਦੀ ਗੱਲਬਾਤ ਹੈ, ਉਹ ਕੋਈ ਪੁਰਾਣਾ ਹੀਰ ਰਹਿ ਕੇ ਉੱਥੇ ਸਿਰਫ ਟੁੱਟ ਕੇ ਲੱਗ ਜਾਵੇ। ਉਸ ਨੂੰ ਜਿਹੜੇ ਤੋੜਨ ਵਾਲੇ ਬੰਦੇ ਨੇ, ਮੈਂ ਉਹਦੀਆਂ ਦੋ ਮਿਸਾਲਾਂ ਇੱਥੇ ਦੇਵਾਂਗਾ ਕਿ ਸੱਥ ਨੂੰ ਨਵੇਂ ਸਿਰੇ ਤੋਂ ਜੋੜਨ ਦਾ ਜਿਹੜਾ ਤਰਜ਼ਾ ਹੈ ਉਹ ਕਿਵੇਂ ਹੁੰਦਾ ਹੈ। ਇੱਕ ਫਿਲਮ ਸਾਜ ਨੇ ਬੱਬੂ ਮਾਨ, ਮੈਂ ਸਾਰੇ ਜਾਣਦੇ ਹਾਂ। ਜਦੋਂ ਮੈਂ ਬੱਬੂ ਮਾਨ ਬਾਰੇ ਗੱਲ ਕਰਾਂਗਾ, ਮੈਂ ਉਹਨਾਂ ਦੀ ਫਿਲਮ ਦੇ ਕਿਸੇ ਅਸਥੈਟਿਕਸ ਬਾਰੇ ਜਾਂ ਇਸ ਪੱਖ ਜਾਂ ਉਹਦੇ ਵਿੱਚੋਂ ਨਹੀਂ ਗੱਲ ਕਰ ਰਿਹਾ। ਮੈਂ ਸਿਰਫ ਇੱਕ ਫਿਲਮ ਦੇ ਇਤਿਹਾਸ ਦੇ ਵਿੱਚ ਇੱਕ ਟੈਨਸ਼ਨ ਕਿਸ ਤਰੀਕੇ ਨਾਲ ਦਰਜ ਹੁੰਦੀ ਹੈ ਉਹਦੀ ਗੱਲ ਕਰ ਰਿਹਾ। ਬੱਬੂ ਮਾਨ ਦੀ ਇੱਕ ਫਿਲਮ ਹੈ ਅਤੇ ਬੱਬੂ ਮਾਨ ਦਾ ਜਿਹੜਾ ਉਂਝ ਕਿਰਦਾਰ ਹੈ ਜਾਂ ਜਿਵੇਂ ਦੇ ਉਹ ਗੀਤ ਲਿਖਦਾ ਜਿੱਦਾਂ ਦੀਆਂ ਬੱਬੂ ਮਾਨ ਨੇ ਗੱਲਾਂ ਕੀਤੀਆਂ ਨੇ, ਉਹਦੇ ਵਿੱਚ ਇਹ ਗੱਲ ਹੈ ਕਿ ਬੱਬੂ ਮਾਨ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਛ ਬਦਲਣ ਵਾਲਾ ਹੈ ਅਤੇ ਇਹ ਮੈਂ ਬਦਲ ਗਿਆ। ਇਹ ਬੱਬੂ ਮਾਨ ਦੇ ਕਿਰਦਾਰ ਨੂੰ ਵੀ ਲੱਗਦਾ ਅਤੇ ਇਸੇ ਕਿਸਮ ਦੇ ਕਿਰਦਾਰ ਦੀਆਂ ਫਿਲਮਾਂ ਦੇ ਵਿੱਚ ਆਉਂਦੇ ਨੇ ਅਤੇ ਇਸ ਗੱਲ ਨਾਲ ਸਾਡੀ ਸਹਿਮਤੀ ਅਸਹਿਮਤੀ ਹੋ ਸਕਦੀ ਹੈ ਕਿ ਇੱਕ ਬੰਦਾ ਬਦਲ ਸਕਦਾ ਜਾਂ ਨਹੀਂ ਬਦਲ ਸਕਦਾ, ਪਰ ਜਿਹਨੇ ਵੀ ਇਸ ਗੱਲ ਦਾ ਬੀੜਾ ਚੁੱਕਣਾ ਉਹ ਤੁਸੀਂ ਜਾਣਦੇ ਹੈ, ਉਹਨੇ ਤਰਦ ਤਾਂ ਕਰਨਾ ਇਸ ਗੱਲ ਨੂੰ, ਉਹ ਕਿੱਦਾਂ ਵੀ ਹੋਵੇ। ਬੱਬੂ ਮਾਨ ਆਪਣੀ ਫਿਲਮ ਦੇ ਵਿੱਚ ਇਹ ਸਾਰਾ ਜਿਹੜਾ ਬੋਝਾ ਹੈ ਆਪਣੇ ਉੱਤੇ ਚੱਕ ਕੇ ਰੱਖਦਾ, ਉਸ ਬੋਝੇ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰਦਾ ਅਤੇ ਉਹ ਜਵੇ ਆਏਗਾ ਤੁਹਾਨੂੰ ਬਹੁਤ ਜਾਨ ਨਾਲ ਜਾਂਦਾ ਦਿਖਾਈ ਦੇਵੇਗਾ। ਉਹ ਤੁਰ ਕੇ ਵੀ ਜਾਏਗਾ, ਉਹ ਮੋਟਰਸਾਈਕਲ 'ਤੇ ਵੀ ਜਾਏਗਾ, ਉਹ ਕਾਰ ਦੇ ਉੱਤੇ ਵੀ ਜਾਏਗਾ। ਉਹਦੀ ਫਿਲਮ ਦੇ ਵਿੱਚ ਜਿਹੜੀ ਸੱਥ ਹੈ ਉਹ ਕਿਵੇਂ ਆਉਂਦੀ ਹੈ? ਇੱਕ ਫਿਲਮ ਉਹਦੀ ਹਸ਼ਰ ਨਾਮ ਹੈ ਉਸ ਫਿਲਮ ਦਾ। ਉਹ ਪਿੰਡ ਦਾ ਜਿਹੜਾ ਇੱਕ ਦਾਨਾ ਸਰਪੰਚ ਹੈ, ਨਵੇਂ ਆਏ ਐਂਥਰੋਪੋਲੋਜਿਸਟ ਨੂੰ ਉਹ ਇਹ ਕਹਿ ਦਿੰਦਾ ਕਿ ਇਹ ਮੁੰਡਾ ਜਿਹੜਾ ਕਹੂਗਾ ਮੈਂ ਹਰ ਫੈਸਲਾ ਉਹੀ ਕਰਾਂਗਾ। ਅਤੇ ਪੰਜਾਬ ਉਸ ਦੌਰ ਦੇ ਵਿੱਚੋਂ ਸੰਕਟ ਦੇ ਵਿੱਚੋਂ ਨਿਕਲ ਰਿਹਾ ਅਤੇ ਉਹ ਜਿਹੜਾ ਸਰਪੰਚ ਹੈ ਉਹ ਉਸੇ ਸੱਥ ਦੇ ਵਿੱਚ ਖੁਦਕੁਸ਼ੀ ਕਰਦਾ, ਡਿਫਾਈਨ ਕਰ ਰਿਹਾ ਕਿ ਸੰਕਟ ਇੱਥੇ ਤੱਕ ਆ ਗਿਆ। ਉਹਦੀ ਸੱਥ ਦੇ ਵਿੱਚ ਚੁਟਕਲੇਬਾਜ਼ੀ ਨਹੀਂ ਹੁੰਦੀ, ਉੱਥੇ ਤਾਸ਼ ਨਹੀਂ ਹੈਗੀ, ਉੱਥੇ ਸੰਕਟ ਆ ਗਿਆ, ਉੱਥੇ ਉਜਾੜ ਪੈ ਗਿਆ ਉਸ ਗੱਲ ਦੇ ਵਿੱਚ। ਪਰ ਬੱਬੂ ਮਾਨ ਜਿਹੜੀ ਉਹ ਤਿੰਨ ਦੀ ਬਾਈਨਰੀ ਹੈ ਉਸਨੂੰ ਨਹੀਂ ਤੋੜ ਰਿਹਾ, ਉਹ ਤਿੰਨ ਦੀ ਬਾਈਨਰੀ ਕਾਇਮ ਜੱਟ ਖੇਤੀ ਅਤੇ ਪਿੰਡ, ਇਹ ਬਾਈਨਰੀ ਉਹਦੀ ਕਾਇਮ ਆ। ਉਹ ਸ਼ਹਿਰ 'ਚੋਂ ਆਵੇ ਜਿੱਥੇ ਮਰਜ਼ੀ ਆਵੇ ਉਹਨੇ ਪਿੰਡ ਆਉਣਾ ਅਤੇ ਐਂਥਰੋਪੋਲੋਜਿਸਟ ਦੇ ਤੌਰ 'ਤੇ ਉਹ ਪਿੰਡ ਤੋਂ ਬਾਹਰ ਰਹਿ ਰਿਹਾ, ਉਹ ਪਿੰਡ ਨੂੰ ਸਿਰਫ ਸੁਧਾਰਨ ਲਈ ਅੰਦਰ ਜਾ ਰਿਹਾ, ਪਰ ਉਹਦੇ 'ਚ ਜਿੰਨੀ ਜਾਨ ਹੈ ਜਿੰਨਾ ਉਹਨੇ ਬੋਝ ਚੱਕਿਆ ਹੈ ਉਹਦੇ 'ਚ ਉਹ ਕੁਛ ਨਾ ਕੁਛ ਕਰੇਗਾ। ਦੂਜੀ ਗੱਲ ਹੈ ਜਤਿੰਦਰ ਮਾਹੌਰ, ਜਤਿੰਦਰ ਮਾਹੌਰ ਜਿਸ ਤਰੀਕੇ ਨਾਲ ਉਸੇ ਸੱਥ ਨੂੰ ਬਿਆਨ ਕਰਦਾ ਹੈ ਉਹ ਉਸ ਸੱਥ ਦੇ ਵਿੱਚ ਮਸਲੇ ਲੈ ਆਉਂਦਾ ਕਿ ਪਿੰਡ ਦੀ ਜ਼ਮੀਨ ਨੂੰ ਖਤਰਾ ਹੋਇਆ ਹੈ ਤਾਂ ਪਿੰਡ ਦੀ ਜ਼ਮੀਨ ਬਚਾਉਣੀ ਹੈ। ਪਿੰਡ ਦਾ ਜਿਹੜਾ ਨਾਇਕ ਹੈ ਜਿਹੜਾ ਉਹ ਜ਼ਮੀਨ ਬਣਾਉਣ ਦੀ ਲੜਾਈ ਦੇ ਵਿੱਚ ਹੈ ਉਹਦਾ ਜਿਹੜਾ ਸੇਵਾ ਉਹਦੀ ਜਿਹੜੀ ਉਹ ਜਦੋਂ ਉਹਦਾ ਅੰਤਿਮ ਸੰਸਕਾਰ ਕੀਤਾ ਜਾਣਾ ਉਹ ਸੱਥ ਦੇ ਵਿੱਚੋਂ ਨਿਕਲਦਾ ਜਿੱਥੇ ਸੰਤ ਰਾਮ ਉਦਾਸੀ ਦਾ ਗੀਤ ਚੱਲ ਰਿਹਾ ਕਿ ਅੱਜ ਵਰਗਾ ਦਿਨ ਕਦੇ ਨਾ ਆਉਣਾ। ਹੁਣ ਉਹ ਨਵੇਂ ਸਿਰੇ ਤੋਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਇੱਥੇ ਵੀ ਕੁਛ ਤਬਦੀਲੀ ਵਾਪਰਨੀ ਹੈ, ਸਿਰਫ ਚੁਟਕਲੇ ਨਹੀਂ ਹੋਣੇ ਇੱਥੇ ਕੁਛ ਹੋਰ ਵੀ ਹੋਣੇ। ਪਰ ਜਤਿੰਦਰ ਮਾਹੌਰ ਉਸੇ ਬਾਈਨਰੀ ਦੇ ਅੰਦਰ ਗੱਲ ਕਰਦਾ, ਉਹਦੇ ਵੀ ਜਿਹੜੇ ਕੈਟਲਿਸਟ ਨੇ ਜਿਨ੍ਹਾਂ ਨੇ ਤਬਦੀਲੀ ਲਿਆਉਣੀ ਹੈ ਉਹ ਸ਼ਹਿਰ ਤੋਂ ਆਏ ਨੇ, ਯੂਨੀਵਰਸਿਟੀ ਤੋਂ ਆਏ ਨੇ, ਉਹਨਾਂ ਤੋਂ ਬਿਨਾਂ ਨਹੀਂ ਆ ਸਕਦੇ। ਉਹ ਜੱਟ ਨੇ ਅਤੇ ਉਹਨਾਂ ਨੇ ਸਰਪੰਚੀ ਦੀ ਚੋਣ ਜਿੱਤੀ ਹੈ, ਉਹਨਾਂ ਨੇ ਜੇ ਪਿੰਡ ਦੇ ਅੰਦਰ ਵੀ ਉਹ ਵੱਸਦੇ ਨੇ ਤਾਂ ਵੀ ਸਭ ਤੋਂ ਵੱਡਾ ਘਰ ਹੈ। ਸੋ ਐਂਥਰੋਪੋਲੋਜਿਸਟ ਦਾ ਇਹ ਜਿਹੜਾ ਰੁਝਾਨ ਹੈ ਉਹ ਤਮਾਮ ਫਿਲਮਾਂ ਦੇ ਵਿੱਚ ਸਾਨੂੰ ਜਿਹੜਾ ਦਿਖਾਈ ਦਿੰਦਾ। ਜਿਹੜਾ ਕਾਰਟੋਗ੍ਰਾਫਰ ਹੈ, ਕਾਰਟੋਗ੍ਰਾਫਰ ਨੇ ਕੀ ਕਰਨਾ ਹੁੰਦਾ? ਕਾਰਟੋਗ੍ਰਾਫਰ ਨੇ ਤੁਹਾਨੂੰ ਇੱਕ ਜਗ੍ਹਾ ਦੀ ਸੈਂਸ ਦੇਣੀ ਹੁੰਦੀ ਹੈ ਕਿ ਵੀ ਇਹ ਥਾਂ ਕਿਸ ਕਿਸਮ ਦੀ ਹੈ।
ਜਦੋਂ ਤੁਹਾਡਾ ਜਿਹੜਾ ਐਂਥਰੋਪੋਲੋਜਿਸਟ ਹੈ ਉਹ ਉਹਨਾਂ ਥਾਵਾਂ ਦੇ ਉੱਤੇ ਜਾਂਦਾ ਹੀ ਨਹੀਂ ਹੈਗਾ ਜਿੱਥੋਂ ਤੁਹਾਡੀ ਪਿੰਡ ਦੀ ਵੰਨ ਸੁਵੰਨਤਾ ਦਿਖਾਈ ਦੇਣੀ ਹੈ ਅਤੇ ਤੁਹਾਨੂੰ ਪਿੰਡ ਦੀ ਬਹੁਤ ਸਾਰੀ ਜਿਹੜੀ ਕਾਰਟੋਗ੍ਰਾਫੀ ਜਿਹੜੀ ਉਹ ਸਾਰੀ ਸਮਝ ਨਹੀਂ ਆਉਣੀ ਹੈਗੀ, ਉਹਦਾ ਜਿਹੜਾ ਵਰਤੋਂ ਵਿਹਾਰ ਹੈ। ਜੇ ਇੱਕ ਵਿਆਹ ਸਭ ਤੋਂ ਵੱਡੇ ਕ੍ਰਾਈਸਿਸ ਦੇ ਵਿੱਚ ਹੈ ਲਗਾਤਾਰ, ਪੰਜਾਬ ਦੇ ਵਿੱਚ ਮੈਂ ਦੋ ਕੁ ਸਾਲ ਤਿੰਨ ਕੁ ਸਾਲ ਪਹਿਲਾਂ ਦੇਖ ਰਿਹਾ ਸੀਗਾ ਕਿ ਉਦੋਂ 100 ਫਿਲਮਾਂ ਬਣ ਰਹੀਆਂ ਸੀ, ਜਿਹੜੀਆਂ 100 ਦੇ ਵਿੱਚੋਂ ਤਕਰੀਬਨ 100 ਫਿਲਮਾਂ ਜਿਹੜੀ 135 ਫਿਲਮਾਂ ਬਣ ਰਹੀਆਂ ਸੀ, 100 ਫਿਲਮਾਂ ਤਕਰੀਬਨ ਵਿਆਹ ਦੇ ਉੱਤੇ ਸੀ, ਚਾਹੇ ਉਹ ਮੰਜੇ ਬਿਸਤਰੇ ਹੋਵੇ ਚਾਹੇ ਕੁਛ ਹੋਵੇ, ਉਹ ਸਾਰੀਆਂ ਵਿਆਹ ਇੱਕ ਐਂਸਰ ਦੇ ਵਿੱਚ ਹੈ। ਜਦੋਂ ਤੁਸੀਂ ਸਾਰਾ ਕੁਛ ਵਿਆਹ ਦੇ ਆਲੇ ਦੁਆਲੇ ਹੋ ਅਤੇ ਤੁਸੀਂ ਵਿਆਹ ਲਈ ਕੁੜੀ ਚਾਹੇ ਆਪਣੀ ਪਸੰਦ ਦੀ ਲੱਭਦੇ ਹੋਵੋ ਚਾਹੇ ਆਪਣੇ ਬਾਬੂ ਦੀ ਪਸੰਦ ਦੀ ਲੱਭਦੇ ਹੋਵੋ, ਐਂਥਰੋਪੋਲੋਜਿਸਟ ਦਾ ਰੁਤਬਾ ਤੈਅ ਕਰਦਾ ਕਿਵੇਂ ਉਹ ਕਿੱਥੇ ਲੱਭਣੀ। ਸੋ ਜਿਹੜੀ ਇਹ ਬਾਈਨਰੀਜ਼ ਨੇ ਇਹਨਾਂ ਦੇ ਅੰਦਰੋਂ ਜਿਹੜਾ ਹੈਗਾ ਸਾਨੂੰ ਜਿਹੜਾ ਪੰਜਾਬ ਦਾ ਸਿਨੇਮਾ ਦਿਖਾਈ ਦਿੰਦਾ, ਅਤੇ ਇਹ ਜਿਹੜੀਆਂ ਟੈਨਸ਼ਨਸ ਨੇ ਇਹਨਾਂ ਨੂੰ ਸਮਝ ਕੇ ਹੀ ਪੰਜਾਬ ਦੇ ਸਿਨੇਮੇ ਨੂੰ ਸਮਝਿਆ ਜਾ ਸਕਦਾ। ਹੁਣ ਮੈਂ ਦੋ ਗੱਲਾਂ ਕਰਨੀਆਂ ਨੇ ਕਿ ਇਹ ਸਮਝ ਹੈ ਇਸ ਸਿਨੇਮੇ ਨੂੰ ਸਮਝਣ ਦੇ ਮਾਮਲੇ ਦੇ ਵਿੱਚ। ਇੱਕ ਤਾਂ ਇਹ ਗੱਲ ਹੈ ਕਿ ਵੀ ਇਸ ਸਮਝ ਨੂੰ ਨਵੇਂ ਸਿਰੇ ਤੋਂ ਵਿਆਖਿਆ ਕਰਨ ਦਾ ਮਸਲਾ ਕੋਈ ਇਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਦੂਜੀ ਗੱਲ ਹੈ ਕਿ ਪੰਜਾਬ ਦੀ ਓਵਰਆਲ ਜਿਹੜਾ ਸਮਝ ਦਾ ਮਸਲਾ ਕੀ ਹੋ, ਪੰਜਾਬ ਦੀ ਜਿਹੜੀ ਇਹ ਗੱਲ ਮੇਰੀ ਖਤਮ ਹੋ ਗਈ ਹੈ ਜਿਹੜੀ ਹੁਣ ਤੱਕ ਵਾਲੀ ਗੱਲ ਸੀਗੀ ਕਾਰਟੋਗ੍ਰਾਫਰ ਅਤੇ ਐਂਥਰੋਪੋਲੋਜਿਸਟ ਵਾਲੀ। ਜਿਹੜੀ ਪੰਜਾਬ ਦੇ ਸਿਨੇਮੇ ਨੂੰ ਸਮਝਣ ਦੀ ਜਿਹੜੀ ਗੱਲ ਹੈ ਉਹ ਬਹੁਤ ਦੇਰ ਨਾਲ ਜਿਹੜੀ ਹੈਗੀ ਯੂਨੀਵਰਸਿਟੀਆਂ ਨੇ ਉਹ ਟੇਕਅਪ ਕੀਤੀ ਹੈ, ਪਰ ਉਹਨਾਂ ਦਾ ਜਿਹੜਾ ਜਿਵੇਂ ਇੱਕ ਐਂਥਰੋਪੋਲੋਜਿਸਟ ਦਾ ਬਲਿੰਕਰ ਹੁੰਦਾ ਕਿ ਉਹਨੇ ਕਿਵੇਂ ਦੇਖਣਾ, ਜਿਹੜੀ ਯੂਨੀਵਰਸਿਟੀ ਅਦਾਰੇ ਦੇ ਤੌਰ ਦੇ ਉੱਤੇ ਉਹਨਾਂ ਦਾ ਬਲਿੰਕਰ ਇਹ ਤੋਂ ਬਹੁਤ ਸਟਰੋਂਗ ਹੈ, ਬਹੁਤ ਮਜ਼ਬੂਤ ਹੈ ਜਿਹੜੀ ਉਸ ਐਨਕ ਦੇ ਵਿੱਚੋਂ ਦੇਖਦੇ ਨੇ। ਅਤੇ ਉਹਨਾਂ ਦੇ ਪਹਿਲਾਂ ਦੇ ਤੈਅ ਜਿਹੜੇ ਉਹ ਹੈਗੇ ਆ ਕਿ ਨਾਟਕ ਵਾਂਗੂ ਦੇਖੋ ਜਾਂ ਕਹਾਣੀ ਵਾਂਗੂ ਦੇਖੋ, ਅਤੇ ਦੂਜੀ ਗੱਲ ਹੈ ਕਿ ਇੱਕ ਧਾਰਨਾ ਅੰਦਰ ਜਿਹੜੀ ਹੈਗੀ ਹੈ ਕਿ ਸਾਹਿਤ ਸਰਵੋਤਮ ਹੁੰਦਾ ਹੈ। ਇਹ ਚਾਹੇ ਸਾਹਿਤ ਵਾਲਿਆਂ ਨਾਲ ਗੱਲ ਕਰੋ ਅਤੇ ਚਾਹੇ ਨਾਟਕ ਵਾਲਿਆਂ ਨਾਲ ਗੱਲ ਕਰੋ ਕਿ ਨਾਟਕ ਦਾ ਜਿਹੜਾ ਐਕਟਰ ਹੈ ਉਹ ਸਰਵੋਤਮ ਹੁੰਦਾ। ਇਹ ਦੋ ਕਿਸਮ ਦੀ ਸਰਵੋਤਮਤਾ ਜਿਹੜੀ ਹੈਗੀ ਹੈ ਇਹਦੇ ਰਾਹੀਂ ਜਿਹੜੀ ਫਿਲਮ ਦੀ ਸਮਝ ਹੈ ਉਹ ਬਹੁਤ ਹੱਦ ਤੱਕ ਜਿਹੜੀ ਹੈਗੀ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਜਿਹਦੀ ਆਪਣੇ ਆਪ ਦੇ ਵਿੱਚ ਇੱਕ ਲਿਮਿਟੇਸ਼ਨ ਹੈ। ਸਿਨੇਮੇ ਦੇ ਵਿੱਚ ਇਹ ਸਾਰੀਆਂ ਜਿਹੜੇ ਤੱਤਾਂ ਦੇ ਤੌਰ ਦੇ ਉੱਤੇ ਇੰਪੋਰਟੈਂਸ ਹੈ, ਉੱਥੇ ਅਦਾਕਾਰੀ ਹੁੰਦੀ ਹੈ, ਉੱਥੇ ਲਿਖਿਆ ਜਾਂਦਾ ਅਤੇ ਉੱਥੇ ਸੰਗੀਤ ਆਉਂਦਾ, ਸਾਰਾ ਕੁਛ ਆਉਂਦਾ। ਸਿਨੇਮਾ ਤਾਂ ਮਤਲਬ ਸਾਰੀਆਂ ਕਲਾਵਾਂ ਜੋੜ ਕੇ ਬਣਦਾ, ਉਹਨਾਂ ਦੀ ਮੈਂ ਉਸ ਅਹਿਮੀਅਤ ਨੂੰ ਨਹੀਂ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਇੱਕ ਤੱਤ ਦੇ ਪੁਆਇੰਟ ਆਫ ਵਿਊ ਤੋਂ ਅਤੇ ਉਹਨੂੰ ਸਰਵੋਤਮ ਮੰਨ ਕੇ ਜਿਹੜੀ ਉਹਦੀ ਸਮਝਣ ਦੀ ਗੱਲ ਹੈ ਉਹ ਇਹ ਹੈ। ਅਤੇ ਦੂਜੀ ਗੱਲ ਜਿਹੜੀ ਜਦੋਂ ਅਸੀਂ ਸਿਨੇਮੇ ਨੂੰ ਸਮਝਾਂਗੇ, ਸਿਨੇਮੇ ਨੂੰ ਕਿਸੇ ਦੌਰ ਦੇ ਵਿੱਚ ਰੱਖ ਕੇ ਅਸੀਂ ਦੇਖਾਂਗੇ ਅਤੇ ਉਹਦਾ ਜਿਹੜਾ ਦੌਰ ਦਾ ਅਸਰ ਹੈ ਉਹਦੇ 'ਤੇ ਮੈਟਾਫੋਰੀਕਲੀ ਹੋਇਆ ਹੋਵੇ, ਉਹ ਕਿਸੇ ਵੀ ਕਿਸਮ ਦੇ ਚਿੰਨ੍ਹ ਨਾਲ ਹੋਇਆ ਹੋਵੇ, ਉਹਨੂੰ ਦੇਖਣਾ ਪਏਗਾ। ਅਤੇ ਸਿਨੇਮਾ ਕਿਉਂਕਿ ਲਗਾਤਾਰ ਸਾਡੇ ਸਾਹਮਣੇ ਇੱਕ ਬਹਿਣ ਦੇ ਵਿੱਚ ਵਗ ਰਿਹਾ ਅਤੇ ਉਹਨੂੰ ਸਮਝਣ ਲਈ ਸਾਨੂੰ ਬਹੁਤ ਸਾਰੀ ਸਮਝ ਜਿਹੜੇ ਵਿਸ਼ੇ ਨੇ ਉਹ ਹੋਰ ਲੈ ਕੇ ਆਉਣੇ ਪੈਣਗੇ। ਮੈਂ ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਪੰਜਾਬੀ ਸਿਨੇਮਾ ਦਾ ਜੇ ਇਤਿਹਾਸ ਸਮਝਣਾ ਹੋਵੇ ਅਤੇ ਉਹਦੀਆਂ ਪੇਚੀਦਗੀਆਂ ਕੀ ਨੇ, ਉਹਦੀ ਇੱਕ ਪੇਚੀਦਗੀ ਤਾਂ ਇਹ ਗੱਲ ਹੈ ਕਿ ਵੀ ਪੰਜਾਬੀ ਸਿਨੇਮਾ ਕਦੋਂ ਸ਼ੁਰੂ ਹੋਇਆ, ਕਿਸ ਰੂਪ ਦੇ ਵਿੱਚ ਸ਼ੁਰੂ ਹੋਇਆ, ਅਤੇ ਇਹਦੇ ਵਿੱਚ ਜਿਹੜੀ ਪੇਚੀਦਗੀ ਹੈ ਪੰਜਾਬ ਦੇ ਵਿੱਚ ਮੇਰੀ, ਕਿਉਂਕਿ ਮੈਂ 2015-16 ਦੇ ਵਿੱਚ ਆਪਣੀਆਂ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਘੁੰਮ ਕੇ ਜਿਹੜਾ ਫਿਲਮਾਂ ਦੇ ਉੱਤੇ ਕੰਮ ਹੋ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਦੇਖਣ ਦੀ ਇੱਕ ਅੰਦਾਜ਼ਾ ਲਿਆ ਸੀਗਾ। ਉਹ ਇਹ ਸੀਗਾ ਕਿ ਵੀ ਜਦੋਂ
ਹਿਸਟਰੀ ਦਾ ਕੁਝ ਤੁਸੀਂ ਮੁੱਢ ਤੈਅ ਕਰਨਾ ਕਿ ਇਹ ਕਿਵੇਂ ਹੈ, ਇਹ ਵਾਪਰ ਰਿਹਾ, ਇਹਦੇ ਨਾਲ ਜੁੜੀ ਹੋਈ ਪੇਚੀਦਗੀ ਕੀ ਹੈ, ਚਾਹੇ ਉਹ ਨਾਟਕ ਹੋਵੇ ਚਾਹੇ ਕਹਾਣੀ ਹੋਵੇ, ਉਹਦੇ ਨਾਲ ਤੁਹਾਡੀ ਇੱਕ ਜਿਹੜੀ ਇਤਿਹਾਸ ਲਿਖਣ ਪੜ੍ਹਨ ਦੀ ਜਿਹੜੀ ਇੱਕ ਜਿਹੜੀ ਸਮਝ ਆ ਉਹ ਦਰਕਾਰ ਹੁੰਦੀ ਆ। ਅਤੇ ਪੰਜਾਬੀ ਫਿਲਮਾਂ ਦੇ ਇਤਿਹਾਸ ਲਿਖਣ ਦੇ ਵਿੱਚ ਇਹ ਜਿਹੜੀ ਸਮਝ ਆ ਉਹ ਬਿਲਕੁਲ ਮਨਫੀ ਆ। ਅਤੇ ਉਹਦਾ ਕਾਰਨ ਇਹ ਗੱਲ ਹੈ ਕਿ ਜਿਵੇਂ ਜਿਹੜੇ ਆ ਇਤਿਹਾਸ ਨੂੰ ਕਿਵੇਂ ਸਮਝਿਆ ਜਾਂਦਾ ਉਹਦੇ ਵਿੱਚ ਜਿਹੜੀ ਪੇਚੀਦਗੀ ਹੈ ਉਹ ਇੱਕ ਅਹਿਮ ਮਸਲਾ ਹੁੰਦਾ। ਹਰੇਕ ਚੀਜ਼ ਦਾ ਨਿਪਟਾਰਾ ਨਹੀਂ ਹੁੰਦਾ ਕਿ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਕਹਿਣੀਆਂ ਨੇ ਅਤੇ ਆਹ ਤੁਹਾਨੂੰ ਸੂਤਰ ਫੜਾ ਤੇ ਇਹ ਅੰਤ ਨੇ। ਇੱਕ ਤਣਾਅ ਹੈ, ਉਸ ਤਣਾਅ ਦੀ ਸ਼ਨਾਖਤ ਕਰਨਾ ਅਤੇ ਉਹਦੇ ਵਿੱਚੋਂ ਉਹ ਸਵਾਲ ਦੇਖਣਾ ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ, ਇਹ ਕੰਮ ਹੈ ਇਤਿਹਾਸਕਾਰ ਦਾ ਵੀ ਅਤੇ ਹੋਰ ਕਿਸੇ ਵੀ ਚੀਜ਼ ਨੂੰ ਸਮਝਣ ਵਾਲੇ ਦਾ ਵੀ। ਜਿਵੇਂ ਜਿਹੜਾ ਮੁੱਢ ਵਾਲਾ ਕੰਮ ਹੈ, ਤੁਹਾਨੂੰ ਦੋ ਚੀਜ਼ਾਂ ਤਾਂ ਘੱਟੋ ਘੱਟ ਦਰਕਾਰ ਹੋਣਗੀਆਂ ਇਤਿਹਾਸ ਲਿਖਣ ਲਈ। ਇੱਕ ਤੁਹਾਨੂੰ ਇਤਿਹਾਸ ਸਮਝ ਆਉਂਦਾ ਹੋਵੇ, ਦੂਜਾ ਤੁਹਾਨੂੰ ਫਿਲਮਾਂ ਸਮਝ ਆਉਂਦਾ ਹੋਵੇ। ਅਤੇ ਇਹ ਦੋ ਜਿਹੜੀਆਂ ਹੈਗੀਆਂ ਉਹ ਜ਼ਿਆਦਾਤਰ ਕਿਤਾਬਾਂ ਦੇ ਵਿੱਚੋਂ ਗੈਰ ਹਾਜ਼ਰ ਨੇ। ਅਤੇ ਤੀਜੀ ਜਿਹੜੀ ਸਮਝ ਹੈ ਉਹ ਹੈ ਕਿ ਤੁਹਾਨੂੰ ਘੱਟੋ ਘੱਟ ਪੰਜਾਬੀ ਆਉਂਦੀ ਹੋਵੇ, ਅਤੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਤੀਜੀ ਵੀ ਗੈਰ ਹਾਜ਼ਰ। ਅਤੇ ਉਹ ਕਿਤਾਬਾਂ ਜਿਹੜੀਆਂ ਹੈਗੀਆਂ ਨੇ, ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ, ਉਹ ਯੂਨੀਵਰਸਿਟੀਆਂ ਨੇ ਛਾਪੀਆਂ ਨੇ, ਉਹਨਾਂ ਦੇ ਉੱਤੇ ਦਸਤਖਤ ਨੇ ਉਹਨਾਂ ਦੇ ਸੁਪਰਵਾਈਜ਼ਰ ਦੇ, ਜਿਹੜੀਆਂ ਉਹ ਕਿਤਾਬਾਂ ਨੇ। ਸੋ ਇਹ ਇੱਕ ਤਾਂ ਇਹ ਪ੍ਰੋਬਲਮ ਹੈਗੀ ਆ। ਇਹ ਇਹਨੂੰ ਮੈਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਲਿਆ, ਇੱਕ ਨਵੀਂ ਜਿਹੜੀ ਗੱਲ ਮੈਂ ਇਹਦੇ ਨਾਲ ਕਹਿਣਾ ਚਾਹੁੰਦਾ ਕਿ ਵੀ ਇਹ ਜ਼ਰੂਰੀ ਨਹੀਂ ਗਾ ਕਿ ਮਤਲਬ ਤੁਹਾਨੂੰ ਜਿਹੜੀ ਯੂਨੀਵਰਸਿਟੀ ਜਾਂ ਜਿਹੜੇ ਤੁਹਾਡੇ ਜਿਹੜੇ ਰਸਮੀ ਅਦਾਰੇ ਨੇ ਉਹੀ ਸਾਰੀਆਂ ਚੀਜ਼ਾਂ ਸਮਝਾਉਣ। ਨਜ਼ਮ ਹੁਸੈਨ ਸੈਯਦ ਨੇ ਇਹ ਗੱਲ ਬਹੁਤ ਸਾਫ਼ ਰੂਪ ਦੇ ਵਿੱਚ ਕਹੀ ਹੈ ਕਿ ਜਦੋਂ ਜਿਹੜਾ ਸਮਝਣ ਸਮਝਾਉਣ ਪੜ੍ਹਨ ਪੜ੍ਹਾਉਣ ਦਾ ਪੂਰਾ ਜਿਹੜਾ ਆਹਰ ਹੈ ਉਹ ਅਦਾਰਿਆਂ ਦੇ ਮੋਢਿਆਂ ਦੇ ਉੱਤੇ ਥੋਪ ਦਿੱਤਾ ਜਾਵੇ ਅਤੇ ਅੱਗੇ ਉਹ ਤਰੱਕੀਆਂ ਨਾਲ, ਵਜ਼ੀਫਿਆਂ ਨਾਲ, ਤਨਖਾਹਾਂ ਨਾਲ ਵੱਧ ਜਾਵੇ, ਫਿਰ ਤੁਸੀਂ ਉਹਦੇ ਤੋਂ ਆਸ ਨਾ ਕਰਿਓ ਕਿ ਵੀ ਉਹ ਨਿਰਪੱਖਤਾ ਨਾਂ ਦੀ ਕੋਈ ਗੱਲ ਵਰਤੇਗਾ ਜਾਂ ਸਵਾਲ ਕਰਨ ਦੀ ਜ਼ਰੂਰਤ ਕਰੇਗਾ। ਸੋ ਇਸ ਕਰਕੇ ਉਹਦੇ 'ਤੇ ਕੋਈ, ਮੈਂ ਇਹ ਕਿਸੇ ਸੋਚ 'ਚੋਂ ਨਹੀਂ ਕਹਿ ਰਿਹਾ, ਮੈਂ ਸਿਰਫ ਇਸ ਪੱਖੋਂ ਕਹਿ ਰਿਹਾ ਕਿ ਇਹਦੀ ਸ਼ਨਾਖਤ ਕਰ ਲੈਣੀ ਚਾਹੀਦੀ ਹੈ, ਇਸ ਰੁਝਾਨ ਦੀ, ਕਿ ਇਹ ਇੱਕ ਜਿਹੜੀ ਹੱਦ ਹੈ ਜਿਹਦੇ ਅੰਦਰੋਂ ਅਸੀਂ ਦੇਖਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਸਾਜ ਨੇ ਕੁਛ ਪੰਜਾਬ ਦੇ ਵਿੱਚ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ, ਰਾਜੀਵ ਉਹਦਾ ਨਾਮ, ਅਤੇ ਰਾਜੀਵ ਨੇ ਰਾਜੀਵ ਪੰਜਾਬ ਦੇ ਵਿੱਚ ਜਿਹੜੇ ਬੰਦੇ ਕਾਰਪੋਰੇਟ ਟੈਲੀਵਿਜ਼ਨ ਦੇ ਵਿੱਚ ਬਹੁਤ ਤਜਰਬਾ ਰੱਖਦੇ ਨੇ, ਰਾਜੀਵ ਸ਼ਾਇਦ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਤਜਰਬੇ ਵਾਲਾ ਬੰਦਾ ਹੋਵੇ, ਕਿਉਂਕਿ ਉਹਨੇ ਕਈ ਚੈਨਲ ਵਿਦੇਸ਼ਾਂ ਦੇ ਵਿੱਚ ਲਾਂਚ ਕੀਤੇ, ਚਲਾਏ, ਵੀ ਸਾਰੀ ਪ੍ਰੋਗਰਾਮਿੰਗ ਕੀਤੀ, ਅਤੇ ਮੈਂ ਕਹਿ ਸਕਦਾ ਕਿ ਵੀ ਉਹ ਅੱਜ ਤੋਂ 10-15 ਸਾਲ ਪਹਿਲਾਂ 7-8 ਲੱਖ ਰੁਪਇਆ ਮਹੀਨੇ ਦੀ ਤਨਖਾਹ ਲੈਂਦਾ ਜੀ, ਅਤੇ ਇਹ ਤੋਂ ਵੱਧ ਵੀ ਲੈਂਦਾ ਹੋ ਸਕਦਾ, ਇੰਨਾ ਕੁ ਤਾਂ ਮੈਨੂੰ ਪਤਾ ਹੈ। ਅਤੇ ਉਹਨੂੰ ਇਹ ਲੱਗਿਆ ਕਿ ਵੀ ਜਿਹੜੀ ਪੰਜਾਬ ਦੀ ਵਿੱਚ ਫਿਲਮ ਹੈ ਇਹਨੂੰ ਨਵੇਂ ਸਿਰੇ ਤੋਂ ਦੇਖਣ ਦੀ ਲੋੜ ਹੈ, ਅਤੇ ਉਹ ਸਿਰਫ ਇਹੀ ਨਹੀਂ ਸੀਗਾ ਕਿ ਫਿਲਮ ਦੀ ਕਹਾਣੀ ਕਿਵੇਂ ਹੋਵੇ, ਕੀ ਹੋਵੇ, ਉਹਦੇ 'ਚ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਫਿਲਮ ਦਾ ਵਰਤਾਵਾ ਕੌਣ ਹੈ, ਫਿਲਮ ਦੇ ਸਾਹਮਣੇ ਦਰਸ਼ਕ ਨੂੰ ਜੋੜ ਕੇ ਕੌਣ ਬਿਠਾਉਂਦਾ, ਕਿਵੇਂ ਬਿਠਾਉਂਦਾ, ਅਤੇ ਉਹਦੀਆਂ ਜਿਹੜੀਆਂ ਫਿਲਮਾਂ ਨੇ ਜਦੋਂ ਤੁਸੀਂ ਉਹਦੇ ਐਂਥਰੋਪੋਲੋਜਿਸਟ ਨੂੰ ਦੇਖਦੇ ਹੋ ਕਿ ਉਹਦਾ ਐਂਥਰੋਪੋਲੋਜਿਸਟ ਕੌਣ ਹੈ, ਉਹਦਾ ਕਿੱਥੇ ਬੈਠਾ, ਉਹਦੀ ਇੱਕ ਫਿਲਮ ਹੈ ਚੰਮ ਜਿਹਦੇ ਵਿੱਚ ਮਰੇ ਹੋਏ ਪਸ਼ੂ ਦੀ ਚਮੜੀ ਉਤਾਰਨ ਵਾਲਾ ਬੰਦਾ ਉਹਦਾ ਕੇਂਦਰੀ ਕਿਰਦਾਰ ਹੈ, ਜਦੋਂ ਤੁਸੀਂ ਉਹਦੇ ਨਾਲ ਤੁਰਦੇ ਹੋ ਨਾ ਤਾਂ ਫਿਰ ਤੁਹਾਨੂੰ ਪਿੰਡ ਹੋਰ ਦਿਖਾਉਣਾ ਸ਼ੁਰੂ ਕਰ ਦਿੰਦਾ, ਫਿਰ ਤੁਹਾਨੂੰ ਪਿੰਡ ਦੇ ਜਿਹੜੀਆਂ ਕੰਧਾਂ 'ਤੇ ਉੱਤਰ ਗਿਆ ਪਲਸਤਰ ਅਤੇ ਇੱਟਾਂ ਨੂੰ ਪਿਆ ਹੋਇਆ ਖੋਰਾ
ਤੇ ਕੰਧਾਂ ਦੇ ਉੱਤੇ ਚੜਿਆ ਹੋਇਆ ਜਿਹੜਾ ਧੁਆਂ ਫੈਲੀ ਹੈ, ਜਿਹੜਾ ਧੂੰਆਂ ਲੱਗਿਆ ਹੈ ਨਾ, ਤੁਹਾਡੇ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਜਿਹੜੀਆਂ ਬਾਕੀ ਫਿਲਮਾਂ 'ਚ ਹੋਰ ਇੰਦਰ ਵਰਗੇ ਸੀਨ ਉਹ ਦਿਖਾਈ ਦਿੰਦਾ। ਸੋ ਉਹਦੇ ਵਿੱਚ ਨਵੀਂ ਕਿਸਮ ਦੀ, ਉਹਦੇ ਵਿੱਚ ਜਾਤ ਆਉਂਦੀ ਹੈ ਅਤੇ ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਅਤੇ ਉਹ ਮੈਨੂੰ ਲੱਗਦਾ ਕਿ ਵੀ ਇੱਕ ਨਵੇਂ ਰੁਝਾਨ ਦੇ ਤੌਰ ਦੇ ਉੱਤੇ ਉਹਦੀ ਸ਼ਨਾਖਤ ਦੀ ਲੋੜ ਹੈ। ਅਤੇ ਉਹ ਤੋਂ ਬਿਨਾਂ ਹੋਰ ਵੀ ਕਈ ਸਾਰੇ ਤਜਰਬੇ ਹੋ ਰਹੇ ਨੇ, ਜਿਵੇਂ ਪਿਛਲੇ ਦਿਨਾਂ ਦੇ ਵਿੱਚ 82 ਦੇ ਲਈ ਕੈਟ, ਜੇ ਉਹਨੂੰ ਉਹਦੀ ਅਸੀਂ ਇਤਿਹਾਸ ਦੇ ਜਿਹੜੇ ਹਾਲੀਆ ਇਤਿਹਾਸ ਦੀਆਂ ਘਟਨਾਵਾਂ ਤੋਂ ਬਾਹਰ ਜੋੜ ਕੇ ਦੇਖੀਏ ਕਿ ਵੀ ਮਨੁੱਖ ਦੇ ਅੰਦਰ ਹਿੰਸਾ ਕਿਵੇਂ ਵਾਪਰਦੀ ਹੈ, ਅਤੇ ਉਹਨੂੰ ਕਿਸੇ ਅਸੀਂ ਆਦ ਜੁਗਾਦੀ ਰੁਝਾਨ ਦੇ ਵਿੱਚੋਂ ਦੇਖੀਏ ਤਾਂ ਬਹੁਤ ਦਿਲਚਸਪ ਫਿਲਮ ਹੈ। ਮੈਨੂੰ ਲੱਗਦਾ ਕਿ ਕੁਛ ਬੰਦੇ ਉਹ ਜਿਹੜੀ ਬਾਈਨਰੀ ਨੂੰ ਬਿਲਕੁਲ ਸਮਝ ਕੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦੇ ਵਿੱਚ ਸਾਨੂੰ ਪੰਜਾਬ ਦੀ ਜਿਹੜੀ ਵੰਨ ਸੁਵੰਨਤਾ ਹੈ ਉਹ ਹੋਰ ਰੂਪ ਦੇ ਵਿੱਚ ਜਿਹੜੀ ਹੈਗੀ ਹੈ ਨਜ਼ਰ ਆਏਗੀ। ਜਿਹੜੀ ਮੈਂ ਇੱਕ ਗੱਲ ਕੀਤੀ ਸੀ ਕਿ ਸਾਡਾ ਸਮਝਣ ਸਮਝਾਉਣ ਦਾ ਜਿਹੜਾ ਰੁਝਾਨ ਹੈ ਅਤੇ ਜਿਹੜੀਆਂ ਨਵੀਆਂ ਫਿਲਮਾਂ ਨੇ ਉਹਦੇ ਵਿੱਚ ਨਾ ਇਹ ਕਿਤੇ ਨਾ ਕਿਤੇ ਤੁਹਾਨੂੰ ਦੋਨੇ ਰੁਝਾਨ ਨਾਲ ਮਿਲਦੇ ਨਜ਼ਰ ਆਉਂਦੇ ਨੇ। ਜਿਵੇਂ ਆਮ ਤੌਰ ਦੇ ਉੱਤੇ ਮੈਂ ਰਣਜੀਤ ਦੇ ਬਾਰੇ ਇਹ ਦੇਖਦਾ ਕਿ ਰਣਜੀਤ ਨੂੰ ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਕਿ ਤੁਸੀਂ ਤਾਂ ਪੰਡਤਾਂ ਦੇ ਮੁੰਡੇ ਹੋ, ਅਤੇ ਉਹਨੇ ਇਸ ਗੱਲ ਦੀ ਚੋਣ ਕੀਤੀ ਕਿ ਮੈਂ ਸ਼ਰਮਾ ਨਹੀਂ ਲਿਖਣਾ, ਅਤੇ ਉਹਦੇ ਕੋਲ ਇਸ ਗੱਲ ਦਾ ਤਜਰਬਾ ਹੈ ਕਿ ਭਾਈ ਸ਼ਰਮਾ ਛੱਡਣ ਲਾਉਣ ਦੇ ਵਿੱਚ ਕਿੰਨਾ ਚਮੜੀ ਹੈ ਜਿਹੜੀ ਤੁਹਾਡੀ ਖੁਰ ਜਾਂਦੀ ਹੈ ਨਾ, ਅਤੇ ਕਿੰਨੀ ਜਿਹੜੀ ਤੁਹਾਡੀ ਸਮਾਜਿਕ ਪੂੰਜੀ ਹੈ ਉਹ ਤੁਹਾਡੇ ਕੰਮ ਦੀ ਨਹੀਂ ਰਹਿੰਦੀ, ਰੱਦੀ ਹੋ ਜਾਂਦੀ ਆ ਉਸ ਦਿਨ ਜਦੋਂ ਤੁਸੀਂ ਸ਼ਰਮਾ ਵਰਮਾ ਨਹੀਂ ਰਹਿੰਦੇ। ਇੱਕ ਸਵਾਲ ਉਹਨੂੰ ਇਹ ਪੁੱਛਿਆ ਜਾਂਦਾ, ਦੂਜਾ ਸਵਾਲ ਉਹਨੂੰ ਇਹ ਪੁੱਛਿਆ ਜਾਂਦਾ ਕਿ ਵੀ ਤੇਰੀ ਜਿਹੜੀ ਫਿਲਮ ਦੀ ਕਿਰਦਾਰ ਹੈ ਉਹ ਤਾਂ ਡਾਕਟਰ ਹੈ, ਉਹ ਕਿਉਂ ਅਪਰ ਕਾਸਟ ਹੈ? ਅਤੇ ਰਜੀਵ ਵਾਪਸ ਇਹ ਸਵਾਲ ਪੁੱਛਦਾ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਉਹ ਅਪਰ ਕਾਸਟ ਹੈ? ਅਤੇ ਇਹਦਾ ਅੱਜ ਤੱਕ ਕੋਈ ਜਵਾਬ ਨਹੀਂ ਮਿਲਦਾ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਰ। ਹੁਣ ਅਸੀਂ ਆਡੀਅੰਸ ਤੋਂ ਕਮੈਂਟਸ ਜਾਂ ਫਿਰ ਕੁਐਸਚਨਸ ਦੀ ਗੁਜ਼ਾਰਿਸ਼ ਕਰਾਂਗੇ, ਜਿਸ ਲਈ ਸਾਡੇ ਕੋਲ ਆਲਰੇਡੀ ਕੁਝ ਨਾਮ ਆਏ ਹੋਏ ਨੇ। ਮੈਂ ਸਭ ਤੋਂ ਪਹਿਲਾਂ ਸੱਦਾ ਦੇਣਾ ਚਾਹਾਂਗੀ ਦੀਦਾਰ ਸਿੰਘ ਜੀ ਨੂੰ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਅੱਜ ਜੁੜੇ ਹੋਏ ਨੇ। ਜਦੋਂ ਪਿੱਛੇ ਰਹਿ ਕੇ ਇੱਕ ਸਿਨੇਮਾ ਦੇ ਸਿਨੋਰੀ ਨੂੰ ਆਪਾਂ ਸੁਣਦੇ ਹਾਂ ਅਤੇ ਆਪਣੇ ਜ਼ਿਹਨ ਦੇ ਵਿੱਚ ਉਹ ਸਾਰੇ ਦ੍ਰਿਸ਼ ਜੋ ਇੱਕ ਸਿਰਜੇ ਜਾਂਦੇ ਨੇ ਅਤੇ ਜੋ ਆਪਾਂ ਅਸਲ ਦੇਖਦੇ ਹਾਂ, ਤਾਂ ਉਹਨਾਂ ਦੋਹਾਂ ਤੱਕ ਟਕਰਾਅ ਹੁੰਦਾ। ਜਦੋਂ ਇਸ ਤੋਂ ਪਹਿਲਾਂ ਆਪਣੇ ਪਹਿਲੇ ਬਾਰੇ ਸਰਪੋਲ ਗਏ ਬਲਨ ਸਰ, ਅਤੇ ਜਿਸ ਤਰੀਕੇ ਨਾਲ ਦ੍ਰਿਸ਼ ਨੂੰ ਉਹ ਦੇਖਦੇ ਆ ਅਤੇ ਜਿਸ ਤਰੀਕੇ ਨਾਲ ਦਲਜੀਤ ਸਰ ਨੇ ਚੀਜ਼ਾਂ ਨੂੰ ਦੇਖਿਆ, ਜਦੋਂ ਉਹ ਇਹ ਸਾਰੀ ਐਂਥਰੋਪੋਲੋਜੀ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਮੈਨੂੰ ਇੱਕ ਚੀਜ਼ ਲੱਗੀ ਵੀ ਪੰਜਾਬ ਦਾ ਐਂਥਰੋਪੋਲੋਜੀ ਜੋ ਹੈ ਉਹ ਇਸ ਚੀਜ਼ ਨੂੰ ਸਿਰਜਦਾ, ਪਰ ਜਿਸ ਤਰ੍ਹਾਂ ਦਾ ਅੱਜ ਦਾ ਦੌਰ ਹੈ, ਸੋਸ਼ਲ ਮੀਡੀਆ ਦੌਰ ਹੈ, ਫਿਲਮਾਂ ਡੱਬ ਹੋ ਕੇ ਇੱਕ ਖਿੱਤੇ ਤੋਂ ਪਾਰ ਜਾ ਵੜੀਆਂ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਵਿਦੇਸ਼ੀ ਐਂਥਰੋਪੋਲੋਜੀ ਮਿਲ ਕੇ ਵੀ ਨਾ ਆਪਾਂ ਆਪਣੇ 'ਤੇ ਅਸਰ ਪਾਉਂਦਾ ਹੋ। ਤਾਂ ਦੱਖਣ ਦਾ ਸਿਨੇਮਾ, ਸਦਰਜਨ ਸਿਨੇਮਾ, ਅਫਰੀਕਨ ਸਿਨੇਮਾ, ਲੈਟਿਨ ਸਿਨੇਮਾ, ਲਤੈਨੀ ਜਪਾਨੀ ਸਿਨੇਮਾ, ਉਹਨਾਂ ਦਾ ਵੀ ਅੰਸ਼ ਆਪਣੇ 'ਚ ਆਉਂਦਾ। ਤਾਂ ਇੱਥੇ ਇੱਕ ਸਵਾਲ ਇਹ ਜਿਹੜਾ ਹੁੰਦਾ ਵੀ ਆਪਾਂ ਸਿਰਫ ਅੱਛਾ ਇੱਕ ਗੱਲ ਹੋਰ ਜਿਹੜੀ ਸਭ ਸੋਚ ਦੇ ਵਿੱਚ ਹੈ ਵੀ ਆਪਣੇ ਪੰਜਾਬੀ ਫਿਲਮਾਂ ਦੇ ਕਿਰਦਾਰ ਆ, ਬੱਚਾ ਵੀ ਵੱਡਿਆਂ ਦਾ ਕਿਰਦਾਰ ਨਿਭਾ ਰਹੇ ਹਨ, ਵੱਡੇ ਆਪਣਾ ਕਿਰਦਾਰ ਛੱਡ ਰਹੇ ਨੇ,
ਆਪਣੇ ਸਿਨੇਮੇ ਦੇ ਵਿੱਚ ਜੋ ਇੱਕ ਸਟੀਕ ਸਿਨੇਮਾ ਬਣਾਇਆ ਹੋਇਆ ਉਸਦੀ ਵਰਾਇਟੀ ਜਾਂ ਉਸਦਾ ਆਪਣਾ ਸਿਕਰ ਤਾਂ ਨਹੀਂ ਹੁੰਦਾ ਹੈ, ਰਲਿਆ ਮਿਲਿਆ ਘੁਲਿਆ ਇੱਕ ਦੂਜੇ ਵਿੱਚ ਹੈ। ਮੇਰਾ ਆਏ ਵਾਰੀ ਵੀ ਇੱਕ ਵਾਰੀ ਪਿਛਲੇ ਵਾਰ ਸੈਮੀਨਾਰ ਹੋਇਆ ਸੀ ਆਪਣੇ ਪੰਜਾਬੀ ਯੂਨੀਵਰਸਿਟੀ, ਤਾਂ ਮੈਂ ਸਵਾਲ ਕੀਤਾ ਸੀ, ਸਰ ਆਪਾਂ ਹਰ ਤਰ੍ਹਾਂ ਦੇ ਸਿਨੇਮੇ ਦੀ ਗੱਲ ਕਰਦੇ ਹਾਂ ਜਿੱਦਾਂ ਬਾਲ ਸਾਹਿਬ ਦੀ ਗੱਲ ਹੁੰਦੀ ਆ, ਤਾਂ ਬਾਲ ਸਿਨੇਮਾ ਕਿੱਥੇ ਆ? ਇਸ ਪੱਖੋਂ ਜਿਹੜਾ ਵਿਦੇਸ਼ੀ ਸਿਨੇਮਾ ਖਾਸ ਤੌਰ 'ਤੇ ਹੋਲੀਵੁੱਡ ਆ, ਇਹ ਚੀਜ਼ ਤੋਂ ਬਹੁਤ ਅੱਗੇ ਹੈਗਾ। ਉਹ ਬਾਕਾਇਦਾ ਬਾਲ ਸਿਨੇਮਾ ਬਾਰੇ ਗੱਲ ਕਰਦੇ ਨੇ, ਤਾਂ ਜਦੋਂ ਆਪਾਂ ਇੱਕ ਆਡੀਅੰਸ ਨੂੰ ਸਵਾਲ ਕਰਦੇ ਹਾਂ ਜਾਂ ਇੱਕ ਆਲੋਚਕ ਸਵਾਲ ਕਰਦਾ ਤਾਂ ਕੋਈ ਵੱਡੇ ਬੰਦੇ ਨੂੰ ਸਵਾਲ ਕਰਦਾ, ਉਦੋਂ ਤੱਕ ਉਹਦਾ ਆਪਣਾ ਇੱਕ ਖਾਸਾ ਆਪਣਾ ਇੱਕ ਜਿਹੜਾ ਇੱਕ ਬਣਤਰ ਆ ਇੱਕ ਮਾਨਸਿਕ ਖਾਸਾ ਬਣ ਚੁੱਕਿਆ ਹੁੰਦਾ। ਪਰ ਮੈਨੂੰ ਲੱਗਦਾ ਹੈ ਬਾਲ ਸਿਨੇਮੇ ਤੋਂ ਚੀਜ਼ ਸ਼ੁਰੂ ਹੋਣੀ ਚਾਹੀਦੀ ਆ, ਤਾਂ ਇਸ ਬਾਰੇ ਗੱਲ ਥੋੜ੍ਹੀ ਜਿਹੀ ਬੇਸੀ। ਬਹੁਤ ਸਾਰੇ ਜਿਹੜੇ ਸਿਨੇਮਾ ਨੂੰ ਲੈ ਕੇ ਸੰਵਾਦ ਹੁੰਦੇ ਨੇ ਉਹਨਾਂ 'ਚ ਮਨਫੀ ਆ, ਤਾਂ ਮੈਨੂੰ ਲੱਗਦਾ ਵੀ ਸਰੋਤੇ ਨੂੰ ਜਾਂ ਇੱਕ ਆਲੋਚਕ ਦੇ ਤੌਰ 'ਤੇ ਇੱਕ ਦਰਸ਼ਕ ਦੇ ਤੌਰ 'ਤੇ ਚਿੰਤਕ ਦੇ ਤੌਰ 'ਤੇ ਇਸ ਬਾਰੇ ਵੀ ਆਪਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਪੰਜਾਬੀ ਸਿਨੇਮਾ 'ਚ ਬਾਲ ਸਿਨੇਮਾ ਕਿੱਥੇ ਆ। ਤਾਂ ਮੈਂ ਇਸ ਤੋਂ ਬਿਨਾਂ ਜੋ ਬੁਲਾਰੇ ਨੇ ਜਾਂ ਇੱਕ ਸਮਝ ਹੈਗੀ ਆ ਹਰ ਇੱਕ ਦੀ, ਉਹਨਾਂ ਦਾ ਸਤਿਕਾਰ ਹਮੇਸ਼ਾ ਤੋਂ ਰਿਹਾ ਹੈ ਅਤੇ ਬੜਾ ਕੁਛ ਸਿੱਖ ਰਿਹਾ, ਪਰ ਮੈਨੂੰ ਲੱਗਦਾ ਹਮੇਸ਼ਾ ਇੱਕ ਜ਼ਰੂਰ ਸਰ ਵੀ ਬਾਲ ਸਿਨੇਮਾ ਬਾਰੇ ਜ਼ਰੂਰ ਥੋੜ੍ਹੀ ਜਿਹੀ ਗੱਲ ਕਰਨੀ ਚਾਹੀਦੀ ਆ, ਜਿਸ ਤੋਂ ਅਸਲ ਵਿੱਚ ਆਪਣੀ ਹੀ ਸ਼ੁਰੂ ਹੁੰਦੀ ਆ। ਧੰਨਵਾਦ। ਸ਼ੁਕਰੀਆ ਦਿਲਦਾਰ ਸਿੰਘ ਜੀ। ਅਗਲਾ ਸਦਾ ਮੈਂ ਦੇਵਾਂਗੀ ਸਟੇਜ 'ਤੇ ਆਉਣ ਲਈ ਡਾਕਟਰ ਜਸਵਿੰਦਰ ਸਿੰਘ ਜੀ ਨੂੰ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਡਾਕਟਰ ਮੈਂ ਸਾਹਿਤ ਦਾ ਜਾਂ ਫਿਲਮ ਸਟੱਡੀ ਦਾ ਵਿਦਿਆਰਥੀ ਨਹੀਂ ਹਾਂ, ਪਰ ਮੇਰਾ ਕਮੈਂਟ ਸ਼ਾਇਦ ਹੈ ਕਿ ਜੋ ਓਪੋਜ਼ਿਟ ਜਿਹੜੇ ਵਿਊ ਵਾਲੇ ਬੰਦੇ ਆ ਉਹਨਾਂ ਦਾ ਜਿਹੜੇ ਕਮੈਂਟ ਦੇ ਤੌਰ ਉੱਤੇ ਥੋੜ੍ਹੇ ਜਿਹੇ ਮੇਰੇ ਆਈਡੀਆ ਕਿੰਡਰ ਪਿੰਡਰ ਵੀ ਹੋਣਗੇ ਇਸ ਮਸਲੇ ਦੇ ਵਿੱਚ, ਕਿਉਂਕਿ ਕਾਫ਼ੀ ਚੀਜ਼ਾਂ ਜਦੋਂ ਇਹਨਾਂ ਦੇ ਮੈਂ ਲੈਕਚਰ ਸੁਣੇ ਇਮੈਨੁਅਲ ਜੀ ਦਾ ਅਤੇ ਦਲਜੀਤ ਜੀ ਦਾ, ਅਤੇ ਉਹ ਸਾਡੇ ਘਰ ਦੇ ਵਿੱਚ ਡਿਸਕਸ਼ਨ ਦਾ ਪਾਰਟ ਇਸ ਕਰਕੇ ਆ ਕਿਉਂਕਿ ਮੇਰੀ ਵਾਈਫ ਜਿਹੜੀ ਉਹ ਪਾਪੂਲਰ ਕਲਚਰ ਦੀ ਐਂਥਰੋਪੋਲੋਜਿਸਟ ਹੈ ਅਤੇ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਡਿਸਕਸ਼ਨ ਜਿਹੜੀਆਂ ਚੱਲ ਰਹੀਆਂ ਨੇ। ਮੈਂ ਮੇਰੀ ਇੱਕ ਅਬਜ਼ਰਵੇਸ਼ਨ ਹੈ ਕਿ ਜਿਵੇਂ ਕਈ ਵਾਰੀ ਡਿਪਾਰਟਮੈਂਟ ਵਿੱਚ ਵੀ ਸਟੂਡੈਂਟ ਨਾਲ ਵੀ ਜਾਣ ਦੀ ਵੀ ਤੁਸੀਂ ਫਿਲਮਾਂ ਦੇਖਦੇ ਹੋ, ਕਿਉਂਕਿ ਮੈਂ ਬੇਸਿਕਲੀ ਰਿਲੀਜੀਅਸ ਸਟੱਡੀ ਦਾ ਅਤੇ ਰਿਲੀਜੀਅਸ ਸਟੱਡੀ ਦਾ ਇੱਕ ਆਪਣਾ ਔਰਾ ਹੈ ਦਾਇਰਾ ਹੈ ਕਿ ਉਹਦੇ ਵਿੱਚ ਫਿਲਮਾਂ ਦੇਖੀਆਂ ਜਾਂਦੀਆਂ ਜਾਂ ਨਹੀਂ, ਇਹ ਕੁਸ਼ਚਨ ਜਿਹੜੇ ਆ ਰਹਿੰਦੇ। ਅਤੇ ਪਰਸਨਲ ਤੌਰ 'ਤੇ ਮੈਂ ਜਦੋਂ ਤੋਂ ਫਿਲਮਾਂ ਦੇਖਦਾ ਮੈਨੂੰ ਇਹ ਗੱਲ ਮਹਿਸੂਸ ਹੋਈ ਹੈ ਕਿ ਮੈਂ ਪੰਜਾਬੀ ਫਿਲਮ ਜਿਹੜੀ ਮੇਰੇ ਕੋਲ ਦੇਖੀ ਨਹੀਂ ਜਾਂਦੀ। ਜਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ ਜਦੋਂ ਤੋਂ ਮੈਂ ਪੜ੍ਹਨ ਆਇਆ ਹੋਇਆ ਪਿਛਲੇ 17-18 ਸਾਲਾਂ ਤੋਂ, ਕਿ ਉਹਦੇ ਕੀ ਕਾਰਨ ਉਹ ਮੈਨੂੰ ਮੈਂ ਹੁਣ ਜਾ ਕੇ ਥੋੜ੍ਹੇ ਥੋੜ੍ਹੇ ਸਮਝ ਆਉਣੇ ਸ਼ੁਰੂ ਹੋਏ ਕਿ ਕਿਉਂ ਨਹੀਂ ਦੇਖੀ ਜਾਂਦੀ। ਅਤੇ ਜਿਹੜਾ ਇਹ ਇਸ ਟਾਈਮ ਓ ਟੀ ਟੀ ਦਾ ਜਿਹੜੀਆਂ ਫਿਲਮਾਂ ਜਿਸ ਲੈਵਲ 'ਤੇ ਜੋ ਵਰਤਾਰਾ ਚੱਲ ਰਿਹਾ ਪੰਜਾਬੀ ਸਿਨੇਮਾ, ਜਿਹੜੀਆਂ ਤਿੰਨ ਚੀਜ਼ਾਂ ਨੂੰ ਮੈਂ ਆਪਣੇ ਸਟੱਡੀ ਕਰਨ ਦੇ ਨਾਲ ਨਾਲ ਆਪਣੇ ਕੰਮ 'ਤੇ ਦੇਖਦਾ ਵੀ ਉਹ ਉਹਦਾ ਥੀਮ ਫੋਰਮ ਅਤੇ ਉਹਦੇ ਵਿੱਚ ਜਿਹੜੀ ਕੰਸੈਪਚੁਲਾਈਜੇਸ਼ਨ ਹੈ ਉਹਦੇ ਕੀ ਵਰਤਾਰੇ।
ਤੇ ਇਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਕਾਫੀ ਜਿਹੜੇ ਪੁਆਇੰਟ ਕਵਰ ਕੀਤੇ ਕਿ ਸਾਨੂੰ ਉਹਨੇ ਸ਼ੇਅਰ ਦੱਸੀਆਂ ਕਿ ਉਹਨੇ ਪੰਜਾਬੀ ਸਿਨੇਮੇ ਦੀਆਂ ਕੀ ਪ੍ਰੋਬਲਮਸ ਨੇ। ਅਤੇ ਮੈਂ ਜਿਹੜੀ ਇੱਕ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਲਗਾਤਾਰ ਜਿਹੜੀ ਕੰਸੈਪਚੁਲਾਈਜੇਸ਼ਨ ਹੈ ਕਿ ਠੀਕ ਹੈ ਜੱਟ ਨੈਰੇਟਿਵ ਵੀ ਹੈ ਪਰ ਜੱਟ ਨੈਰੇਟਿਵ ਦੇ ਨਾਲ ਜਿਹੜੀਆਂ ਅਸਟੈਬਲਿਸ਼ ਕਰਨ ਦੀਆਂ ਜਿਹੜੀਆਂ ਪ੍ਰਵਿਰਤੀਆਂ ਹੈਗੀਆਂ ਪਰ ਉਹਦੇ ਨਾਲ ਪੈਰਲਲ ਕੁਝ ਚੀਜ਼ਾਂ ਇਸ ਤਰ੍ਹਾਂ ਆ ਰਹੀਆਂ ਕਿ ਉਹ ਵੀ ਧਿਆਨ 'ਚ ਰੱਖਣ ਜਿਵੇਂ ਜਿਹੜੇ ਅਸੀਂ ਇਮਾਨੁਅਲ ਜੀ ਨੇ ਕਿਹਾ ਕਿ ਚੱਲ ਮੇਰਾ ਪੋਚਾ ਵੀ ਪੰਜਾਬੀ ਫਿਲਮ ਹੈ ਬੇਸਿਕਲੀ ਇਹ ਪੰਜਾਬੀ ਇਹ ਪਾਕਿਸਤਾਨੀ ਪੰਜਾਬੀ ਫਿਲਮ ਇਮਤਿਆਜ਼ ਠਾਕੁਰ ਨੇ ਇਹ ਫਿਲਮ ਦੋ ਵਾਰੀ ਪਹਿਲਾਂ ਪਾਕਿਸਤਾਨ 'ਚ ਬਣਾਈ ਬੈਨ ਹੋਈ ਅਤੇ ਇਹਦੇ ਬਾਰੇ ਕਮਾਲ ਇਹ ਹੈ ਕਿ ਜਿਹੜਾ ਪੰਜਾਬ 'ਚ ਰਿਵਿਊ ਹੋਏ ਉਹ ਪੰਜਾਬ ਦੀ ਫਿਲਮ ਮੰਨ ਕੇ ਹੋਏ ਅਤੇ ਉਹਨੇ ਫਿਰ ਸਪੈਸ਼ਲੀ ਇੱਕ ਇੰਟਰਵਿਊ ਦਿੱਤੀ ਹੈ ਇਮਤਿਆਜ਼ ਠਾਕੁਰ ਨੇ ਅਤੇ ਇਹਦੇ ਵਿੱਚ ਪੰਜਾਬੀ ਆਰਟਿਸਟ ਮੈਂ ਨਹੀਂ ਲਿਆ ਜਿਹੜੇ ਇਹਦੇ ਵਿੱਚ ਐਕਟਰ ਜਿਹੜੇ ਨੇ ਉਹ ਵੀ ਕੈਨੇਡੀਅਨ ਨੇ ਦੋਵੇਂ ਪਾਸਪੋਰਟ ਉਹਨਾਂ ਦੇ ਕੈਨੇਡੀਅਨ ਪਾਸਪੋਰਟ ਨੇ ਅਤੇ ਮੈਂ ਤਾਂ ਇੱਥੋਂ ਤੱਕ ਪੰਜਾਬ ਦਾ ਲਿਆ ਕਿਉਂਕਿ ਪੰਜਾਬੀ ਫਿਲਮ ਨਹੀਂ ਹੈ ਇਸ ਪੂਰਬੀ ਪੰਜਾਬ ਦੀ ਫਿਲਮ ਨਹੀਂ ਹੈ ਅਤੇ ਇਸ ਕਰਕੇ ਸਾਡੇ ਜਿਹੜੇ ਰਿਵਿਊ ਜਿਹੜੇ ਫਿਲਮਾਂ ਦੇ ਰਿਵਿਊ ਸ਼ਬਦੇ ਵੀ ਹੈ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਲੀ ਹੈ ਜਿਹੜੀ ਜਿਵੇਂ ਇਸਲਾਮ ਦੇ ਵਿੱਚ ਉਹਨਾਂ ਦੀ ਕਾਲੀ ਸ਼ੈਤਾਨ ਦਾ ਕੰਮ ਹੈ ਕਿ ਜਿਹੜਾ ਸਿਨੇਮਾ ਜਾਂ ਕੋਈ ਆਰਟ ਹੈ ਉਹ ਇੱਕ ਕੋਈ ਵੀ ਆਰਟ ਜਿਹੜਾ ਉਹ ਸਦੀਆਂ ਦਾ ਦੇ ਤਪ ਦੇ ਵਿੱਚੋਂ ਕੋਈ ਚੀਜ਼ਾਂ ਫੋਰਮ ਕ੍ਰੀਏਟ ਕਰਦਾ ਅਤੇ ਸਾਡੇ ਸਿਨੇਮੇ ਦੇ ਵਿੱਚ ਜਾਂ ਸਾਡੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਇੱਕ ਕਾਲੀ ਦਾ ਜਿਹੜਾ ਤੱਤ ਹੈ ਅੱਗੋਂ ਦਾ ਰਿਵਿਊ ਦਾ ਤੱਤ ਜਿਹੜੀ ਫਿਲਮ ਸਟੱਡੀ ਦਾ ਤੱਤ ਜਿਹੜਾ ਵੀ ਉਹ ਇੰਨਾ ਪੂਅਰ ਹੈ ਕਿ ਬਿਨਾਂ ਉਹਦੀ ਹਿਸਟਰੀ ਜਾਂ ਉਹਦੀ ਐਂਥਰੋਪੋਲੋਜੀ ਨੂੰ ਜਾਣੇ ਹੋਏ ਜਾਂ ਉਹਦੇ ਫਰੇਮਵਰਕ ਨੂੰ ਜਾਣੇ ਹੋਏ ਉਹਦੀਆਂ ਬੜੀਆਂ ਸਤਹੀ ਪੱਧਰ ਦੇ ਉੱਤੇ ਜਿਹੜੀਆਂ ਮਤਲਬ ਕਿ ਜਿਹੜੇ ਰਿਵਿਊ ਆਉਂਦੇ ਆ ਜਿਹੜੀ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਜਿਹੜਾ ਤੱਤ ਜਿਹੜਾ ਮੈਂ ਕੋਨਸੈਪਟ ਜਿਹੜਾ ਨੋਟ ਕਰਨ ਦਾ ਇਸ਼ਾਰਾ ਦੇਣਾ ਚਾਹੁੰਦਾ ਕਿ ਮੇਲ ਬੇਸ ਦਾ ਜਿਹੜਾ ਕੋਨਸੈਪਟ ਹੈ ਜਿਹੜਾ ਉਹਨੂੰ ਉਹ ਧਿਆਨ 'ਚ ਰੱਖਣ ਵਾਲਾ ਕਿ ਉਹ ਪੰਜਾਬ ਦੀ ਜਿਹੜੀ ਵੀਮੈਨ ਹੈ ਉਹਨੂੰ ਲਗਾਤਾਰ ਕਿਵੇਂ ਫਿਕਸ ਕਰਦਾ ਜਿਵੇਂ ਸੌਕਣ ਸੌਕਣੇ ਜਿਹੜੀਆਂ ਇੱਕ ਐਂਥਰੋਪੋਲੋਜੀ ਦੇ ਵਿੱਚ ਮਾੜੇ ਵਰਤਾਰੇ ਹੈ ਜਿਹੜੇ ਕਿਸੇ ਵਜ੍ਹਾ ਕਰਕੇ ਜਾਂ ਜਿਹੜੀਆਂ ਕਿਸੇ ਪੇਚੀਦਗੀਆਂ ਕਰਕੇ ਜਾਂ ਜਿਹੜੀਆਂ ਮਜਬੂਰੀਆਂ ਕਰਕੇ ਜਿਹੜੇ ਚਲਾਉਣੇ ਪਏ ਜਿਵੇਂ ਕੱਲ੍ਹ ਤਸਕੀਮ ਨੇ ਕਹਿ ਰਹੇ ਸੀ ਵੀ ਮਾਲਵੇ ਦੇ ਵਿੱਚ ਇੱਕ ਇਹ ਹੈ ਕਿ ਉੱਥੋਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਹੋਣ ਕਰਕੇ ਪੰਜ ਛੇ ਭਰਾ ਜਿਹੜੇ ਹੈਗੇ ਉਹ ਵਿਆਹ ਇੱਕ ਹੀ ਕਰਾਉਂਦੇ ਸੀ ਅਤੇ ਉਹ ਇੱਕ ਹੀ ਲੇਡੀ ਹੁੰਦੀ ਸੀ ਅਤੇ ਉਹਦੀਆਂ ਕਈ ਤਰ੍ਹਾਂ ਦੀ ਹੋਣ ਅਤੇ ਸੌਕਣ ਸੌਕਣੇ ਦੇ ਮਤਲਬ ਕਿ ਜਿਹੜੀ ਵਿਆਹ ਕੇ ਲਿਆਉਂਦੀ ਜਾਂਦੀ ਦੂਸਰੀ ਔਰਤ ਆ ਉਹਨੂੰ ਵੀ ਜਸਟੀਫਾਈ ਕੀਤਾ ਜਾ ਰਿਹਾ ਇਹ ਇੱਕ ਮੇਲ ਗੇਜ ਦਾ ਜਿਹੜਾ ਕੰਸੈਪਟ ਹੈ ਇਹ ਪੰਜਾਬੀ ਸਿਨੇਮੇ ਦੇ ਵਿੱਚ ਲਗਾਤਾਰ ਉਹਨੂੰ ਅਤੇ ਇਸ ਲੈਵਲ ਦੇ ਉੱਤੇ ਅਸਟੈਬਲਿਸ਼ ਕੀਤਾ ਜਾ ਰਿਹਾ ਜਿਹੜਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਹੈ ਉਹ ਜਿਹੜਾ ਫੋਰਮ ਦੇ ਨਾਲ ਉਹਨੂੰ ਮਿਕਸ ਕਰਕੇ ਜਿਹੜਾ ਅਸਟੈਬਲਿਸ਼ ਕੀਤਾ ਜਾ ਰਿਹਾ ਅਤੇ ਉਹ ਇਸ ਲੈਵਲ 'ਤੇ ਹੋ ਗਿਆ ਜਿਹੜਾ ਮੇਰਾ ਮੰਨਣਾ ਕਿ ਉਹਨੂੰ ਪੰਜਾਬ ਦੀ ਲੜਕੀ ਜਿਹੜੀ ਆ ਵੀਮੈਨ ਜਿਹੜੀ ਉਹਨੂੰ ਸਹਿਜ ਲੈਣ ਲੱਗ ਤਾਂ ਉਹ ਸਹਿਜ ਵਰਤਾਰਾ ਬਣਦਾ ਜਿਹੜਾ ਕਿ ਇੱਕ ਡੇਂਜਰਸ ਵਰਤਾਰਾ ਜਿਹਦੇ ਵਿੱਚ ਜਿਹੜੀ ਵੀਮੈਨ ਦਾ ਆਪਣਾ ਸੈਲਫ ਹੈ ਜਿਹੜਾ ਉਹ ਸੈਲਫ ਹੀ ਗੁਆਚਣਾ ਸ਼ੁਰੂ ਹੋ ਗਿਆ ਉਹ ਥਰੂ ਮੇਲ ਗੇਜ ਹੀ ਆਪਣੇ ਆਪ ਨੂੰ ਅਕੈਡਮਿਕਸ ਦੇ ਵਿੱਚ ਵੀ ਅਤੇ ਜਨਰਲ ਵਰਤਾਰੇ ਦੇ ਵਿੱਚ ਵੀ ਪੋਰਟਰੇਟ ਕਰਨਾ ਚਾਹੁੰਦੀ ਇਹ ਫਿਲਮ ਮੇਕਰਸ ਨੂੰ ਅਤੇ ਫਿਲਮ ਨੈਲਸਿਸ ਨੂੰ ਧਿਆਨ 'ਚ ਰੱਖਣਾ ਚਾਹੀਦਾ ਅਤੇ ਜਿਹੜੀਆਂ ਹੋਰ ਬਰੀਕ ਚੀਜ਼ਾਂ ਹੈਗੀਆਂ ਕੁਛ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਨਾਲ ਐਸੋਸੀਏਟਡ ਜਿਹੜੇ ਫਿਲਮ ਨਾਲ ਜੁੜੇ ਹੋਏ ਜਾਂ ਇਸ ਤਰ੍ਹਾਂ ਦੇ ਦ੍ਰਿਸ਼ ਮੀਡੀਆ ਦੇ ਨਾਲ ਜੁੜੇ ਹੋਏ ਕੰਮ ਕਰ ਜਿਵੇਂ ਇੱਕ ਸੀਰੀਜ਼ ਵੈਬ ਸੀਰੀਜ਼ ਆਈ ਪਤਾਲ ਲੋਕ ਪਤਾਲ ਲੋਕ ਦੇ ਵਿੱਚ ਇੱਕ 7 ਕੁ ਮਿੰਟ ਦਾ ਮੈਨੂੰ ਲੱਗਦਾ 7 ਕੁ ਮਿੰਟ ਦਾ ਹੀ ਇੱਕ ਦ੍ਰਿਸ਼ ਜਿਹੜਾ ਪੰਜਾਬ ਬਾਰੇ ਹੈ ਅਤੇ ਉਹ ਪੰਜਾਬ ਦੀ ਜਿਹੜੀ ਮਤਲਬ ਕਿ ਇੱਕ ਬਹੁਤ ਕੰਕ੍ਰੀਟ ਰਿਐਲਿਟੀ ਅਤੇ ਬੜੀ ਮਤਲਬ ਕਿ ਇੱਕ ਡੇਂਜਰਸ ਰਿਐਲਿਟੀ ਨੂੰ ਪੁੱਟ ਕਰਦਾ ਅਤੇ ਉਹ ਜਦੋਂ ਪੁੱਟ ਹੋਇਆ ਅਤੇ ਉਹ ਟਾਈਮ ਮੈਨੂੰ ਲੱਗਦਾ ਸ਼ਾਇਦ ਕੋਵਿਡ ਦਾ ਟਾਈਮ ਹੈ ਉਹਦੇ ਕਰਕੇ ਪਤਾਲ ਲੋਕ ਦੇਖੀ ਵੀ ਬੜੀ ਗਈ ਅਤੇ ਉਹਦਾ ਜਦੋਂ ਰਿਵਿਊ ਹੁੰਦਾ ਉਹ ਕਮਾਲ ਹੈ ਕਿ ਉਹ ਸਿੱਖ ਨੁਕਤੇ ਤੋਂ ਰਿਵਿਊ ਕੀਤਾ ਜਾਂਦਾ
ਵੀ ਇਹ ਸਿੱਖ ਬੰਦੇ ਨੂੰ ਪੋਰਟਰੇਟ ਕਰਨ ਦਾ ਜਿਹੜਾ ਅਮੀ ਜੀ ਸ਼ਨਾਖਤ ਦੀ ਗੱਲ ਕਰ ਰਿਹਾ ਕਿ ਉਹ ਕਿਵੇਂ ਟ੍ਰਿਨਿਟੀ ਬਣਦੀ ਹੈ, ਉਸ ਸ਼ਨਾਖਤ ਦੇ ਵਿੱਚ ਕਿਉਂਕਿ ਉੱਥੇ ਕਾਸਟ ਦਾ ਜੱਟ ਦਾ ਇਸ਼ੂ ਬਣ ਜਾਂਦਾ ਅਤੇ ਉਹਨੂੰ ਨਾਲ ਦੀ ਨਾਲ ਉਹਦਾ ਰਿਵਿਊ ਜਿਹੜਾ ਉਹ ਸਿੱਖ ਨੁਕਤੇ ਤੋਂ ਆਉਂਦਾ ਕਿ ਇਹ ਸਿੱਖ ਆਈਡੈਂਟੀ ਨੂੰ ਵਿਗਾੜਨ ਵਾਸਤੇ ਇਹ ਸਿਨੇਮਾ ਕ੍ਰੀਏਟ ਕੀਤਾ ਜਾ ਰਿਹਾ। ਇਹ ਮੈਨੂੰ ਲੱਗਦਾ ਇਹ ਡਿਫਰੈਂਸ਼ੀਏਟ ਕਰਨਾ ਚਾਹੀਦਾ ਅਤੇ ਇਹਦੇ ਉੱਤੇ ਲਗਾਤਾਰ ਜਿਹੜੇ ਫਿਲਮ ਸਟੱਡੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਸ ਗੱਲ ਦਾ ਤਰਕੀਬ ਕਰਨਾ ਚਾਹੀਦਾ ਕਿ ਇਹ ਸ਼ਨਾਖਤ ਕਰਨੀ ਚਾਹੀਦੀ ਕਿ ਬੇਸਿਕਲੀ ਵੀ ਇਹ ਵਰਤਾਰਾ ਵਾਪਰ ਕੀ ਰਿਹਾ ਅਤੇ ਉਹ ਇੱਕ ਆਪਣੇ ਆਪ ਦੇ ਵਿੱਚ ਬੜੀ ਜਿਹੜੇ ਮਾਜਰੇ ਜਿਹੀਆਂ ਪਿੰਡ ਆ ਸਾਨੂੰ ਮਤਲਬ ਕਿ ਐਂਥਰੋਪੋਲੋਜਿਸਟ ਜਾਂ ਅਕੈਡਮਿਸ਼ੀਅਨ ਨੂੰ ਪਤਾ ਵੀ ਇਹ ਪਿੰਡ ਕਿੰਨਾ ਦੇ ਨੇ ਅਤੇ ਕਿਵੇਂ ਸਟੈਬਲਿਸ਼ ਕੀਤੇ ਅਤੇ ਪੰਜਾਬ ਦੇ ਵਿੱਚ ਪਿੰਡ ਦੀ ਜਿਹੜੀ ਮੈਂ ਪਿੰਡ ਦਾ ਜੰਮਿਆ ਬੜਾ ਮੈਨੂੰ ਕਦੇ ਪਿੰਡ ਦੇ ਉੱਤੇ ਮਾਣ ਨਹੀਂ ਹੋਇਆ ਨੈਵਰ ਕਿਉਂਕਿ ਮੈਂ ਪਿੰਡ ਦੀ ਰਿਐਲਿਟੀ ਨੂੰ ਮਤਲਬ ਕਿ ਉਹ ਫੇਸ ਕੀਤਾ ਹੋਇਆ ਵੀ ਪਿੰਡ ਪਿੰਡ ਬੇਸਿਕਲੀ ਜਿਹੜਾ ਉਹ ਕਿਸ ਲੈਵਲ 'ਤੇ ਉੱਜੜਿਆ ਹੋਇਆ ਅਤੇ ਇਹ ਜਿਹੜਾ ਪੰਜਾਬੀ ਸਿਨੇਮੇ ਰਾਹੀਂ ਇੱਕ ਅਕੈਡਮੀ ਦੇ ਵਿੱਚ ਕੌਨਸੈਪਟ ਹੈਗਾ ਪਾਵਰਟੀ ਸੀਕਰ, ਪਾਵਰਟੀ ਸੀਕਰ ਦੇ ਨਾਲ ਜਿਹਦੇ 'ਚੋਂ ਹਵੇਲੀ ਗ੍ਰੇਟ ਹੋਈ ਜਾਂ ਮਤਲਬ ਜਿਸ ਤਰ੍ਹਾਂ ਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਗਲੋਰੀਫਾਈ ਕੀਤਾ ਜਾਂਦਾ ਕਿ ਉਹ ਚੀਜ਼ਾਂ ਜਿਹੜੀਆਂ ਕਦੇ ਵੀ ਜਿਹਨੂੰ ਸਿਆਣੇ ਲੋਕਾਂ ਨੇ ਸੁਹਿਰਦ ਲੋਕਾਂ ਨੇ ਆਪਣਾ ਨਹੀਂ ਮੰਨਿਆ ਪਰ ਕਿਸੇ ਕਲਚਰਲ ਮਜਬੂਰੀ ਕਰਕੇ ਜਿਹੜੇ ਉਹਨਾਂ 'ਤੇ ਭਾਰ ਬਣੇ ਹੋਏ ਸੀ ਉਹਨਾਂ ਨੂੰ ਉਸ ਲੈਵਲ ਦੇ ਉੱਤੇ ਸਟੈਬਲਿਸ਼ ਕਰ ਦਿੱਤਾ ਜਾਣਾ ਅਤੇ ਫਿਰ ਉਹਨੂੰ ਇਸ ਲੈਵਲ 'ਤੇ ਆਤਮ ਸਾਫ ਕਰਾ ਦੇਣਾ ਕਿ ਉਹ ਸਹਿਜ ਭਾਅ ਲੱਗਣ ਲੱਗੇ ਜਿਵੇਂ ਜਿਹੜਾ ਇਹਨਾਂ ਨੇ ਇਸ਼ਾਰਾ ਕੀਤਾ ਕਿ ਉਹ ਵੀ ਪੰਜਾਬ ਹੈ ਪੰਜਾਬ ਦਾ ਮਤਲਬ ਜਿਹੜਾ ਜੱਟ ਹੁੰਦਾ ਜੱਟ ਦਾ ਮਤਲਬ ਜਿਹੜਾ ਸਿੱਖ ਹੁੰਦਾ ਇਸ ਗੱਲ ਦਾ ਅਤੇ ਉਹ ਦਾ ਪ੍ਰਤੀਕ ਜਿਹੜਾ ਉਹ ਮੈਨੂੰ ਲੱਗਦਾ ਕਿ ਪੰਜਾਬ ਦੇ ਅਕੈਡਮੀਸ਼ੀਅਨ ਦੇ ਉੱਤੇ ਅਤੇ ਫਿਲਮ ਸਟੱਡੀ ਦੇ ਖਾਸ ਕਰਕੇ ਉਹਨਾਂ ਨੂੰ ਇਹ ਗੱਲ ਦਾ ਕਟੀ ਕਰਨਾ ਚਾਹੀਦਾ ਅਤੇ ਜਿਹੜੀਆਂ ਜਿਵੇਂ ਪਤਾਲ ਲੋਕ ਦੇ ਵਿੱਚ ਜਿਸ ਤਰ੍ਹਾਂ ਦੀਆਂ ਸ਼ੇਡ ਆਈਆਂ ਜਾਂ ਜਿਹੜੀਆਂ ਹੋਰ ਸਿਨੇਮੇ ਦੇ ਵਿੱਚ ਸ਼ੇਡ ਪਈਆਂ ਹੋਈਆਂ ਉਹ ਸ਼ੇਡ ਨੂੰ ਹਾਈਲਾਈਟ ਕਰਨਾ ਚਾਹੀਦਾ ਅਤੇ ਉਹਨੂੰ ਪੰਜਾਬ ਦੇ ਸਿਨੇਮੇ ਦੇ ਨਾਲ ਜੋੜਨਾ ਚਾਹੀਦਾ ਤਾਂ ਕਿ ਪੰਜਾਬ ਦੇ ਸਿਨੇਮੇ ਦੇ ਵਿੱਚ ਜਿਹੜੇ ਉਹ ਦ੍ਰਿਸ਼ ਪੈਦਾ ਹੋਣ ਜਾਂ ਉਹ ਚੀਜ਼ਾਂ ਪੈਦਾ ਹੋਣ ਜਿਹੜੀਆਂ ਇਸ ਧਰਤੀ ਦੀਆਂ ਆਪਣੀਆਂ ਮੌਲਿਕ ਚੀਜ਼ਾਂ ਹੈਗੀਆਂ ਅਤੇ ਜਿਹੜੀਆਂ ਕਿ ਪੰਜਾਬੀ ਸਿਨੇਮੇ ਤੋਂ ਬਾਅਦ ਅਤੇ ਇਹ ਲਗਾਤਾਰ ਬਜਟ ਦਾ ਜਾਂ ਦੂਸਰੀਆਂ ਚੀਜ਼ਾਂ ਦਾ ਕਦੇ ਇਹ ਵੀ ਮੈਂ ਸੁਣਦਾ ਰਹਿੰਦਾ ਕਿ ਵੀ ਇਹਦੇ ਬਜਟ ਦੇ ਇਸ਼ੂ ਹੁੰਦੇ ਆ ਕਦੇ ਪ੍ਰੋਡਿਊਸਰ ਦੇ ਹੈਗੇ ਆ ਪ੍ਰੋਡਕਸ਼ਨ ਦੇ ਵੀ ਮਸਲੇ ਹੈਗੇ ਆ ਹੈ ਨਾ ਅਸੀਂ ਜਾਣਦੇ ਹਾਂ ਇਰਾਨੀ ਪ੍ਰੋਡਿਊਸਰ ਮਜੀਦ ਮਜੀਦੀ ਆ ਜਾਂ ਔਸਕਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੈਂ ਪਿਛਲੇ ਲਗਭਗ 15-16 ਸਾਲਾਂ ਤੋਂ ਵੀ ਔਸਕਰ ਦੇ ਵਿੱਚ ਜਿੰਨੀਆਂ ਨੋਮੀਨੇਟ ਫਿਲਮਾਂ ਹੋਈਆਂ ਉਹ ਲਗਭਗ ਦੇਖੀਆਂ ਮੈਂ ਅਤੇ ਉਹਨਾਂ 'ਚ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਆ ਵੀ ਜਿਹਨਾਂ ਦਾ ਬਜਟ ਜਿਹੜਾ ਉਹ ਇੰਨਾ ਲੋਅਰ ਹੈ ਕਿ ਸੋਚਿਆ ਨਹੀਂ ਜਾ ਸਕਦਾ। ਮਜੀਦ ਮਜੀਦ ਦੀ ਫਿਲਮ ਜਿਹੜੀ ਅਵਾਰਡ ਇੱਕ ਅਵਾਰਡ ਖਾਸ ਕਰਕੇ ਹੈ ਜਿਹੜੀ ਸੌਂਗ ਔਫ ਸਪੈਰੋ ਉਹਦੇ ਵਿੱਚ ਇੱਕ ਇੱਕ ਆਂਡਾ ਹੀ ਟੁੱਟਦਾ ਹੈ ਜੇ ਖਰਚਾ ਦੇਖਣਾ ਹੋਵੇ ਨਾ ਤਾਂ ਉਹ ਵੀ ਉਹਦਾ ਆਮਲੇਟ ਬਣਾ ਕੇ ਖਾ ਲੈਂਦੇ ਅਤੇ ਉਹ ਫਿਲਮ ਅਵਾਰਡ ਬੇਸਿਕ ਗੱਲ ਇਹ ਹੈਗੀ ਹੈ ਕਿ ਪੰਜਾਬ ਦਾ ਆਰਟ ਟਰੇਸ ਕਰਨ ਦੀ ਲੋੜ ਹੈ ਅਤੇ ਉਹਨਾਂ ਦੇ ਉੱਤੇ ਜਿਹੜਾ ਇੱਕ ਲੰਬੇ ਸਮੇਂ ਤੋਂ ਮਿਹਨਤ ਕਰਨ ਦੀ ਲੋੜ ਹੈ ਅਤੇ ਉਹ ਮਿਹਨਤ ਕੀਤੇ ਹੋਏ ਜੈਨੂਨ ਲੋਕਾਂ ਨੂੰ ਦਾ ਰਿਵਿਊ ਠੀਕ ਹੋ ਕੇ ਉਹਨਾਂ ਨੂੰ ਪੁੱਟ ਕਰਨ ਦੀ ਲੋੜ ਹੈ ਤਾਂ ਕਿ ਪੰਜਾਬੀ ਸਿਨੇਮੇ ਨੂੰ ਠੀਕ ਸਿਨੇਮੇ ਦੇ ਵਿੱਚ ਪੁੱਟ ਕੀਤਾ ਜਾ ਸਕੇ ਅਤੇ ਬਿਨਾਂ ਗੱਲ ਦੇ ਇਸ ਤਰ੍ਹਾਂ ਦੇ ਕ੍ਰੈਡਿਟ ਵੀ ਸਾਰਾ ਕੁਛ ਪੰਜਾਬ ਦਾ ਪੰਜਾਬੀ ਸਿਨੇਮੇ ਨੂੰ ਡੀਲ ਕਰਨ ਵਾਲੀ ਜਿਹੜੀ ਮੇਜਰ ਇੰਡਸਟਰੀ ਹੈ ਜਿਹੜੀ ਉਹ ਪੰਜਾਬ ਦੀ ਨਹੀਂ ਇਸ ਗੱਲ ਦਾ ਇਹ ਮੈਂ ਮੇਰੀਆਂ ਓਬਜ਼ਰਵੇਸ਼ਨ ਹੈ ਜਿਹੜੀਆਂ ਤੁਹਾਡੇ ਨਾਲ ਸਾਂਝੀ ਕੀਤੀਆਂ। ਥੈਂਕ ਯੂ। ਸ਼ੁਕਰੀਆ ਸਰ। ਅਗਲਾ ਕਮੈਂਟ ਪੇਸ਼ ਕਰਨ ਲਈ ਮੈਂ ਸੱਦਾ ਦੇਣਾ ਚਾਹਾਂਗੀ ਸਾਡੇ ਨਾਲ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਤੋਂ ਜੁੜੇ ਹੋਏ ਅਨੁਰੰਗ ਦਾਸ ਗੁਪਤਾ ਜੀ। ਬਹੁਤ ਬਹੁਤ ਸ਼ੁਕਰੀਆ। ਦੁਬਾਰਾ, ਪੰਜਾਬੀ ਮੇਰੀ ਭਾਸ਼ਾ ਨਹੀਂ ਹੈ, ਮੈਂ ਹਿੰਦੁਸਤਾਨੀ ਮੈਂ ਆਪਣੀ ਬਾਤ ਰੱਖੂੰਗਾ, ਕੋਸ਼ਿਸ਼ ਕਰੂੰਗਾ। ਐਮਾਨੁਅਲ ਜੀ ਕਾ ਬਹੁਤ ਹੀ ਸਰਵੇ ਜੈਸਾ ਪੰਜਾਬੀ
सिनेमा का पेपर था, मुझे उसका मुझे बहुत कुछ सीखने को मिला, लेकिन बहुत कुछ मुझे बोलने का मेरी क्वालिफिकेशन नहीं है बोलने के लिए उस पर। दलदीप जी का भी मतलब ऐसा ही कुछ है, मैं बहुत कुछ सीखा, मैं बोल नहीं सकता ज़्यादा कुछ। जो उनका थ्योरेटिकल फ्रेमवर्क है उसके बारे में मैं कुछ एक चीज़ें बोलना चाहूँगा। जो कॉलोनियल, अगर मैं सही समझा, भाषा का एक ज्ञान तो है ही, और एक और बात है कि मतलब हमारे प्रोफेसर हैं शमुव्रतो, वो ये चीज़ कहते हैं, इट इज़ वन थिंग टू नो टू लैंग्वेजेस, बट इट्स कम्प्लीटली अनदर थिंग टू वर्क इन टू लैंग्वेजेस। तो उस बात की मैं आपको बहुत बधाई देना चाहूँगा। जो बात है कि अगर आपका मोटा मोटा जो आर्ग्यूमेंट था वो यही था कि एक एंथ्रोपोलॉजिकल गेज है पंजाबी सिनेमा में, और उसका ओरिजिन आप ट्रेस करें कॉलोनियल उससे, कॉलोनियल एंथ्रोपोलॉजी से, सॉरी कॉलोनियल एंथ्रोपोलॉजी से, फिर उसके बाद एंथ्रोपोलॉजी कैसे बाद में डेवलप हुई और जो एक ठीक है उसमें मेरा ये कहना था कि एंथ्रोपोलॉजी एक बहुत ही पर्टिकुलर कॉन्टेक्स्ट में डेवलप होती है, कॉलोनियल कंट्रोल का एक जरिया बनती है उसका। जब आप फिर उसके बाद फाइनली बहुत लंबा डिटूर लेके जब आप फाइनली सिनेमा पर आए और आपने बोला कि लाइक सिर्फ पंजाबी सिनेमा का एंथ्रोपोलॉजिस्ट कहाँ है, वो एक बड़े घर का आदमी है या वो सरपंच है या वो है, वो चीज़ और पंजाबी सिनेमा जो बन रही है उस गेस के तहत, उस गेस की वजह से उसका कॉन्टेक्स्ट तो बहुत अलग है। तो उस चीज़, उस फर्क को आप कैसे देखते हैं, ये मेरा एक डाउट रहा, क्योंकि एंथ्रोपोलॉजी बहुत ही अलग, जो कॉलोनियल एंथ्रोपोलॉजी वो बहुत ही अलग उसमें है। दूसरा जो मुझे गैप लगा वो यही इसी से रिलेटेड था कि कॉलोनियल एंथ्रोपोलॉजी का जो सिस्टम है वो पब्लिक कॉन्शियसनेस तक कैसे पहुंच रहा है, क्योंकि वो तो एक कॉलोनियल ऑफिसर्स के लिए बन रहा है कि आप वेरियस ट्राइब्स को जाने, जो जो जिस तरह की जो पब्लिशिंग आ रही पब्लिकेशन हुई हैं उस टाइम पे, जो अफसर भी पब्लिश कर रहे हैं, जो अलग अलग लोग कॉलोनियल गवर्नमेंट के लोग जो पब्लिश कर रहे हैं, वो तो इसी पर्पज से कर रहे हैं कि लाइक जो वो जो लोग बाहर से आए हैं वो ढंग से समझ पाए कि कौन कौन सी ट्राइब्स हैं, उसी के चलते क्रिमिनल ट्राइब्स भी आइडेंटिफाई होती हैं वगैरह वगैरह। तो ये पब्लिक कॉन्शियसनेस कैसे बन के का हिस्सा कैसे बनती है और उससे फिर पंजाबी सिनेमा कैसे फिर इफेक्ट होता है, ये मुझे लड़ी नहीं बनती नजर आई। बाकी शायद मैं कुछ भूल रहा हूँ, पर मेनली मेरे मोटे मोटे यही दो ऑब्जर्वेशन। अगला सदा मैं दवांगी जवाहरलाल नेहरू यूनिवर्सिटी तो ही साढ़े को जो एक होर खोजाती आए ने शिव हरि जी को। सबसे पहले नमस्कार, और पंजाब मैं वरुण भैया और अनुराग के साथ में जबरदस्ती खींचा चलाया, उसकी वजह एक खास ये थी कि मुझे पंजाबी फिलॉसफी में बड़ी गहरी दिलचस्पी है, और अभी मैं दो दिन से सेमिनार सुन रहा हूँ तो उसमें कई सारे सवाल हैं जिनके जवाब मैं पा नहीं रहा हूँ। तो उम्मीद करूँगा कि कल के कुछ सवाल एक और आज के एक सवाल उसको दोनों को एक साथ जोड़ के पूछूँ, ताकि मेरा समय मुझे आंसर मिल जाए और समय भी बच जाए। तो सबसे पहले मैं इस चीज़ पे बात करूँगा कि जैसे कल हमने पंजाब संगीत पे हमने सुना, जिसमें हम ये सुन रहे थे कि एक पॉप कल्चर है जिसमें हम देख रहे हैं कि एक जो हमारे जो ऑर्डिनरी इंटेलेक्चुअल्स हैं उनके द्वारा ये पंजाब संगीत निकल के आ रहा है, जिसमें हम देखते हैं
जैसे सिद्धू मूसेवाला हैं या और भी संगीत हैं जो कि जनता को एक खास करके एक एज को फोकस कर रहे हैं, उस हिसाब से अपनी पॉपुलरिटी पा रहे हैं। दूसरा हमने देखा है कि जैसे फॉर एग्जाम्पल हम देखें कि जो हमारे जैसे गुड आसमान है या हम नुसरत अली खां को सुनते हैं, जैसे नुसरत अली खां के बारे में जैसे एक चरखे दी कूक जा उनका सॉन्ग है ना, ये सॉन्ग मुझे मुझे अंदर से फील करता है कि हाँ एक है फिलोसफी है पंजाबी लिटरेचर जिसको हम देखने की कोशिश कर रहे हैं। और उसी से मेरा सवाल था कि जैसे सर कल के जो ऑथर हैं उनकी एक सबसे बड़ी ये थी लड़ाई इस बात पर थी कि कैसे वो ये देख पा रहे थे कि पंजाबी पॉप कल्चर है वो ज़्यादा फेमस हो रहा है इंस्टेंट रॉक की जो हमारे जो लोक गायक हैं वो क्यों इतने फेल हो रहे हैं, तो ये उन सवाल से था। तो मेरा उनसे यही सवाल था या मैं पूछना चाहता था कि उनका क्यों ऐसे मानना है कि वो लोग सिर्फ एक एज को फोकस करके फेमस हो जाते हैं, बाकी एज उनसे उनको नहीं सुनना चाहती। फॉर एग्जाम्पल जैसे आप अभी अभी आप देखें आप में से बहुत सारे लोग मोहम्मद रफ़ी को पसंद करते होंगे अभी भी, तो ऐसा नहीं है कि आपसे वो आपका जो फोकस है वो छूट जाता है या आपसे एक एज ग्रुप है वो छूट जाता है। एक वो मेरा सवाल था कि मुझे लगता है कि अगर आपको किसी लिटरेचर को या किसी संगीत को प्रमोट करना है तो उसमें सभी तरह के श्रोता होते हैं, सभी तरह के लोग पसंद करते हैं, तो मुझे लगता है कि उनको सभी चीज़ों पर फोकस करना चाहिए, अपने आप को सिर्फ इसलिए दरकिनार नहीं कर देना चाहिए ताकि वो एक पर्टिकुलर एज ग्रुप के लिए फोकस है। एक तो ये मेरा कमेंट है कल की क्लास के लिए। और आज मैं देख पा रहा हूँ कि इसमें जैसे मुझे बताया गया है कि जैसे फॉर एग्जाम्पल अगर मैं पंजाब से बाहर निकल के जैसे फॉर एग्जाम्पल मैं उत्तराखंड से हूँ तो अगर मैं उत्तराखंड के व्यू से पंजाब को देखता हूँ तो मुझे लगता है कि हाँ यार पंजाब में एक सर्टेन बंदूक वाला कल्चर है और पंजाब में एक सर्टेन कम्युनिटी जैसे हम सिख कम्युनिटी या जट कम्युनिटी कहते हैं उसका कल्चर है। तो जब हम इस पे आए जैसे आज मैंने देखा तो आज मैं ये देख पा रहा हूँ कि पंजाबी मूवीज में हमने देखा जैसे फॉर एग्जाम्पल एक मैंने मूवी देखी जैसे सर ने भी कहा कि हम जब अमृतसर की बात करें तो हम ये नहीं भूलते कि लाहौर कितना दूर है, लाहौर बहुत पास नजर आता है। इसलिए एक लाहौर की एक मूवी आई थी बोल जिसमें हमने थर्ड जेंडर के पर्सपेक्टिव से वो चीज़ें समझी थी। तो मुझे यही समझ में आ रहा है कि जब हम आपकी नियर बाई ऐसी कुछ मूवीज ऐसे कुछ इशूज उठा रहे हैं तो क्यों हम पंजाबी जो फिल्में हैं उसमें ये चीज़ नहीं ला पा रहे। फॉर एग्जाम्पल अगर मैं बात करूँ तो हम ये देखते हैं कि पंजाब की मूवीज में वही डोमिनेंट कल्चर को रिपीट किया जा रहा है जिसमें एक जट कम्युनिटी है, और इवन आप ये देखें उस जट कम्युनिटी की इतनी बड़ी मैं ये कहूँगा कि डोमिनेंस है कि उसमें फीमेल भी बंदूक लेकर उस तरह के हस्बैंड की डिमांड कर रही है, उस तरह के प्यार के माहौल को पाना चाह रही है जो कि बहुत एक स्वस्थ समाज के लिए मुझे लगता है कि उतना हेल्पफुल है। दूसरा मैं ये देखता हूँ कि इसमें अगर आपने पंजाब की कल्पना की है, अगर आप ये पंजाब फिल्म कह रहे हैं तो इसमें महिलाओं के पर्सपेक्टिव क्या है, अगर हम स्कॉलरली इसमें देखें तो आप जानते हैं कि महिलाओं का एक अपना पर्सपेक्टिव होता है, एक अपना वर्ल्ड व्यू होता है कि वो कैसे समाज को देखती हैं, कैसे समाज बनाती हैं, तो वो महिलाओं का पर्सपेक्टिव हमें कहाँ देखने को मिलता है, जैसे कि मैंने आपसे अभी कहा बोल मूवी में हम देख सकते हैं। और दूसरा जो मेरा सबसे अहम सवाल है वो है कि क्या पंजाब में सिर्फ सिख या जट ही रहते हैं, क्या अदर कम्युनिटी जैसे दलित वो कहाँ है, क्या वो आपकी मूवीज का पार्ट बनना नहीं चाहते या उचित नहीं समझते आप। तो मुझे लगता है कि ये काफी इंक्लूसिव समाज अगर होगा तो एक बेहतर समाज हम बना पाएंगे, यही मेरा कमेंट है। थैंक यू सर। सत श्री अकाल, वाहेगुरु जी का खालसा, वाहेगुरु जी की फतेह।
ਸੌਰੀ ਮੈਂ ਇੰਪਰੋਮਪਟੂ ਆ ਗਿਆ, ਮੇਰੇ ਕੋਲ ਆ ਨਹੀਂ ਗਿਆ। ਬਹੁਤ ਅੱਛਾ ਸੈਸ਼ਨ ਚੱਲ ਰਿਹਾ, ਬਹੁਤ ਸਿੱਖਣ ਨੂੰ ਮਿਲਿਆ, ਬਹੁਤ ਇੰਟਲੈਕਚੁਅਲ ਟੀਮ ਸਾਰੀ ਤੁਹਾਡੀ। ਮੈਂ ਅੱਜ ਇੱਕ ਦਰਸ਼ਕ ਬਣ ਕੇ ਆਇਆ ਤੁਹਾਡੇ ਕੋਲ, ਇੱਥੇ ਪੇਪਰ 'ਚ ਪੜ੍ਹਿਆ, ਨਿਊਜ਼ ਪੇਪਰ 'ਚ ਕਿ ਲਿਟਰੇਚਰ ਫੈਸਟੀਵਲ ਹੋ ਰਿਹਾ। ਅਤੇ ਮੇਰੀ ਬੈਕਗਰਾਊਂਡ ਬਚਪਨ 'ਚ ਮੇਰੀ ਪਿੰਡਾਂ ਦੀ ਬੈਕਗਰਾਊਂਡ ਕਹਿ ਲਓ, ਡੰਪਲ ਮੈਂ ਤੁਹਾਡੇ ਕਸੇਲ ਮੇਰਾ ਪਿੰਡ ਹੈ ਜੀ, ਨਾਨਕਾ ਮੇਰੇ ਤੁਹਾਡੇ ਕਸੇਲ ਪਿੰਡ, ਮੇਰਾ ਜਗਦੇਵ ਭਲਾ ਆਸ਼ਰਮ ਸ਼ਾਹ ਦਾ ਸਾਂਝੀ ਗੰਦ ਆ ਆਸ਼ਰਮ ਸ਼ਾਹ ਦੇ ਨਾਲ, ਬਚਪਨ 'ਚ ਉਹ ਹੀ ਸਾਡੇ ਜੀਨ 'ਚ ਆਈਆਂ। ਫਾਦਰ ਸਾਹਿਬ ਮੇਰੇ ਲਾਇਲਪੁਰ ਤੋਂ ਫੈਸਲਾਬਾਦ, ਉਹਨਾਂ ਦਾ ਜਨਮ ਉੱਧਰ ਦਾ 47 ਤੋਂ ਜਦੋਂ ਉੱਜੜ ਕੇ ਆਏ 14 ਸਾਲ ਦੇ ਸੀ। ਦਾਦੀ ਅਸੀਂ ਦੇਖੀ ਨਹੀਂ, ਆਪਣੀ ਅੱਗੋਂ ਪੁੱਠੀ ਆ ਕੇ ਜਦੋਂ ਟੱਪਿਆ ਇਹਨਾਂ ਨੇ ਬਾਰਡਰ ਆ ਕੇ ਪੂਰੇ ਹੋਏ। ਮੈਂ ਦੁੱਖ ਉਡਾ ਰਿਹਾ ਪੰਜਾਬ ਦਾ ਕਿ ਪੰਜਾਬੀ ਗੱਲ ਚੱਲ ਰਹੀ ਹੈ ਕਿ ਇਹ ਜੇ ਫਿਲਮਾਂ ਬਣ ਰਹੀਆਂ, ਤਾਂ ਮੈਂ ਇਹ ਤਾਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਵੀ ਆਪਾਂ ਇਸ ਚੀਜ਼ 'ਤੇ ਵੀ ਜਿਹੜਾ ਆਪਣਾ ਖੰਡਾਇਆ ਬੜੀਆਂ ਤਰ੍ਹਾਂ ਨੇ, ਪਰ ਸਿਰ ਬਹੁਤ ਕੁਛ ਕਰਨ ਨੂੰ ਬਾਕੀ ਹੈਗਾ। ਸੰਸਕਾਰ ਕਰਨ ਨੂੰ ਪੈਸੇ ਨਹੀਂ ਸੀ ਹੈਗੇ, ਪਿੰਡ ਆਏ ਜਗਦੇਵ ਭਲਾ, 17 ਦਿਨਾਂ ਦੇ ਬਾਅਦ ਉਹਨਾਂ ਨੂੰ ਉੱਥੇ ਮਿੱਟੀ 'ਚ ਦੱਬ ਕੇ ਆ ਗਏ ਅੱਗੋਂ ਪੁੱਠੀ ਖੱਡਾ ਖੋਦ ਕੇ। 17 ਦਿਨਾਂ ਬਾਅਦ ਜਾ ਕੇ ਲਾਸ਼ ਕੱਢੀ, ਫਿਰ ਜਾ ਕੇ ਸੰਸਕਾਰ ਕੀਤਾ। ਜਿਹੜਾ ਸਾਡਾ ਪੰਜਾਬ ਨੇ ਹੰਡਾਇਆ ਹੋਇਆ, ਸਾਡੇ ਪੰਜਾਬੀ ਨੇ ਹੰਡਾਇਆ, ਸਾਡੇ ਵੱਡੇ ਨੇ ਹੰਡਾਇਆ, ਸਾਨੂੰ ਤਾਂ ਸਭ ਕੁਛ ਪਲੇਟ 'ਚ ਮਿਲ ਗਿਆ। ਉਹਦੇ ਬਾਅਦ ਉਹਨਾਂ ਨੂੰ ਕੋਈ ਪੜ੍ਹਾਉਣ ਵਾਸਤੇ ਰਿਸ਼ਤੇਦਾਰ ਖੜ੍ਹੇ, ਉਹਨਾਂ ਦੇ ਭੂਆ ਜੀ ਲੈ ਗਏ ਬਰੜੀ ਪਿੰਡ, ਬਰੜੀ ਕਲਾਂ ਮੈਟ੍ਰਿਕ ਕਰਾਈ ਸ਼ਾਮ ਨਗਰ ਪਿੰਡ ਉੱਥੇ ਸਕੂਲ 'ਚੋਂ। ਬਾਅਦ 'ਚ ਫੌਜ ਭਰਤੀ ਹੋਏ ਐਜ਼ ਏ ਰੈਂਕ ਐਜ਼ ਏ ਓਆਰ, ਤਰੱਕੀ ਕੀਤੀ, ਅਫਸਰ ਬਣੇ। ਉਹਦੇ ਬਾਅਦ ਉਹਨਾਂ ਨੇ 1971 ਦੀ ਲੜਾਈ ਲੜੀ ਫਾਜ਼ਿਲਕਾ ਸੈਕਟਰ ਦੇ ਵਿੱਚ। ਸਾਡੇ ਪਰਿਵਾਰ 'ਚੋਂ 3 ਸੀਗੇ ਜਿਹੜੇ ਲੜਾਈ ਦੇ ਵਿੱਚ ਪੇਸ਼ ਸੀ ਉੱਥੇ, ਮੇਰੇ ਤਾਇਆ ਜੀ ਐਜ਼ ਏ ਸੂਬੇਦਾਰ, ਤੋਪਖਾਨਾ ਜਿਹੜਾ ਪੰਜਾਬ ਤੋਂ ਆਪਣੇ ਫੌਜ 'ਚ ਹੁੰਦਾ ਜਿਹੜਾ ਅਟਲਰੀ ਜਿਹੜਾ ਫਾਇਰ ਕਵਰ ਕਰਦੀ ਆ, ਫਾਦਰ ਸਾਹਿਬ ਇਨਫੈਂਟਰੀ ਸੀਗੇ, ਔਰ ਮੇਰੇ ਵਨ ਅੰਕਲ ਜਿਹੜੇ ਕਮਿਊਨੀਕੇਸ਼ਨ ਸਿਗਨਲ ਕਹਿੰਦੇ ਆ, ਉਹ ਸਿਗਨਲ ਰੈਜੀਮੈਂਟ ਕਹਿੰਦੇ ਆ, ਸਿਗਨਲ ਕੰਪਨੀ ਜਿਹੜੇ ਤੁਸੀਂ ਆਦਮੀ ਨੇ ਬਹੁਤ ਇੱਥੇ ਬੈਠੇ ਹੋਏ ਬੈਕਗਰਾਊਂਡ ਦੇ। ਦੈਨ ਸਾਡੇ ਕੋਲ ਕਰਲੀ 'ਚੋਂ ਪਾਕਿਸਤਾਨ ਦੀ ਲੜਾਈ 1971 ਜਿਹੜਾ ਫਾਦਰ ਕਾਰ ਡਿਫੈਂਡ ਕੀਤਾ, ਜਦਕਿ ਆਰਡਰ ਆ ਗਿਆ ਸੀ, ਮੈਂ ਉਦੋਂ 8 ਸਾਲ ਦਾ ਸੀਗਾ, 9 ਸਾਲ ਦਾ ਜਦੋਂ ਲੜਾਈ ਲੱਗੀ। ਅਤੇ ਉਸ ਟਾਈਮ 'ਤੇ ਮੈਂ ਆਪਣੇ ਨਾਨਕੇ ਆਏ ਸੀ, ਅਸੀਂ ਉਦੋਂ ਸਾਰਾ ਆਪਣਾ ਇਲਾਕਾ ਬਾਰਡਰ ਦਾ ਹੀ ਆ, ਸਭ ਕੁਛ ਦੇਖਿਆ। ਅਤੇ ਮੈਂ ਇਹ ਤੁਹਾਨੂੰ ਆਪਣੇ ਪਰਿਵਾਰ ਦੀ ਗੱਲ ਇਸ ਕਰਕੇ ਦੱਸਣ ਲੱਗਾ ਕਿ ਇਹ ਚੀਜ਼ਾਂ ਜਿਹੜੀਆਂ ਨੇਗੀਆਂ, ਅਸੀਂ ਬਚਪਨ ਤੋਂ ਸੂਫੀਜ਼ਮ ਨਾਲ ਬਹੁਤ ਜੁੜਿਆ ਹੋਇਆ ਮੈਂ, ਅਤੇ ਮੈਂ ਹੁਣ ਬਿਲਕੁਲ ਹੀ ਜਦੋਂ ਗੱਲ ਚੱਲੀ ਆ, ਤਾਂ ਮੈਂ ਇਹੀ ਰਿਕੁਐਸਟ ਕਰਨੀ ਹੈ ਕਿ ਜਦੋਂ ਤੁਸੀਂ ਬਹੁਤ ਸਕਾਲਰਸ ਬੈਠੇ ਹੋ, ਸਾਡੇ ਹੁਣ ਪੰਜਾਬ ਦੇ ਵਿੱਚ ਆਪਾਂ ਜਗਤ ਦੀ ਗੱਲ ਕਰਨ ਲੱਗੇ ਹਾਂ, ਅਤੇ ਸਾਰੀਆਂ ਗੱਲਾਂ ਇਹ ਸਾਰੀਆਂ ਹੋ ਰਹੀਆਂ ਨੇ, ਹਰ ਤਰ੍ਹਾਂ 'ਚ ਇਹੀ ਗੱਲਾਂ ਚੱਲਦੀਆਂ ਨੇਗੀਆਂ। ਮੈਂ ਚਾਹੁੰਦਾ ਵੀ ਇਹਦੇ ਉੱਤੇ ਵੀ ਕੋਈ ਕੰਮ ਜ਼ਿਆਦਾ ਗੰਭੀਰਤਾ ਕੀਤਾ ਜਾਵੇ, ਜਿੱਦਾਂ ਸੂਫੀਜ਼ਮ ਹੋ ਗਿਆ, ਆਸ਼ਮ ਸ਼ਾਹ ਦੇ ਉੱਤੇ ਮੈਂ ਕਹਿੰਦਾ ਸਾਡੇ ਪਿੰਡ ਦੇ ਵਿੱਚ ਐਡੇ ਵੱਡੇ ਕਵੀ ਹੋਏ ਆ ਉਹ ਜਿਹੜੇ, ਅਤੇ ਹੋਰ ਵੀ ਆਪਣੇ ਪੰਜਾਬ ਸੂਫੀਆਂ ਦੀ ਜਗ੍ਹਾ ਆ, ਦਰਬਾਰ ਸਾਹਿਬ ਦਾ ਨੀਂਹ ਪੱਥਰ ਜਿਹੜਾ ਰਖਾਇਆ ਗਿਆ, ਇਹਨਾਂ ਚੀਜ਼ਾਂ ਦੀ ਗੱਲਾਂ ਹੋਣ, ਇਨਸਾਨੀਅਤ ਦੀ ਗੱਲਾਂ ਹੋਣ ਇਹ ਪਿਕਚਰ ਦੇ ਵਿੱਚ ਸਾਡੇ, ਇਹ ਬਜਾਏ ਕਿ ਆਪਾਂ, ਮੈਂ ਵੀ ਜੱਟ ਹਾਂ ਪਰ ਮੈਂ ਇਨਸਾਨੀਅਤ ਨੂੰ ਮੰਨਦਾ। ਉਹਦੇ ਬਾਅਦ ਮੈਂ ਵੀ ਆਰਮੀ ਐਜ਼ ਏ ਲੈਫਟਨੈਂਟ ਕਰਨਲ ਰਿਟਾਇਰਡ ਹਾਂ ਜੀ, ਮੈਂ ਫੌਜ 'ਚ ਵੀ ਨੌਕਰੀ ਕੀਤੀ 23 ਸਾਲ। ਉਹਦੇ ਬਾਅਦ ਮੈਂ ਪੰਜਾਬ ਸਰਕਾਰ ਡਿਟੈਕਟਿਵ ਸੀਗਾ, ਸੈਨਿਕ ਬੋਰਡ ਸੋਲਜਰ ਬੋਰਡ ਦੇ ਵਿੱਚ ਰਿਹਾ ਮੈਂ ਇੱਥੇ। ਅਤੇ ਮੈਂ ਗੱਲ ਕਰਦਾ ਹੁਣ ਤੁਹਾਨੂੰ ਆਪਣੇ ਧਰਮਾਂ ਦੀ ਗੱਲ ਕਰਦਾ। ਆਰਮੀ ਦੇ ਵਿੱਚ ਇੱਥੇ ਕੋਈ ਪਿਕਚਰਾਂ ਬਣਨ ਸਨ ਧਰਮ ਸਥਲ, ਉੱਥੇ ਕੋਈ ਗੁਰਦੁਆਰਾ ਨਹੀਂ, ਕੋਈ ਮੰਦਰ ਨਹੀਂ, ਸਭ ਇੱਕੋ ਛੱਤ ਦੇ ਥੱਲੇ। ਤੁਸੀਂ ਜਦੋਂ ਅੰਦਰ ਆਓਗੇ, ਮੱਥਾ ਟੇਕੋਗੇ,
ਤੇ ਸਾਰਿਆਂ ਨੂੰ ਮੱਥਾ ਟੇਕ ਲੈਣਾ, ਚਾਹੇ ਉਹ ਬਾਈਬਲ ਹੋਵੇ, ਚਾਹੇ ਉਹ ਕੁਰਾਨ ਮਜੀਦ ਦੀ ਪਰਚੀ ਰੱਖੇ ਹੋਣ, ਸਾਰੇ ਦੇ ਸਾਰੇ ਉਹਨਾਂ ਨੂੰ ਮੱਥਾ ਟੇਕ ਲੈਣਾ। ਇਹੋ ਜਿਹੀ ਚੀਜ਼ਾਂ ਦੇ ਫਿਲਮ ਬਣਨ, ਇਨਵਾਇਰਮੈਂਟ ਉੱਤੇ ਆਪਣੇ ਫਿਲਮ ਬਣਨ। ਇਨਵਾਇਰਮੈਂਟ ਉੱਤੇ ਫਿਲਮਾਂ ਨਹੀਂ ਬਣ ਰਹੀਆਂ ਆਪਣੀਆਂ, ਜਿਹੜੀਆਂ ਆਪਣੇ ਪੰਜ ਤੱਤ ਨੇ, ਪਾਣੀ ਖਤਮ ਹੋ ਰਿਹਾ, ਬਰਫ਼ ਖਤਮ ਹੋ ਰਹੀ ਆ। ਸਾਰਾਗੜੀ ਦੇ ਉੱਤੇ ਪਿਕਚਰ ਕੇਸੇ ਹੀ ਬਣੀ ਆ, ਤੇ ਪੰਜਾਬੀ ਕਿਉਂ ਨਹੀਂ ਬਣਾ ਸਕਦੇ ਆਪਾਂ ਸਾਰਾਗੜੀ, ਸਾਰਾਗੜੀ ਦੇ ਉੱਪਰ ਪਿਕਚਰ, ਸਾਰਾਗੜੀ ਲੜਾਈ ਲੜੀ ਗਈ ਆਪਣੇ ਪੰਜਾਬੀ ਨੇ ਲੜੀ, ਉਹ ਜਿਹੜੀ ਪੋਸਟ ਜਿਹੜੇ ਉੱਤੇ ਬਾਰਡਰ ਪਿਕਚਰ ਬਣੀ ਆ, ਉਹ ਹਾਲੀਵੁੱਡ ਨੇ ਬਣਾਈ ਆ, ਅਸੀਂ ਕਿਉਂ ਨਹੀਂ ਬਣਾ ਸਕਦੇ ਉਹ ਚੀਜ਼ਾਂ। ਆਰਮੀ ਦੇ ਉੱਪਰ ਪਿਕਚਰ ਬਣੇ, ਸਾਡੀ ਜਿਹੜੀ ਪੰਜਾਬ ਦੀ ਡਿਪਿਕਸ਼ਨ ਠੀਕ ਹੋਵੇ, ਮੇਰਾ ਕਹਿਣ ਦਾ ਮਤਲਬ ਆ ਗੁੱਡ ਥਿੰਗ ਆਫ ਦਾ ਪੰਜਾਬ। ਹੈਂ, ਸ਼ਾਮ ਸਿੰਘ ਅਟਾਰੀ ਦੇ ਪਿਕਚਰ ਬਣੇ, ਇਹੋ ਚੀਜ਼ਾਂ ਸਾਡੇ ਆਉਣ, ਇਹੋ ਜਿਹੀ ਚੀਜ਼ਾਂ ਵੀ ਲੈ ਕੇ ਆਉਣਗੀਆਂ ਆਪਣੀ ਫਿਲਮਾਂ ਦੇ ਵਿੱਚ। ਥੈਂਕ ਯੂ ਸਰ। ਮੈਂ ਆਪਣੇ ਐਕਸਪਰਟਸ ਨੂੰ ਰਿਕੁਐਸਟ ਕਰਾਂਗੀ ਕਿ ਉਹ ਵੈਸੇ ਬੋਲਣਾ ਮੈਂ ਨਹੀਂ ਸੀ ਜਾ ਰਿਹਾ, ਮੈਂ ਸੁਣਨ ਨਹੀਂ ਆਇਆ ਸੀਗਾ ਸਾਰਿਆਂ ਨੂੰ, ਆਪਣੇ ਮੇਰੇ ਸਾਥ ਹੀ ਆ ਸਾਰੇ ਬੈਠੇ ਹੋਏ ਸਟੇਜ 'ਤੇ, ਅਤੇ ਪਰ ਜਦੋਂ ਡਾਕਟਰ ਜਸਵਿੰਦਰ ਨੇ ਗੱਲ ਕੀਤੀ ਅਤੇ ਹੁਣ ਗੱਲ ਕਰਕੇ ਗਿਆ, ਮੇਰਾ ਦਿਲ ਕੀਤਾ ਕਿ ਦੋ ਕੁ ਗੱਲਾਂ ਕਰ ਲਵਾਂ, ਮੌਕਾ ਸੰਭਾਲ ਲਵਾਂ। ਅੱਜ ਕੱਲ੍ਹ ਮੈਂ ਜੀ ਐਨ ਡੀ ਯੂ ਤੋਂ ਜੈਂਡਰ ਸੈਂਸਿਟੀਵਿਟੀ ਸਿਨੇਮਾ ਦੇ ਵਿਸ਼ੇ 'ਤੇ ਹੀ ਪੀ ਐੱਚ ਡੀ ਕਰ ਰਿਹਾ ਹਾਂ, ਅਤੇ ਸਾਰੀ ਡਿਸਕਸ਼ਨ 'ਚ ਇਹ ਗੱਲ ਕਿਤੇ ਨਾ ਕਿਤੇ ਗੈਰ ਹਾਜ਼ਰ ਸੀ, ਇਹ ਜਦੋਂ ਮੇਲ ਗੇਜ਼ ਨੂੰ ਡਾਕਟਰ ਜਸਵਿੰਦਰ ਲੈ ਕੇ ਆਇਆ ਤਾਂ ਮੇਰਾ ਦਿਲ ਕੀਤਾ ਇਹ ਗੱਲ ਕਰਨ, ਪਰ ਉਸ ਤੋਂ ਪਹਿਲਾਂ ਕੁਝ ਬੇਸਿਕ ਬੇਸਿਕ ਗੱਲਾਂ, ਜਿਸ ਤਰ੍ਹਾਂ ਜਦੋਂ ਫਿਲਮ ਦੇ ਅਧਿਐਨ ਦੀ ਗੱਲ ਕੀਤੀ ਜਾਂਦੀ ਆ, ਫਿਲਮ ਦੀ ਸਟੱਡੀ ਦੀ ਗੱਲ ਕੀਤੀ ਜਾਂਦੀ ਆ, ਤਾਂ ਜਾਂ ਸਮੀਖਿਆ ਦੀ ਵੀ ਗੱਲ ਹੋਈ ਆ, ਡਾਕਟਰ ਜਸਵਿੰਦਰ ਨੇ ਉਹ ਵੀ ਗੱਲ ਕੀਤੀ ਆ ਕਿ ਜਿਹੜੀ ਫਿਲਮ ਆ ਉਹਨੂੰ ਬਿਲਕੁਲ ਠੀਕ ਆ ਕਿ ਉਹ ਵਿਜ਼ੂਅਲ ਮਾਧਿਅਮ ਆ, ਦੇਖਣ ਦੇ ਤੌਰ 'ਤੇ ਫਿਲਮ ਨੂੰ ਦੇਖਿਆ ਜਾਂਦਾ ਆ, ਪਰ ਮੈਨੂੰ ਅਕਸਰ ਇਹ ਸਵਾਲ ਤੰਗ ਕਰਦਾ ਆ, ਜਿਹਨੂੰ ਫਿਲਮ ਸਟੱਡੀ ਦੀ ਬਾਈਬਲ ਕਿਹਾ ਜਾਂਦਾ ਹੈ, ਜੇਮਸ ਮੋਨੈਕੋ ਦੀ ਕਿਤਾਬ ਹੈ, ਉਹਨੇ ਉਸ ਕਿਤਾਬ ਦਾ ਟਾਈਟਲ ਹਾਊ ਟੂ ਰੀਡ ਅ ਫਿਲਮ ਕਿਉਂ ਰੱਖਿਆ? ਮੈਨੂੰ ਲੱਗਦਾ ਇਹੀ ਕਿਤੇ ਗੈਪ ਆ ਫਿਲਮ ਦੇ ਅਧਿਐਨ ਦੇ ਵਿੱਚ, ਕਿ ਜਿਹੜਾ ਫਿਲਮ ਨੂੰ ਸਮੀਖਿਆ ਕਰਨ ਵਾਲਾ ਬੰਦਾ ਆ, ਫਿਲਮ ਦੇ ਅਧਿਐਨ ਕਰਨ ਵਾਲਾ ਬੰਦਾ ਆ, ਉਹ ਫਿਲਮ ਨੂੰ ਦੇਖ ਰਿਹਾ ਪਰ ਰੀਡ ਨਹੀਂ ਕਰ ਰਿਹਾ। ਜਦਕਿ ਜੇਮਸ ਮੋਨੈਕੋ ਜਾਂ ਹੋਰ ਜਿੰਨੇ ਫਿਲਮ ਦੀ ਸਟੱਡੀ ਜਿਨ੍ਹਾਂ ਨੇ ਇਸ ਸਟੱਡੀ ਨੂੰ ਹੀ ਬਣਾਇਆ ਆ, ਉਹਨਾਂ ਨੇ ਕਿਹਾ ਵੀ ਫਿਲਮ ਰੀਡ ਕਰਨੀ ਪਊਗੀ, ਕਿਉਂਕਿ ਫਿਲਮ ਬੇਸਿਕਲੀ ਇੱਕ ਕਲਚਰਲ ਟੈਕਸਟ ਹੈ, ਜਿੱਥੇ ਅਸੀਂ ਆਪਣੇ ਆਪ ਨੂੰ ਹਜੇ ਪੂਰੇ ਗੈਪ 'ਚ ਰੱਖਿਆ ਹੋਇਆ। ਅਸੀਂ ਫਿਲਮ ਨੂੰ ਇੱਕ ਵਿਜ਼ੂਅਲ ਦੇ ਤੌਰ 'ਤੇ ਦੇਖ ਰਹੇ ਹਾਂ, ਪਰ ਇੱਕ ਕਲਚਰਲ ਟੈਕਸਟ ਦੇ ਤੌਰ 'ਤੇ, ਸੋਸ਼ਲ ਟੈਕਸਟ ਦੇ ਤੌਰ 'ਤੇ, ਪੋਲੀਟੀਕਲ ਟੈਕਸਟ ਦੇ ਤੌਰ 'ਤੇ ਨਹੀਂ ਦੇਖ ਰਹੇ। ਇਸੇ ਲਈ ਡਾਕਟਰ ਜਸਵਿੰਦਰ ਨੂੰ ਕਹਿਣਾ ਪੈਂਦਾ ਵੀ ਉਹ ਕਿਸ ਨਜ਼ਰੀਏ 'ਤੇ ਵੀ ਕਰੈਕਟਰ ਨੂੰ ਦੂਸਰਾ ਸਿਨੇਮਾ ਪੇਸ਼ ਕਰ ਜਾਂਦਾ ਆ, ਜਾਂ ਸਾਡਾ ਸਿਨੇਮਾ ਉਹ ਕਰੈਕਟਰ ਨੂੰ ਕਿਵੇਂ ਜਸਟੀਫਾਈ ਨਹੀਂ ਕਰ ਸਕਦਾ। ਇਸ ਤਰ੍ਹਾਂ ਮੈਂ ਅੱਗੇ ਜੋੜਾਂ ਜੇ ਪੰਜਾਬੀ ਸਿਨੇਮੇ ਨਾਲ, ਜਿਸ ਤਰ੍ਹਾਂ ਸੌਂਕਣੇ ਦੀ ਗੱਲ ਹੈ, ਪਿਛਲੇ ਸਾਲ 'ਚ 57 ਫਿਲਮਾਂ ਆਈਆਂ, ਸਭ ਤੋਂ ਜ਼ਿਆਦਾ ਚੱਲਣ ਵਾਲੀ ਫਿਲਮ ਸੌਂਕਣੇ ਆ। ਕਿਉਂ ਆ? ਇਹ ਗੱਲ ਨੂੰ ਰੀਡ ਕਰਨਾ ਪਊਗਾ ਸਾਨੂੰ। ਦੂਸਰੀ ਗੱਲ ਇਹ ਕਿ ਕਿਉਂ ਫਿਲਮ ਦਾ ਅਧਿਐਨ ਇਸ ਤਰ੍ਹਾਂ ਨਹੀਂ ਹੋ ਰਿਹਾ, ਉਹਦਾ ਰੀਜ਼ਨ ਇਹ ਆ, ਉਹਦੀ ਗੱਲ ਆਪਣਾ ਉੱਤਰਾਖੰਡ ਵਾਲੇ ਜਿਹੜੇ ਸਾਥੀ ਆ ਉਹ ਕਰਕੇ ਗਏ ਆ, ਕਿ ਜਿਹੜਾ
ਟੋਟਲ ਸਟਰਕਚਰ ਆ ਨਾ ਅਧਿਐਨ ਦਾ ਜਾਂ ਈਵਨ ਫਿਲਮ ਦੀ ਸਮੀਖਿਆ ਦਾ ਜਾਂ ਫਿਲਮ ਨੂੰ ਦੇਖਣ ਦਾ ਵੀ ਉਹ ਜਿਹੜਾ ਬਾਕੀ ਸਾਡਾ ਅਧਿਐਨ ਦੀਆਂ ਦਾ ਜਾਂ ਸਾਹਿਤ ਦਾ ਸਿਸਟਮ ਆ ਉਹਨਾਂ ਨੂੰ ਤੋੜਤਾ ਗਿਆ ਹੈ। ਸਾਡਾ ਮੈਂ ਲਗਾਤਾਰ ਪਿਛਲੇ 10-15 ਸਾਲਾਂ ਤੋਂ ਇਸ ਵਿਸ਼ੇ 'ਤੇ ਵਾਰ ਵਾਰ ਇਸ ਗੱਲ ਦਾ ਮੈਨੂੰ ਤੋਖਲਾ ਹੈ ਕਿ ਸਾਹਿਤ ਵਾਲੇ ਅਧਿਐਨ ਵਾਲੇ ਸਿਨੇਮਾ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਜਾਂ ਉਹ ਟੋਟਲੀ ਸੰਵਾਦ ਨਹੀਂ ਹੈਗਾ ਸਿਨੇਮਾ ਸੰਗੀਤ ਦਾ ਬਾਕੀ ਸਾਰਾ ਜਿੰਨਾ ਵੀ ਯੂਨੀਵਰਸਿਟੀਆਂ 'ਚ ਜੋ ਕੰਮ ਹੋ ਰਿਹਾ ਜਿੰਨੇ ਵੀ ਡਿਪਾਰਟਮੈਂਟ ਆ। ਜਦਕਿ ਅਮੀ ਜੀ ਉਹਨਾਂ ਨੇ ਕਿਹਾ ਕਿ ਇੱਕ ਹੋਰ ਵਿਦਵਾਨ ਨੇ ਕਿਹਾ ਕਿ 32 ਤੋਂ ਜ਼ਿਆਦਾ ਕਲਾਵਾਂ ਦਾ ਸੁਮੇਲ ਆ ਸਿਨੇਮਾ, ਲੇਕਿਨ ਇਹ ਮਾਈਨਸ ਆ ਸੰਵਾਦ, ਉਹ ਸਾਰੀਆਂ ਕਲਾਵਾਂ ਦੇ ਅਧਿਐਨ ਵਾਲੇ ਵੀ ਉਹਦੇ ਬਾਰੇ ਸੰਵਾਦ ਜਿਹੜਾ ਆ ਉਹ ਨਹੀਂ ਕਰ ਰਹੇ। ਮੇਰੀ ਆਖਰੀ ਗੱਲ ਆ ਕਿ ਪੰਜਾਬੀ ਸਿਨੇਮਾ ਕਿਉਂ ਵਾਰ ਵਾਰ ਇਸ ਤਰ੍ਹਾਂ ਹੋ ਰਿਹਾ ਕਿ ਪੰਜਾਬੀ ਸਿਨੇਮਾ ਜਿਹੜਾ ਆ ਉਹ ਐਕਸਾਈਟਡ ਆ ਜਾਂ ਇਸ ਗੱਲ ਦੇ ਸੰਘਰਸ਼ 'ਚ ਆ ਕਿ ਉਹ ਯੂਨੀਵਰਸਲ ਹੋਣ ਦੇ ਚੱਕਰ 'ਚ ਜ਼ਿਆਦਾ ਉਲਝਿਆ ਹੋਇਆ। ਪੰਜਾਬੀ ਫਿਲਮ ਕੋਈ ਵੀ ਸਿਰਫ ਉਹਦੀ ਭਾਸ਼ਾ ਪੰਜਾਬੀ ਆ, ਸਾਡਾ ਕੋਈ ਨਾਇਕ ਕੀ ਪੰਜਾਬੀ ਕਿਸੇ ਕਰੈਕਟਰਿਸਟਿਕਸ ਨੂੰ ਰੀਪ੍ਰਜੈਂਟ ਉਸ ਤਰ੍ਹਾਂ ਕਰਦਾ ਆ ਜਿਸ ਤਰ੍ਹਾਂ ਦਾ ਬੰਗਾਲੀ, ਜਿਸ ਤਰ੍ਹਾਂ ਦਾ ਮਰਾਠੀ, ਜਿਸ ਤਰ੍ਹਾਂ ਦਾ ਤਾਮਿਲ ਜਾਂ ਹੋਰ ਕੋਈ ਸਿਨੇਮਾ ਕਰਦਾ ਆ ਕਿ ਸਾਡੇ ਸਾਰੇ ਕਰੈਕਟਰ ਜੈਨਰਿਕ ਆ। ਈਵਨ ਸਾਡੀਆਂ ਫਿਲਮਾਂ ਜਿਹੜੀਆਂ ਸਾਨੂੰ ਰੈਟਰੋਸਪੈਕਟਿਵ ਲੈ ਕੇ ਗਈਆਂ, ਜਿਹਨਾਂ ਨੇ ਜਿਹੜਾ ਹਾਈਰੇਵੇ ਦੀ ਮਾਰਕੀਟ ਨੂੰ ਕੈਸ਼ ਕਰਨ ਲਈ ਜਿਹੜੀਆਂ ਫਿਲਮਾਂ ਬਣਾਈਆਂ ਗਈਆਂ, ਚਾਹੇ ਉਹ ਅੰਗਰੇਜ਼ ਆ ਚਾਹੇ ਉਹ ਰੱਬ ਦਾ ਰੇਡੀਓ ਆ, ਮੈਨੂੰ ਇੱਕ ਸਟੇਜ ਪਿੰਡ ਲੱਗਦਾ ਉਹ ਮੈਨੂੰ ਅਸਲੀ ਸਾਡਾ ਜਿੱਥੇ ਉਹਨੂੰ ਜਿਹੜੇ ਰੈਟਰੋਸਪੈਕਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਨਹੀਂ ਲੱਗਦਾ ਮੈਨੂੰ। ਅੰਗਰੇਜ਼ ਅਸਲੀ ਨਹੀਂ, ਅੰਗਰੇਜ਼ ਦਾ ਪਿੰਡ ਅਸਲੀ ਨਹੀਂ ਲੱਗਦਾ ਮੈਨੂੰ, ਰੱਬ ਦੇ ਰੇਡੀਓ ਦਾ ਪਿੰਡ ਅਸਲੀ ਨਹੀਂ ਲੱਗਦਾ, ਉਹ ਸਿਰਫ ਪ੍ਰੋਪਰਟੀਜ਼ ਲੱਗਦੀਆਂ ਆ। ਇਸੇ ਤਰ੍ਹਾਂ ਹੀ ਮੈਨੂੰ ਪੰਜਾਬੀ ਦੇ ਜਿਹੜੇ ਪੰਜਾਬੀ ਸਿਨੇਮਾ 'ਚ ਨਾਇਕ ਆ ਰਿਹਾ ਉਹ ਅਸਲੀ ਨਾਇਕ, ਉਹ ਪੰਜਾਬ ਦੇ ਨਾਇਕ ਨਹੀਂ ਲੱਗਦੇ, ਉਹ ਉਸਨੂੰ ਭਾਸ਼ਾ ਬਦਲ ਕੇ ਕਿਸੇ ਵੀ ਸੈਟਅਪ 'ਚ ਰੱਖ ਦਿੱਤਾ ਜਾਵੇ ਉਹ ਕਹਾਣੀ ਉਸੇ ਤਰ੍ਹਾਂ ਹੀ ਬਣ ਜੂਗੀ, ਕੋਈ ਫਰਕ ਨਹੀਂ ਪਊਗਾ ਉਹ 'ਚੋਂ, ਪੰਜਾਬ ਕਿਤੇ ਰਿਫਲੈਕਟ ਨਹੀਂ ਹੁੰਦਾ। ਇੰਨੀਆਂ ਕੁ ਗੱਲਾਂ ਇੱਕ ਸੰਵਾਦ ਦੀ ਜਿਹੜੀ ਆ ਉਹ ਲੋੜ ਆ ਜਿਹੜਾ ਇਹ ਇੱਕ ਹੈ। ਇੱਕ ਗੱਲ, ਜਦੋਂ ਮੈਂ ਪੰਜਾਬ ਦੇ ਵਿੱਚ ਫਿਲਮ ਨੂੰ ਕਿਵੇਂ ਉਹਦੀ ਪੜਚੋਲ ਕੀਤੀ ਜਾਂਦੀ, ਜਦੋਂ ਮੈਂ ਅਦਾਰਿਆਂ ਦੀ ਗੱਲ ਕਰ ਰਹੀ ਸੀ ਜਾਂ ਫਿਲਮ ਸਟੱਡੀਜ਼ ਦੇ ਵਿੱਚ ਜਿਹੜੀ ਗੱਲ ਹੈ, ਉਹਦੇ ਵਿੱਚ ਇੱਕ ਹੋਰ ਅਹਿਮ ਪੱਖ ਜਿਹੜਾ ਮੈਂ ਦੁਬਾਰਾ ਅੰਡਰਲਾਈਨ ਕਰਦਾ, ਉਦੋਂ ਮੈਂ ਥੋੜ੍ਹਾ ਜਿਹਾ ਸਟਲ ਢੰਗ ਨਾਲ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਸੈਮੀਨਾਰ ਨੇ ਫਿਲਮਾਂ ਦੇ ਬਾਰੇ ਜਾਂ ਜਿੱਥੇ ਵੀ ਫਿਲਮ ਦੀ ਗੱਲ ਹੋ ਰਹੀ ਹੈ, ਉਹਨਾਂ ਨੂੰ ਸਾਨੂੰ ਫਿਲਮ ਨੂੰ ਸਮਝਣ 'ਤੇ ਲਿਆਉਣਾ ਚਾਹੀਦਾ। ਸਾਨੂੰ ਇਸ ਗੱਲ ਦਾ ਬੋਝਾ ਨਹੀਂ ਚੁੱਕਣਾ ਚਾਹੀਦਾ ਕਿ ਅਸੀਂ ਫਿਲਮ ਨੂੰ ਕੀ ਬਣਾਉਣਾ, ਕਿ ਮੈਂ ਅੱਜ ਫਿਲਮ ਨਹੀਂ ਬਣਾਉਣਾ, ਮੈਂ ਤਾਂ ਫਿਲਮ ਸਿਰਫ ਸਮਝਣਾ ਹੈ ਅੱਜ, ਹੈ ਨਾ। ਅਤੇ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਸੈਮੀਨਾਰ ਨੇ, ਮੇਰਾ ਕੁਛ ਤਕਰੀਬਨ 2008 ਤੋਂ ਬਾਅਦ ਦੋ ਯੂਨੀਵਰਸਿਟੀਆਂ ਦਾ ਤਜਰਬਾ, ਪੰਜਾਬ ਯੂਨੀਵਰਸਿਟੀ ਦਾ ਅਤੇ ਪੰਜਾਬੀ ਯੂਨੀਵਰਸਿਟੀ ਦਾ, ਉਹਨਾਂ ਦੇ ਜਿੰਨੇ ਸੈਮੀਨਾਰ ਨੇ ਉਹ ਪ੍ਰੋਡਕਸ਼ਨ ਜਾਂ ਪ੍ਰੋਡਿਊਸਰ ਦੀ ਅਪੋਲੋਜੀ ਹੈ, ਉਹ ਸਾਰਾ ਦਿਨ ਜਿਹੜੀਆਂ ਪੂਰਾ ਪੂਰਾ ਦਿਨ ਤਿੰਨ ਤਿੰਨ ਦਿਨ ਜਿਹੜੇ ਹੈਗੇ ਪ੍ਰੋਡਿਊਸਰ ਦੀਆਂ ਕੀ ਮਜ਼ਬੂਰੀਆਂ ਨੇ ਉਹਦੀ ਗੱਲ ਕਰਦੇ। ਜਦੋਂ ਮੈਂ ਵਿਦਿਆਰਥੀ ਦੇ ਤੌਰ 'ਤੇ ਗੱਲ ਕਰਦਾ, ਪ੍ਰੋਡਿਊਸਰ ਦੀ ਕੀ ਮਜ਼ਬੂਰੀ ਹੈ, ਇਹ ਮੇਰੀ ਮਜ਼ਬੂਰੀ ਨਹੀਂ ਹੈ। ਪ੍ਰੋਡਿਊਸਰ ਦੀ 1000 ਮਜ਼ਬੂਰੀ ਰਹੇ, ਉਹਦੇ ਕੋਲ 10 ਰੁਪਈਏ ਹੋਣ, ਉਹਦੇ ਕੋਲ ਨਾ ਹੋਣ, ਜੋ ਟੈਕਸ ਉਹਦੀ ਮੇਰੇ ਕੋਲ ਆ ਗਈ ਮੈਂ ਉਹਦੀ ਪੜਚੋਲ ਕਰ ਲਈ, ਇਹ ਮੇਰਾ ਕੰਮ ਹੈ। ਮੈਨੂੰ ਨਹੀਂ ਇਸ ਗੱਲ ਨਾਲ ਕੋਈ ਗੱਲ ਹੁੰਦਾ ਕਿ ਤੁਹਾਡੀ ਕੀ ਮਜ਼ਬੂਰੀ ਆ, ਮੇਰੀ ਦਿਲਚਸਪੀ ਹੋ ਸਕਦੀ ਹੈ ਕਿ ਕਿਸੇ ਦਿਨ ਮੈਂ ਉਹ ਵੀ ਸਮਝਾਂਗਾ, ਮਤਲਬ ਉਸੇ ਵੇਲੇ ਵੀ ਹੋ ਸਕਦੀ ਆ, ਪਰ ਮੈਂ ਉਹਦਾ ਬੋਝਾ
ਮੈਨੂੰ ਲੱਗਦਾ ਕਿ ਫਿਲਮ ਸਟੱਡੀਜ਼ ਨੂੰ ਪ੍ਰੋਡਿਊਸਰ ਦਾ ਬੋਝਾ ਨਹੀਂ ਚੱਕਣਾ ਚਾਹੀਦਾ ਉਹਦੇ 'ਤੇ, ਚਾਹੇ ਕਿਤਾਬਾਂ ਜਿਹੜੀਆਂ ਮਰਜ਼ੀ ਲਿਖੀ ਜਾਣ ਕਿ ਉਹਨਾਂ ਦੀਆਂ ਐਂਗਜ਼ਾਇਟੀਜ਼ ਕੀ ਨੇ, ਕਿਵੇਂ ਉਹ ਪ੍ਰੋਫਿਟ ਬਣਾਉਣਾ ਚਾਹੁੰਦੇ ਨੇ ਜਾਂ ਕਿਸ ਤਰੀਕੇ ਨਾਲ ਉਹ ਕੈਪੀਟਲ ਨੂੰ ਇੱਕ ਸਰਕੂਲੇਸ਼ਨ ਦੇ ਵਿੱਚ ਰੱਖਣਾ ਚਾਹੁੰਦੇ ਹਾਂ, ਇੱਕ ਤਾਂ ਇਹ ਗੱਲ ਹੈ। ਅਤੇ ਦੂਜੀ ਇਹ ਤਾਂ ਸਾਡੇ ਜਿਹੜੇ ਇੰਟਲੈਕਚੁਅਲ ਕਲਚਰ ਨਾਲ ਜੁੜੀ ਹੋਈ ਗੱਲ ਹੈ, ਅਤੇ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਵੀ ਇੰਟਲੈਕਚੁਅਲ ਕਲਚਰ ਨਾਲ ਜੁੜੀ ਹੋਈ ਗੱਲ ਹੈ ਕਿ ਜਦੋਂ ਅਸੀਂ ਕਿਸੇ ਸੈਮੀਨਾਰ ਦੇ ਵਿੱਚ ਗੱਲ ਕਰਦੇ ਹਾਂ, ਕੋਈ ਸੈਮੀਨਾਰ ਕੋਈ ਇੱਕ ਪਰਚਾ ਐਨਸਾਈਕਲੋਪੀਡਿਕ ਪਰਚਾ ਨਹੀਂ, ਉਹ ਕਿਸੇ ਇੱਕ ਮੁੱਦੇ 'ਤੇ ਗੱਲ ਕਰੋ, ਉਹ ਜੇ ਅਸੀਂ ਉਸ ਮੁੱਦੇ ਦੇ ਉੱਤੇ ਗੱਲ ਕਰੀਏ ਤਾਂ ਸਾਨੂੰ ਉਹ ਸਮਝ ਆ ਸਕਦਾ, ਕਿਸੇ ਸੈਮੀਨਾਰ ਦੇ ਵਿੱਚ ਕਿਸੇ ਇੱਕ ਪਰਚੇ ਦੇ ਵਿੱਚ ਕੋਈ ਮੁਕੰਮਲ ਗਿਆਨ ਨਹੀਂ ਹਾਸਲ ਹੋ ਸਕਦਾ, ਪਰ ਉਹ ਮੁਕੰਮਲ ਗਿਆਨ ਦੀ ਜਿਹੜੀ ਭਾਰ ਦੇ ਵਿੱਚ ਅਸੀਂ ਜਿਹੜਾ ਉਹ ਇੱਕ ਕੰਨੀ ਜੀਵੀ ਜੇ ਛੱਡ ਦਈਏ ਤਾਂ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਸੋ ਜਸਵਿੰਦਰ ਹੁਣਾਂ ਨੇ ਜਿਹੜੀ ਗੱਲ ਕੀਤੀ ਉਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈਗੀ ਹੈ, ਜਿਸ ਦਿਨ ਮੈਂ ਮੇਲ ਗੇਸ 'ਤੇ ਬੋਲਣਾ ਵਾ ਉਦੋਂ ਮੈਂ ਉਹੀ ਗੱਲ ਬੋਲਾਂ, ਪਰ ਜਦੋਂ ਮੈਂ ਐਂਥਰੋਪੋਲੋਜਿਸਟ ਦੀ ਗੱਲ ਕਰ ਰਿਹਾ, ਐਂਥਰੋਪੋਲੋਜਿਸਟ ਦੀ ਗੇਜ ਮੈਂ ਫਿਕਸ ਕਰ ਰਿਹਾ, ਉਹਦੇ 'ਚ ਮੇਲ ਹੈਗਾ, ਉਹ ਮਰਦੀ ਹੈ। ਸਾਡੇ ਜਿਹੜੇ ਜ਼ਿਆਦਾਤਰ ਐਂਥਰੋਪੋਲੋਜਿਸਟ ਨੇ ਜਿਹੜੇ ਬ੍ਰਿਟਿਸ਼ਰਸ ਨੇ, ਉਹਨਾਂ ਨੇ ਜਿਸ ਕਿਸਮ ਦੀ ਪੰਜਾਬ ਦੀ ਜਿਹੜੀ ਕੰਸਟਰਕਸ਼ਨ ਕੀਤੀ ਉਹਨਾਂ ਨੇ ਜੱਟੀ ਦੀ ਨਹੀਂ ਕੀਤੀ ਹੈਗੀ, ਜੇ ਜੱਟੀ ਹੈਗੀ ਆ ਤਾਂ ਜੱਟ ਦੀ ਕੰਜ਼ੰਪਸ਼ਨ ਲਈ ਹੋਈ ਹੈ। ਸੋ ਉਸ ਇਹ ਸਾਰੀਆਂ ਜਿਹੜੀਆਂ ਟੈਨਸ਼ਨਸ ਨੇ ਉਹਦੇ ਵਿੱਚ ਨੇ, ਪਰ ਮੈਨੂੰ ਲੱਗਦਾ ਕਿ ਉਹ ਜਦੋਂ ਤਫਸੀਲ ਨਾਲ ਉਹਦੀ ਗੱਲ ਕੀਤੀ ਜਾਵੇ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਜਿਹੜੇ ਜੈਨੂਅਨ ਸਵਾਲ ਨੇ ਤੁਸੀਂ ਜਿਹੜੇ ਕੀਤੇ। ਅਤੇ ਮੈਂ ਹਿੰਦੀ ਦੀ ਬਾਤ ਕਰਾਂ, ਹਾਂ ਤਾਂ ਹਿੰਦੀ ਨੇ ਮੁਝੇ ਜੋ ਆਪਣੇ ਮੁਝੇ ਸਵਾਲ ਕੀਆ ਕਿ ਜੋ ਬ੍ਰਿਟਿਸ਼ ਐਂਥਰੋਪੋਲੋਜਿਸਟ ਹੈ ਉਸਕੀ ਕੰਸਟਰਕਸ਼ਨ ਔਰ ਉਸਕਾ ਜੋ ਟੈਨਸ਼ਨਸ ਹੈ ਉਹ ਕੁਛ ਔਰ ਹੈ, ਉਹ ਸਿਨੇਮਾ ਕੇ ਸਾਥ ਕੈਸੇ ਜੁੜਤੀ ਹੈ, ਤੋ ਮੁਝੇ ਲੱਗਤਾ ਹੈ ਕਿ ਆਪ ਔਰ ਮੈਂ ਵੀ ਆਰ ਔਨ ਦਾ ਸੇਮ ਪੇਜ। ਆਪਣੇ ਕਿਹਾ ਕਿ ਕੰਟਰੋਲ ਉਸਕੀ ਟੈਨਸ਼ਨ ਹੈ, ਉਸਕੋ ਉਸ ਸਮਾਜ ਕੋ ਸਮਝਣਾ ਹੈ ਤੋ ਉਸਕੀ ਟੈਨਸ਼ਨ ਹੈ, ਯਹਾਂ ਪਰ ਵੀ ਵਹੀ ਹੈ ਜੋ ਐਂਥਰੋਪੋਲੋਜਿਸਟ ਹੈ ਉਸਕੋ ਪੂਰੇ ਸਮਾਜ ਕੇ ਉੱਪਰ ਆਪਣੀ ਓਨਰਸ਼ਿਪ ਚਾਹੀਏ, ਜੋ ਪੂਰਾ ਜਾਂ ਪੂਰਾ ਨੋਸਟੈਲਜੀਆ ਹੈ ਉਹ ਉਸੀ ਕਾ ਹੈ, ਉਹ ਥਰੂ ਨੋਸਟੈਲਜੀਆ ਜੋ ਉਹ ਕੰਟਰੋਲ ਕਰਨਾ ਹੋ, ਥਰੂ ਵੈਪਨ ਕੰਟਰੋਲ ਕਰਨਾ ਹੋ, ਥਰੂ ਮੈਸਕੁਲੈਰਿਟੀ ਕੰਟਰੋਲ ਕਰਨਾ ਹੋ, ਇਹ ਸਾਰੀ ਟੈਨਸ਼ਨ ਉਸਕੇ ਅੰਦਰ ਹੈ। ਤੋ ਕੰਟਰੋਲ ਵਾਲੀ ਜੋ ਮੈਂ ਇੱਕ ਵੋ ਐਂਥਰੋਪੋਲੋਜੀ ਕੀ ਪੂਰੀ ਟ੍ਰੈਡੀਸ਼ਨ ਕੋ ਕੈਰੀ ਫਾਰਵਰਡ ਕਰਕੇ ਲੈ ਕੇ ਆ ਰਹਾ ਹਾਂ ਫਰੋਮ ਕਲੋਨੀਅਲ ਪੀਰੀਅਡ ਟੂ ਪੋਸਟ ਕਲੋਨੀਅਲ ਪੀਰੀਅਡ। ਪੋਸਟ ਕਲੋਨੀਅਲ ਪੀਰੀਅਡ ਮੈਂ ਸਾਨੂੰ ਕਿਤਨੀ ਵਾਰ ਇਹ ਸਮਝਣੇ ਕੀ ਕੋਸ਼ਿਸ਼ ਕੀ, ਇਸੀ ਖਿੱਤੇ ਮੈਂ ਨਹੀਂ ਪੂਰੇ ਮੈਂ, ਕਿਉਂਕਿ ਜਿਸ ਯੂਨੀਵਰਸਿਟੀ ਮੈਂ ਆਪ ਆਤੇ ਹੋ ਮੈਂ ਵੀ ਵਹੀਂ ਸੇ ਆਤਾ ਹੂੰ, ਤੋ ਵਹਾਂ ਪਰ ਬਹੁਤ ਸਾਰੀ ਬਾਤ ਹੋਤੀ ਹੈ ਕਿ ਜੋ ਪੋਸਟ ਕਲੋਨੀਅਲ ਪੀਰੀਅਡ ਹੈ ਉਹ ਅਸੈਂਸ਼ਲੀ ਡੀ ਕਲੋਨੀਅਲ ਪੀਰੀਅਡ ਨਹੀਂ, ਮਤਲਬ ਡੀ ਕਲੋਨਾਈਜੇਸ਼ਨ ਕਾ ਜੋ ਪ੍ਰੋਸੈਸ ਹੈ ਉਹ ਕੁਛ ਔਰ ਹੈ, ਉਸਨੇ ਕਿਆ ਆਪ ਲਗਾਤਾਰ ਲੈ ਆਏ ਹੋ ਉਹ ਕੁਛ ਔਰ ਹੈ। ਤੋ ਆਈ ਥਿੰਕ ਵੀ ਆਰ ਔਨ ਦਾ ਸੇਮ ਪੇਜ, ਔਰ ਜੋ ਮੈਂ ਲਗਾਤਾਰ ਬਾਤ ਕਰ ਰਿਹਾ ਸੀ ਕਿ ਹਮ ਕਿਸ ਕਿਸਮ ਦੀ ਪਹਿਚਾਣ ਕੰਸਟਰਕਟ ਕਰਦੇ ਹਾਂ ਔਰ ਉਸੀ ਪਹਿਚਾਣ ਕੋ ਹਮ ਅੰਤਿਮ ਮੰਨ ਲੈਤੇ ਹੈ ਕਿ ਇਹੀ ਹੈ। ਤੋ ਜੈਸੇ ਜਸਵਿੰਦਰ ਨੇ ਕਿਹਾ ਕਿ ਮਤਲਬ ਇੱਕ ਬੰਦਾ ਹੈ ਜੋ ਕ੍ਰਿਮੀਨਲ ਹੈ ਉਸਕੋ ਹਮੇ ਸਿੱਖ ਕੇ ਤੌਰ ਤੇ ਹੀ ਕਿਉਂ ਪਹਿਚਾਣਨਾ, ਜਾਂ ਉਸਕਾ ਰਿਵਿਊ ਉਸਕੋ ਸਿੱਖ, ਕਿਉਂਕਿ ਉਹ ਸਿੱਖ ਕ੍ਰਿਮੀਨਲ ਨਹੀਂ ਹੋ ਸਕਦਾ, ਜਾਂ ਮੁਸਲਮਾਨ ਕ੍ਰਿਮੀਨਲ ਨਹੀਂ ਹੋ ਸਕਦਾ, ਜਾਂ ਹਿੰਦੂ ਕ੍ਰਿਮੀਨਲ ਨਹੀਂ ਹੋ ਸਕਦਾ, ਉਹ ਕ੍ਰਿਮੀਨਲ ਸਿੱਖ ਹੋਣੇ ਦੇ ਕਾਰਨ ਹੋਆ ਜਾਂ ਮੁਸਲਮਾਨ ਹੋਣੇ ਦੇ ਕਾਰਨ ਹੋਆ ਜਾਂ ਹਿੰਦੂ ਹੋਣੇ ਦੇ ਕਾਰਨ ਹੋਆ। ਆਈ ਥਿੰਕ ਦੈਟਸ ਅ ਵੈਲਿਡ ਕੁਐਸਚਨ ਕਿ ਹਮੇ
ਜੋ ਹਮਾਰੇ ਦੌਰ ਕੀ ਜੋ ਟੈਨਸ਼ਨਸ ਹੈ ਰਿਲੀਜੀਓਸਿਟੀ ਔਰ ਉਸਕੇ ਬਾਅਦ ਇੰਡੀਵਿਜੁਅਲਸ ਕੇ ਖਿਲਾਫ ਜੁੜੇ ਹੋਏ ਤਮਾਮ ਸਵਾਲ ਤੋ ਇਸਮੇ ਮਾਨਨੇ ਹਮੇ ਕੋਈ ਗੁਰੇਜ਼ ਨਹੀਂ ਹੋਣਾ ਚਾਹੀਏ ਕਿ ਜੋ ਇਸ ਵਕਤ ਕਾ ਰਿਵਿਊਅਰ ਹੈ ਉਹ ਡਰਾ ਹੁਆ ਹੈ ਉਹ ਖੌਫ ਜ਼ਦਾ ਹੈ ਉਨਕੇ ਬਾਰੇ ਬਾਤ ਨਹੀਂ ਮਤਲਬ ਕਿਤਨੀ ਸਾਰੀ ਫਿਲਮੇ ਹੈ ਜਿਨਕੇ ਬਾਰੇ ਮੇਂ ਪਾਬੰਦੀ ਪਰ ਬਾਤ ਹੋਤੀ ਹੈ ਜਾਂ ਰਿਲੀਜਨ ਕੇ ਹਵਾਲੇ ਸੇ ਬਾਤ ਹੋਤੀ ਹੈ ਕਹਾਂ ਯੇ ਬਾਤ ਆਤੀ ਹੈ ਕਿ ਯੇ ਉਸਕਾ ਵੋ ਵਾਲਾ ਪਕਸ਼ ਹੈ ਸਿਰਫ ਆਤੀ ਹੈ ਬਾਲੀਵੁੱਡ ਕੇ ਹਵਾਲੇ ਸੇ ਕਿਉਂਕਿ ਵੋ ਬੜੀ ਸਟ੍ਰੀਮ ਹੈ ਵਹਾਂ ਪਰ ਬਹੁਤ ਸਾਰੇ ਲੋਕ ਤੋ ਲੇਕਿਨ ਪੰਜਾਬ ਮੇਂ ਐਸੀ ਬਾਤ ਨਹੀਂ ਹੋਤੀ ਮਤਲਬ ਜਬ ਵੀ ਕਿਸੀ ਫਿਲਮ ਕੇ ਉੱਪਰ ਬਾਤ ਆਤੀ ਹੈ ਕਿ ਯੇ ਸਿੱਖਿਜ਼ਮ ਸਿੱਖ ਸੈਂਟੀਮੈਂਟਸ ਹਰਟ ਹੋ ਗਏ ਯੂ ਵਿਲ ਨਾਟ ਫਾਈਂਡ ਕੰਟੈਸਟੇਸ਼ਨ ਬਹੁਤ ਸਾਰੇ ਲੋਕ ਹੈ ਵੋ ਖੁਦ ਹੀ ਕਹਿ ਰਹੇ ਹੋਤੇ ਕਿ ਹਮਨੇ ਤੋ ਯੇ ਮੁੱਦਾ ਇਸ ਲਈ ਉਠਾਇਆ ਲੇਕਿਨ ਜਿਨਕੋ ਉਨਕੋ ਕੰਟੈਸਟ ਕਰਨਾ ਹੋਤਾ ਉਸੀ ਮੁੱਦੇ ਪੇ ਵੋ ਚੁੱਪ ਬੈਠੇ ਹੈ ਵੋ ਖੌਫ ਜ਼ਿਆਦਾ ਮੈਂ ਯੇ ਯੂਨੀਵਰਸਿਟੀ ਮੇਂ ਕਾਮ ਕਰਤਾ ਹੂੰ ਯੂਨੀਵਰਸਿਟੀ ਮੇਂ ਪਿਛਲੇ ਸਵਾ ਸਾਲ ਮੇਂ 9 ਵਾਰ ਯੇ ਮੁੱਦਾ ਆਇਆ ਕਿ ਯੂਨੀਵਰਸਿਟੀ ਮੇਂ ਪੰਜਾਬੀ ਕੋ ਖਤਰਾ ਹੈ ਯੂਨੀਵਰਸਿਟੀ ਮੇਂ ਸਿੱਖਿਜ਼ਮ ਕੋ ਖਤਰਾ ਹੈ ਐਂਡ ਲੈਟ ਮੀ ਟੈਲ ਯੂ ਮੈਂ ਪੂਰੀ ਇਮਾਨਦਾਰੀ ਸੇ ਕਹਿਤਾ ਹੂੰ ਮੈਂ ਵਹਾਂ ਪਰ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕਿਉਂਕਿ ਆਪ ਇੱਕ ਪਬਲਿਕ ਇੰਸਟੀਟਿਊਸ਼ਨ ਮੇਂ ਕਾਮ ਕਰਤੇ ਹੋ ਯੂ ਡੋਂਟ ਹੈਵ ਕਪੈਸਿਟੀ ਟੂ ਕੰਟੈਸਟ ਔਰ ਜਿਸ ਰਿਵਿਊਰ ਕੀ ਹਮ ਉਮੀਦ ਕਰਤੇ ਹੈ ਕਿ ਵੋ ਬਾਹਰ ਜਾ ਕੇ ਰਿਵਿਊ ਕਰੇਗਾ ਉਨਸੇ ਆਪਣੀ ਇੰਸਟੀਟਿਊਸ਼ਨਸ ਕੇ ਬਾਰੇ ਮੇਂ ਬਾਤ ਨਹੀਂ ਹੋ ਪਾ ਰਹੀ ਹੈ ਮਤਲਬ ਡਾਇਰੈਕਟਰ ਪਬਲਿਕ ਰਿਲੇਸ਼ਨ ਕੈਨ ਬੀ ਅੰਡਰ ਸਮ ਕਾਇੰਡ ਆਫ ਪ੍ਰੋਟੋਕਾਲ ਯਾ ਵਹਾਂ ਕੇ ਰਿਟਾਇਰ ਲੋਕ ਕਹਾਂ ਪਰ ਰਹੇ ਵੇਅਰ ਆਰ ਦੇ ਹਮ ਜੇ ਐਨ ਯੂ ਮੇਂ ਇਸ ਲਈ ਬਚਤੇ ਹੈ ਨਾ ਕਿਉਂਕਿ ਰਿਟਾਇਰ ਲੋਕ ਵੀ ਲਿਖ ਪਏਗੇ ਹਮਾਰਾ ਜੇ ਐਨ ਯੂ ਵੋ ਹੈ ਨਾ ਕੈਸਾ ਚਾਹੀਏ ਤੋ ਮੁਝੇ ਲਗਤਾ ਹੈ ਕਿ ਹਮਾਰੇ ਦੌਰ ਕੇ ਬਹੁਤ ਸੰਜੀਦਾ ਸਵਾਲ ਹੈ ਦੇਰ ਆਰ ਪੀਪਲ ਜਿਨਕੋ ਬਚਾਨਾ ਹੈ ਜਿਨਕੋ ਇਸ ਸਮਾਜ ਕੋ ਬਨਾਨਾ ਹੈ ਜਿਨਕੋ ਆਪਣੇ ਇੰਸਟੀਟਿਊਸ਼ਨ ਤੋਂ ਬਚਾਨੇ ਤੋ ਜੋ ਵੋ ਨੋਸ਼ਨਸ ਹੈ ਜਿਨਕੇ ਥਰੂ ਹਮੇ ਲਗਤਾ ਹੈ ਕਿ ਪੰਜਾਬ ਐਸਾ ਹੈ ਆਪਨੇ ਕਿਹਾ ਕਿ ਪੰਜਾਬ ਮੇਂ ਸਿੱਖ ਹੋਂ ਜਾਂ ਜੱਟ ਹੋਂ ਵਟਸ ਦ ਡੈਮੋਗ੍ਰਾਫਿਕ ਪ੍ਰੋਫਾਈਲ ਆਫ ਪੰਜਾਬ ਅਪਰੋਕਸੀਮੇਟਲੀ 50% ਆਫ ਦ ਪਾਪੂਲੇਸ਼ਨ ਇਜ਼ ਸਿੱਖ ਐਂਡ ਜਸਟ 22 ਆਫ ਦੈਮ ਆਰ ਜੱਟ ਸਾਰੇ ਸਿੱਖ ਜੱਟ ਨਹੀਂ ਹੈ ਪਹਿਲੇ ਤੋਂ ਇਹੀ ਬਾਤ ਹੈ ਨਾ ਬਾਹਰ ਅਸੰਪਸ਼ਨ ਤੋਂ ਇਹੀ ਹੈ ਨਾ ਔਰ ਸਾਰੇ ਪਗੜੀ ਵਾਲੇ ਸਿੱਖ ਨਹੀਂ ਹੈ ਬਾਹਰ ਤੋਂ ਅਸੰਪਸ਼ਨ ਇਹੀ ਹੈ ਨਾ ਅਬ ਯੇ ਜਿਨ ਜੋ ਹਮੇ ਸਮਝਾ ਰਹੇ ਹੈ ਯੇ ਉਨਕੇ ਮੁੱਦੇ ਹੈ ਤੋ ਦਿਸ ਇਜ਼ ਵਟ ਆਈ ਐਮ ਸੇਇੰਗ ਕਿ ਜੋ ਹਮਾਰੀ ਰਿਸਟ੍ਰਿਕਸ਼ਨਸ ਜੋ ਹਮਾਰੇ ਬਲਿੰਕਰਸ ਹੈ ਉਹ ਜੋ ਅਦਰਵਾਈਜ਼ ਬੜੇ ਲੈਵਲ 'ਤੇ ਕੰਮ ਕਰ ਰਹੇ ਹੈ ਉਹ ਫਿਲਮਾਂ ਮੇਂ ਵੀ ਕੰਮ ਕਰ ਰਹੇ ਹੈ ਮੇਰਾ ਯੇ ਸਿੰਪਲ ਸਬਮਿਸ਼ਨ ਇਤਨਾ ਹੀ ਹੈ ਔਰ ਬਾਕੀ ਜੋ ਲੋਕ ਮੈਂ ਨਾ ਇੱਕ ਪਿਛਲੇ ਦੋ ਕੱਲ੍ਹ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਹੋਇਆ ਜਿਹਦੇ ਵਿੱਚ 5 ਸਕਾਲਰਸ ਨੇ ਇਸ ਸਾਲ ਜਿਹੜੇ ਬੰਦਿਆਂ ਨੂੰ ਨੋਬਲ ਪੁਰਸਕਾਰ ਮਿਲਿਆ ਉਹਨਾਂ ਦੀ ਖੋਜ ਬਾਰੇ ਗੱਲ ਕੀਤੀ ਅਤੇ ਉਹਦੇ ਵਿੱਚੋਂ ਇੱਕ ਜਿਹੜਾ ਪਰਚਾ ਸੀਗਾ ਉਹ ਸਾਡੀ ਯੂਨੀਵਰਸਿਟੀ ਦੇ ਵਿੱਚ ਵਿਗਿਆਨੀ ਨੇ ਪ੍ਰੋਫੈਸਰ ਹਰਮਿੰਦਰ ਭਾਰਤੀ ਉਹਨਾਂ ਨੇ ਉਹ ਪਰਚਾ ਪੜ੍ਹਿਆ ਅਤੇ ਉਹ ਜਿਹੜੀ ਇਸ ਸਾਲ ਫਿਜ਼ੀਓਲੋਜੀ ਅਤੇ ਮੈਡੀਸਨ ਦੇ ਵਿੱਚ ਜਿਹੜੀ ਖੋਜ ਮਿਲੀ ਹੈ ਸੰਤੇ ਪਾਗੋ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਉਹਦੇ ਉੱਤੇ ਪੜ੍ਹਿਆ ਉਹਨਾਂ ਨੇ ਜਦੋਂ ਪਰਚਾ ਪੜ੍ਹਿਆ ਅਤੇ ਆਖਿਰ ਦੇ ਵਿੱਚ ਉਹਨਾਂ ਨੇ ਇੱਕ ਸਲਾਈਡ ਦਿਖਾਈ ਆਪਣੀ ਸਕਰੀਨ ਦੇ ਉੱਤੇ ਉਹ ਸਲਾਈਡ ਅਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਜਿਹੜਾ ਮਨੁੱਖ ਦਾ ਬਾਂਦਰ ਤੋਂ ਤੱਕ ਦਾ ਜਿਹੜਾ ਸਫ਼ਰ ਹੈ ਪਹਿਲਾਂ ਉਹ ਬਾਂਦਰ ਸੀ ਫਿਰ ਉਹ ਪਹਿਲਾਂ ਉਹ ਬਿਲਕੁਲ 4 ਪੈਰਾਂ ਦੇ ਉੱਤੇ ਸੀ ਫਿਰ ਉਹ ਥੋੜ੍ਹਾ ਜਿਹਾ ਖੜਾ ਹੋ ਗਿਆ ਥੋੜ੍ਹਾ ਜਿਹਾ ਖੜਾ ਹੋ ਗਿਆ ਉਹ ਇੱਕ ਹੈਗੀ ਹੈ ਅਤੇ ਹਰਮਿੰਦਰ ਭਾਰਤੀ ਉਹ ਫੋਟੋ ਦਿਖਾ ਕੇ ਬਾਅਦ ਦੇ ਵਿੱਚ ਕਹਿੰਦੇ
ਸਾਡੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੇ ਸਾਨੂੰ ਇਹ ਗਲਤ ਪੜ੍ਹਾਇਆ, ਕਿਉਂਕਿ ਇਹ ਜਿਹੜਾ ਪ੍ਰੋਗਰੈਸ਼ਨ ਆ ਉਹ ਸਿਰਫ ਇੱਦਾਂ ਨਹੀਂ, ਸਾਰੇ ਬਾਂਦਰ ਜਿਹੜੇ ਹੈਗੇ ਉਹ ਮਨੁੱਖ ਬਣਨ ਦੇ ਰਾਹ ਨਹੀਂ ਪੈ ਗਏ, ਮਤਲਬ ਉਹਦੇ ਬਹੁਤ ਕੰਪਲੈਕਸ ਪ੍ਰੋਸੈਸਿਸ ਨੇ ਜਿਹੜੇ ਵੱਖਰੇ ਵੱਖਰੇ ਟਾਈਮ ਦੇ ਉੱਤੇ ਨਾਲੋਂ ਨਾਲ ਚੱਲ ਰਹੇ, ਜਿਹਦੇ ਵਿੱਚ ਉਹਨਾਂ ਨੇ ਕ੍ਰੋਸ ਬਰੀਡਿੰਗ ਦੀ ਗੱਲ ਕੀਤੀ, ਜੈਨੇਟਿਕ ਕਿੱਦਾਂ ਉਹ ਮੂਵ ਕਰਦਾ, ਉਹਨਾਂ ਨੇ ਲੰਬੀ ਸਾਰੀ ਉਹ ਤਸਵੀਰ ਦਿੱਤੀ। ਸੋ ਜਦੋਂ ਅਸੀਂ ਪੇਚੀਦਾ ਕਹਾਣੀ ਨੂੰ ਸੁਖਾਲੀ ਕਥਾ ਰਸ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਦੋਂ ਬਹੁਤ ਤਰਾਸਦੀ ਵਾਪਰਦੀ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਸਿਰਫ ਲਾਹ ਲੈ ਰਿਹਾ ਕਿਉਂਕਿ ਤੁਸੀਂ ਸੁਣ ਰਹੇ ਹੋ ਮੇਰੀ ਗੱਲ, ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦਾ, ਪਿਛਲੇ ਦਿਨਾਂ ਦੇ ਵਿੱਚ ਜਵਾਹਰ ਨੋਆ ਹਰਾਰੀ ਇੱਕ ਰਾਈਟਰ ਹੈ, ਪਿਛਲੇ 15 ਸਾਲ ਦੇ ਵਿੱਚ ਉਹਨੇ ਪੂਰੀ ਦੁਨੀਆ ਦੇ ਵਿੱਚ ਇੱਕ ਤਰੀਕੇ ਨਾਲ ਰੌਕ ਸਟਾਰ ਹੈ, ਉਹ ਵੱਡਾ ਮਤਲਬ ਹਰੇਕ ਥਾਂ 'ਤੇ ਉਹਨੂੰ ਬੁਲਾਇਆ ਜਾ ਰਿਹਾ, ਹਰੇਕ ਥਾਂ ਦੇ ਉੱਤੇ ਉਹਨੂੰ ਇੰਟਰਵਿਊ ਪੁੱਛਿਆ ਜਾ ਰਿਹਾ, ਲੋਕ ਉਹਨੂੰ ਇਹ ਵੀ ਪੁੱਛਦੇ ਨੇ ਕਿ 100 ਸਾਲ ਮਗਰੋਂ ਕਿ ਵਟ ਵੁੱਡ ਬੀ ਲਾਈਕ ਟੂ ਵਾਂਟ ਐਂਡ ਵਟ ਵਿਲ ਬੀ ਅਰ ਵਾਂਟ ਸਮਥਿੰਗ ਲਾਈਕ, ਮਤਲਬ ਇੰਨੇ ਪੇਚੀਦਾ ਸਵਾਲ ਆ, 100 ਸਾਲ ਬਾਅਦ ਦੇ ਵੀ ਪੁੱਛੇ ਜਾ ਰਹੇ ਨੇ, ਉਹਨੂੰ ਇਹ ਵੀ ਪੁੱਛੇ ਜਾ ਰਹੇ ਨੇ ਕਿ ਵੀ ਮੈਂ ਆਪਣਾ ਕਰੀਅਰ ਦੀ ਆਪਸ਼ਨ ਕੀ ਚੂਜ਼ ਕਰਾਂ, ਹੈਗਾ ਇਸ ਸਟੋਰੀ ਨਾਲ, ਹੈ ਨਾ, ਅਤੇ ਉਹ ਜਿੰਨਾ ਦਾ ਜਵਾਬ ਦਿੰਦਾ ਉਹ ਸਾਰੇ ਬਹੁਤ ਉਹਨਾਂ ਨੇ ਗੱਲ ਕੀਤੀ ਅਤੇ ਉਹਨਾਂ ਨੇ ਟੈਲੀਵਿਜ਼ਨ ਤੋਂ ਲੈ ਕੇ ਤਮਾਮ, ਅਤੇ ਉਹਦੇ ਬਾਰੇ ਉਹਦੇ ਹਵਾਲੇ ਨਾਲ ਇਹ ਗੱਲ ਕੀਤੀ ਗਈ ਕਿ ਸਾਨੂੰ ਇੰਟਰ ਡਿਸਿਪਲਰੀ ਅਤੇ ਮਲਟੀ ਡਿਸਿਪਲਰੀ ਜਿਹੜੀ ਰਿਸਰਚ ਹੈ ਉਹ ਬਹੁਤ ਕਰਨੀ ਚਾਹੀਦੀ। ਪਿਛਲੇ ਦਿਨਾਂ ਦੇ ਵਿੱਚ ਉਹਦੇ ਉੱਤੇ ਇੱਕ ਆਰਟੀਕਲ ਆਇਆ ਜਿਹੜਾ ਦਸ਼ਰਥ ਨਾਰਾਇਣ, ਉਹਨਾਂ ਨੇ ਉਹ ਆਰਟੀਕਲ ਲਿਖਿਆ ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਇੰਟਿਸਟ ਨਹੀਂ ਹੈ, ਇਹ ਸਟੋਰੀ ਟੈਲਰ ਹੈ। ਜਦੋਂ ਤੁਸੀਂ ਕਹਾਣੀ ਕਥਾ ਰਸ ਦੇ ਵਿੱਚ ਲੈ ਜਾਂਦੇ ਹੋ ਨਾ, ਉਹਦੀ ਸਾਰੀ ਰਮਜ ਮਰ ਜਾਂਦੀ ਹੈ, ਅਸੀਂ ਸਾਰੀ ਜ਼ਿੰਦਗੀ ਰਮਜ਼ਾਂ ਦੇ ਵਿੱਚ ਜਿਉਂਦੇ ਹਾਂ। ਸੋ ਕਥਾ ਰਸ ਦੇ ਵਿੱਚ ਜਾਣ ਦੀ ਲੋੜ ਨਹੀਂ, ਮਤਲਬ ਕਿ ਆਹ ਕਹਾਣੀ ਬਹੁਤ ਦਿਲਚਸਪ ਸੁਣਾਈ ਹੈ, ਹਰ ਪੇਚੀਦਾ ਕਹਾਣੀ ਸਾਡੀ ਕਹਾਣੀ ਹੈ, ਹਰ ਕਥਾ ਰਸ ਵਾਲੀ ਕਹਾਣੀ ਦੇ ਵਿੱਚ 100 ਕਹਾਣੀਆਂ ਸਾਡੀਆਂ ਰਹਿ ਗਈਆਂ। ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਸ਼ੁਕਰੀਆ ਸਰ। ਇਸ ਵਾਰੀ ਰਿਕੁਐਸਟ ਕਰਦੀ ਹਾਂ ਡਾਕਟਰ ਵਰਮਾ ਨੂੰ ਕਿ ਉਹ ਆਪਣੇ ਪ੍ਰਧਾਨਗੀ ਭਾਸ਼ਣ ਦੇ ਨਾਲ ਅੱਜ ਦੇ ਇਸ ਸੈਸ਼ਨ ਨੂੰ ਕੰਕਲੂਡ ਕਰਨ। ਸ਼ੁਕਰੀਆ ਅੰਕਿਤਾ ਜੀ। ਮੇਰੇ ਬਹੁਤ ਪਿਆਰੇ ਦੋਸਤ ਸਾਥੀ ਦਲਜੀਤ ਅਮੀ, ਮੇਰੇ ਅਜੀਜ਼ ਇਮੈਨੁਅਲ ਸਿੰਘ, ਇਹਨਾਂ ਦੋਹਾਂ ਦੇ ਲੈਕਚਰਾਂ 'ਤੇ ਟਿੱਪਣੀ ਕਰਨ ਵਾਲੇ ਦੀਦਾਰ ਸਿੰਘ, ਦੀਪ ਜਗਦੀਪ, ਡਾਕਟਰ ਜਸਵਿੰਦਰ ਸਿੰਘ, ਦਾਸ ਗੁਪਤਾ, ਸ਼ਿਵ ਹਰੀ ਜੀ, ਔਰ ਸੁਣਨ ਵਾਲੇ ਸਾਰੇ ਸਰੋਤਿਓ, ਅੱਜ ਦਾ ਡਿਸਕੋਰਸ ਬਹੁਤ ਵੱਡੀ ਇੰਟਲੈਕਚੁਅਲ ਫੀਸਟ ਸੀ ਜੋ ਮੈਂ ਅਮੀ ਜੀ ਨੂੰ ਲੈਕਚਰ ਤੋਂ ਬਾਅਦ ਆਪਣੇ ਕੋਲੋਂ ਕੰਪਲੀਮੈਂਟ ਦਿੱਤਾ। ਸਾਨੂੰ ਇੰਟਲੈਕਚੁਅਲ ਫੀਸਟ ਦੀ ਜ਼ਰੂਰਤ ਆ, ਅਦਰਵਾਈਜ਼ ਅਸੀਂ ਪਾਰਟੀਆਂ ਬਹੁਤ ਕਰਦੇ ਹਾਂ, ਸ਼ਾਮ ਸਾਡੀ ਪਾਰਟੀਆਂ 'ਚ ਲੰਘਦੀ ਹੈ ਅਤੇ ਸ਼ਾਮ ਦੀਆਂ ਮਹਿਫਲਾਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਸਿਰਫ ਮੇਰੇ ਵਰਗੇ ਨੂੰ ਯਾਦ ਰਹਿੰਦੀਆਂ, ਜਿਹੜਾ ਉੱਥੇ ਸਰੋਤਾ ਬਣ ਕੇ ਬੈਠਾ ਹੁੰਦਾ ਪਰ ਪੀ ਨਹੀਂ ਰਿਹਾ ਹੁੰਦਾ। ਅਸੀਂ ਪੰਜਾਬੀ ਬੜੀ ਹੋਲਿਸਟਿਕ ਜਿਹੀ ਜ਼ਿੰਦਗੀ ਜਿਉਂਦੇ ਹਾਂ ਅਤੇ ਅੰਦਰ ਤੱਕ ਉਤਰਨਾ ਇਕਾਪ ਦਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ, ਸਾਨੂੰ ਤੈਰਨਾ ਆਉਂਦਾ, ਡੁੱਬਣਾ ਨਹੀਂ ਆਉਂਦਾ। ਪਰ ਅੱਜ ਮੈਨੂੰ ਇਸ ਗੱਲ ਦੀ ਬੇਇੰਤਹਾ ਖੁਸ਼ੀ ਹੈ, ਅਮਿਤ ਜੀ ਨੂੰ ਮੈਂ ਪਹਿਲਾਂ ਬਹੁਤ ਵਾਰ ਸੁਣਿਆ, ਅੱਜ ਫਿਰ ਸੁਣਨ ਦਾ ਮੌਕਾ ਮਿਲਿਆ ਕਿ ਜਦ ਤੱਕ ਅਸੀਂ ਉਸ
ਨੁਕਤੇ ਤੱਕ ਨਹੀਂ ਪਹੁੰਚਾਂਗੇ ਕਿ ਅਸੀਂ ਕਿਵੇਂ ਸਮਝਣਾ ਆਪਣੇ ਆਪ ਨੂੰ। ਮੈਂ ਸਿਰਫ ਪੰਜਾਬ ਸਮਝਣ ਦੀ ਗੱਲ ਨਹੀਂ ਕਰ ਰਿਹਾ, ਆਪਣੇ ਆਪ ਨੂੰ ਕਿਵੇਂ ਸਮਝਣਾ ਤੇ ਪੰਜਾਬੀ ਹੋਣ ਦੇ ਨਾਤੇ ਕਿਵੇਂ ਸਮਝਣਾ। ਜੋ ਸਾਡਾ ਅੱਜ ਸੈਮੀਨਾਰ ਦਾ ਟੌਪਿਕ ਸੀ ਪੰਜਾਬੀ ਸਿਨੇਮਾ ਸਮਕਾਲੀ ਦ੍ਰਿਸ਼ ਤੇ ਦਿਸ਼ਾ, ਮੈਂ ਦੱਸਦੇ ਦਿਸ਼ਾ ਦੇ ਪ੍ਰਸੰਗ ਤੋਂ ਬਹੁਤ ਸਾਰੀਆਂ ਗੱਲਾਂ ਹੋਈਆਂ। ਐਂਥਰੋਪੋਲੋਜਿਸਟ ਕੀ ਹੈ ਪੰਜਾਬ ਦਾ, ਬ੍ਰਿਟਿਸ਼ ਇੰਪੀਰੀਅਲਿਜ਼ਮ ਤੋਂ ਲੈ ਕੇ ਹੁਣ ਤੱਕ ਅਸੀਂ ਪੰਜਾਬ ਨੂੰ ਕਿਵੇਂ ਸਮਝਦੇ ਹਾਂ, ਅਸੀਂ ਕਿਵੇਂ ਪੰਜਾਬ ਨੂੰ ਵੰਡਿਆ ਹੋਇਆ। ਥੋਰੈਟੀਕਲੀ ਇਹ ਸਾਰੀਆਂ ਗੱਲਾਂ ਬਹੁਤ ਮਹੱਤਵਪੂਰਨ ਨੇ, ਪਰ ਇੱਕ ਪ੍ਰੈਕਟਿਸ ਹੈ ਜਿਸ ਪ੍ਰੈਕਟਿਸ ਦੇ ਵਿੱਚ ਪੰਜਾਬ ਬਾਰੇ ਕੁਲਵੰਤ ਗਰੇਵਾਲ ਨੇ ਲਿਖਿਆ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ। ਔਰ ਇਹ ਤਕਸੀਮ ਸਿਰਫ ਜੋਗ੍ਰਾਫੀਕਲ ਤਕਸੀਮ ਨਹੀਂ ਹੈ ਕਿ 47 ਦੀ ਵੰਡ ਹੋਊਗੀ, ਇੱਧਰ ਪੰਜਾਬ ਹੋ ਗਿਆ, ਇੱਧਰ ਪੰਜਾਬ ਹੋ ਗਿਆ, ਫਿਰ 1 ਨਵੰਬਰ 1966 ਦੀ ਵੰਡ ਹੋਊਗੀ, ਇੱਧਰ ਹਿਮਾਚਲ ਹੋ ਗਿਆ, ਇੱਧਰ ਹਰਿਆਣਾ ਹੋ ਗਿਆ। ਲੇਕਿਨ ਵੰਡ ਤਾਂ ਹਰ ਥਾਂ 'ਤੇ ਕਿਤੇ ਨਾ ਕਿਤੇ ਪਈ ਹੈ। ਔਰ ਪੰਜਾਬੀ ਸਿਨੇਮਾ ਕੀ ਉਸਨੂੰ ਪਕੜ ਪਾਇਆ ਜਾਂ ਕਿੰਨਾ ਕੁ ਪਕੜ ਪਾਇਆ ਜਾਂ ਇਹਦੀ ਕਿੰਨਾ ਕੁ ਪਕੜਨ ਦੀ ਸੰਭਾਵਨਾ। ਇਸ ਲਈ ਜਦੋਂ ਮੈਂ ਟੌਪਿਕ ਦੇਖ ਰਿਹਾ ਪੰਜਾਬੀ ਸਿਨੇਮਾ ਸਮਕਾਲੀ ਦ੍ਰਿਸ਼ ਤੇ ਦਿਸ਼ਾ, ਤਾਂ ਮੈਨੂੰ ਦ੍ਰਿਸ਼ ਪਰੇਸ਼ਾਨ ਕਰ ਰਿਹਾ। ਇਸ ਗੱਲੋਂ ਨਹੀਂ ਕਿ ਪੰਜਾਬੀ ਸਿਨੇਮਾ ਦਾ ਦ੍ਰਿਸ਼ ਮਾੜਾ, ਇਸ ਲਈ ਕਿ ਪੰਜਾਬੀ ਸਿਨੇਮਾ ਦੇ ਦਰਸ਼ਕ ਦਾ ਦ੍ਰਿਸ਼ ਮਾੜਾ। ਹੁਣ ਅਜੀਬ ਹੈ, ਕਲਾਸ ਹੁੰਦੀ ਤਾਂ ਮੈਂ ਪੁੱਛ ਲੈਂਦਾ ਵੀ ਮੈਨੂੰ ਦੱਸੋ ਜਨਵਰੀ 'ਚ ਕਿਹੜੇ ਬੰਦੇ ਨੇ ਕਿੰਨੀਆਂ ਆਪਣੀਆਂ ਫਿਲਮਾਂ ਦੇਖੀਆਂ, 2022 'ਚ ਕਿੰਨੀਆਂ ਆਪਣੀਆਂ ਫਿਲਮਾਂ ਦੇਖੀਆਂ। ਪੰਜਾਬ ਦਾ ਬਸ਼ਿੰਦਾ ਪੰਜਾਬੀ ਫਿਲਮ ਨਹੀਂ ਦੇਖਦਾ, ਇਹ ਬੜੀ ਡਾਇਰੈਕਟ ਸਟੇਟਮੈਂਟ ਦੇ ਰਿਹਾ, ਮੇਰਾ ਮਲਟੀਪਲ ਤਜਰਬਾ। ਜੇ ਅਸੀਂ ਫਿਲਮ ਦੇਖ ਹੀ ਨਹੀਂ ਰਹੇ ਤੇ ਅਸੀਂ ਉਹਦੇ ਕਮੈਂਟ ਕਿਵੇਂ ਕਰ ਰਹੇ, ਅਸੀਂ ਉਹਦੀ ਆਈਡੀਓਲੋਜੀ 'ਤੇ ਕਮੈਂਟ ਕਰ ਸਕਦੇ ਹਾਂ, ਅਸੀਂ ਦੱਸ ਸਕਦੇ ਹਾਂ ਸਿਨੇਮਾ ਇੱਦਾਂ ਦਾ ਹੋਵੇ, ਪਰ ਜਿਹੜਾ ਮਰੀਜ਼ ਸਾਹਮਣੇ ਪਿਆ ਸਾਨੂੰ ਉਸ ਮਰੀਜ਼ ਦੀ ਪੁਜੀਸ਼ਨ ਨਹੀਂ ਪਤਾ। ਅੱਜ ਦੀ ਡੇਟ ਵਿੱਚ ਜੋ ਪੰਜਾਬੀ ਸਿਨੇਮਾ ਬਣ ਰਿਹਾ ਸਾਡੇ ਸਾਹਮਣੇ ਆ ਰਿਹਾ ਹੈ ਉਹਦੀ ਗਿਣਤੀ ਬਹੁਤ ਜ਼ਿਆਦਾ, ਪਰ ਉਹ ਓਨਾ ਵੀ ਨਹੀਂ ਹੈ ਜਿੰਨਾ ਦੀਪ ਜਗਦੀਪ ਨੇ ਕਿਹਾ। ਉਹਦਾ ਇੱਕ ਪਾਰਟ ਹੈ ਨੋਸਟੈਲਜੀਆ, ਕਿਉਂਕਿ ਕਮਰਸ਼ੀਅਲ ਵਰਲਡ ਹੈ, ਇੱਕ ਫਿਲਮ ਅੰਗਰੇਜ਼ ਚੱਲੀ ਅਤੇ ਉਸ ਤੋਂ ਬਾਅਦ ਇੱਕ ਨੋਸਟੈਲਜਿਕ ਪੰਜਾਬ ਦਾ ਮੰਜੇ ਬਿਸਤਰੇ ਤੱਕ ਹੁੰਦੇ ਹੋਏ ਸੌਂਪਣੇ ਸੌਂਪਣੇ 'ਤੇ ਆ ਗਿਆ ਔਰ ਉਹਦਾ ਇੱਕ ਦਰਸ਼ਕ ਵਰਗ ਬਣ ਗਿਆ। ਲੇਕਿਨ ਦੂਸਰੇ ਪਾਸੇ ਉਹ ਸਿਨੇਮਾ ਵੀ ਹੈ ਜਿਹਦੇ ਵਿੱਚ ਹਰਜੀਤਾ ਵੀ ਆਉਂਦੀ ਹੈ, ਬਾਇਓਪਿਕ ਪੰਜਾਬੀ ਦੇ ਵਿੱਚ ਬਣ ਗਈ। ਇੱਕ ਉਹ ਸਿਨੇਮਾ ਵੀ ਹੈ ਜੋ ਕੌਮੇਡੀ ਬਣਨਾ ਸ਼ੁਰੂ ਹੁੰਦਾ ਫਿਰ ਕੌਮੇਡੀ ਨੂੰ ਸਾਰੇ ਪਸੰਦ ਕਰਨ ਲੱਗ ਜਾਂਦੇ ਨੇ, ਲੇਕਿਨ ਕੌਮੇਡੀ ਵੀ ਖਤਮ ਹੋ ਗਈ, ਨੋਸਟੈਲਜੀਆ ਖਤਮ ਹੋ ਜਾਏਗਾ, ਕੋਈ ਹੋਰ ਨਵਾਂ ਟ੍ਰੈਂਡ ਆਏਗਾ, ਅਤੇ ਟ੍ਰੈਂਡ ਡਾਇਰੈਕਟਰ ਨਹੀਂ ਬਣਾਉਂਦਾ, ਟ੍ਰੈਂਡ ਦਰਸ਼ਕ ਬਣਾਉਂਦਾ। ਜਦੋਂ ਮੈਂ ਗੱਲ ਕਰ ਰਿਹਾ ਸੀ ਪੰਜਾਬੀ ਫਿਲਮ ਪੰਜਾਬੀ ਦੇਖਦਾ ਨਹੀਂ ਤਾਂ ਮੈਂ ਦਾਸ ਗੁਪਤਾ ਅਤੇ ਸ਼ਿਵਹਰੀ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਿਹਾ ਸੀ, ਬੰਗਾਲੀ ਬੰਦਾ ਬੰਗਾਲੀ ਫਿਲਮ ਦੇਖਦਾ, ਮਰਾਠੀ ਬੰਦਾ ਮਰਾਠੀ ਫਿਲਮ ਦੇਖਦਾ, ਤਮਿਲ ਬੰਦਾ ਤਮਿਲ ਫਿਲਮ ਦੇਖਦਾ, ਕਰਨਾਟਕ ਦਾ ਕੰਨੜ ਦੇਖਦਾ, ਆਂਧਰਾ ਪ੍ਰਦੇਸ਼ ਦਾ ਤੇਲਗੂ ਫਿਲਮ ਦੇਖਦਾ, ਕੇਰਲਾ ਦਾ ਮਲਿਆਲਮ ਫਿਲਮ ਦੇਖਦਾ। ਉਸੇ ਕਈ ਕਾਰਨ ਨੇ, ਪਹਿਲਾ ਕਾਰਨ ਅਸੀਂ ਉੱਤਰ ਭਾਰਤ 'ਚ ਰਹਿੰਦੇ ਹਾਂ,
ਸਾਡੇ ਲਈ ਹਿੰਦੀ ਸਮਝਣੀ ਓਨੀ ਉਹ ਸੌਖੀ ਹੈ ਜਿੰਨੀ ਪੰਜਾਬੀ ਹੈ। ਇਸ ਲਈ ਪ੍ਰੈਫਰੈਂਸ ਹਿੰਦੀ ਫਿਲਮ ਦੀ ਹੁੰਦੀ ਹੈ, ਖਾਸ ਕਰ ਜਦ ਤੱਕ ਟੈਕਨੀਕਲੀ ਇਕਿਉਪਡ ਪੰਜਾਬੀ ਫਿਲਮਾਂ ਨਹੀਂ ਸੀ ਬਣਦੀਆਂ। ਤੁਸੀਂ ਟਿਕਟ ਖਰਚਣੀ ਆ ਅਮਿਤਾਭ ਬੱਚਨ ਦੀ ਫਿਲਮ ਦੇਖ ਲਓ, ਫਿਰ ਸਤੀਸ਼ ਕੌਲ ਦੀ ਫਿਲਮ ਕਿਉਂ ਵੇਖਣੀ। ਪਰ ਅੱਜ ਪੰਜਾਬੀ ਸਿਨੇਮਾ ਟੈਕਨੀਕਲੀ ਬੜਾ ਅੱਛਾ ਬਣਨਾ ਸ਼ੁਰੂ ਹੋ ਗਿਆ, ਇਸ ਲਈ ਪੰਜਾਬੀ ਸਿਨੇਮਾ ਦਾ ਵੀ ਦਰਸ਼ਕ ਬਣਨਾ ਸ਼ੁਰੂ ਹੋਇਆ। ਪਰ ਅਸੀਂ ਦੋ ਤਿੰਨ ਥਾਵਾਂ 'ਤੇ ਝੋਲ ਹੈ ਸਾਡੇ ਪੰਜਾਬੀ ਸਿਨੇਮਾ 'ਚ ਜਿਹਦੇ ਲਈ ਪ੍ਰੈਕਟੀਕਲੀ ਸੋਚਣ ਦੀ ਜ਼ਰੂਰਤ ਹੈ। ਥੋਰੈਟੀਕਲੀ ਸਿਧਾਂਤਕ ਤੌਰ 'ਤੇ, ਵਿਚਾਰਧਾਰਕ ਤੌਰ 'ਤੇ ਜਿੰਨੀ ਅੱਛੀ ਅੱਜ ਗੱਲਬਾਤ ਹੋਈ ਹੈ, ਸ਼ਾਇਦ ਪੰਜਾਬੀ ਸਿਨੇਮਾ ਦੇ ਜਿੰਨੇ ਮੈਂ ਸੈਮੀਨਾਰ ਅਟੈਂਡ ਕੀਤੇ ਨੇ ਸ਼ਾਇਦ ਪਹਿਲਾਂ ਕਦੇ ਨਹੀਂ ਹੋਈ। ਅਤੇ ਮੈਂ ਖਾਸ ਤੌਰ 'ਤੇ ਦਲਜੀਤ ਅਮੀ ਜੀ ਦਾ ਬਹੁਤ ਜ਼ਿਆਦਾ ਮਸ਼ਹੂਰ ਹਾਂ ਕਿ ਉਹਨਾਂ ਨੇ ਜੜ ਨੂੰ ਪਕੜਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਐਕਸਪੀਰੀਅੰਸ ਨੇ ਇੱਦਾਂ ਦੇ, ਪਹਿਲੀ ਗੱਲ ਤਾਂ ਅਸੀਂ ਪੰਜਾਬੀ ਫਿਲਮ ਤੋਂ ਸਿਰਫ ਇਹ ਤਵੱਕੋ ਰੱਖਦੇ ਹਾਂ ਨੋਰਮਲੀ ਕਿ ਪੰਜਾਬੀ ਫਿਲਮ ਪੰਜਾਬ ਦੇ ਸੱਭਿਆਚਾਰ ਨਾਲ, ਪੰਜਾਬ ਦੀ ਮਿੱਟੀ ਨਾਲ ਜੁੜੀ ਹੋਵੇ, ਪੰਜਾਬ ਦੀ ਗੱਲ ਕਰੇ। ਦੁਨੀਆ ਭਰ ਦਾ ਸਿਨੇਮਾ, ਜੇ ਅਸੀਂ ਹਾਲੀਵੁੱਡ ਦਾ ਦੇਖ ਲਈਏ, ਬ੍ਰਿਟਿਸ਼ ਸਿਨੇਮਾ ਦੇਖ ਲਈਏ, ਕੋਰੀਅਨ ਸਿਨੇਮਾ, ਜਿੰਨੇ ਵੀ ਅਸੀਂ ਸਿਨੇਮਾ ਦੇਖਦੇ ਹਾਂ, ਉਹ ਸਾਰੇ ਸਿਨੇਮਾ ਸਿਰਫ ਆਪਣੇ ਖਿੱਤੇ ਦੀ ਪ੍ਰੋਪੋਗੇਸ਼ਨ ਜਾਂ ਆਪਣੇ ਖਿੱਤੇ ਦੀ ਸੈਲੀਬ੍ਰੇਸ਼ਨ ਦੀ ਗੱਲ ਨਹੀਂ ਕਰਦੇ। ਸਿਨੇਮਾ ਸਪੇਸ ਬਾਰੇ ਵੀ ਬਣਦਾ, ਸਿਨੇਮਾ ਫੈਂਟਸੀ ਦਾ ਵੀ ਬਣਦਾ, ਅਤੇ ਪੰਜਾਬੀ ਵਿੱਚ ਵੀ ਹਰ ਤਰ੍ਹਾਂ ਦਾ ਸਿਨੇਮਾ ਹੋਣਾ ਚਾਹੀਦਾ। ਕੀ ਪੰਜਾਬ ਦਾ ਸਿਨੇਮਾ ਪੰਜਾਬ ਦੀ ਮਿੱਟੀ, ਪੰਜਾਬ ਦੀ ਵਿਰਾਸਤ ਨਾਲ ਹੀ ਜੁੜਿਆ ਹੋਵੇ? ਕੀ ਅਸੀਂ ਪੰਜਾਬ ਦਾ ਗੁਣਗਾਨ ਹੀ ਕਰੀਏ ਜਾਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ? ਪੰਜਾਬ ਵੀ ਹੁਣ ਕੱਲਾ ਨਹੀਂ ਰਿਹਾ, 14 ਕਰੋੜ ਪੰਜਾਬੀ 150 ਮੁਲਕਾਂ 'ਚ ਫੈਲੇ ਹੋਏ ਨੇ। ਜੋ ਅਸੀਂ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਹਾਂ, ਦਲਜੀਤ ਕੌਰ ਨੇ ਬਹੁਤ ਖੂਬਸੂਰਤ ਗੱਲ ਕਹੀ ਕਿ ਮੈਂ ਇੱਧਰਲੇ ਪੰਜਾਬ ਦੇ ਕੰਟੈਕਸਟ 'ਚ ਗੱਲ ਕਰ ਰਿਹਾ। ਪਰ ਜਦੋਂ ਅਸੀਂ ਸਾਰਾ ਪੰਜਾਬ ਦੇਖਦੇ ਹਾਂ ਤਾਂ 14 ਕਰੋੜ 8 ਕਰੋੜ ਪੰਜਾਬੀ ਪੱਛਮੀ ਪੰਜਾਬ ਦੇ ਨੇ, ਜਿਹਨਾਂ ਦਾ ਨੋਮਿਨਕਲੇਚਰ ਪਾਕਿਸਤਾਨ, ਅਤੇ 3 ਕਰੋੜ ਪੰਜਾਬੀ ਇੱਧਰਲੇ ਪੰਜਾਬ ਦੇ ਨੇ ਜਿਹਨਾਂ ਦਾ ਨੋਮਿਨਕਲੇਚਰ ਭਾਰਤੀ ਪੰਜਾਬ ਹੈ, ਅਤੇ 3 ਕਰੋੜ ਹਿੰਦੁਸਤਾਨ ਦੇ ਬਾਕੀ ਸਾਰੇ ਸੂਬੇ ਅਤੇ ਬਾਕੀ 148 ਮੁਲਕਾਂ 'ਚ ਫੈਲੇ ਹੋਏ ਨੇ ਟੋਟਲ 195 'ਚੋਂ। ਔਰ ਉਹਨਾਂ 'ਚ ਜਿੰਨੀ ਜ਼ਿਆਦਾ ਵਰਾਇਟੀ, ਜਿੰਨੀ ਜ਼ਿਆਦਾ ਵੱਖਰਤਾ, ਉਹਦੇ ਵਿੱਚ ਉਹ ਪੰਜਾਬੀ ਵੀ ਨੇ ਜਿਹਨਾਂ ਨੇ ਪੰਜਾਬ ਕਦੇ ਦੇਖੇ ਹੀ ਨਹੀਂ, ਉਹ 'ਚ ਕੀਨੀਆ ਦੇ ਪੰਜਾਬੀ ਵੀ ਨੇ। ਔਰ ਕੀਨੀਆ ਦੇ ਵਿੱਚ ਮੱਖਣ ਸਿੰਘ ਨਾਂ ਦਾ ਕਰੈਕਟਰ ਵੀ ਹੈ ਜਿਸਨੇ ਕੀਨੀਆ ਨੂੰ ਆਜ਼ਾਦ ਕਰਨ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਉੱਥੇ ਮੂੰਗੂ ਕਿਹਾ ਗਿਆ, ਮੂੰਗੂ ਕਾਮਰੇਡ, ਰੱਬ ਕਾਮਰੇਡ, ਮੂੰਗੂ ਰੱਬ ਲਈ ਸ਼ਬਦ ਹੈ। ਜਦੋਂ ਸੋਨਕ ਪ੍ਰਧਾਨ ਮੰਤਰੀ ਬਣਿਆ ਸੀ ਹਿੰਦੁਸਤਾਨੀ ਹੈ, ਲੇਕਿਨ ਉਹਦਾ ਹਿੰਦੁਸਤਾਨੀ ਹੋਣਾ 5 ਪੀੜ੍ਹੀਆਂ ਤੱਕ ਵੀ ਕਿਤੇ ਨਹੀਂ ਲੱਭ ਰਿਹਾ। ਸੋ ਸਾਨੂੰ ਪੰਜਾਬੀ ਸਿਨੇਮਾ ਨੂੰ ਇੱਕ ਐਸੇ ਪਰਸਪੈਕਟਿਵ ਵਿੱਚ ਦੇਖਣ ਦੀ ਜ਼ਰੂਰਤ ਹੈ ਕਿ ਪੰਜਾਬੀ ਸਿਨੇਮਾ ਐਜ ਸਿਨੇਮਾ ਆਪਣੀਆਂ ਸੰਭਾਵਨਾਵਾਂ ਕੀ ਦੇਖ ਰਿਹਾ, ਅਤੇ ਜੇ ਗੱਲ ਕਰੀਏ ਕਿ ਪੰਜਾਬ ਨੂੰ ਕਿਵੇਂ ਪਕੜ ਰਿਹਾ, ਤਾਂ ਕੇਵਲ ਸਿਨੇਮਾ ਨਹੀਂ, ਜੀਵਨ ਮੰਚ ਉੱਤੇ ਪੰਜਾਬ ਕਿਵੇਂ ਹੈ ਸਾਨੂੰ ਵੀ ਸਮਝ ਲੈਣਾ ਚਾਹੀਦਾ। ਮੈਂ ਆਪਣੀ ਹਲਕੀ 'ਚ ਐਗਜ਼ਾਮਪਲ ਦੇਣਾ, ਅਰਜੀਵ ਮੇਰਾ ਦੋਸਤ ਹੈ, ਮੇਰਾ ਅਜ਼ੀਜ਼ ਹੈ, ਉਹਨੇ ਸ਼ਰਮਾ ਲਿਖਣਾ ਛੱਡ ਦਿੱਤਾ, ਪਰ ਰਹੂਗਾ ਤਾਂ ਫਿਰ ਉਹ ਰਜੀਵ ਸ਼ਰਮਾ ਹੈ, ਉਹਦੀ ਪਛਾਣ ਨਹੀਂ ਬਦਲੀ। ਮੈਂ 2004 'ਚ ਪਹਿਲੀ ਵਾਰ ਪਾਕਿਸਤਾਨ ਗਿਆ, ਬਚਪਨ ਤੋਂ ਕਿ ਅਸੀਂ ਵੰਡੇ ਗਏ, 47 ਤੋਂ ਬਾਅਦ ਦੇ ਪੈਦਾ ਹੋਏ ਹਾਂ, ਪਰ ਫਿਰ ਵੀ ਇੱਕ ਦਰਦ ਹੈ, ਅਹਿਸਾਸ ਹੈ, ਜਦੋਂ ਪੈਰ ਰੱਖਿਆ ਅਤੇ ਜਿੰਨਾ ਸੁਣਿਆ ਸੀ ਕਿ ਜੱਫੀਆਂ ਪਹਿਣਗੀਆਂ, ਤੁਹਾਨੂੰ ਵਿਛੜੇ ਮਿਲਣਗੇ, ਪਰ ਮੇਰਾ ਐਕਸਪੀਰੀਅੰਸ ਬਿਲਕੁਲ ਵੱਖਰਾ। ਮੈਂ ਫਲੈਟਿਸ ਦੇ ਵਿੱਚੋਂ ਬਾਹਰ ਨਿਕਲਿਆ, 2 ਬੱਸਾਂ ਖੜ੍ਹੀਆਂ ਸੀ,
ਇਹ ਵਿਜ਼ੂਅਲ ਹੈ। ਇੱਕ ਬੱਸ 'ਚ ਹਿੰਦੁਸਤਾਨ ਦੇ, ਇੱਕ ਪਾਸੇ ਪਾਕਿਸਤਾਨ ਦੇ ਡੈਲੀਗੇਟਸ ਨੇ ਬਹਿ ਕੇ ਜਾਣਾ ਸੀ। ਅਤੇ ਮੈਂ ਜਦੋਂ ਹਿੰਦੁਸਤਾਨ ਵਾਲੇ ਜਾਣ ਲੱਗਾ, ਕਹਿੰਦੀ ਨਹੀਂ ਜੀ ਆਪਣੀ ਬੱਸ ਉਧਰ ਹੈ। ਮੈਂ ਕਿਹਾ ਜੀ ਮੈਂ ਇੱਧਰ ਸੇ ਹਾਂ, ਕਿਉਂਕਿ ਮੇਰੀ ਸ਼ਕਲ ਉਹਨਾਂ ਲਈ ਪੰਜਾਬੀ ਨਹੀਂ ਹੈ। ਜਦੋਂ ਤੁਸੀਂ ਖਿੱਤਿਆਂ ਨੂੰ, ਧਰਮਾਂ ਵਿੱਚ ਧਰਮਾਂ ਨੂੰ, ਫਿਰਕਿਆਂ ਵਿੱਚ ਫਿਰਕਿਆਂ ਨੂੰ, ਜਾਤਾਂ ਵਿੱਚ ਜਾਤਾਂ ਨੂੰ ਤਿਰਕੇ ਨਿੱਕੇ ਨਿੱਕੇ ਟੁਕੜਿਆਂ ਵਿੱਚ ਵੰਡ ਕੇ ਅਸੀਂ ਦੇਖਣ ਦੇ ਆਦੀ ਹਾਂ 2023 ਤੱਕ ਵੀ, ਤਾਂ ਫਿਰ ਸਾਨੂੰ ਪੰਜਾਬ ਦੀ ਐਂਥਰੋਪੋਲੋਜੀ ਬਾਰੇ ਇੱਕ ਵਾਰ ਫਿਰ ਸੋਚਣਾ ਪਵੇਗਾ ਕਿ ਜਿਹੜੀਆਂ ਜੜ੍ਹਾਂ ਦਲਜੀਤ ਜੀ ਨੇ ਦੱਸਿਆ ਕਿ ਉੱਥੇ ਪਈਆਂ ਨੇ, ਉਸ ਵੇਲੇ ਇਬਰਸਨ ਨੇ ਟ੍ਰਾਈਬ ਨਨਕਾਸ ਪੰਜਾਬ ਦਾ ਕੰਮ ਕੀਤਾ, ਮਈਆ ਸਿੰਘ ਨੇ ਪੰਜਾਬੀ ਅੰਗਰੇਜ਼ੀ ਡਿਕਸ਼ਨਰੀ ਲਿਖੀ, ਜੁਕਾਸ ਨੇ ਲਹਿੰਦੀ ਅਤੇ ਚਟਕੀ ਪੰਜਾਬੀ ਡਿਕਸ਼ਨਰੀ ਤਿਆਰ ਕੀਤੀ। ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਸਮਝਿਆ ਬਸਤੀਵਾਦੀਆਂ ਨੇ, ਉਸੇ ਤਰ੍ਹਾਂ ਅਸੀਂ ਪੰਜਾਬ ਨੂੰ ਫਿਰ ਸਮਝਦੇ ਆਏ ਹਾਂ। ਪਰ ਜਿਹੜਾ ਪੋਸਟ ਬ੍ਰਿਟਿਸ਼ ਪੀਰੀਅਡ ਹੈ ਉਹਦੇ ਵਿੱਚ ਕੀ ਵਾਪਰਿਆ, 1849 ਵਿੱਚ ਅਸੀਂ ਪੰਜਾਬ ਬ੍ਰਿਟਿਸ਼ ਇੰਪੀਰੀਅਲ ਦਾ ਪਾਰਟ, ਬ੍ਰਿਟਿਸ਼ ਦਾ ਪਾਰਟ ਹੋ ਗਿਆ। ਫਿਰ 1912 ਦੇ ਵਿੱਚ ਸਾਡੇ ਕੋਲ ਦਿੱਲੀ ਚਲਾ ਗਿਆ, ਫਿਰ 47 ਦੇ ਵਿੱਚ ਵੱਡਾ ਪੰਜਾਬ ਚਲਿਆ ਗਿਆ, ਫਿਰ 66 ਦੇ ਵਿੱਚ ਸਾਡੇ ਪਹਾੜ ਚਲੇ ਗਏ ਜਿੱਥੋਂ ਪਾਣੀ ਆਉਂਦਾ ਸੀ, ਹਰਿਆਣਾ ਵੰਡਿਆ ਗਿਆ, ਜੋ ਸਾਡੇ ਕੋਲ ਹੁਣ ਛੋਟਾ ਜਿਹਾ ਪੰਜਾਬ ਹੈ। ਇਸ ਪੰਜਾਬ ਦੇ ਵੀ ਤਿੰਨ ਰੂਪ ਤਾਂ ਬਿਲਕੁਲ ਸਪਸ਼ਟ ਨਜ਼ਰ ਆਉਂਦੇ। ਇੱਕ ਰੂਪ ਹੈ 1947 ਤੋਂ ਪਹਿਲਾਂ ਦਾ ਪੰਜਾਬ, ਉਰਦੂ ਸਰਕਾਰੀ ਜ਼ਬਾਨ ਹੈ, ਘਰ ਘਰ ਉਰਦੂ ਪੜ੍ਹੀ ਜਾਂਦੀ ਹੈ, ਉਰਦੂ ਦੇ ਵਿੱਚ ਵੱਡੇ ਪੋਇਟ ਪੰਜਾਬ ਦੇ ਪੈਦਾ ਹੋਏ, ਫੈਜ਼ ਅਹਿਮਦ ਫੈਜ਼, ਅਲਾਮਾ ਇਕਬਾਲ, ਇਹ ਪੰਜਾਬ ਨੇ ਪੈਦਾ ਕੀਤੇ ਉਸ ਵੇਲੇ ਦੀ ਉਰਦੂ ਜ਼ਬਾਨ ਦੇ ਵਿੱਚ। ਲੇਕਿਨ 47 ਦੀ ਵੰਡ ਹੁੰਦੀ ਹੈ, ਉਰਦੂ ਮੁਸਲਮਾਨਾਂ ਦੀ ਭਾਸ਼ਾ ਬਣ ਕੇ ਨਾਲ ਤੁਰ ਜਾਂਦੀ ਹੈ, ਜਿਵੇਂ ਡੋਲੀ ਤੁਰਦੀ ਹੈ ਕੁੜੀ ਦੀ, ਅੱਜ ਕੋਈ ਬੰਦਾ ਉਰਦੂ ਜਾਣਦਾ ਹੀ ਨਹੀਂ। 75 ਸਾਲਾਂ ਦੇ ਵਿੱਚ ਇੱਕ ਜ਼ਬਾਨ, ਜਿਸ ਜ਼ਬਾਨ ਨੇ ਪੰਜਾਬ ਦੇ ਇੰਟਲੈਕਟ ਨੂੰ ਦੁਨੀਆਂ ਤੱਕ ਪਹੁੰਚਾਇਆ, ਜਿਹਨੇ ਮੰਡੋ ਪੈਦਾ ਕੀਤਾ। ਮੈਂ MA 'ਚ ਪੜ੍ਹਦੇ 1974 ਦੀ ਕਿਤਾਬ ਪੜ੍ਹੀ ਸਿੱਖ ਅਮੈਰੀਕਾ ਦੀ ਕਿਸੇ ਯੂਨੀਵਰਸਿਟੀ ਦੀ, ਜਿਹਦੇ ਵਿੱਚ 15 ਕਹਾਣੀਆਂ ਦੁਨੀਆਂ ਦੀਆਂ ਸਿਲੈਕਟ ਕੀਤੀਆਂ ਗਈਆਂ ਸੀ, ਉਹ 'ਚ ਇੱਕ ਕਹਾਣੀ ਮੰਡੋ ਦੀ ਸੀ। ਰਜਿੰਦਰ ਬੇਦੀ ਪੰਜਾਬ ਨੇ ਦਿੱਤਾ, ਕਿਸ਼ਨ ਚੰਦਰ ਸਾਂਝੇ ਪੰਜਾਬ ਨੇ ਦਿੱਤਾ। ਉਸ ਜ਼ਬਾਨ ਨੂੰ ਅਸੀਂ ਤਰਾਂਦਰੀ ਦਿੱਤੀ ਕਿਉਂਕਿ ਉਹ ਮੁਸਲਮਾਨਾਂ ਦੀ ਜ਼ਬਾਨ ਹੋ ਗਈ। ਅੱਜ ਉਰਦੂ ਜਾਣਨ ਵਾਲਾ ਕੋਈ ਨਹੀਂ, ਉਰਦੂ ਪੜ੍ਹਨ ਵਾਲਾ ਕੋਈ ਨਹੀਂ, ਇਹਦਾ ਮਤਲਬ ਅਸੀਂ ਆਪਣੀ ਜ਼ਬਾਨ ਦੀ ਵੀ ਕੁਰਬਾਨੀ ਦੇ ਸਕਦੇ ਹਾਂ ਔਰ ਦਿੱਤੀ ਹੋਈ ਹੈ। 47 ਤੋਂ ਪਹਿਲਾਂ ਕਿਉਂਕਿ ਬਹੁ ਗਿਣਤੀ ਮੁਸਲਿਮ ਸੀ, ਇਸ ਲਈ ਮੁਸਲਿਮ ਫਿਲਮਾਂ ਵਿੱਚ ਵੀ ਹਾਵੀ ਸੀ, ਹਰ ਪਾਸੇ ਹਰ ਸ਼ਾਸਤ ਵਿੱਚ ਵੀ ਹਾਵੀ ਸੀ। ਉਦੋਂ ਪੰਜਾਬ ਦਾ ਮੁੱਖ ਮੰਤਰੀ ਮੁਸਲਿਮ ਹੀ ਬਣਦਾ ਸੀ ਅਤੇ ਫਿਲਮਾਂ ਦੇ ਨਾਇਕ ਵੀ ਸਾਰੇ ਮੁਸਲਿਮ ਸੀ। 1935 ਹੀਰ ਰਾਂਝਾ ਤੋਂ ਸ਼ੁਰੂ ਹੋ ਕੇ 47 ਤੱਕ ਦੇਖ ਲਓ। ਫਿਰ 47 ਤੋਂ 66 ਤੱਕ ਹਿੰਦੂ ਬਹੁ ਗਿਣਤੀ ਹੋ ਗਿਆ ਅਤੇ ਫਿਲਮਾਂ ਦੇ ਹੀਰੋ ਵੀ ਹਿੰਦੂ ਐਕਟਰ ਨੇ। ਰਵਿੰਦਰ ਉਸ ਵੇਲੇ ਦਾ ਵੱਡਾ ਐਕਟਰ ਹੈ, ਗੋਪਾਲ ਸਹਿਗਲ ਹੈ, ਸੁੰਦਰ ਹੈ, ਬਹੁਤ ਸਾਰੇ ਐਕਟਰ ਨੇ। ਅਤੇ ਜਦੋਂ 66 ਤੋਂ ਬਾਅਦ ਸਿਨੇਮਾ ਬਣਿਆ ਫਿਰ ਸਿੱਖ ਬਹੁ ਗਿਣਤੀ ਹੋ ਗਈ ਔਰ ਉਸੇ ਵੇਲੇ ਗ੍ਰੀਨ ਰੈਵੋਲਿਊਸ਼ਨ ਆ ਗਿਆ, ਉਸੇ ਵੇਲੇ ਜੱਟ ਸ਼ੋਵਲਿਜ਼ਮ ਆ ਗਿਆ ਜਿਹਦੇ ਆਪਾਂ ਵਾਰ ਵਾਰ ਗੱਲ ਕਰ ਰਹੇ ਹਾਂ। ਪਰ ਅੱਜ 2023 ਤੱਕ ਆਉਂਦਿਆਂ ਜੋ ਸਾਡਾ ਇੰਟਲੈਕਚੁਅਲ ਸੈਲਫ ਹੈ, ਇੰਟਲੈਕਟ ਹੈ ਜਿਹੜਾ ਇਸ ਵੇਲੇ ਮੌਜੂਦ ਹੈ, ਜਿਹਦਾ ਪ੍ਰਮਾਣ ਅਸੀਂ ਇੱਥੇ ਬੈਠੇ ਹਾਂ, ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਬਰੀਕੀਆਂ ਸਮਝਣ ਦੀ ਜ਼ਰੂਰਤ ਹੈ ਔਰ ਬਹੁਤ ਸਾਰੀਆਂ ਬਰੀਕੀਆਂ ਸਿਨੇਮਾ ਵਿੱਚ ਨਜ਼ਰ ਆਉਂਦੀਆਂ।
ਪੰਜਾਬੀ ਸਿਨੇਮਾ ਇਸ ਵੇਲੇ ਜਿੰਨੀ ਕਿਸਮ ਦਾ ਬਣ ਰਿਹਾ ਬਤੌਰ ਦਰਸ਼ਕ ਐਜ਼ ਏ ਪਾਰਟ ਆਫ ਪੰਜਾਬੀ ਸਿਨੇਮਾ ਐਜ਼ ਏ ਸਟੂਡੈਂਟ ਆਫ ਪੰਜਾਬੀ ਸਿਨੇਮਾ ਮੈਂ ਦੇਖਦਾ ਤਾਂ ਸਾਡੇ ਕੋਲ ਹਰ ਧਾਰਾ ਦਾ ਸਿਨੇਮਾ ਇਸ ਵੇਲੇ ਬਣ ਰਿਹਾ ਲੇਕਿਨ ਸਮੱਸਿਆਵਾਂ ਦੋ ਨੰਬਰ ਵਨ ਪੰਜਾਬੀ ਸਿਨੇਮਾ ਦੇਖਣ ਲਈ ਪੰਜਾਬੀ ਤਿਆਰ ਨਹੀਂ ਉਹ ਫਿਲਮਾਂ ਦੇਖਦੇ ਹੀ ਨਹੀਂ ਇਸ ਲਈ ਅਸੀਂ ਬਿਨਾਂ ਦੇਖੇ ਗੱਲਾਂ ਕਰਨ ਵਾਲੇ ਬੰਦੇ ਹਾਂ ਜਾਂ ਕਰਨੀਆਂ ਪੈ ਰਹੀਆਂ ਦੂਸਰਾ ਪੁਆਇੰਟ ਉਸਦਾ ਕਮਰਸ਼ੀਅਲ ਪੁਆਇੰਟ ਹੈ ਫਿਲਮ ਹਵਾ 'ਚ ਨਹੀਂ ਬਣਦੀ ਪ੍ਰੋਡਿਊਸਰ ਸਾਡਾ ਕੋਈ ਵਿਸ਼ਾ ਨਹੀਂ ਅਸੀਂ ਫਿਲਮ ਸਟੱਡੀਜ਼ ਕਰਦੇ ਹਾਂ ਬਹੁਤ ਮਕਬੂਲ ਗੱਲ ਕੀਤੀ ਦਲਜੀਤ ਹੋਰਾਂ ਨੇ ਲੇਕਿਨ ਜਦੋਂ ਫਿਲਮ ਬਣੇਗੀ ਉਹਨੂੰ ਪ੍ਰੋਡਿਊਸਰ ਵੀ ਕੱਢ ਦਿਓ ਫਿਲਮ ਡਾਇਰੈਕਟਰ ਦਾ ਮਾਧਿਅਮ ਡਾਇਰੈਕਟਰ ਨੂੰ ਫਿਲਮ ਬਣਾਉਣੀ ਹੈ ਪਰ ਡਾਇਰੈਕਟਰ ਕੋਲ ਇੱਕ ਕੌਨਸੈਪਟ ਹੈ ਉਹਦੇ ਕੋਲ ਇੱਕ ਦਿਸ਼ਾ ਹੈ ਉਸਨੇ ਇੱਕ ਫਿਲਮ ਪ੍ਰੋਡਿਊਸ ਕਰਨੀ ਹੈ ਪ੍ਰੋਡਕਟ ਤਿਆਰ ਕਰਨੀ ਹੈ ਜਿਹਦੇ ਵਿੱਚ 100 ਬੰਦਾ ਘੱਟੋ ਘੱਟ ਸ਼ਾਮਲ ਹੈ ਜਿਹਦੇ ਬਹੁਤ ਸਾਰੇ ਪੜਾਅ ਨੇ ਜਿਹਦੇ ਵਿੱਚ ਪਹਿਲਾਂ ਫਾਈਨੈਂਸ ਹੈ ਫਿਰ ਐਕਟਰ ਮਿਊਜ਼ਿਕ ਅਖੀਰ ਤੱਕ ਉਸਦੀ ਐਡੀਟਿੰਗ ਡਬਿੰਗ ਮਿਕਸਿੰਗ ਰਿਲੀਜ਼ਿੰਗ ਤੱਕ ਇਹ ਬਹੁਤ ਲੰਬਾ ਚੌੜਾ ਪ੍ਰੋਸੈਸ ਹੈ ਅਤੇ ਫਿਲਮ ਕਵਿਤਾ ਨਹੀਂ ਕਿ ਅਸੀਂ ਬੈਠ ਕੇ ਲਿਖ ਲਾਂਗੇ ਉਹ ਫਿਲਮ ਬਣਨ ਦਾ ਪ੍ਰੋਸੈਸ ਹੈ ਫਿਲਮ ਫਿਰ ਮਾਰਕੀਟ 'ਚ ਆਏਗੀ ਫਿਰ ਮਾਰਕੀਟਿੰਗ ਹੋਏਗੀ ਇਸ ਵੇਲੇ ਜਸਵਿੰਦਰ ਜੋ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਦੀ ਪ੍ਰੋਬਲਮ ਕੀ ਹੈ ਕਿ ਇਸ ਸਮੇਂ ਪੰਜਾਬੀ ਪ੍ਰੋਡਿਊਸਰ ਪੰਜਾਬੀ ਡਾਇਰੈਕਟਰ ਪੰਜਾਬੀ ਫਿਲਮ ਮੇਕਰ ਉਹਨਾਂ ਅੰਦਰ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ ਮੈਂ ਕਮਰਸ਼ੀਅਲ ਦੀ ਗੱਲ ਨਹੀਂ ਕਰ ਰਿਹਾ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ 52 ਹਫ਼ਤੇ ਹੁੰਦੇ ਨੇ ਅਤੇ ਪੈਰਲਲ ਹਿੰਦੀ ਫਿਲਮਾਂ ਆਉਂਦੀਆਂ ਅਤੇ ਹੁਣ ਸਾਊਥ ਸਿਨੇਮਾ ਵੀ ਸਾਡੇ 'ਤੇ ਹਾਵੀ ਹੋ ਗਿਆ ਹੁਣ ਤੱਕ ਗੱਲ ਬਹੁਤ ਅੱਗੇ ਚਲੀ ਗਈ ਅਸੀਂ ਸਾਊਥ ਕਹਿ ਕੇ ਸਾਰ ਲੈਂਦੇ ਬੱਤੀਆਂ ਰਾਣੀ ਗਲੋਬਲਾਈਜੇਸ਼ਨ ਦੇ ਵਿੱਚ ਹਰ ਜ਼ਬਾਨ ਦੀ ਪ੍ਰਭੂਸੱਤਾ ਬਣ ਸਕਦੀ ਹੈ ਬਣਾਈ ਜਾ ਸਕਦੀ ਹੈ ਇਹ ਸਿਨੇਮਾ ਦੀ ਇੱਕ ਆਪਣੀ ਲੈਂਗੁਏਜ ਹੈ ਉਹ ਸ਼ਬਦ ਤੋਂ ਬਿਨਾਂ ਵੀ ਸਮਝ ਆਉਂਦੀ ਹੈ ਕਿਉਂਕਿ ਦ੍ਰਿਸ਼ਟੀ ਭਾਸ਼ਾ ਅਤੇ ਸ਼ਬਦ ਜੇ ਉਹਨੂੰ ਸਪਲੀਮੈਂਟ ਕਰਦਾ ਤਾਂ ਹੁਣ ਬਹੁਤ ਸਾਰੇ ਸਾਧਨ ਨੇ ਨਾਲ ਦੀ ਨਾਲ ਕੈਪਸ਼ਨ ਹੋਰ ਜ਼ਬਾਨਾਂ ਵਿੱਚ ਆਉਂਦੀਆਂ ਅਸੀਂ ਕਿੰਨੀ ਦੁਨੀਆਂ ਦਾ ਸਿਨੇਮਾ ਦੇਖ ਰਹੇ ਹਾਂ ਸੋ ਇਹ ਕੋਈ ਸੀਮਾ ਨਹੀਂ ਰਹੀ ਹੁਣ ਨਾ ਹੁਣ ਇਹ ਸੀਮਾ ਰਹੀ ਹੈ ਕਿ ਇਹ ਪੰਜਾਬ ਦੇ 23 ਜ਼ਿਲ੍ਹਿਆਂ 'ਚ ਡਿਜੀਟਲਾਈਜੇਸ਼ਨ ਨੇ ਸੌਖਾ ਕਰਤਾ ਹੁਣ ਡੱਬੇ ਸਿਰਾਂ 'ਤੇ ਚੁੱਕਣ ਦੀ ਲੋੜ ਨਹੀਂ ਪੈਂਦੀ ਪੂਰੀ ਦੁਨੀਆ ਵਿੱਚ ਫਿਲਮ ਚੱਲਦੀ ਹੈ ਇੱਥੇ ਬੈਠ ਕੇ ਪਰ ਇਹ ਸਾਰੀ ਸਥਿਤੀ ਵਿੱਚ ਜੋ ਸਾਨੂੰ ਸੋਚਣਾ ਪਏਗਾ ਦੋ ਪੁਆਇੰਟ ਨੇ ਕਿਉਂਕਿ ਸਿਨੇਮਾ ਸਮਕਾਲੀ ਦ੍ਰਿਸ਼ ਅਤੇ ਦਿਸ਼ਾ ਦੋਵਾਂ ਦੀ ਗੱਲ ਹੋ ਰਹੀ ਹੈ ਦਿਸ਼ਾ 'ਤੇ ਬਹੁਤ ਸਿਆਣੀਆਂ ਗੱਲਾਂ ਮੇਰੇ ਤੋਂ ਪਹਿਲਾਂ ਹੋ ਚੁੱਕੀਆਂ ਮੈਂ ਉਹ ਰਿਪੀਟ ਨਹੀਂ ਕਰ ਰਿਹਾ ਦਲਜੀਤ ਹੋਰਾਂ ਨੇ ਕੀਤੀਆਂ ਉਹਦੇ ਕਮੈਂਟਰੀ ਹੋਈ ਉਹਨਾਂ ਨੇ ਕੀਤੀਆਂ ਲੇਕਿਨ ਸਮਕਾਲੀ ਦ੍ਰਿਸ਼ ਬਾਰੇ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਕੋਈ ਐਸਾ ਤਰੀਕਾ ਹੋਵੇ ਫਿਲਮ ਪ੍ਰਮੋਸ਼ਨ ਹੋਵੇ ਰਜੀਵ ਮੇਰੇ ਬਹੁਤ ਕਲੋਜ਼ ਫਰੈਂਡ ਨੇ ਅੱਜ ਕੱਲ੍ਹ ਮੇਰੇ ਗ੍ਰੈਂਡ ਸਟੂਡੈਂਟ ਨੇ ਮੇਰੇ ਸਟੂਡੈਂਟ ਕੋਲ PhD ਵੀ ਕਰ ਰਹੇ ਨੇ ਸਾਡੀ ਕਈ ਤਰ੍ਹਾਂ ਦੀਆਂ ਸਾਂਝਾਂ ਨੂੰ ਤਾਂ ਮੈਂ ਕੰਮ ਵੀ ਕਰਾਇਆ ਦਲਜੀਤ ਜੀ ਜਾਣਦੇ ਨੇ 10 ਕੁ ਸਾਲਾਂ ਤੋਂ ਮੈਂ ਇੱਕ ਇੱਕ ਡਾਇਰੈਕਟਰ ਲੈ ਕੇ ਉਹਨਾਂ 'ਤੇ ਥੀਸਿਸ ਕਰਵਾ ਰਿਹਾ ਅੰਕਲ ਦੇ ਦੀਦਾਰ ਵੀ ਹਰੀਦੱਤ ਅਤੇ ਇਹਨੇ ਸਿਨੇਮਾ ਥੀਸਿਸ ਕੀਤਾ ਇਸ ਤੋਂ ਪਹਿਲਾਂ ਗੁਰਵਿੰਦਰ ਅਤੇ ਰਜੀਵ ਸ਼ਰਮਾ ਅਤੇ ਤਕਰੀਬਨ ਹਰ ਡਾਇਰੈਕਟਰ ਦੇ ਉੱਤੇ ਕੰਮ ਕੀਤਾ ਕੰਮ ਕਿਹੋ ਜਿਹਾ ਕਿਹੋ ਜਿਹਾ ਹੋਏਗਾ ਲੇਕਿਨ ਇੱਕ ਸਟਾਰਟ ਹੋਈ ਹੈ ਔਰ ਹਰ ਥੀਸਿਸ ਅਸੀਂ ਬੁੱਕ ਫੋਰਮ 'ਚ ਵੀ ਨਾਲ ਦੀ ਨਾਲ ਲੈ ਕੇ ਆ ਰਹੇ ਹਾਂ ਤਾਂ ਕਿ ਘੱਟੋ ਘੱਟ ਗੱਲ ਅੱਗੇ ਤੁਰੇ ਜਦੋਂ ਅੱਜ ਪੰਜਾਬੀ ਸਿਨੇਮਾ ਜਿਹਦੇ ਕੋਲ ਇੱਕ ਵੱਡੀ ਆਡੀਅੰਸ ਹੈ ਐਸ ਪੰਜਾਬੀ 14 ਕਰੋੜ ਪੰਜਾਬੀਆਂ ਦੀ ਆਡੀਅੰਸ ਹੈ ਪਾਕਿਸਤਾਨ ਦਾ ਸਿਨੇਮਾ ਇਕਨੋਮਿਕਲੀ ਅਮੀਰ ਸਿਨੇਮਾ ਨਹੀਂ ਹੈ ਉਹਦਾ ਬਜਟ ਬਹੁਤ ਘੱਟ ਹੈ ਮੈਂ ਬਹੁਤ ਸਾਰਾ ਡਾਟਾ ਕੁਲੈਕਟ ਕੀਤਾ
ਕਿ ਉੱਥੇ ਪੇਮੈਂਟ ਹਾਲੇ ਵੀ ਹਜ਼ਾਰਾਂ ਤੋਂ ਲੱਖਾਂ ਤੱਕ ਜਾਂਦੀ ਹੈ, ਸਾਡੇ ਲੱਖਾਂ ਤੋਂ ਕਰੋੜਾਂ ਤੱਕ ਜਾ ਚੁੱਕੀ ਹੈ, ਘੱਟ ਬਜਟ ਵਿੱਚ ਫਿਲਮਾਂ ਬਣਦੀਆਂ। ਲੇਕਿਨ ਜਦੋਂ ਮੌਲਾ ਜੱਟ ਹੁਣ ਬਣੀ ਫਵਾਦ ਖਾਨ ਵਾਲੀ ਤਾਂ ਉਸਨੇ 40 ਕਰੋੜ ਦਾ ਬਿਜ਼ਨਸ ਕੀਤਾ ਅਤੇ ਉਹ ਪੰਜਾਬੀ ਫਿਲਮ ਹੈ। ਇਸੇ ਤਰ੍ਹਾਂ ਫਿਲਮ ਬਾਲੀਵੁੱਡ ਦੀ ਪਠਾਨ 5 ਦਿਨਾਂ ਵਿੱਚ 500 ਕਰੋੜ ਦਾ ਬਿਜ਼ਨਸ ਕਰਦੀ ਹੈ ਅਤੇ ਪੰਜਾਬੀ ਸਿਨੇਮਾ 500 ਕਰੋੜ ਦੇ ਘਾਟੇ ਵਿੱਚ ਤੁਰਿਆ ਜਾ ਰਿਹਾ, ਕਿਉਂਕਿ ਫਿਲਮਾਂ ਵੱਧ ਬਣਦੀਆਂ, ਰਿਲੀਜ਼ ਘੱਟ ਹੁੰਦੀਆਂ ਅਤੇ ਜਿਹੜੀਆਂ ਰਿਲੀਜ਼ ਹੁੰਦੀਆਂ ਉਹਦੇ ਵਿੱਚੋਂ ਦੇਖੀਆਂ ਨਹੀਂ ਜਾਂਦੀਆਂ। ਸੋ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਜੋ ਸਭ ਤੋਂ ਕਰਨ ਵਾਲਾ ਕੰਮ ਹੈ, ਜੇ ਬੁਨਿਆਦ 'ਤੇ ਤੁਰੀਏ ਕਿ ਜੇ ਨਹੀਂ ਬਣਾਈਏ ਤਾਂ ਫਿਰ ਅੱਗੇ ਕੰਧਾਂ ਬੰਨ੍ਹਦੇ ਫਿਰ ਛੱਤਾਂ ਪੈਣ। ਸਾਨੂੰ ਇੱਕ ਸਿਨੇਮਾ ਚੇਤਨਾ ਪੈਦਾ ਕਰਨ ਦੀ ਜ਼ਰੂਰਤ ਹੈ, ਸਿਨੇਮਾ ਦੀ ਵਿਧਾ ਬਾਰੇ ਇੱਕ ਕੰਟੈਂਟਮੈਂਟ ਵਾਲਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ। ਰਾਜੀਵ ਦੀ ਤਾਂ ਮੇਰੀ ਕਈ ਵਾਰੀ ਗੱਲ ਹੋਈ, ਰਾਜੀਵ ਕਮਰਸ਼ੀਅਲ ਸਿਨੇਮਾ ਲਗਭਗ ਛੱਡ ਕੇ ਹੁਣ ਆਪਣੀ ਮਰਜ਼ੀ ਦਾ ਸਿਨੇਮਾ ਬਣਾ ਰਿਹਾ ਔਰ ਫਿਲਮਾਂ ਦਿਖਾਉਂਦਾ। ਅਤੇ ਅਸੀਂ ਇੱਕ ਵਿਧੀ ਲੱਭੀ ਸੀ ਜਿਹੜੀ ਸਾਡੇ ਬਚਪਨ 'ਚ ਅਸੀਂ ਦੇਖੀ ਹੋਈ ਹੈ, ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ 70s ਦੇ ਵਿੱਚ, ਉਦੋਂ ਸਰਕਾਰੀ ਡਾਕੂਮੈਂਟਰੀ ਸਕੂਲਾਂ ਦਿਖਾਈਆਂ ਜਾਂਦੀਆਂ, ਜਿਹੜੇ ਬੰਦੇ 60% ਨੇ ਜਾਣਦੇ ਹੋਣਗੇ, ਕਿ ਜਿਸ ਤਰ੍ਹਾਂ ਗੁਰਸ਼ਰਨ ਭਾਜੀ ਨੇ ਕੰਮ ਕੀਤਾ ਕਿ ਆਪ ਥੀਏਟਰ ਦਰਸ਼ਕ ਤੱਕ ਗਿਆ। ਜਿਵੇਂ ਸ਼ਬਦ ਰਾਸ਼ਟਰ ਨੇ ਕਿਹਾ ਸੀ ਕਿ ਥੀਏਟਰ ਤੱਕ ਲੋਕ ਨਹੀਂ ਆਉਂਦੇ, ਥੀਏਟਰ ਲੋਕਾਂ ਤੱਕ ਲੈ ਜਾਓ। ਔਰ ਅੱਜ ਪੰਜਾਬ ਦੇ ਵਿੱਚ 12,729 ਪਿੰਡਾਂ ਦੇ ਵਿੱਚ ਕੋਈ ਐਸਾ ਪਿੰਡ ਨਹੀਂ ਜੋ ਥੀਏਟਰ ਤੋਂ ਅਨਵੈਟ ਹੋਵੇ, ਕਿਉਂਕਿ ਗੁਰਸ਼ਰਨ ਸਿੰਘ ਹੋਰੀ ਥੀਏਟਰ ਲੈ ਕੇ ਗਏ। ਇਹ ਰਾਜੀਵ ਨਾਲ ਅਸੀਂ ਗੱਲ ਬਣਾ ਰਹੇ ਸੀ ਕਿ ਕੋਈ ਤਰੀਕਾ ਐਸਾ ਹੋਵੇ ਕਿ ਅਸੀਂ ਥੀਏਟਰ ਵਾਂਗੂ ਹੁਣ ਸਿਨੇਮਾ ਲੋਕਾਂ ਤੱਕ ਲੈ ਕੇ ਜਾਈਏ, ਸਿਨੇਮਾ ਪਿੰਡਾਂ ਵਿੱਚ ਲੈ ਕੇ ਜਾਈਏ। ਹੁਣ ਕੋਈ ਦੁਕਾਨ ਦੀ ਪ੍ਰੋਬਲਮ ਨਹੀਂ, ਸਿਨੇਮਾ ਹਾਲ ਦੀ ਪ੍ਰੋਬਲਮ ਨਹੀਂ, ਕਿਉਂਕਿ ਹੁਣ ਬਹੁਤ ਸਾਰੇ ਪਲੈਟਫਾਰਮ, ਬਹੁਤ ਸਾਰੇ ਸਾਧਨ ਆ ਚੁੱਕੇ ਨੇ। ਸੋ ਮੈਂ ਆਪਣੀ ਇਹ ਸਾਰੀ ਗੱਲ ਨੂੰ ਇਸ ਨੁਕਤੇ 'ਤੇ ਲਿਆਉਣਾ ਚਾਹਾਂਗਾ ਕਿ ਸਿਧਾਂਤਕ ਗੱਲਾਂ ਦੀ ਸਾਨੂੰ ਬਹੁਤ ਪਕੜ ਹੈ, ਸਾਨੂੰ ਪੰਜਾਬ ਦਾ ਪਤਾ। ਮੈਂ ਇਸ ਲਈ ਉਸ ਵਿਸਤਾਰ 'ਚ ਗਿਆ ਹੀ ਨਹੀਂ ਹਾਂ, ਜੱਟ ਸ਼ੋਵਨਿਜ਼ਮ ਕਿਸ ਤਰ੍ਹਾਂ ਪੇਸ਼ ਹੁੰਦਾ, ਪਹਿਲਾਂ ਜੱਟ ਜੂਣਾ ਮੌੜ ਸੀ, ਹੁਣ ਜੱਟ ਜੂਲੀਅਟ ਅਤੇ ਜੱਟ ਜੇਮਸ ਬੌਂਡ ਹੋ ਗਿਆ। ਉਹ ਸਿਰਫ ਇੱਕ ਨਵਾਂ ਬ੍ਰੈਂਡ ਆਇਆ, ਉਸ ਨਵੀਂ ਬੋਤਲ ਸ਼ਰਾਬ ਪੁਰਾਣੀ ਹੈ। ਅਸੀਂ ਕਿਵੇਂ ਜਾਤ ਪਾਤ ਵਿੱਚ ਅਜੇ ਤੱਕ ਫਸੇ ਹੋਏ ਹਾਂ, ਕਿਵੇਂ ਸਾਡਾ ਸਿਨੇਮਾ ਦਾ ਜਿਹੜਾ ਈਡੀਅਮ ਹੈ ਉਹ ਇੱਕ ਡਾਇਲੋਗ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਕੌਣ ਕਿਸ ਤਰ੍ਹਾਂ ਦੇ ਬੰਦੇ ਨੂੰ ਕਿਵੇਂ ਇੰਡੀਕੇਟ ਕੀਤਾ ਜਾ ਰਿਹਾ, ਸਾਡੀ ਭਾਸ਼ਾ ਕਿਹੋ ਜਿਹੀ ਹੈ। ਜਿਹੜੀ ਸਾਡੀ ਸ਼ਾਬਦਿਕ ਭਾਸ਼ਾ ਉਹ ਸਾਡੀ ਅਸ਼ਾਬਦਿਕ ਭਾਸ਼ਾ ਵੀ ਹੈ, ਲੇਕਿਨ ਸਿਨੇਮਾ ਨੂੰ ਇੱਕ ਯੈਨਰ ਦੇ ਤੌਰ 'ਤੇ ਜਦੋਂ ਤੱਕ ਅਸੀਂ ਪਾਪੂਲਰਾਈਜ਼ ਕਰਨ ਵਿੱਚ ਕੋਈ ਭੂਮਿਕਾ ਨਹੀਂ ਨਿਭਾਵਾਂਗੇ ਤਾਂ ਸਿਨੇਮਾ 'ਤੇ ਗੱਲਬਾਤ ਦੀ ਸਾਰਥਕਤਾ ਇਸ ਲਈ ਨਹੀਂ ਰਹੇਗੀ ਕਿ ਅਸੀਂ ਉਸ ਪ੍ਰੋਡਕਟ ਬਾਰੇ ਗੱਲ ਕਰ ਰਹੇ ਹਾਂ ਜਿਹੜੀ ਪ੍ਰੋਡਕਟ ਐਗਜਿਸਟ ਨਹੀਂ ਕਰ ਰਹੀ, ਜਾਂ ਜਿਹੜੀ ਰਿਸੈਸ਼ਨ ਦੇ ਪੀਰੀਅਡ ਵਿੱਚ ਹੈ, ਜਾਂ ਜਿਹਦੇ ਬਾਰੇ ਕੰਮ ਨਹੀਂ ਹੋ ਰਿਹਾ। ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਡੇਟ ਵਿੱਚ ਥੀਏਟਰ ਵਾਂਗੂ ਸਿਨੇਮਾ ਪੰਜਾਬੀ ਜਨਮਾਨਸ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ, ਪੰਜਾਬੀ ਸਿਨੇਮਾ ਬਣਨਾ ਚਾਹੀਦਾ। ਸਿਨੇਮਾ ਭਾਵੇਂ ਆਲਰੇਡੀ ਬਣਿਆ ਹੈ, OTT ਪਲੈਟਫਾਰਮ ਨੇ ਹੁਣ ਮਲਟੀਪਲੈਕਸ ਵੀ ਬੰਦ ਕਰਨੇ ਸ਼ੁਰੂ ਕਰਤੇ, ਪਹਿਲਾਂ ਸਿੰਗਲ ਸਕਰੀਨ ਸਿਨੇਮਾ ਗਿਆ, ਲੇਕਿਨ ਪਹੁੰਚ ਤੱਕ ਹੈ, ਦਰਸ਼ਕ ਕੋਲ ਪਹੁੰਚ ਹੋ ਗਈ ਹੈ। ਸੋ ਇਸ ਲਈ ਪੰਜਾਬੀ ਸਿਨੇਮਾ ਨੂੰ ਆਪਣੀਆਂ ਇਸ ਕਿਸਮ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਔਰ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਸਿਨੇਮਾ 'ਤੇ ਡਿਸਕਸ਼ਨ ਹੋਣ ਤਾਂ ਜਿਹੜੇ ਬੰਦੇ ਸਿਨੇਮਾ ਬਣਾਉਣ ਵਾਲੇ ਨੇ, ਐਕਟਰਸ ਨੇ, ਡਾਇਰੈਕਟਰਸ ਨੇ ਖਾਸ ਕਰ, ਉਹਨਾਂ ਦੇ ਨਾਲ ਵੀ ਉਹਨਾਂ ਦੀ ਭਾਗੀਦਾਰੀ ਹੋਵੇ, ਕਿਉਂਕਿ ਜਿਹਨਾਂ ਬੰਦਿਆਂ ਨੂੰ ਅਸੀਂ ਸੰਬੋਧਨ ਕਰ ਰਹੇ ਹਾਂ ਉਹ ਕਿਤੇ ਹੋਰ ਬੈਠੇ ਨੇ।
ਜਿਹੜੇ ਡਿਸਕਸ਼ਨ ਕਰ ਰਹੇ ਆ ਉਹ ਕੋਈ ਹੋਰ ਬੈਠੇ ਨੇ, ਜਿਹੜੇ ਦੇਖਣ ਜਾਂ ਨਾ ਦੇਖਣ ਨੇ ਉਹ ਕਿਤੇ ਹੋਰ ਬੈਠੇ ਨੇ। ਸੋ ਇਸ ਮਾਧਿਅਮ ਦੇ ਪ੍ਰਸੰਗ ਵਿੱਚ ਗੱਲ ਕਰਨ ਲਈ ਸਾਨੂੰ ਬਹੁਤ ਸਾਰਾ ਕੰਮ ਕਰਨਾ ਪਏਗਾ। ਅਸੀਂ ਆਪਣੇ ਹਿੱਸੇ ਦਾ ਕੰਮ ਕਰ ਰਹੇ ਹਾਂ। ਬਹੁਤ ਖੂਬਸੂਰਤ ਗੱਲ ਮੈਂ ਫਿਰ ਦੁਹਰਾ ਰਿਹਾ ਦਲਜੀਤ ਹੋਰਾਂ ਦੀ ਕਿ ਪ੍ਰੋਡਿਊਸਰ ਸਾਡਾ ਕੰਸਰਨ ਨਹੀਂ ਆ, ਸਿਨੇਮਾ ਸਟੱਡੀਜ਼ ਦੀ ਗੱਲ ਕਰ ਰਹੇ ਹਾਂ। ਪਰ ਸਿਨੇਮਾ ਸਟੱਡੀਜ਼ ਵੀ ਤਾਂ ਹੀ ਫਲੋਰਿਸ਼ ਹੋਣਗੀਆਂ ਜੇ ਸਿਨੇਮਾ ਫਲੋਰਿਸ਼ ਹੋਏਗਾ। ਜੇ ਸਿਨੇਮਾ ਫਲੋਰਿਸ਼ ਹੋਏਗਾ ਫਿਰ ਹੀ ਸਿਨੇਮਾ ਸਟੱਡੀਜ਼ ਦਾ ਅਰਥ ਬਣੇਗਾ। ਤੇ ਸਾਨੂੰ ਇਸ ਮਾਧਿਅਮ ਉੱਤੇ ਜਿਹੜਾ ਇਸ ਵੇਲੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ, 1895 ਤੋਂ ਲੈ ਕੇ ਲੂਮੀਅਰ ਬ੍ਰਦਰਸ ਤੋਂ ਹੁਣ ਤੱਕ ਸਾਡਾ 128 ਸਾਲ ਦਾ ਸਫ਼ਰ ਸਿਨੇਮਾ ਦਾ ਹੋ ਚੁੱਕਾ ਹੈ, ਜਿਹਦੇ ਵਿੱਚ 1936 ਤੋਂ 35 ਤੋਂ ਪੰਜਾਬੀ ਸਿਨੇਮਾ ਦਾ ਵੀ ਸਫ਼ਰ ਹੈ, ਇਹਦੀ ਵੀ ਇੱਕ ਸ਼ਤਾਬਦੀ ਹੋਣ ਵਾਲੀ ਹੈ। ਇਸ 'ਤੇ ਅਸੀਂ ਕੰਸਨਟ੍ਰੇਟ ਕਰਾਂਗੇ। ਲੈਟ ਸਿਨੇਮਾ ਸ਼ੁੱਡ ਬੀ ਫਲੋਰਿਸ਼, ਫਿਰ ਸਾਡੀਆਂ ਜਿਹੜੀਆਂ ਸਿਨੇਮਾ ਸਟੱਡੀਜ਼ ਨੇ ਉਹ ਹੋਰ ਜ਼ਿਆਦਾ ਪਾਵਰਫੁੱਲ ਹੋਣਗੀਆਂ, ਔਰ ਸਿਨੇਮਾ ਸਟੱਡੀਜ਼ ਵੀ ਹੋਵੇ ਟਾਪ ਆਫ ਦੀ ਟਾਊਨ ਹੋਏਗਾ ਜਿਵੇਂ ਕਿ ਬਾਕੀ ਵਿਸ਼ੇ ਨੇ। ਥੈਂਕ ਯੂ ਵੈਰੀ ਮਚ।